ਸਾਡੇ ਨਾਲ ਜੁੜ ਚੁੱਕੇ ਨੇ ਕੁਲਜਿੰਦਰ ਸਿੱਧੂ ਜੀ ਤੇ ਆਓ ਇਹਨਾਂ ਨੂੰ ਪੁੱਛਣਾ ਇਸ ਮੂਵੀ ਬਾਰੇ ਕਿੰਨੇ ਐਕਸਾਈਟਡ ਹੈ। ਹਾਂਜੀ ਸਰ, ਮੈਂ ਪੂਰਾ ਐਕਸਾਈਟਡ ਹਾਂ ਜੀ ਇਸ ਫਿਲਮ ਨੂੰ ਲੈ ਕੇ, ਕਿਉਂਕਿ ਸਾਰੇ ਆਪਣੇ ਵੀਰ ਭਰਾ ਨੇ ਜਿਨ੍ਹਾਂ ਨੇ ਮਿਲ ਕੇ ਫਿਲਮ ਬਣਾਈ ਆ। ਸੋ ਸਾਰੇ ਬੜੇ ਪ੍ਰੋਫੈਸ਼ਨਲ ਟੈਲੈਂਟਡ ਲੋਕਾਂ ਦੀ ਟੀਮ ਹੈ, ਜਿਹੜੀ ਕਾਸਟ ਐਂਡ ਕਰਿਊ ਇਸ ਫਿਲਮ ਨਾਲ ਜੁੜੀ ਹੋਈ ਆ, ਸਾਰੇ ਮੇਰੇ ਫੇਵਰੇਟ ਨੇ। ਮੈਂ ਮਤਲਬ ਕਹਿ ਨਹੀਂ ਸਕਦਾ ਕਿ ਆਹ ਬੰਦਾ ਮੇਰਾ ਫੇਵਰੇਟ ਜਾਂ ਆਹ ਨਹੀਂ, ਸਾਰੇ ਬੜੇ ਕਮਾਲ ਦੇ ਐਕਟਰ ਨੇ। ਡਾਇਰੈਕਟਰ ਜਿਹੜੇ ਨੇ ਰਾਕੇਸ਼ ਮਹਿਤਾ ਹੋਣੀ, ਹਾਲਾਂਕਿ ਉਹਨਾਂ ਦੀ ਦੂਸਰੀ ਫਿਲਮ ਹੈ, ਪਰ ਉਹ ਕਹਿੰਦੇ ਨਾ ਝੋਨੇ ਵਾਲੇ ਪਿੰਡ ਪਰਾਲੀਓਂ ਪਤਾ ਲੱਗ ਜਾਂਦੇ ਆ। ਸੋ ਉਹਨਾਂ ਦੀ ਪਹਿਲੀ ਫਿਲਮ ਵਾਪਸੀ 'ਚ ਹੀ ਉਹਨਾਂ ਨੇ ਆਪਣੇ ਆਪ ਨੂੰ ਸਾਬਿਤ ਕਰਤਾ ਸੀ, ਪ੍ਰੂਵ ਕਰਤਾ ਸੀ ਕਿ ਉਹ ਪੰਜਾਬੀ ਸਿਨੇਮਾ ਦੇ ਇੱਕ ਬੜੇ ਵਧੀਆ ਪ੍ਰੋਮਿਸਿੰਗ ਡਾਇਰੈਕਟਰ ਨੇ, ਆਉਣ ਵਾਲੇ ਸਮੇਂ 'ਚ ਬੜੀਆਂ ਸੋਹਣੀਆਂ ਫਿਲਮਾਂ ਬਣਾਉਣਗੇ। ਆਹ ਫਿਲਮ ਵੀ ਮੈਨੂੰ ਲੱਗਦਾ ਬਹੁਤ ਸੋਹਣੀ ਬਣਾਈ ਹੋਊਗੀ, ਜੋ ਮੈਂ ਟ੍ਰੇਲਰ ਦੇਖਿਆ, ਜਿਹੜੇ ਮੈਂ ਗਾਣੇ ਦੇਖੇ ਨੇ ਯੂਟਿਊਬ 'ਤੇ। ਸੋ ਸਾਰੇ ਬੜੇ ਕਮਾਲ ਦੇ ਨੇ, ਸੋ ਮੈਨੂੰ ਲੱਗਦਾ ਸੋਹਣੀ ਫਿਲਮ ਹੋਊਗੀ। ਅੱਛਾ, ਕਨਸੈਪਟ ਦੀ ਗੱਲ ਕਰੀਏ, ਬਹੁਤ ਹੀ ਯੂਨੀਕ ਕਨਸੈਪਟ ਲੈ ਕੇ ਆਇਆ, ਇਸ ਕਨਸੈਪਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ, ਕਿਉਂਕਿ ਅਲੱਗ ਅਲੱਗ ਰੰਗਾਂ ਦੀਆਂ ਜਿਹੜੀਆਂ ਫਿਲਮਾਂ ਪੰਜਾਬੀ 'ਚ ਬਣਨੀਆਂ ਚਾਹੀਦੀਆਂ। ਸੋ ਡੈਫੀਨੇਟਲੀ ਇਹ ਇੱਕ ਜਿਹੜਾ ਨਵਾਂ ਰੰਗ ਹੈ ਪੰਜਾਬੀ ਸਿਨੇਮਾ ਦਾ, ਹਾਲਾਂਕਿ ਗੈਂਗਸਟਰ ਡਰਾਮਾ ਇਹਨਾਂ ਸਾਰੀਆਂ ਦੇ ਉੱਤੇ ਫਿਲਮਾਂ ਬਣੀਆਂ ਨੇ, ਪਰ ਇਹ ਜਿਹੜਾ ਰੰਗ ਹੈ ਇਹ ਅਲੱਗ ਹੀ ਹੋਊਗਾ ਮੈਨੂੰ ਲੱਗਦਾ। ਤਾਂ ਜੀ, ਰੰਗ ਪੰਜਾਬ ਮੂਵੀ ਆਪਾਂ ਦੇਖ ਰਹੇ ਸੀਗੇ ਅਤੇ ਇੰਟਰਵਲ ਹੋ ਚੁੱਕਿਆ, ਹੁਣ ਸਾਡੇ ਨਾਲ ਜੁੜ ਚੁੱਕੇ ਨੇ ਨਿੰਜਾ ਬਾਜੀ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ ਭਾਅ ਜੀ, ਤੁਸੀਂ ਸੁਣਾਓ ਕਿੱਦਾਂ? ਅਤੇ ਹੁਣ ਤੱਕ ਦੀ ਤੁਸੀਂ ਮੂਵੀ ਦੇਖੀ ਹੈ, ਕਿੱਦਾਂ ਦਾ ਲੱਗਿਆ ਤੁਹਾਨੂੰ? ਮੂਵੀ ਬਹੁਤ ਵਧੀਆ ਭਾਅ ਜੀ, ਕਿਉਂਕਿ ਮੈਂ ਅਸੀਂ ਦੀਪ ਸਿੱਧੂ ਵੀਰੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਆ, ਅਤੇ ਉਹਨਾਂ ਦਾ ਕੀਤਾ ਕੰਮ ਔਰ ਜੋ ਸੋਚ ਲੈ ਕੇ ਉਹਨਾਂ ਨੇ ਇਸ ਥੀਏਟਰ ਮਤਲਬ ਸਿਨੇਮਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਬਹੁਤ ਵਧੀਆ ਅਤੇ ਸਾਰਿਆਂ ਨੂੰ ਪਸੰਦ ਆਊਗੀ ਮੂਵੀ ਅੱਜ। ਅੱਛਾ, ਤੁਸੀਂ ਦੇਖਿਆ ਹੋਣਾ ਅਪਾਰਟ ਫਰੋਮ ਕਾਮੇਡੀ ਇੱਕ ਬਹੁਤ ਹੀ ਯੂਨੀਕ ਕਨਸੈਪਟ ਲੈ ਕੇ ਆਏ ਨੇ, ਇਸ ਕਨਸੈਪਟ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਇਹ ਜਿਹੜਾ ਥੀਏਟਰ ਆ, ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਹੱਦ ਤੱਕ ਖੜਾ ਹੈ, ਕਿਉਂਕਿ ਇੱਕ ਵਿਜ਼ਨ ਆ, ਵਿਜ਼ਨ ਕਿਤੇ ਦਾ ਵੀ ਹੋ ਸਕਦਾ, ਅਤੇ ਉਹਨੂੰ ਆਪਾਂ ਕਿੱਦਾਂ ਲੈ ਕੇ ਆਉਂਦੇ ਹਾਂ, ਕਿੱਦਾਂ ਲੋਕਾਂ ਤੱਕ ਪਹੁੰਚਾਉਂਦੇ ਹਾਂ, ਉਹ ਸਭ ਤੋਂ ਜ਼ਿਆਦਾ ਮੈਟਰ ਕਰਦਾ, ਅਤੇ ਇਹ ਮਤਲਬ ਸਾਰਾ ਪੈਕੇਜ ਬਹੁਤ ਅੱਛਾ ਸੀਗਾ, ਅਤੇ ਬਾਕੀ ਮੈਨੂੰ ਉਮੀਦ ਆ ਵੀ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲੂਗਾ। ਅਤੇ ਦੀਪ ਸਿੱਧੂ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦੀ ਐਕਟਿੰਗ ਹੁਣ ਤੱਕ ਦੀ ਤੁਸੀਂ ਦੇਖੀ ਹੈ, ਬਹੁਤ ਹੀ ਇੱਕ ਮਤਲਬ ਜਿਹਨੂੰ ਕਹਿੰਦੇ ਨੇ ਤਗੜੇ ਸਵੈਗੀ ਅਵਤਾਰ ਦੇ ਵਿੱਚ ਆਏ ਨੇ, ਨਾਲ ਹੀ ਆ ਗਏ ਨੇ ਦੀਪ ਸਿੱਧੂ ਭਾਜੀ ਵੀਰਾ, ਆਏ ਵੀ ਗਏ ਨੇ, ਅਤੇ ਗੱਲ ਚੱਲਦੀ ਸੀ ਵੀਰੇ ਦੀ ਐਕਟਿੰਗ ਦੀ, ਅਤੇ ਮੈਂ ਮਾੜਾ ਜਿਹਾ ਇਹਨੂੰ ਘੁੰਮ ਜਾਓ। ਬਿਲਕੁਲ, ਆਈ ਜੀ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਤੇ ਰੀਨਾ ਜੀ ਵੀ ਸਾਡੇ ਨਾਲ, ਇਹਨਾਂ ਦਾ ਤਾਂ ਮਤਲਬ ਬਿਲਕੁਲ ਹੀ ਵੱਖਰਾ ਕਿਰਦਾਰ ਸਾਨੂੰ ਦੇਖਣ ਨੂੰ ਮਿਲਿਆ। ਬਹੁਤ ਵਧੀਆ ਲੱਗਿਆ, I'm enjoying the film. ਹਾਂਜੀ ਹਾਂਜੀ, ਹਲੇ ਤੰਗ ਕਰੂੰਗੇ, ਹੋਰ ਕੀ ਤੰਗ ਕਰੂੰਗੇ। ਅੱਛਾ, ਹੁਣ ਇੰਟਰਵਲ ਹੋ ਚੁੱਕਿਆ, ਉਹ ਜਪਜੀ ਮੈਮ ਵੀ ਸਾਡੇ ਨਾਲ ਨੇ, ਮੈਮ ਆਪਾਂ ਐਕਸਾਈਟਮੈਂਟ ਦੇਖ ਰਹੇ, ਸਾਰੇ ਬਹੁਤ ਹੀ ਜ਼ਿਆਦਾ ਐਕਸਾਈਟਡ ਨੇ। ਜਪਜੀ ਮੈਮ ਤੁਹਾਡੇ ਤੋਂ ਪੁੱਛਦੇ ਹਾਂ, ਹੁਣ ਤੱਕ ਦਾ ਕਿੱਦਾਂ ਦਾ ਰਿਹਾ ਤੁਹਾਨੂੰ? ਮੈਂ ਥੋੜ੍ਹੀ ਲੇਟ ਹੋ ਗਈ ਸੀ, ਮੈਂ ਕਹਿ ਰਹੀ ਸੀ, ਮੈਂ ਉਹਦੇ ਲਈ ਮਾਫੀ ਚਾਹੁੰਦੀ ਹਾਂ, ਬਟ ਜਿੰਨਾ ਵੀ ਮੈਂ ਦੇਖਿਆ, ਮੈਨੂੰ ਦੀਪ ਸਿੱਧੂ ਜੀ ਦਾ ਕੰਮ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਲੱਗਾ, ਐਂਡ ਆਮ ਵੇਟਿੰਗ ਕਿ ਕਦੋਂ ਓਵਰ ਹੋਵੇ ਇੰਟਰਵਲ ਵਾਲਾ ਜਿਹੜਾ ਪੀਰੀਅਡ, ਅਤੇ ਅਸੀਂ ਦੁਬਾਰਾ ਫਿਲਮ ਸ਼ੁਰੂ ਹੋਵੇ ਅਤੇ ਦੇਖੀਏ। ਵੈਰੀ ਐਂਟਰਟੇਨਿੰਗ, ਆਈ ਲਵ ਇਟ, ਆਈ ਲਵ ਹਿਸ ਕੈਰੈਕਟਰ, ਹੀ ਇਜ਼ ਡਨ ਅ ਗ੍ਰੇਟ ਜੋਬ, ਇਜ਼ ਅ ਗ੍ਰੇਟ ਐਕਟਰ। ਉੱਦਾਂ ਨਹੀਂ ਕਹੀ ਜਾਂਦੇ ਸੀ, ਉਹਨਾਂ ਨੂੰ ਲੱਗ ਰਿਹਾ ਕਿ ਮਜ਼ਾਕ ਕਰ ਰਹੇ, ਨਹੀਂ ਕਰ ਰਹੇ, ਤੁਸੀਂ ਖੁਦ ਆ ਕੇ ਦੇਖੋ ਸਿਨੇਮਾ ਹਾਲ 'ਚ, ਤਾਂ ਤੁਹਾਨੂੰ ਪਤਾ ਲੱਗੇਗਾ ਮੈਂ ਝੂਠ ਨਹੀਂ ਬੋਲ ਰਹੀ। ਅਤੇ ਬੰਨੀ ਭਾਅ ਜੀ, ਆਪਾਂ ਤੁਹਾਨੂੰ ਕਿਵੇਂ ਭੁੱਲ ਸਕਦੇ, ਤੁਸੀਂ ਤਾਂ ਆਪਣੇ ਅਫਸਰ ਤੋਂ ਹੀ ਬੜੇ ਦੁਖੀ ਹੋ, ਕੀ ਗੱਲ, ਇਹਨਾਂ ਨਾਲ ਨਹੀਂ ਲੱਗਣਾ ਚਾਹੀਦਾ ਹੈ? ਨਹੀਂ, ਬਹੁਤ ਵਧੀਆ, ਅੱਗੇ ਆ ਜਾਓ ਮਾੜਾ ਜਿਹਾ। ਹਾਂਜੀ, ਕੀ ਗੱਲ, ਆਪਣੇ ਅਫਸਰ ਤੋਂ ਬੜੇ ਦੁਖੀ ਲੱਗ ਰਹੇ? ਨਹੀਂ ਨਹੀਂ ਨਹੀਂ, ਹੁਣ ਅਫਸਰ ਤੋਂ ਮੋਟੀਵੇਸ਼ਨ ਲੈ ਕੇ ਮੈਂ ਚੇਂਜ ਹੋਊਂਗਾ, ਤੁਸੀਂ ਦੇਖਿਓ। ਬਿਲਕੁਲ, ਇੰਟਰਵਲ ਤੋਂ ਬਾਅਦ ਚੇਂਜ ਹੋਣ ਵਾਲੇ। ਹਾਂਜੀ ਸਰ, ਧੀਰਜ ਜੀ ਕੀ ਹਾਲ ਚਾਲ? ਬਿਲਕੁਲ ਵਧੀਆ ਜੀ, ਤੁਸੀਂ ਤਾਂ ਬਹੁਤ ਹੀ ਜ਼ਿਆਦਾ ਇਨੋਸੈਂਟ ਲੱਗ ਰਹੇ ਹੋ, ਇੱਥੇ ਤਾਂ ਮਤਲਬ ਹੁਣ ਅੱਗੇ ਤੁਹਾਡਾ ਕੀ ਰੋਲ ਹੋਣਾ? ਅੱਗੇ ਬਸ ਦੇਖਦੇ ਜਾਓ, ਅੱਗੇ ਬਹੁਤ ਕੁਛ ਆ ਜੀ, ਬਸ ਬਹੁਤ ਹੀ ਮਤਲਬ ਜਿਹਨੂੰ ਕਹਿੰਦੇ ਨਾ ਇੱਕ ਟੱਚੀ ਜਿਹਾ ਰੋਲ ਤੁਸੀਂ ਨਿਭਾ ਰਹੇ ਹੋ, ਔਰ ਲੋਕ ਕਾਫ਼ੀ ਇਮੋਸ਼ਨਲ ਵੀ ਹੁੰਦੇ ਉਸ ਚੀਜ਼ ਨੂੰ ਦੇਖ ਕੇ। ਹਾਂਜੀ, ਬਾ ਜਿੱਦਾਂ ਦਾ ਰੋਲ ਮਿਲਦਾ ਮੈਨੂੰ ਵਧੀਆ ਲੱਗਦਾ, ਮੇਰੇ ਅਕੋਰਡਿੰਗ ਜਿੱਦਾਂ ਦੀ ਮੇਰੀ ਰੀਅਲ ਨੇਚਰ ਜੀ ਆ, ਉਹਨਾਂ ਦੇ ਅਕੋਰਡਿੰਗ ਮੈਨੂੰ ਪੱਕੇ ਅੱਗੇ ਅੱਗੇ ਬਹੁਤ ਖੁਸ਼ ਆ ਜੀ। ਅਤੇ ਜੀ, ਇਹ ਸੀਗੇ ਸਾਡੇ ਨਾਲ ਫਿਲਮ ਦੀ ਸਟਾਰਕਾਸਟ, ਅਤੇ ਮੇਰੇ ਨਾਲ ਨਿੰਜਾ ਬਾਈ ਵੀ ਸੀਗੇ, ਹੁਣ ਤੁਹਾਡੇ ਸਾਰਿਆਂ ਨੂੰ ਫਿਰ ਮਿਲਦਾ ਮੈਂ ਇੰਟਰਵਲ ਤੋਂ ਬਾਅਦ। ਭਾਅ ਜੀ, ਹੁਣ ਸਾਡੇ ਨਾਲ ਜੁੜ ਚੁੱਕੇ ਨੇ MLA ਸਾਹਿਬ ਦੇ ਵਿਗੜੇ ਹੋਏ ਮੁੰਡੇ। ਭਾਅ ਜੀ, ਕੀ ਹਾਲ ਚਾਲ ਹੈ? ਵਧੀਆ ਭਾਅ ਜੀ। ਹਾਂਜੀ, ਕਿੱਦਾਂ ਦਾ ਰਿਹਾ ਮਾਹੌਲ ਫਿਰ? ਮਾਹੌਲ ਭਾਅ ਜੀ ਬਹੁਤ ਵਧੀਆ ਰਿਹਾ ਮੂਵੀ ਦਾ। ਅੱਛਾ, ਜਦੋਂ ਮਤਲਬ ਇਹ ਰੋਲ ਅਸਾਈਨ ਹੋਏ ਸੀਗੇ, ਤੁਹਾਨੂੰ ਪਤਾ ਲੱਗਿਆ ਵੀ ਮੈਂ ਇਹ ਰੋਲ ਕਰਨਾ, ਤੁਹਾਡਾ ਰਿਐਕਸ਼ਨ ਕੀ ਸੀਗਾ? ਭਾਈ, ਪਹਿਲੀ ਗੱਲ ਤਾਂ ਮੈਂ ਮੰਨ ਹੀ ਨਹੀਂ ਰਿਹਾ ਸੀਗਾ, ਬਹੁਤ ਮੁਸ਼ਕਿਲ ਹੈ ਭਾਈ। ਮਹਿਤਾ ਸਾਹਿਬ ਨੇ ਮੈਨੂੰ ਅਪਰੋਚ ਕੀਤੀ ਕਿ ਜਸਟਿਨ ਦੇਵਕੀ ਕਰਾਉਣਾ ਰੋਲ ਹੈ। ਅੱਛਾ, ਫਿਰ ਮੈਂ ਫਿਰ ਕੀਤਾ ਜਾ ਕੇ ਡਿਸਾਈਡ ਕਿ ਕਰੂੰਗਾ। ਬਿਲਕੁਲ, ਅਤੇ ਜਦੋਂ ਤੁਸੀਂ ਦੇਖਿਆ ਨਾ, ਜਦ ਕੋਈ ਬੰਦਾ ਨੈਗੇਟਿਵ ਰੋਲ ਕਰਦਾ ਨਾ, ਕੋਈ ਇੱਦਾਂ ਦਾ ਰੋਲ ਕਰਦਾ, ਅਤੇ ਉਹਦੀ ਜਿਹੜੀ ਮਤਲਬ ਜਿਹੜੀ ਆਡੀਅੰਸ ਹੁੰਦੀ ਨਾ, ਉਹ ਕੁਛ ਥੋੜ੍ਹੀ ਪਰਸੈਂਟ ਆਡੀਅੰਸ ਜਿਹੜੀ ਆ, ਉਹਨੂੰ ਇਸ ਨਜ਼ਰ ਨਾਲ ਦੇਖਣ ਲੱਗ ਪੈਂਦੀ ਹੈ, ਅਤੇ ਤੁਸੀਂ ਆਪਣੀ ਆਡੀਅੰਸ ਲਈ
ਮੈਨੂੰ ਉਹਨਾਂ ਨੇ ਦੇਖ ਕੇ ਤਾਂ ਹੀ ਰੋਲ ਦਿੱਤਾ ਕਿ ਉਹਨਾਂ ਨੂੰ ਪਤਾ ਕਿ ਮੇਰਾ ਨੇਚਰ ਕਿੱਦਾਂ ਦਾ। ਦੇਖੋ ਜਿੱਦਾਂ ਇਹ ਸ਼ਰਮਾ ਰਿਹਾ ਮੈਨੂੰ ਨਹੀਂ ਲੱਗਦਾ, ਅਸਲੀ ਇਹ ਚਾਹੀਦਾ ਇਹ ਰੋਲ ਦੇ ਹਿਸਾਬ ਨਾਲ ਹੀ ਅੱਧਾ ਐਕਟਿੰਗ ਸੀਗੀ ਇਹਨਾਂ ਦੀ। ਅਤੇ ਭਾਅ ਜੀ ਕਿੱਦਾਂ ਦਾ ਰਿਹਾ ਤੁਹਾਡਾ ਓਵਰਆਲ ਐਕਸਪੀਰੀਅੰਸ? ਭਾਅ ਜੀ ਬਹੁਤ ਵਧੀਆ ਰਿਹਾ। ਹਾਂਜੀ, ਕਿਉਂਕਿ ਮੈਂ ਤਾਂ ਸਾਹਮਣੇ ਜਿਹੜੇ ਹਿਸਾਬ ਨਾਲ ਮੈਨੂੰ ਕਿਹਾ ਸੀ ਉਹੀ ਹਿਸਾਬ ਨਾਲ ਮੈਂ ਕੀਤਾ ਕੰਮ। ਬਿਲਕੁਲ। ਤੇ ਦੀਪ ਸਿੱਧੂ ਦੇ ਅਗੇਂਸਟ ਤੁਸੀਂ ਇੱਕ ਨੈਗੇਟਿਵ ਰੋਲ ਪਲੇ ਕੀਤਾ ਹੈ ਨਾ? ਫਸਟ ਟਾਈਮ ਕੀਤਾ। ਬਿਲਕੁਲ ਬਾਈ ਦੇ ਮਤਲਬ ਡੈਬਿਊ ਹੋ ਗਿਆ ਬਾਈ ਦਾ। ਜੀ ਜੀ, ਚਲੋ ਵਧੀਆ ਬਾਈ ਜੀ। ਹੁਣ ਆਪਾਂ ਇੰਟਰਵਲ ਹੋ ਚੁੱਕਿਆ ਸੀ ਤੇ ਮੈਂ ਕਿਹਾ ਬਾਈ ਨੂੰ ਮਿਲਦੇ ਆ, ਤੇ ਹੁਣ ਆਪਾਂ ਮਿਲਦੇ ਤੁਹਾਨੂੰ ਇੰਟਰਵਲ ਤੋਂ ਬਾਅਦ ਤੇ ਪੁੱਛਾਂਗੇ ਮੂਵੀ ਕਿੱਦਾਂ ਦੀ ਲੱਗੀ। ਕਿੱਦਾਂ ਦੀ ਲੱਗੀ ਸਰ ਮੂਵੀ? ਸਰ ਬਹੁਤ ਵਧੀਆ। ਹਾਂਜੀ ਬਾਈ, ਕਿੱਦਾਂ ਦੀ ਲੱਗੀ? ਪੰਜ ਵਿੱਚੋਂ ਕਿੰਨੇ ਸਟਾਰ ਦੋਗੇ? ਪੰਜ ਲੈ ਲਓ ਭਾਜੀ। ਕਿਵੇਂ ਦੀ ਲੱਗੀ ਬਾਈ? ਬਹੁਤ ਵਧੀਆ ਮੂਵੀ ਹੈ ਜੀ। ਮੂਵੀ ਆਫਸਮ। ਜੇ ਪੰਜ ਵਿੱਚੋਂ ਸਟਾਰ ਦੇਣੇ ਹੋਣਗੇ? 5। ਤੇ ਦੀਪ ਸਿੱਧੂ ਦੀ ਐਕਟਿੰਗ? ਉਹਦਾ ਮੈਂ ਫੈਨ ਹੈ ਜੀ। ਤੁਹਾਨੂੰ ਤੁਸੀਂ ਰੁਪਿੰਦਰ ਗਾਂਧੀ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੇ ਦੱਸਿਆ ਸੀ ਤੇ ਇਹ ਹੁਣ ਆ ਚੁੱਕੇ ਨੇ ਰੰਗ ਪੰਜਾਬ ਦੇਖਣ, ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿੱਦਾਂ ਦੀ ਲੱਗੀ ਮੂਵੀ? ਬਹੁਤ ਵਧੀਆ ਲੱਗੀ ਮੂਵੀ ਭਾਜੀ। ਤੇ ਓਵਰਆਲ ਕਨਸੈਪਟ ਕਿਵੇਂ ਦਾ ਲੱਗਿਆ? ਕਨਸੈਪਟ ਵਧੀਆ, ਡਿਫਰੈਂਟ ਜਾਨਰ ਐਕਸਪਲੋਰ ਕੀਤਾ ਦੀਪ ਬਾਈ ਹੁਣਾਂ ਨੇ, ਜਿਵੇਂ ਅੱਜ ਫਿਲਮਾਂ ਜੋ ਚੱਲ ਰਿਹਾ ਸੀ ਉਹ ਡਿਫਰੈਂਟ ਹੈ, ਤੇ ਮੈਨੂੰ ਲੱਗਦਾ ਕਿ ਜੋ ਉਹਨਾਂ ਨੇ ਕੀਤਾ ਉਹ 'ਚ ਬਹੁਤਾ ਕਾਮਯਾਬ ਰਿਹਾ। ਤੇ ਦੀਪ ਬਾਈ ਦੀ ਐਕਟਿੰਗ ਦੀ ਗੱਲ ਬਹੁਤ ਵਧੀਆ, ਵਾਚਿੰਗ ਕੇ ਇੰਪਰੂਵਮੈਂਟ ਬਹੁਤ ਵਧੀਆ ਉਹਨਾਂ ਦੀ। ਰਮਤਾ ਜੋਗੀ ਤੋਂ ਬਾਅਦ ਜੋਰਾਲਾ ਦਾ ਸਨਮਰੀਆ ਇੱਕ ਡਿਫਰੈਂਟ ਲੀਗ 'ਚ ਸੀ, ਅਤੇ ਉਸ ਤੋਂ ਬਾਅਦ ਮੈਂ ਕਿਹਾ 'ਚ ਇੱਕ ਡਿਫਰੈਂਟ ਸਿਨੇਮਾ ਅਤੇ ਇੱਕ ਡਿਫਰੈਂਟ ਉਹਨਾਂ ਦਾ ਇੱਕ ਜੋਨਰ ਐਕਟਿੰਗ ਐਕਸਪਲੋਰ ਕਰਨ ਮਿਲਿਆ। ਸੋ ਆਲ ਦਾ ਬੈਸਟ ਟੂ ਦੀਪ। ਪੰਜ ਵਿੱਚੋਂ ਸਟਾਰ ਦੇਣੇ ਹੋਣ? ਯਾਰ ਮੈਂ 5 to 5 ਹੀ ਦਊਂਗਾ। ਸੋ ਬਿਕੋਜ਼ ਜਿਵੇਂ ਦੀਪ ਪੈਸ਼ਨੇਟ ਆ ਫਿਲਮਾਂ ਬਾਰੇ ਜਾਂ ਮੈਂ ਜਾਣਦਾ, ਸੋ ਮੇਰੀ ਫੁੱਲ ਸਪੋਰਟ ਆ। ਇਹ ਨਹੀਂ ਕਹਿ ਰਿਹਾ ਕਿ ਮੈਨੂੰ ਫੁੱਲ ਸਪੋਰਟ ਆ, ਪਰ ਫਿਲਮ ਵੀ ਬਹੁਤ ਵਧੀਆ, ਫਿਲਮ ਉਸ ਲੈਵਲ ਦੀ ਹੈ ਕਿ ਆਪਾਂ ਇਹ 2018 ਦੀ ਵਧੀਆ ਫਿਲਮਾਂ 'ਚ ਗਿਣੀ ਜਾ ਸਕਦੀ ਹੈ। ਮੂਵੀ ਬਹੁਤ ਵਧੀਆ ਜੀ ਵੀਰੇ। ਦੀਪ ਸਿੱਧੂ ਭਾਅ ਜੀ ਦੀ ਐਕਟਿੰਗ ਮਤਲਬ ਕਹਿ ਦਈਏ ਨਾ ਟੌਪ ਤੋਂ ਵੀ ਉੱਤੇ ਹੈ, ਬਹੁਤ ਜ਼ਿਆਦਾ ਵਧੀਆ। ਅਤੇ ਕਰਤਾਰ ਚੀਮਾ ਦੀ ਗੱਲ ਕਰੀਏ, ਉਹਨਾਂ ਦੀ ਐਕਟਿੰਗ ਕਿਵੇਂ ਦੀ? ਉਹਨਾਂ ਦੀ ਮਤਲਬ ਹਰ ਇੱਕ ਫਿਲਮ 'ਚ ਵਧੀਆ ਹੁੰਦੀ ਹੈ ਜੀ, ਇਸ 'ਚ ਉਹਨਾਂ ਦੀ ਮਤਲਬ ਕਹਿਣਾ ਕੀ ਹੈ ਜੀ, ਬਹੁਤ ਵਧੀਆ ਐਕਟਰ ਨੇ। ਬਹੁਤ 5 ਵਿੱਚੋਂ ਸਟਾਰ ਦੇਣੇ ਹੋਣਗੇ ਕਿੰਨੇ ਸਟਾਰ? ਭਾਅ ਜੀ 5 to 10। ਕਿੱਦਾਂ ਨਹੀਂ ਲੱਗੀ ਸਰ? ਬਹੁਤ ਵਧੀਆ ਜੀ, ਬਹੁਤ। ਜੇ 5 ਵਿੱਚੋਂ ਸਟਾਰ ਦੇਣੇ ਹੋਣਗੇ ਕਿੰਨੇ ਸਟਾਰ? ਫੁੱਲ ਜੀ ਫੁੱਲ। ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ? ਸਾਰਿਆਂ ਦੀ ਤਕਰੀਬਨ ਕੋਈ ਬੰਦਾ ਇਹ ਜਿਹਾ ਐਕਟਰ ਜਿਹਦੀ ਐਕਟਿੰਗ ਵਧੀਆ ਨਾ ਹੋਵੇ। ਥੈਂਕ ਯੂ ਬਹੁਤ ਸਰ, ਬਹੁਤ ਵਧੀਆ ਕਨਸੈਪਟ ਹੈ ਅਤੇ ਇੱਦਾਂ ਦਾ ਸਿਨੇਮਾ ਗਰੋਥ ਕਰਨਾ ਚਾਹੀਦਾ, ਅਤੇ ਕਰਤਾਰ ਵੀਰ ਦਾ ਨੈਗੇਟਿਵ ਰੋਲ ਹਮੇਸ਼ਾ ਪਸੰਦ ਕਰੀਦਾ, ਅਤੇ ਦੀਪ ਸਿੱਧੂ ਵੀਰੇ ਨੇ ਬਹੁਤ ਵਧੀਆ ਸਾਰੇ ਸਮਾਜ ਵਾਸਤੇ ਕੀਤਾ, ਅਤੇ ਰਾਕੇਸ਼ ਮਹਿਤਾ ਸਰ ਦੀ ਡਾਇਰੈਕਸ਼ਨ ਬਹੁਤ ਵਧੀਆ, ਬੈਕਗਰਾਊਂਡ ਸਕੋਰ ਮਤਲਬ ਸਭ ਕੁਛ ਹੀ ਟੋਟਲ ਵਧੀਆ ਹੈ, ਅਤੇ ਇਹਨੂੰ 5 ਤਾਰੇ ਜ਼ਰੂਰ ਚਾਹੀਦੇ ਨੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਦੇਖਣ। ਕੀ ਕਹਿਣਾ ਚਾਹੋਗੇ ਪੰਜਾਬ ਦੇ ਇਸ ਰੰਗ ਬਾਰੇ? ਮੈਨੂੰ ਮੂਵੀ ਬਹੁਤ ਚੰਗੀ ਲੱਗੀ, ਕਨਸੈਪਟ ਬੇਸਿਕਲੀ ਬਹੁਤ ਵਧੀਆ ਸੀਗਾ। ਜਿਸ ਤਰ੍ਹਾਂ ਉਹ ਕਹਿੰਦੇ ਨੇ ਜਦ ਤੱਕ ਖੁਦ ਦੀ ਉਂਗਲ ਨਾ ਕੱਟੇ ਤੱਕ ਤਾਂ ਦੂਜੇ ਨੂੰ ਅਹਿਸਾਸ ਨਹੀਂ ਹੁੰਦਾ, ਰਾਈਟ? ਤੋ ਜਬ ਤੱਕ ਖੁਦ ਪੇ ਨਹੀਂ ਆਤੀ ਤਬ ਤੱਕ ਬੰਦਾ ਐਕਸ਼ਨ ਨਹੀਂ ਲੇਤਾ। ਤੋ ਇਹ ਬੇਸਿਕਲੀ ਰਿਐਲਿਟੀ ਲੋਕੋ ਕੋ ਦਿਖਾਨੀ ਬਹੁਤ ਜ਼ਰੂਰੀ ਹੈ। ਆਈ ਥਿੰਕ ਗਵਰਨਮੈਂਟ ਕੇ ਲਈ ਬਹੁਤ ਜ਼ਿਆਦਾ ਪਬਲਾਈਜ਼ਡ ਹੋਣੀ ਚਾਹੀਏ ਮੂਵੀ, ਬਿਕੋਜ਼ ਦੇ ਆਰ ਡੂਇੰਗ ਰੋਂਗ। ਤੋ ਵੋ ਸ਼ਾਇਦ ਇਸਸੇ ਡਰ ਸਕਤੇ ਜੋ ਇਸ ਚੀਜ਼ ਕੋ ਆਗੇ ਬੜਾਵਾ ਦੇ ਰਹੇ ਹੈ, ਯੇ ਉਨਕੇ ਲਈ ਮੂਵੀ ਹੈ ਕਿ ਵੋ ਇਹ ਮੂਵੀ ਕੋ ਜ਼ਰੂਰ ਦੇਖੇ ਔਰ ਡਰੇ ਕਿ ਜਬ ਖੁਦ ਕੇ ਘਰ ਮੇ ਆਗ ਲੱਗਤੀ ਹੈ ਤੋ ਸੇਕਨੇ ਕਾ ਮਜ਼ਾ ਹੀ ਕੁਛ ਔਰ ਹੋਤਾ ਹੈ। ਤੋ ਜਸਟ ਸਟੌਪ ਦਿਸ ਆਲ, ਮੈਂ ਇਸ ਮੂਵੀ ਕੋ 5 out of 5 ਦੂੰਗੀ ਐਂਡ ਆਈ ਥਿੰਕ ਇਹ ਜ਼ਰੂਰ ਦੇਖਣੀ ਚਾਹੀਏ। ਅੱਜ ਕੱਲ੍ਹ ਹਰ ਮੂਵੀਜ਼ ਰਿਐਲਿਟੀ ਬੇਸਡ ਹੋਣੀ ਚਾਹੀਏ, ਤਵੀ ਦੇਖਣੇ ਕਾ ਮਜ਼ਾ ਆਦਾ, ਅਦਰਵਾਈਜ਼ ਵੋ ਰੋਮਾਂਸ ਹਰ ਕੋਈ ਰਾਈਟ ਇਟਸ ਅ ਪਾਰਟ, ਬਟ ਆਈ ਥਿੰਕ ਇਹ ਮੂਵੀਜ਼ ਹਰ ਬੱਚੇ ਕੋ ਔਰ ਹਰ ਕਿਸੀ ਕੋ ਦੇਖਣੀ ਚਾਹੀਏ। ਤਾਂ ਜੀ ਫਿਲਮ ਖਤਮ ਹੋ ਚੁੱਕੀ ਹੈ ਅਤੇ ਆਈ ਜੀ ਸਾਹਿਬ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿਉਂਕਿ ਫਾਈਨਲੀ ਜਿਹੜਾ ਉਹਨਾਂ ਨੇ ਟਾਰਗੇਟ ਅਚੀਵ ਕਰਨਾ ਸੀ ਉਹ ਕਰ ਲਿਆ। ਹਾਂਜੀ ਆਈ ਜੀ ਸਾਹਿਬ ਕਿਵੇਂ ਦਾ ਲੱਗ ਰਿਹਾ? ਬਹੁਤ ਸੋਹਣਾ, ਬਹੁਤ ਚੰਗਾ, ਇੱਕ ਅੱਛੀ ਫਿਲਮ, ਅੱਛੀ ਨਹੀਂ ਬਹੁਤ ਖੂਬਸੂਰਤ ਫਿਲਮ ਬਣੀ ਹੈ। ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਚੰਗੀਆਂ ਫਿਲਮਾਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਮੈਨੂੰ ਸੈਟਿਸਫੈਕਸ਼ਨ ਮਿਲੀ ਆ, ਉਹਨਾਂ 'ਚ ਇੱਕ ਹੋਰ ਕੜੀ ਜੁੜੀ ਆ, ਉਸ ਲੜੀ ਦੇ ਵਿੱਚ ਇੱਕ ਹੋਰ ਮੋਤੀ ਪਰੋਇਆ ਗਿਆ, ਰੰਗ ਪੰਜਾਬ। ਬਹੁਤ ਸੋਹਣੀ ਮੂਵੀ ਹੈ, ਦੀਪ ਸਿੱਧੂ ਨਿਖਰ ਕੇ ਕੈਰੈਕਟਰ ਔਰ ਸਟੋਰੀ ਕਿਤੇ ਟੁੱਟਦੀ ਨਹੀਂ, ਬਹੁਤ ਨਿਖਰਵਾਂ ਇੱਕ ਕਿਰਦਾਰ ਨਿਭਾਇਆ ਦੀਪ ਸਿੱਧੂ ਹੋਰਾਂ ਨੇ ਔਰ ਸਮੁੱਚੀ ਟੀਮ ਨੇ। ਕੋਈ ਵੀ ਮੈਨੂੰ ਤਾਂ ਇੱਦਾਂ ਫਾਲਤੂ ਦਾ ਕਰੈਕਟਰ ਵੀ ਨਹੀਂ ਲੱਗਿਆ, ਕਿਸੇ ਦੀ ਐਕਟਿੰਗ ਵੀ ਨਹੀਂ ਮਾੜੀ ਲੱਗੀ, ਕੋਈ ਫਰੇਮ ਨਹੀਂ ਮਾੜਾ ਲੱਗਿਆ, ਕੋਈ ਸੀਨ ਫਾਲਤੂ ਨਹੀਂ ਲੱਗਿਆ, ਕੋਈ ਕਾਮੇਡੀ ਫਾਲਤੂ ਨਹੀਂ ਹੈ, ਕਿਤੇ ਸਮਾਈਲ ਵੀ ਫਾਲਤੂ ਨਹੀਂ ਹੈ, ਐਕਸ਼ਨ ਵੀ ਫਾਲਤੂ ਨਹੀਂ ਹੈ, ਇਸੇ ਨੂੰ ਸਿਨੇਮਾ ਕਰ। ਜੇ ਇੱਕ ਟੱਚ ਦੀ ਗੱਲ ਕਰੀਏ ਤਾਂ ਤੁਸੀਂ ਦੇਖਿਆ ਹੋਣਾ ਫਿਲਮ ਦੇ ਵਿੱਚ ਹਰ ਤਰ੍ਹਾਂ ਦਾ ਟੱਚ ਦਿੱਤਾ, ਜਿਵੇਂ ਇਮੋਸ਼ਨਲ ਸੀਨ ਵੇਲੇ ਇਮੋਸ਼ਨਲ ਟੱਚ ਦਿੱਤਾ ਹੋਇਆ ਅਤੇ ਕਾਮੇਡੀ ਵੀ ਵਿੱਚ ਦਿੱਤੀ ਹੋਈ ਹੈ, ਤਾਂ ਮਤਲਬ ਆਡੀਅੰਸ ਨੂੰ ਪੂਰਾ ਬੰਨ੍ਹ ਕੇ ਰੱਖਿਆ ਹੋਇਆ ਸੀਗਾ। ਅਤੇ ਇਸ ਵਾਸਤੇ ਤੁਸੀਂ ਰਾਕੇਸ਼ ਮਹਿਤਾ ਜੀ ਨੂੰ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮੁਬਾਰਕਾਂ ਅਤੇ ਰਾਕੇਸ਼ ਮਹਿਤਾ ਜੀ ਨੂੰ ਇਹ ਸੁਨੇਹਾ ਪਹੁੰਚਾ ਦਿਓ। ਬਿਲਕੁਲ ਬਿਲਕੁਲ, ਮੈਨੂੰ ਜ਼ਰੂਰ ਆਪਦੀਆਂ ਫਿਲਮਾਂ 'ਚ ਲੈ ਲਿਆ ਕਰ। ਅਤੇ ਹੁਣ ਤੁਹਾਡੀ ਗੱਲ ਕਰਦੇ ਹਾਂ, ਤੁਸੀਂ ਆਪਾਂ ਦੇਖਿਆ ਹਰ ਫਿਲਮ ਦੇ ਵਿੱਚ ਇੱਕ ਯੂਨੀਕ ਰੋਲ, ਇੱਕ ਯੂਨੀਕ ਐਕਟਿੰਗ, ਜਿਵੇਂ ਮਰ ਗਏ ਹੋਏ ਲੋਕਾਂ ਆਪਾਂ ਦੇਖੀ ਉਹਦੇ ਵਿੱਚ ਵੀ ਇੱਕ ਯੂਨੀਕ ਰੋਲ ਤੁਸੀਂ ਅਦਾ ਕੀਤਾ। ਇੱਥੇ ਤੁਸੀਂ ਇੱਕ
ਐਕਟਿੰਗ ਕਰਦੇ ਰਹਾਂਗੇ, ਫਿਲਮਾਂ ਕਰਦੇ ਰਹਾਂਗੇ, ਹੋਰ ਆਪਾਂ ਕਰਨਾ ਕੀ ਹੈ, ਇਹੀ ਕੰਮ ਆਉਂਦਾ ਹੁਣ। ਅੱਛਾ, ਇੱਕ ਹੁੰਦਾ ਫਿਲਮ ਦੇ ਵਿੱਚ ਇੱਕ ਐਕਟਿੰਗ ਕਰਨਾ, ਹੈ ਨਾ, ਫਿਲਮ ਦੇ ਵਿੱਚ ਜਦੋਂ ਤੁਸੀਂ ਐਕਟਿੰਗ ਕਰ ਰਹੇ ਹੋ ਤੁਹਾਨੂੰ ਸਟੋਰੀ ਪਤਾ ਹੁੰਦੀ ਹੈ ਵੀ ਕੀ ਹੈ ਕੀ ਨਹੀਂ, ਕੀ ਮੈਂ ਰੋਲ ਬੋਲਣਾ, ਕੀ ਮੈਂ ਡਾਇਲੋਗਸ ਬੋਲਣਾ। ਇੱਕ ਹੁੰਦਾ ਫਿਲਮ ਦੀ ਸਕਰੀਨਿੰਗ ਦੇਖਣੀ, ਜਦੋਂ ਤੁਸੀਂ ਇੱਕ ਪ੍ਰੀਮੀਅਰ ਹੁੰਦਾ ਉੱਥੇ ਬੈਠ ਕੇ ਇੱਕ ਆਡੀਅੰਸ ਦੇ ਨਾਲ ਦੇਖਣਾ ਹੋ, ਜਿਹਦੇ ਵਿੱਚ ਤੁਸੀਂ ਲੋਕਾਂ ਦੀ ਐਕਸਾਈਟਮੈਂਟ, ਆਪ ਦੀ ਐਕਸਾਈਟਮੈਂਟ, ਸਾਰਿਆਂ ਨੂੰ ਓਬਜ਼ਰਵ ਕਰਦੇ ਹੋ, ਅਤੇ ਫਿਲਮ ਤੋਂ ਅੱਡ ਜਦੋਂ ਸ਼ੂਟ ਤੋਂ ਅੱਡ ਇੱਥੇ ਬਹਿ ਕੇ ਅੱਜ ਤੁਹਾਨੂੰ ਕੀ ਮਾਹੌਲ ਲੱਗਿਆ ਜਦੋਂ ਤੁਸੀਂ ਓਬਜ਼ਰਵ ਕੀਤਾ? ਯੈਸ, ਮੈਨੂੰ ਬਹੁਤ ਖੂਬਸੂਰਤ ਲੱਗਿਆ। ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਫਿਲਮ ਇੱਥੇ ਹੀ ਦੇਖੀ ਹੈ, ਜਨਰਲੀ ਮੈਂ ਫਿਲਮ ਦੇਖ ਲੈਂਦਾ ਡਬਿੰਗ 'ਤੇ ਕਾਫੀ ਟਾਈਮ ਹੁੰਦਾ, ਜਾਂ ਸਟੋਰੀ ਪਹਿਲਾਂ ਪਤਾ ਹੁੰਦੀ, ਇਹਦੀ ਸਟੋਰੀ ਵੀ ਨਹੀਂ ਸੀ ਪਤਾ ਮੈਨੂੰ, ਇਹਦੀ ਸ਼ੂਟਿੰਗ 'ਤੇ ਵੀ ਮੈਂ ਬਹੁਤਾ ਟਾਈਮ ਨਹੀਂ ਦੇ ਸਕਿਆ, ਸਿਰਫ ਆਪ ਦੇ ਹੀ ਸੀਨਸ ਕਰਨ ਜਾਂਦਾ ਸੀ, ਮੈਂ ਬਿਜ਼ੀ ਸੀ ਉਦੋਂ। ਫਿਰ ਮੈਂ ਬਾਅਦ 'ਚੋਂ ਡਬਿੰਗ 'ਤੇ ਵੀ ਸਿਰਫ ਆਪ ਦੇ ਹੀ ਸੀਨਸ ਡੱਬ ਕੀਤੇ ਅਤੇ ਮੈਂ ਆ ਗਿਆ, ਪਰ ਅੱਜ ਦੇਖ ਕੇ ਫਿਲਮ ਇਉਂ ਲੱਗਿਆ ਕਿ ਹਾਂ ਮੈਂ ਇੱਕ ਬਹੁਤ ਖੂਬਸੂਰਤ ਫਿਲਮ ਦੇਖ ਰਿਹਾ, ਬਹੁਤ ਖੂਬਸੂਰਤ ਫਿਲਮ ਹੈ। ਮੈਂ ਹਿੱਸਾ ਹਾਂ ਇਸ ਫਿਲਮ ਦਾ, ਉਹ ਵੱਖਰੀ ਗੱਲ ਹੈ, ਪਰ ਇੱਕ ਖੂਬਸੂਰਤ ਫਿਲਮ ਹੈ, ਔਰ ਜਿਹੜਾ ਨਹੀਂ ਦੇਖੂਗਾ ਉਹ ਇੱਕ ਅੱਛੀ ਚੀਜ਼ ਮਿਸ ਕਰੂਗਾ, ਸਿਨੇਮਾ ਦਾ ਇੱਕ ਅੱਛਾ ਅੰਗ ਮਿਸ ਕਰੂਗਾ। ਇੱਕ ਛੋਟੀ ਜਿਹੀ ਚੀਜ਼ ਤਾਂ ਉਹ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਦੇਖ ਰਹੇ ਹੋ ਪੰਜਾਬੀ ਇੰਡਸਟਰੀ ਹੁਣ ਪਹਿਲਾਂ ਸਿਰਫ ਕਾਮੇਡੀ 'ਤੇ ਫੋਕਸ ਕਰ ਰਹੀ ਸੀ, ਬਟ ਹੁਣ ਕਾਮੇਡੀ ਦੇ ਨਾਲ ਨਾਲ ਐਕਸ਼ਨ ਮੂਵੀਜ਼ ਔਰ ਕਈ ਮੀਨਿੰਗਫੁਲ ਮੂਵੀਜ਼ ਵੀ ਨਾਲ ਆ ਰਹੀਆਂ ਨੇ, ਅਤੇ ਜਿਵੇਂ ਕਿ ਇਹ ਗਰੋਥ ਹੈ, ਇਸ ਗਰੋਥ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਸਿਨੇਮਾ ਗਰੋ ਕਰ ਰਿਹਾ ਹੈ, ਪਰ ਕਾਮੇਡੀ ਵਿੱਚ ਦੇਖੋ ਕਾਮੇਡੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਹਾਂਜੀ, ਐਕਸ਼ਨ ਵੀ ਸਾਡੀ ਸਿਨੇਮਾ ਦਾ ਹਿੱਸਾ, ਸਟੋਰੀ ਸਾਡੇ ਸਿਨੇਮਾ ਦਾ ਹਿੱਸਾ, ਮੁਗਲੇ ਆਜ਼ਮ ਵੀ ਇੱਥੇ ਬਣੀ ਆ, ਸ਼ੋਲੇ ਵੀ ਇੱਥੇ ਬਣੀ ਆ, ਪ੍ਰਤਿਗਿਆ ਵੀ ਇੱਥੇ ਬਣੀ ਆ, ਘਾਇਲ ਵੀ ਇੱਥੇ ਬਣੀ ਆ, ਅਤੇ ਥ੍ਰੀ ਇਡੀਅਟਸ ਵੀ ਇੱਥੇ ਬਣੀ ਆ, ਤੋ ਰੰਗ ਪੰਜਾਬ ਵੀ ਇੱਥੇ ਬਣੀ। ਬਿਲਕੁਲ, ਮਤਲਬ ਮੈਂ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਹਸਤਾਕਸ਼ਰ ਕਹਿਣਾ ਕਿ ਇਹ ਫਿਲਮ ਸਾਬਤ ਹੋਣੀ ਚਾਹੀਦੀ ਹੈ, ਇਹਨਾਂ ਲੋਕਾਂ ਵੱਲੋਂ ਇਸ ਫਿਲਮ ਨੂੰ ਪਿਆਰ ਮਿਲਣਾ ਚਾਹੀਦਾ, ਜਿੰਨੀ ਸੋਹਣੀ ਬਣੀ ਹੈ, ਫਰੇਮਸ, ਕੰਟੀਨਿਊਟੀ, ਅੱਛੇ ਡਾਇਲੋਗਸ, ਸਕਰੀਨ ਪਲੇ, ਸਕੋਰ, ਬੈਕਗਰਾਊਂਡ ਮਿਊਜ਼ਿਕ, ਗਾਣੇ, ਇਵਨ ਜਿਹੜਾ ਸਾਈ ਨੇ ਉਹ ਗਾਣਾ ਗਾਇਆ, ਕਿਆ ਕਮਾਲ ਹੈ ਟਾਈਟਲ ਸੌਂਗ, ਜਿਹੜਾ ਬੜਾ ਸੋਹਣਾ ਹੈ, ਇੱਕ ਪਹਿਲਾਂ ਜਿਹੜਾ ਇਹਨਾਂ ਦਾ ਰੋਮੈਂਟਿਕ ਸੌਂਗ ਹੈ ਫਿਲਮ ਦਾ, ਪਹਿਲਾ ਹੀ ਗਾਣਾ ਦੀਪ ਸਿੱਧੂ ਹੋਣਾ ਦਾ ਲੇਖ 'ਤੇ ਗਾਉਂਦੇ ਨੇ, ਉਹ ਬੜਾ ਸੋਹਣਾ ਗਾਣਾ ਹੈ, ਬੜੀ ਕੈਚੀ ਜੀ ਟਿਊਨ ਹੈ। ਹਾਂਜੀ, ਸੋ ਲੈਟ ਅਸ ਸੀ। ਬਿਲਕੁਲ, ਅਤੇ ਜਾਣ ਵੇਲੇ ਤੁਸੀਂ ਆਪਣੀ ਆਡੀਅੰਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਪੰਜਾਬੀ ਸਿਨੇਮਾ ਦੇਖਿਆ ਕਰੋ ਯਾਰ, ਬਸ ਪੰਜਾਬੀ ਸਿਨੇਮੇ ਨਾਲ ਜੁੜੇ ਰਹੋ, ਬੜੀ ਚੰਗੀ ਬੋਲੀ ਹੈ, ਬੜਾ ਚੰਗਾ ਲੈਸ ਹੈ, ਇਸ ਦੀ ਖੂਬਸੂਰਤੀ ਦਾ ਆਨੰਦ ਲਓ, ਬਸ ਜਿੱਥੇ ਰਹੋ ਜਿਉਂਦੇ ਵੱਸਦੇ ਰਹੋ, ਜਿਹੜਾ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਉਹਨੂੰ ਇੰਨਾ ਜ਼ਰੂਰ ਯਾਦ ਰੱਖਿਓ ਅਤੇ ਯਾਦ ਕਰਵਾ ਦਿਓ ਕਿ ਉਹਦੀਆਂ ਜੜ੍ਹਾਂ ਇਸੇ ਪੰਜਾਬ 'ਚ ਨੇ। ਹਾਂਜੀ, ਤਾਂ ਜੀ, ਰੰਗ ਪੰਜਾਬ ਖਤਮ ਹੋ ਚੁੱਕਿਆ, ਰਿਵਿਊ ਆਪਾਂ ਲੈਣ ਆਇਆ, ਪਰ ਫਿਲਮ ਦੀ ਕਾਸਟ ਕੋਲੋਂ ਹੀ ਪੁੱਛ ਲੈਂਦੇ ਹਾਂ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ। ਹਾਂਜੀ ਮੈਮ, ਕਿੱਦਾਂ ਦੀ ਲੱਗੀ ਫਿਲਮ? ਬਹੁਤ ਵਧੀਆ ਮੂਵੀ ਲੱਗੀ ਸਾਨੂੰ, ਮੈਨੂੰ ਤਾਂ ਓਬਵੀਅਸਲੀ ਵਧੀਆ ਹੀ ਲੱਗਣੀ ਕਿਉਂਕਿ ਸਾਡੀ ਮੂਵੀ ਹੈ, ਸਾਨੂੰ ਤਾਂ ਓਬਵੀਅਸਲੀ ਵਧੀਆ ਲੱਗਣੀ। ਸੋ ਮੈਂ ਤਾਂ ਸਾਰੇ ਦਰਸ਼ਕਾਂ ਨੂੰ ਇਹੀ ਕਹੂੰਗੀ ਕਿ ਜਾ ਕੇ ਦੇਖਣ, ਦੇਖ ਕੇ ਆਉਣ ਮੂਵੀ, ਐਂਡ ਸਾਨੂੰ ਬਹੁਤ ਬਹੁਤ ਸਪੋਰਟ ਕਰਨ। ਅੱਛਾ, ਕਾਮੇਡੀ ਫਿਲਮਸ ਦਾ ਕਾਮੇਡੀ ਫਿਲਮਸ ਦੇ ਵਿੱਚ ਪਾਰਟ ਹੋਣਾ ਇੱਕ ਅੱਡ ਗੱਲ ਹੈ, ਹੈ ਨਾ, ਕਿਉਂਕਿ ਹਰ ਕੋਈ ਉਸ ਫਿਲਮ ਦਾ ਪਾਰਟ ਹੋਣਾ ਚਾਹੀਦਾ, ਪਰ ਇੱਕ ਇਹੋ ਜਿਹੀ ਐਕਸ਼ਨ ਫਿਲਮ ਜਿਹੜੀ ਕਿ ਆਡੀਅੰਸ ਨੂੰ ਬਹੁਤ ਹੀ ਪਸੰਦ ਹੈ, ਉਹਦਾ ਪਾਰਟ ਹੋ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ? ਮੈਨੂੰ ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ। ਬਟ ਜਿਹੜੀ ਨੈਕਸਟ ਮੂਵੀ ਮੇਰੀ ਆ ਰਹੀ ਆ ਉਹ ਕਾਮੇਡੀ ਮੂਵੀ ਆ, ਉਹ ਵੀ ਬਹੁਤ ਵਧੀਆ। ਉਹ ਵੀ ਹੁਣ ਆਪਾਂ ਨੈਕਸਟ ਮੂਵੀ ਬਾਰੇ ਵੀ ਜਾਣ ਲੈਂਦੇ, ਕਿਹੜੀ ਮੂਵੀ ਲੈ ਕੇ ਆ ਰਹੇ ਹੋ? ਨੈਕਸਟ ਮੇਰੀ ਛੱਲੇ ਮੁੰਦੀਆਂ ਆ ਰਹੀ ਹੈ ਐਮੀ ਵਿਰਕ ਅਤੇ ਮੈਂਡੀ ਠੱਕਰ ਜੀ ਨਾਲ, ਅਤੇ ਉਹ ਮੂਵੀ ਕਾਮੇਡੀ ਪਲੱਸ ਮਤਲਬ ਪੁਰਾਣੇ ਰੋਮੈਂਸ ਐਂਡ ਪੁਰਾਣੇ ਜ਼ਮਾਨੇ ਦਾ ਸਾਰਾ ਦਿਖਾਇਆ ਹੋਇਆ ਉਹਦੇ ਵਿੱਚ। ਬਾਕੀ ਮੈਂ ਜ਼ਿਆਦਾ ਨਹੀਂ ਕੁਛ ਦੱਸ ਸਕਦੀ ਹਾਂ। ਬਾਕੀ ਆਪਾਂ ਪਤਾ ਕਰ ਆਏ ਸੀ ਜਦੋਂ ਆਪਾਂ ਔਨ ਸ਼ੂਟ ਗਏ ਸੀ ਛੱਲੇ ਮੁੰਦੀਆਂ ਦੇ ਵਿੱਚ, ਕੁਲਵਿੰਦਰ ਬਿੱਲਾ, ਐਮੀ ਵਿਰਕ, ਆਪਾਂ ਇਹਨਾਂ ਸਾਰਿਆਂ ਦੇ ਇੰਟਰਵਿਊ ਲੈ ਕੇ ਆਏ ਸੀ, ਤਾਂ ਤੁਸੀਂ ਆਪਣੇ ਰੋਲ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਮੇਰਾ ਉਹਦੇ ਵਿੱਚ ਕੀ ਹੈ, ਮੈਂਡੀ ਠੱਕਰ ਦੀ ਫਰੈਂਡ ਹੈ ਮੈਂ, ਰਾਣੋ। ਬਾਕੀ ਹੁਣ ਤੁਸੀਂ ਦੇਖ ਕੇ ਦੱਸਣਾ ਕਿ ਰਾਣੋ ਤੁਹਾਨੂੰ ਕਿੱਦਾਂ ਦੀ ਲੱਗੀ? ਅੱਛਾ, ਇਸ ਫਿਲਮ ਦੇ ਵਿੱਚ ਤੁਸੀਂ ਇਹਨਾਂ ਨੂੰ ਐਜ਼ ਅ ਚਿੜੀ ਦੇਖਿਆ? ਐਜ਼ ਏ ਚਿੜੀ ਸਟਾਰਟਿੰਗ ਐਕਚੁਅਲੀ ਰੰਗ ਪੰਜਾਬ ਦੀ ਸਟਾਰਟਿੰਗ ਚਿੜੀ ਤੋਂ ਹੁੰਦੀ ਹੈ, ਚਿੜੀ ਦੇ ਗੋਲੀ ਵੱਜਦੀ ਹੈ, ਵਿਚਾਰੀ ਚਿੜੀ ਉੱਡ ਜਾਂਦੀ ਹੈ। ਅਤੇ ਜੀ, ਇਸ ਚਿੜੀ ਦੀ ਕਹਾਣੀ ਦੇਖਣ ਵਾਸਤੇ ਤੁਹਾਨੂੰ ਦੇਖਣੀ ਪਏਗੀ ਰੰਗ ਪੰਜਾਬ, ਸਿਨੇਮਾ ਘਰਾਂ 'ਚ ਲੱਗ ਗਈ ਹੈ, ਸਾਰੇ ਪਹੁੰਚੋ ਟਾਈਮ ਨਾਲ। ਅਤੇ ਆਉਣ ਵਾਲੇ ਟਾਈਮ 'ਤੇ ਛੱਲੇ ਮੁੰਦੀਆਂ ਦੀ ਰਾਣੋ ਬਾਰੇ ਵੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਪੰਜਾਬੀ ਗਰੂਜ਼ ਦੇਖ ਰਹੇ ਹੋ। ਮੈਂ ਵਰੁਣ ਸ਼ਰਮਾ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ, ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਇੱਕ ਵਾਰੀ ਫਿਰ ਰੂਬਰੂ ਹੋ ਰਿਹਾ ਫਿਲਮ ਨੂੰ ਸਾਡੀ ਨੂੰ ਲੈ ਕੇ ਰੰਗ ਪੰਜਾਬ। ਰਾਕੇਸ਼ ਮਹਿਤਾ ਜੀ ਨੇ ਡਾਇਰੈਕਟ ਕੀਤੀ ਆ, ਐਂਡ ਕਰਤਾਰ ਮਾਇਸਾਫ ਰੀਨਾ, ਸ਼ੀਜ਼ ਇਹਨਾਂ ਦੀ ਪਹਿਲੀ ਫਿਲਮ ਆ, ਡੈਬਿਊ ਕਰ ਰਹੇ ਆ ਪੰਜਾਬੀ ਇੰਡਸਟਰੀ ਤੋਂ, ਪੰਜਾਬੀ ਇੰਡਸਟਰੀ 'ਚ। ਸ਼ੀਜ਼ ਫਰੋਮ ਯੂ ਐਸ ਸੈਨ ਫਰਾਂਸਿਸਕੋ, ਐਂਡ ਆਈ ਥਿੰਕ ਲੈਟ ਸਟਾਰਟ ਕੁਐਸਚਨ ਆਨਸਰਸ। ਜਦੋਂ ਆਪਾਂ ਸਵਾਲ ਜਵਾਬ ਪੁੱਛਾਂਗੇ ਤਾਂ ਆਪੇ ਹੀ ਸਾਰੀਆਂ ਗੱਲਾਂ ਦੱਸੀਆਂ ਜਾਣਗੀਆਂ, ਬਿਕਾਜ਼ ਆਈ ਥਿੰਕ ਐਵਰੀ ਵਨ ਵਾਸ ਵੇਟਿੰਗ, ਹੀ ਵਾਸ ਔਨ ਅ ਫਲਾਈਟ ਐਂਡ ਵੀ ਡਿਡ
ਫਿਲਮ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮੁਬਾਰਕ ਤੁਹਾਡੀਆਂ ਤੁਹਾਡੀ ਤੀਸਰੀ ਫਿਲਮ ਆ ਰਹੀ ਹੈ ਸਾਰੀ ਸਟਾਰ ਕਾਸਟ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕ ਥੈਂਕ ਯੂ ਸੋ ਮਚ ਜੋੜਾ 10 ਨੰਬਰੀਆ ਫਿਲਮ ਨੂੰ ਦੇਖ ਕੇ ਲੋਕਾਂ ਨੇ ਜੋ ਦੀਪ ਸਿੱਧੂ ਤੇ ਵਿਸ਼ਵਾਸ ਬਣਾ ਲਿਆ ਉਹ ਉਸ ਜ਼ਿਆਦਾ ਬਣਾ ਲਿਆ ਕਿਉਂਕਿ ਜਿਹੜੇ ਬੰਦੇ ਨੇ ਇੱਕ ਵਾਰੀ ਦੇਖੀ ਉਹ ਇੱਕ ਵਾਰੀ ਵੀ ਦੇਖੀ ਪੰਜ ਪੰਜ ਵਾਰੀ ਦੇਖੀ ਹੈ ਰੰਗ ਪੰਜਾਬ ਤੋਂ ਆਸ ਬਹੁਤ ਵੱਡੀ ਹੈ ਦੋ ਸਵਾਲ ਹੀ ਕੁਛ ਤੁਸੀਂ ਦੱਸ ਦਿਓ ਇੱਕ ਤਾਂ ਇਹ ਉਸੇ ਜੋੜਾ 10 ਨੰਬਰੀਆ ਦੀ ਤੋਂ ਵੱਧ ਆਸ ਨੂੰ ਲੋਕਾਂ ਦੀ ਪੂਰੀ ਕਰੇਗੀ ਦੂਸਰਾ ਰੰਗ ਪੰਜਾਬ ਇੱਕ ਬੜਾ ਸੋਹਣਾ ਨਾਮ ਹੈ ਇਹਦਾ ਨਾਮ ਰੰਗ ਹੀ ਪੰਜਾਬ ਕਿਉਂ ਹੈ ਕਿ ਪੰਜਾਬ ਦੇ ਰੰਗ ਦਿਖਾਏ ਗਏ ਨੇ ਜਾਂ ਕੁਛ ਹੋਰ ਤਰ੍ਹਾਂ ਨਹੀਂ ਜੀ ਜਿਹੜਾ ਰੰਗ ਪੰਜਾਬ ਆ ਉਹਦਾ ਟਾਈਟਲ ਦਾ ਵੀ ਸਾਡੀ ਫਿਲਾਸਫੀ ਸੀ ਉਹ ਫਿਲਾਸਫੀ ਇਹ ਸੀ ਵੀ ਪੰਜਾਬ ਆਪਦੇ ਆਪ ਚ ਇੱਕ ਰੰਗ ਆ ਉਸ ਇਸ ਸੂਬੇ ਦੇ ਅੰਦਰ ਵੱਖਰੇ ਵੱਖਰੇ ਤਰ੍ਹਾਂ ਦੇ ਰੰਗ ਆਪਾਂ ਦੇਖਦੇ ਹਾਂ ਪਰ ਉਹ ਸਾਰੇ ਰੰਗ ਮਿਲ ਕੇ ਇੱਕ ਰੰਗ ਬਣਦਾ ਜਿਹਨੂੰ ਰੰਗ ਪੰਜਾਬ ਕਿਹਾ ਜਾਂਦਾ ਕਿਉਂਕਿ ਜਦੋਂ ਆਪਾਂ ਦੇਸ਼ ਦੇ ਨਕਸ਼ੇ ਤੇ ਵੀ ਇਸ ਪੰਜਾਬ ਨੂੰ ਆਪਾਂ ਦੇਖਦੇ ਹਾਂ ਤਾਂ ਆਪਾਂ ਨੂੰ ਇੱਕ ਆਪਣੱਤ ਉਹਦੇ ਚੋਂ ਦਿਖਦੀ ਹੈ ਕਿ ਸਾਂਝ ਭਾਈਚਾਰਾ ਵੀ ਆ ਸਾਡਾ ਸਟੇਟ ਆ ਉਹੀ ਰੰਗ ਆ ਜਿਹੜੀ ਆਪਣੇ ਅੰਦਰ ਮਹਿਸੂਸ ਹੁੰਦਾ ਤਾਂ ਟਾਈਟਲ ਦਾ ਮਤਲਬ ਰੰਗ ਪੰਜਾਬ ਉਸ ਫਿਲਾਸਫੀ ਦੇ ਨਾਲ ਅਗਲੀ ਗੱਲ ਇਹ ਹੈ ਵੀ ਡੈਫੀਨੇਟਲੀ ਹਰ ਫਿਲਮ 'ਚ ਓਨੀ ਹੀ ਸ਼ਿੱਦਤ ਓਨੀ ਹੀ ਮਿਹਨਤ ਓਨਾ ਹੀ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਹਾਂ ਕਰਤਾਰ ਤੁਹਾਨੂੰ ਪਤਾ ਹੀ ਆ ਸਿਕੰਦਰ ਕੀਤੀ ਤੇ ਯੂ ਨੋ ਹੀ ਇਜ਼ ਆਲਵੇਜ਼ ਪੈਸ਼ਨੇਟ ਅਬਾਊਟ ਹਿਸ ਵਰਕ ਮਹਿਤਾ ਸਾਹਿਬ ਵੀ ਬਹੁਤ ਪੈਸ਼ਨੇਟ ਡਾਇਰੈਕਟਰ ਆ ਜਦੋਂ ਤੁਹਾਡੇ ਨਾਲ ਗੱਲ ਕਰਨਗੇ ਦੱਸਣਗੇ ਤੇ ਬੜੀ ਟੀਮ ਨੇ ਲੜਦੇ ਝਗੜਦੇ ਆਪਸ 'ਚ ਪਿਆਰ ਨਾਲ ਕਿਉਂਕਿ ਜਦੋਂ ਫਿਲਮਾਂ ਬਣਦੀਆਂ ਉਦੋਂ ਸਿਰਫ ਇਹੀ ਨਹੀਂ ਕਿਹਾ ਜਾਂਦਾ ਵੀ ਅਸੀਂ ਬਹੁਤ ਪਿਆਰ ਨਾਲ ਤੇ ਆਪਸ 'ਚ ਆਏ ਰਹੇ ਜੀ ਅਸੀਂ ਤਾਂ ਲੜੇ ਵੀ ਹਾਂ ਅਸੀਂ ਪਿਆਰ ਵੀ ਕੀਤਾ ਕਿਉਂਕਿ ਸਾਡੀ ਇਮਾਨਦਾਰੀ ਸਾਡੇ ਪ੍ਰੋਡਕਟ ਦੇ ਪ੍ਰਤੀ ਸੀ ਸਾਡੀ ਫਿਲਮ ਦੇ ਪ੍ਰਤੀ ਸੀ ਤੇ ਤੁਹਾਨੂੰ ਇਹ ਨਿਰਾਸ਼ ਨਹੀਂ ਕਰੂਗੀ ਤੁਹਾਨੂੰ ਬਹੁਤ ਖੁਸ਼ੀ ਮਿਲੂਗੀ ਕਿਉਂਕਿ ਇਹਦੇ 'ਚ ਜਿਹੜੀ ਚੰਗਿਆਈ ਆ ਇਹਦੇ 'ਚ ਆਪਣਾਤਾ ਜਿਹੜੀ ਮੈਸੇਜ ਦਿੰਦੇ ਹਾਂ ਕਿਉਂਕਿ ਅਸੀਂ ਫਿਲਮਾਂ ਜਦੋਂ ਬਣਾਉਂਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਤੁਹਾਨੂੰ ਕੁਛ ਨਾ ਕੁਛ ਲਿਜਾਣ ਨੂੰ ਮਜਬੂਰ ਕਰੀਏ ਘਰੇ ਜਦੋਂ ਤੁਸੀਂ ਦੇਖੋ ਇੱਕ ਚੰਗਾ ਸਿਨੇਮਾ ਦੇਖਣ ਨੂੰ ਮਿਲੂਗਾ ਜੀ ਹਰ ਫਿਲਮ ਹੀ ਐਕਸਪੈਰੀਮੈਂਟ ਹੁੰਦੀ ਹੈ ਜੀ ਜਦੋਂ ਤੁਸੀਂ ਨਵੇਂ ਕੋ-ਸਟਾਰਸ ਨਾਲ ਕੰਮ ਕਰਦੇ ਹੋ ਉਹਨਾਂ ਦਾ ਕਿਉਂਕਿ ਐਕਸ਼ਨ ਰਿਐਕਸ਼ਨ ਆ ਫਿਲਮ ਐਕਟਰ ਲਈ ਜਦੋਂ ਅਸੀਂ ਆਪਦਾ ਕੈਰੈਕਟਰ ਪਰਫੋਰਮ ਕਰਦੇ ਹਾਂ ਤਾਂ ਉਹ ਹਰ ਫਿਲਮ 'ਚ ਹੀ ਬਹੁਤ ਜ਼ਿਆਦਾ ਐਕਸਪੈਰੀਮੈਂਟ ਹੁੰਦੇ ਆ ਤਾਂ ਇਹ ਤਾਂ ਹਰ ਫਿਲਮ ਦੇ ਨਾਲ ਸਿੱਖਦੇ ਜਾਂਦੇ ਹਾਂ ਅਤੇ ਐਕਸਪੈਰੀਮੈਂਟ ਕਰਦੇ ਜਾਂਦੇ ਹਾਂ ਜੀ ਬਹੁਤ ਵਧੀਆ ਟੈਕਨੀਕੈਲਿਟੀ ਦੇ ਨਾਲ ਇਮੋਸ਼ਨ ਦਾ ਬੜਾ ਅਸੀਂ ਧਿਆਨ ਰੱਖਿਆ ਔਰ ਸਟੋਰੀ ਕੰਟੈਂਟ ਜਿਹੜਾ ਉਹ ਕਿੰਗ ਹੈ ਸਾਡੀ ਫਿਲਮ ਦਾ ਸਿਰਫ ਐਕਸ਼ਨ ਹੀ ਹੈ ਮਤਲਬ ਰੋਮਾਂਸ ਨਹੀਂ ਸਟੋਰੀ ਕੰਟੈਂਟ ਓਵਰਆਲ ਉਹ ਤੁਸੀਂ ਦੇਖੋਗੇ ਫਰਾਈਡੇ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕਮਾਲ ਦੀ ਮਤਲਬ ਇਹ ਪੰਜਾਬ ਦੀ ਬਹੁਤ ਹੀ ਅੱਜ ਕੱਲ੍ਹ ਦੀ ਜੋ ਰਿਐਲਿਟੀ ਆ ਨਾ ਤੁਸੀਂ ਸਾਰੇ ਨਿਊਜ਼ ਪੜ੍ਹਦੇ ਵੀ ਹੋ ਵੇਖਦੇ ਵੀ ਹੋ ਅਤੇ ਉਹ ਰਿਐਲਿਟੀ ਨੂੰ ਬਿਆਨ ਕਰਦੀ ਹੋਈ ਫਿਲਮ ਆ ਕਹਿੰਦੇ ਜੇ ਬੁਰਾਈ ਨਾ ਹੋਵੇ ਤਾਂ ਚੰਗਿਆਈ ਦੀ ਕੋਈ ਵੈਲਿਊ ਨਹੀਂ ਹੁੰਦੀ ਸੋ ਪੰਜਾਬ ਦਾ ਜੋ ਮਾਹੌਲ ਆ ਅੱਜ ਕੱਲ੍ਹ ਨਾ ਇੱਕ ਖਾਕੀ ਅਤੇ ਇੱਕ ਦੂਜੇ ਪਾਸੇ ਨਜਾਇਜ਼ ਗੰਨਾ ਹਥਿਆਰ ਆਪ ਹੁਦਰੇ ਮੁੰਡੇ ਜਾਂ ਹੋਰ ਨਾ ਜੋ ਬੜੀ ਹੀ ਰਿਅਲਿਸਟਿਕ ਫਿਲਮ ਕਹਿ ਸਕਦੇ ਹਾਂ ਪੰਜਾਬ ਦੇ ਵਿੱਚੋਂ ਦੀਪ ਬਾਈ ਨੇ ਮੈਨੂੰ ਲੱਗਦਾ ਵੀ ਆਪਾਂ ਕਿੰਨੀ ਵਾਰੀ ਤਾਂ ਤਿੰਨ ਚਾਰ ਵਾਰ ਦਾ ਸਕ੍ਰਿਪਟ ਚੇਂਜ ਕਰਦੀ ਹਰ ਵਾਰ ਪੰਜਾਬ 'ਚ ਕੋਈ ਨਵਾਂ ਇੰਸੀਡੈਂਟ ਸੁਣਨ ਨੂੰ ਮਿਲਦਾ ਸੀ ਜਾਂ ਕੁਛ ਹੁੰਦਾ ਸੀ ਉਹ ਫਿਰ ਚੇਂਜ ਕਰ ਲੈਣੀ ਦੀਪ ਬਾਈ ਦਾ ਮੈਂ ਇਹ ਤੋਂ ਪਹਿਲਾਂ ਨੈਗੇਟਿਵ ਕਰੈਕਟਰ ਬਿਲਕੁਲ ਛੱਡੇ ਹੋਏ ਸੀ ਕਰਨੇ ਅਤੇ ਦੀਪ ਬਾਈ ਦਾ ਜੋ ਪੈਸ਼ਨ ਸੀਗਾ ਜਾਂ ਫਿਰ ਮੈਨੂੰ ਮਹਿਤਾ ਸਾਹਿਬ ਨੇ ਜਿਵੇਂ ਫਿਲਮ ਨਰੇਟ ਕੀਤੀ ਉਹਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਕੈਨਵਸ 'ਤੇ ਇਹੋ ਜਿਹੀ ਫਿਲਮ ਹੋ ਗਈ ਜਿਹਦੇ ਉੱਤੇ ਪਹਿਲੀ ਵਾਰ ਇੱਕ ਵਿਲਨ ਹੀਰੋ 'ਤੇ ਭਾਰੀ ਪੈਂਦਾ ਅਤੇ ਫਿਰ ਉਸ ਤੋਂ ਬਾਅਦ ਹੀਰੋ ਵਿਲਨ 'ਤੇ ਭਾਰੀ ਪੈਂਦਾ ਇੱਕ ਕਹਿ ਸਕਦੇ ਹਾਂ ਹੀਰੋ ਅਤੇ ਵਿਲਨ ਦੀ ਲਵ ਸਟੋਰੀ ਵੀ ਇਹਨੂੰ ਕਿਸੇ ਨਾ ਕਿਸੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ
ਬੁਰਾਈ ਵੀ ਆ, ਚੰਗਿਆਈ ਵੀ ਆ, ਇਸ਼ਕ ਵੀ ਆ, ਪਿਆਰ ਵੀ ਆ, ਮੁਹੱਬਤ ਆ, ਫੈਮਿਲੀਆਂ ਵਾਲੀ ਫਿਲਮਾਂ ਹੈ ਨਾ। ਸੋ ਇਹਦੇ ਵਿੱਚ ਜੋ ਵੀ ਤੁਸੀਂ ਵੇਖੋਗੇ ਅੱਜ ਕੱਲ੍ਹ ਪੰਜਾਬ ਦੇ ਨਾਲ ਜੁੜੀ ਹੋਈ ਗੱਲ, ਜੋ ਵੀ ਅੱਜ ਕੱਲ੍ਹ ਪੰਜਾਬ ਦਾ ਮਾਹੌਲ ਹੈ, ਕਿਤੇ ਨਾ ਕਿਤੇ ਉਹਦਾ ਤੁਹਾਨੂੰ ਪਰਦੇ 'ਤੇ ਨਜ਼ਰ ਆਊਗਾ। ਅਤੇ ਜਦੋਂ ਰਿਐਲਿਟੀ ਨਾਲ ਚੀਜ਼ਾਂ ਜੋੜਦੇ ਹਾਂ ਆਪਾਂ, ਮੈਨੂੰ ਲੱਗਦਾ ਵੀ ਫਿਲਮ ਇੰਟਰਟੇਨ ਵੀ ਕਰਦੀ ਹੈ ਅਤੇ ਚੰਗੀ ਵੀ ਹੁੰਦੀ। ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਜੀ, ਵੀ ਕਰਤਾਰ ਦਾ ਕੈਰੈਕਟਰ ਨੈਗੇਟਿਵ ਨਹੀਂ ਆ, ਕਰਤਾਰ ਦਾ ਕੈਰੈਕਟਰ ਫਿਲਮ ਦਾ ਵੀ ਨਹੀਂ ਆ, ਕਿਉਂਕਿ ਅਸੀਂ ਫਿਲਮਾਂ ਨੂੰ ਉਵੇਂ ਨਹੀਂ ਦੇਖਦੇ। ਕਰਤਾਰ ਦਾ ਕੈਰੈਕਟਰ ਓਨਾ ਹੀ ਅਹਿਮ ਆ ਜਿੰਨਾ ਮੇਰਾ ਅਹਿਮ ਆ। ਥੰਮ ਆ ਦੋਨੇ ਫਿਲਮ ਦੇ, ਇਹ ਦੋਨੇ ਕੈਰੈਕਟਰ, ਉਹਨਾਂ ਦੀ ਫਿਲੋਸਫੀ ਵੱਖਰੀ ਆ ਬਸ, ਉਹਨਾਂ ਦੇ ਮਾਹੌਲ ਸਰਕਮਸਟਾਂਸਿਸ ਵੱਖਰੇ ਹੋ ਸਕਦੇ ਆ, ਪਰ ਦੋਨੇ ਥੰਮ ਆ ਫਿਲਮ ਦੇ। ਤਾਂ ਮੈਂ ਇਹ ਇਸ ਲਈ ਕਹਿਣਾ ਚਾਹੂੰਗਾ ਕਿਉਂਕਿ ਮੈਂ ਹਮੇਸ਼ਾ ਤੋਂ ਇਹੀ ਵਿਸ਼ਵਾਸ ਰੱਖਦਾ ਵੀ ਜਦੋਂ ਕਰਤਾਰ ਨੂੰ ਕਹਾਣੀ ਸੁਣਾਈ ਵੀ ਗਈ ਸੀ, ਇਹ ਕਿਹਾ ਗਿਆ ਸੀ ਵੀ ਨੈਗੇਟਿਵ ਕੈਰੈਕਟਰ ਨਹੀਂ ਆ, ਫਿਲੋਸਫੀ ਵੱਖਰੀ ਹੋ ਸਕਦੀ ਆ, ਪਰ ਨਾ ਉਹ ਨੈਗੇਟਿਵ ਆ ਨਾ ਉਹ ਪੋਜ਼ਿਟਿਵ ਆ, ਕਿਉਂਕਿ ਕਿਸੇ ਹੱਦ 'ਤੇ ਜਾ ਕੇ ਮੈਂ ਵੀ ਨੈਗੇਟਿਵ ਹਾਂ ਜੇ ਉਸ ਤਰ੍ਹਾਂ ਦੇਖਿਆ ਜਾਵੇ ਤਾਂ ਫਿਲਮ 'ਚ। ਸੋ ਦੇਅਰਫੋਰ ਆਈ ਜਸਟ ਵਾਂਟਡ ਟੂ ਕਰੈਕਟ ਦੈਟ ਸੋ ਦੈਟ ਤੁਸੀਂ ਉਸੇ ਤਰ੍ਹਾਂ ਇਸ ਚੀਜ਼ ਨੂੰ ਪੇਸ਼ ਕਰੋ। My question is to Reena. Reena, welcome to Punjabi film industry. Thank you so much. Aap model, tumhi model reh chuke ho Southeast, Miss Southeast Asia. Haan ji. To tumhari kitna rahi hai journey from a model into an actress and that too in Punjabi industry. Haan ji. So in many dreams thi to become an actress, kitna main shauki hoon thi. And eh to pehle maine hi modeling ki thi, so mera man thi, you know, I wanted to become an actress. So modeling ki thi, ਅਤੇ ਉਹਦੇ ਬਾਅਦ ਵਾਟ ਫਿਲਮ ਮਿਸ ਸਾਊਥ ਏਸ਼ੀਆ ਐਂਡ ਮੈਂ ਡਾਕਟਰ ਨਾਲ ਕੰਮ ਕੀਤਾ ਸੀ ਤਾਂ ਮਿਊਜ਼ਿਕ ਵੀਡੀਓ ਗੀਤ ਉਹ ਹਾਇਰ ਕਰਾਈ ਸੀ। ਸੋ ਉਹਦੇ ਬਾਅਦ ਐਂਡ ਨਾਲ ਮੇਰੀ ਜਿਹੜੀ ਐਕਸਪੀਰੀਅੰਸ ਸੀ ਫਿਲਮ ਦੇ ਵਿੱਚ ਉਹ ਵੀ ਬਹੁਤ ਵਧੀਆ ਸੀ। ਪਹਿਲੀ ਫਿਲਮ ਦੇ ਵਿੱਚ ਕਰਨ ਇਟ ਵਾਜ਼ ਰੀਅਲੀ ਨਾਈਸ। ਸਾਰੇ ਬਹੁਤ ਮੇਰੇ ਨਾਲ ਪੇਸ਼ੈਂਟ ਸੀ, ਮੇਰੀ ਪੰਜਾਬੀ ਦੇ ਵਿੱਚ ਕੀ ਮੈਂ ਥੋੜ੍ਹੀ ਜਿਹੀ ਪ੍ਰੋਬਲਮ ਸੀ, ਪਰ ਉਹ ਵੀ ਫਿਰ ਮੈਂ ਖਿੱਚਦੀ ਸੀ। ਉਹ ਵੀ ਜੇ ਆਪਾਂ ਦੇਖੀਏ ਤਾਂ ਸਾਰੇ ਜਿਹੜੇ ਐਕਟਿੰਗ ਦੇ ਸਾਹਮਣੇ ਚੀਮਾ ਸਾਹਿਬ ਨੂੰ ਸਾਰੇ ਭਲੀ ਭਾਂਤ ਜਾਣਦੇ ਨੇ, ਦੀਪ ਸਿੱਧੂ ਜੀ ਨੇ ਆਪਣਾ ਰਿਕਾਰਡ ਪੈਦਾ ਕੀਤਾ। ਤੁਸੀਂ ਨਵੇਂ ਆਏ ਸੀ, ਹਾਲਾਂਕਿ ਤੁਹਾਡਾ ਮਾਡਲਿੰਗ ਦੇ ਵਿੱਚ ਐਕਸਪੀਰੀਅੰਸ ਸੀ, ਪਰ ਪੰਜਾਬੀ ਦੇ ਵਿੱਚ ਲੈਂਗੁਏਜ ਦਾ ਤੁਸੀਂ ਦੱਸ ਹੀ ਦਿੱਤਾ, ਐਕਟਿੰਗ ਦਾ ਕਿੱਦਾਂ ਰਿਹਾ? ਇੰਨੇ ਥੰਮਾਂ ਦੇ ਵਿੱਚ ਤਾਂ ਬੰਦਾ ਵੈਸੇ ਹੀ ਨਰਵਸ ਹੋ ਜਾਂਦਾ, ਤੁਹਾਨੂੰ ਕਿੱਦਾਂ ਰਿਹਾ ਇਹਨਾਂ ਦਾ ਸਾਥ ਰਿਹਾ ਤੁਹਾਨੂੰ ਪੂਰਾ, ਜਾਂ ਤੁਸੀਂ ਕਿੱਦਾਂ ਐਕਟਿੰਗ ਸਿੱਖੀ ਕਰ? ਬਸ ਉਹੀ ਸੀ ਕਿ ਪੰਜਾਬੀ ਦੇ ਵਿੱਚ ਜਦ ਸਾਨੂੰ ਲੈਂਗੁਏਜ ਨਹੀਂ ਪਤਾ ਫਿਰ ਉਹ ਰਿਐਕਸ਼ਨ ਐਕਸਪ੍ਰੈਸ਼ਨ ਨਹੀਂ ਹੋਣਗੇ, ਬਟ ਐਵਰੀਬਡੀ ਸਪੋਰਟ ਮੈਨੂੰ ਇਟ ਵਾਸ ਫਨ। ਹਾਂਜੀ, ਹੈਲੋ ਐਵਰੀਵਨ, ਹਾਈ, ਇਧਰ ਇਧਰ ਕੋਨੇ ਚ ਬੈਠਾ ਮੈਂ ਆਪਣੇ ਪਲੇਸ। ਹਾਂਜੀ, that's quite a place to hide. Yes, actually. Actually, go down and ask your question then. We'll find you where you are then. Definitely. So, can we afford Clash? This Clash which is coming. ਤੁਹਾਡੀ ਫਿਲਮ ਮੈਰਿਜ ਪੈਲੇਸ ਨਾਲ ਰਿਲੀਜ਼ ਹੋ ਰਹੀ ਹੈ, ਰਾਈਟ? ਇਸ ਵਕਤ ਜਦੋਂ ਸਾਡੇ ਹਾਲਾਤ ਚੱਲ ਰਹੇ ਨੇ ਇੰਡਸਟਰੀ ਦੇ, ਹਰ ਹਫ਼ਤੇ ਫਿਲਮ ਆ ਰਹੀ ਹੈ ਬਟ ਆਡੀਅੰਸ ਹੈ ਨਹੀਂ। ਹਾਂਜੀ, ਠੀਕ ਹੈ, ਸੋ ਕੈਨ ਵੀ ਰੀਲੀ ਅਫੋਰਡ ਦਿਸ ਕਲੈਸ਼? ਦੇਖੋ, ਇਹ ਮੈਨੂੰ ਐਂ ਲੱਗਦਾ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਨਹੀਂ ਹੋਣੇ ਚਾਹੀਦੇ ਕਲੈਸ਼ਸ, ਬਿਕੋਜ਼ ਹਜੇ ਆਪਣੀ ਇੰਡਸਟਰੀ ਓਨੀ ਜ਼ਿਆਦਾ ਗਰੋ ਨਹੀਂ ਹੋਈ ਜਾਂ ਓਨੀ ਆਡੀਅੰਸ ਹੈ ਨਹੀਂ ਆਪਣੇ ਕੋਲ ਵੀ ਆਪਣੇ ਕੋਲ ਆਪਾਂ ਕਲੈਸ਼ਸ ਨੂੰ ਹੈਂਡਲ ਕਰ ਸਕੀਏ, ਦੋਨਾਂ ਪਾਸੇ ਆਡੀਅੰਸ ਜਾ ਸਕੇ। ਬਹੁਤ ਲਿਮਿਟਿਡ ਰਿਸੋਰਸਿਸ ਆ ਇਨਕਮ ਦੇ ਵੀ, ਅਤੇ ਓਨੀ ਕੀ ਆਡੀਅੰਸ ਆ ਜਿਹੜੀ ਜਾ ਕੇ ਫਿਲਮਾਂ ਦੇਖਦੀ ਆ। ਸੋ ਆਈ ਥਿੰਕ ਵੀ ਸ਼ੁੱਡ ਅਵੋਇਡ ਦਿਸ, ਇਹ ਸਾਨੂੰ ਆਪਸ 'ਚ ਵੀ ਸੋਚਣਾ ਚਾਹੀਦਾ। ਪਰ ਅਗੇਨ, ਮੈਂ ਨਾ ਉਹਨਾਂ ਨੂੰ ਬਲੇਮ ਕਰੂੰਗਾ ਨਾ ਆਪਦੇ ਆਪ ਨੂੰ ਇਸ ਲਈ ਬਲੇਮ ਕਰੂੰਗਾ। Who is that point here, basically? No, because we can't say no one. There is something. No, I'm saying no, I'll say that. So, yeah. Every week we are reviewing movies, every week we are watching movies, yes. Right? So when we see ਮੂਵੀ ਰਿਲੀਜ਼ ਹੁੰਦੀ ਹੈ, ਥੀਏਟਰ 'ਚ ਪਹੁੰਚਦੇ ਹਾਂ, ਕਈ ਵਾਰੀ ਪਬਲਿਕ ਰਿਵਿਊ ਲੈਣ ਵਾਸਤੇ 4 ਬੰਦੇ ਨਿਕਲਦੇ ਨੇ। ਹਾਂਜੀ, ਠੀਕ ਹੈ, ਔਰ ਕਈ ਵਾਰੀ ਫਿਲਮ ਅੱਛੀ ਵੀ ਹੁੰਦੀ ਹੈ। ਮਤਲਬ ਮੈਂ ਬੜਾ ਇਮਾਨਦਾਰ ਬੰਦਾ ਇਸ ਮਾਮਲੇ 'ਚ, ਮੈਂ ਗੱਲ ਕਰਦਾ, ਹੋ ਸਕਦਾ ਮੇਰੀ ਫਿਲਮ 'ਚ 4 ਬੰਦੇ ਨਿਕਲੇ ਹੁਣ 10 ਦੀ ਅੱਜ, ਹੈ ਨਾ, ਅਤੇ ਇਹ ਵੀ ਗੱਲ ਪੱਕੀ ਆ।
ਪਰ ਅਸੀਂ ਪਹਿਲਾਂ ਰਿਲੀਜ਼ ਆਪਣੀ ਡੇਟ ਅਨਾਉਂਸ ਕੀਤੀ ਹੋਈ ਸੀ ਉਹ ਫਿਰ ਪਤਾ ਨਹੀਂ ਉਹਨਾਂ ਨੇ ਕਿਉਂ ਅਨਾਉਂਸ ਕੀਤੀ ਜਾਂ ਸਾਡੇ ਨਾਲ ਡਿਸਕਸ ਕਰ ਸਕਦੇ ਸੀ ਉਹ ਡਿਸਕਸ ਨਹੀਂ ਹੋਇਆ ਐਂਡ ਦੇ ਆਲਸੋ ਅਨਾਉਂਸ ਦ ਸੇਮ ਡੇਟ ਹੁਣ ਜਦੋਂ ਸਿੰਘ ਫਸਦੇ ਆ ਫਿਰ ਬਠਿੰਡੇ ਆਏ ਨੇ ਪਿੱਛੇ ਹੁੰਦੇ ਮੈਨੂੰ ਇੱਕ ਗੱਲ ਲੱਗਦੀ ਹੈ ਤੁਸੀਂ ਵੀ ਕੁਐਸਚਨ ਤੋਂ ਮੈਨੂੰ ਲੱਗਦਾ ਜ਼ਿਆਦਾ ਦੋਵੇਂ ਜੇ ਫਿਲਮਾਂ ਨੂੰ ਐਨਾਲਾਈਜ਼ ਕਰ ਲੈਂਦੇ ਤਾਂ ਮੈਨੂੰ ਲੱਗਦਾ ਤੁਹਾਡੇ ਦਿਮਾਗ 'ਚ ਕੁਐਸਚਨ ਆਉਂਦਾ ਵੀ ਨਾ ਹਿੰਦੀ ਦੀਆਂ ਤਿੰਨ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਿੰਨੇ ਫਲੋਪ ਹੋ ਜਾਂਦੀਆਂ ਸਮਟਾਈਮ ਨਹੀਂ ਵੀ ਹੁੰਦੀਆਂ ਸੋ ਦੋਵੇਂ ਫਿਲਮਾਂ ਵੱਖਰੀਆਂ ਨੇ ਮੈਰਿਜ ਪੈਲਸ ਨੂੰ ਤੁਸੀਂ ਰੰਗ ਪੰਜਾਬ ਨਾਲ ਨਹੀਂ ਵੇਖ ਸਕਦੇ ਅਤੇ ਰੰਗ ਪੰਜਾਬ ਨੂੰ ਤੁਸੀਂ ਮੈਰਿਜ ਪੈਲਸ ਨਾਲ ਨਹੀਂ ਵੇਖ ਸਕਦੇ ਅਸੀਂ ਪੰਜਾਬ ਦੇ ਸਿਨੇਮੇ ਦੇ ਕੈਨਵਸ 'ਤੇ ਦੋ ਡਿਫਰੈਂਟ ਫਿਲਮਾਂ ਰੱਖੀਆਂ ਨੇ ਉਹ ਵੀ ਉਸ ਸਟੇਜ 'ਤੇ ਜਦੋਂ ਸਿਨੇਮਾ ਬਹੁਤ ਜ਼ਿਆਦਾ ਚੇਂਜ ਹੋ ਗਿਆ ਟੋਟਲੀ ਅਗਰੀ ਟੂ ਯੂ ਪੁਆਇੰਟ ਇਹ ਗੱਲ ਨਾ ਆਪਾਂ ਕਹਿੰਦੇ ਆ ਇਸ ਵਕਤ ਮੇਰੇ ਕੋਲ ਪੁਆਇੰਟ ਨਹੀਂ ਇਹਨੂੰ ਕਲੈਸ਼ ਨਹੀਂ ਕਹਿ ਸਕਦੇ ਐਕਸਪੈਰੀਮੈਂਟ ਵੀ ਕਹਿ ਸਕਦੇ ਆਪਾਂ ਇਹ ਨਹੀਂ ਕਰਦੇ ਮੈਂ ਉਹੀ ਤੁਹਾਨੂੰ ਗੱਲ ਕਹਿ ਰਿਹਾ ਕਿ ਆ ਤਾਂ ਹੋਵੇ ਆਪਣੇ ਕੋਲ ਬਹੁਤ ਟਾਈਮ ਤੋਂ ਕੋਈ ਫਿਲਮ ਨਾ ਆਈ ਹੋਵੇ ਪੰਜਾਬ ਦੇ ਵਿੱਚ ਹੈ ਨਾ ਉਹੀ ਕਹਿ ਰਿਹਾ ਹਰ ਹਫਤੇ ਫਿਲਮ ਰਿਲੀਜ਼ ਹੋਣ ਦੇ ਬਾਵਜੂਦ ਵਧੀਆ ਗੱਲ ਹੈ ਵਧੀਆ ਗੱਲ ਹੈ ਪੰਜਾਬੀ ਦੇ ਵਿੱਚ ਇੰਨਾ ਬਜਟ ਹੈ ਆਈ ਰੀਲੀ ਅਪਰੀਸ਼ੀਏਟ ਕਿ ਦਰਸ਼ਕ ਆਣ ਫਿਲਮ ਨੂੰ ਵੇਖਣ ਦੋਨਾਂ ਵੇਖਣ ਨਾਲ ਇਹ ਵੀ ਨਹੀਂ ਕਹਿ ਰਿਹਾ ਦਰਸ਼ਕ ਕਿਉਂ ਨਹੀਂ ਆਉਂਦੇ ਉਹ ਪਬਲਿਸਿਟੀ ਜਾਂ ਕਿਤੇ ਨਾ ਕਿਤੇ ਪ੍ਰੋਡਿਊਸਰ ਦੀਆਂ ਜਾਂ ਡਾਇਰੈਕਟਰ ਦੀ ਕਿਸੇ ਜੇ ਖਾਮੀਆਂ ਕਰਕੇ ਨਹੀਂ ਆਉਂਦੇ ਫਲੋਪ ਫਿਲਮ ਦੀ ਵੀ ਪਬਲਿਸਿਟੀ ਚੰਗੀ ਤਰ੍ਹਾਂ ਹੋਵੇ ਫਿਲਮ ਨਹੀਂ ਵਧੀਆ ਆਡੀਅੰਸ ਫਰਾਈਡੇ ਆਉਂਦੀ ਹੀ ਆਉਂਦੀ ਹੈ ਸੋ ਇਹ ਤੁਸੀਂ ਐਡਵਰਟਾਈਜ਼ ਕਿਵੇਂ ਕਰਦੇ ਹੋ ਆਪਣੀ ਫਿਲਮ ਨੂੰ ਕਿਹੜੇ ਤਰੀਕੇ ਨਾਲ ਕਰਦੇ ਠੀਕ ਹੈ ਬਿਲਕੁਲ ਆਈ ਹੈਵ ਸਮ ਡਿਸਕਸ਼ਨ ਓਵਰ ਇਟ ਦੈਟ ਵਿਲ ਡੂ ਇਟ ਇਨ ਵਨ ਔਨ ਵਨ ਇੱਕ ਗੱਲ ਹੋਰ ਆ ਜਿਹੜੀ ਤੁਹਾਨੂੰ ਸੋਚਣੀ ਚਾਹੀਦੀ ਆ ਵੀ ਆਪਾਂ ਯਾਰ ਮੇਰੇ ਨਾਲ 15 20 ਵਿਆਹ ਤੱਕ ਕਰਾ ਚੁੱਕੇ ਆ ਹਨਾ ਹੁਣ ਛੱਡ ਦਈਏ ਉਹਨਾਂ ਨੂੰ ਹਨਾ ਇੱਕ ਪਾਸੇ ਆਪਾਂ ਬਾਇਲਾਰਸ ਬਣਾ ਦਿੰਦੇ ਆ ਉਹਦੇ 'ਚ ਵਿਆਹ ਕਰਾ ਦਿੰਦੇ ਹਾਂ ਉਹਦੇ ਪਿੱਛੋਂ ਵੀ ਟਰੈਕਟਰ 'ਚ ਜਿਹੜਾ ਜਿੱਤੂਗਾ ਉਹਦਾ ਵਿਆਹ ਹੋ ਜਾਊਗਾ ਫਿਰ ਆਪਾਂ ਲਾਟੂ ਜਗਾ ਦਿੰਦੇ ਹਾਂ ਉਹਦੇ 'ਚ ਵਿਆਹ ਕਰਾ ਦਿੰਦੇ ਹਾਂ ਫਿਰ ਇੱਕ ਪਾਸੇ ਆਪਾਂ ਬੰਬੂ ਘਾਟ ਬਣਾ ਦਿੰਦੇ ਹਾਂ ਉਹਦੇ 'ਚ ਸਿਨੇਮਾ ਕਿੱਥੇ ਆ ਆਪਣੇ ਕੋਲੇ ਮੇਰੇ ਹੋਰ ਕਿਸੇ ਨਾਲ ਕੋਈ ਡਿਫਰੈਂਸ ਨਹੀਂ ਹੈ ਕ੍ਰੀਏਟਿਵ ਡਿਫਰੈਂਸ ਆ ਰਾਈਟ ਸੋ ਆਈ ਐਮ ਗਿਵਿੰਗ ਯੂ ਸਿਨੇਮਾ ਐਂਡ ਆਈ ਪ੍ਰੋਮਿਸ ਦੈਟ ਐਂਡ ਯੂ ਪਲੀਜ਼ ਗੋ ਵਾਚ ਇਟ ਐਂਡ ਗਿਵ ਯੂਰ ਆਨੈਸਟ ਓਪੀਨੀਅਨ ਪਬਲਿਕਲੀ ਐਂਡ ਸੇ ਇਫ ਯੂ ਡਿਡਨਟ ਲਾਈਕ ਇਟ ਟ੍ਰੈਸ਼ ਇਟ ਟ੍ਰੈਸ਼ ਇਟ You know, I'm saying that's not a trick. But then, real me, thank you so much. But it's an effort and it's an honest effort to give something to the state that this is cinema. Let's have, because aina rich culture, ehja apna sahita, ehja apna, you know, jab apna dekhi literature, aina poet hoya, aina thinker hoya. Apna sirf comedy che phas gaya. ਉਹੀ ਸਿਚੁਏਸ਼ਨਲ ਕਾਮੇਡੀ ਨਹੀਂ ਉਹੀ ਐਕਟਰਸ ਨੂੰ ਲੈ ਕੇ ਵਿਦ ਡਿਸਰੈਸਪੈਕਟ ਟੂ ਐਵਰੀਵਨ ਉਹੀ ਚਿਹਰਿਆਂ ਨੂੰ ਲੈ ਕੇ ਉਵੇਂ ਹੀ ਬੋਲਦੇ ਆ ਤੁਸੀਂ ਚਿਹਰੇ ਚੇਂਜ ਕਰ ਦਿਓ ਉਹਨਾਂ ਦੇ ਬੋਲਣ ਦਾ ਸਟਾਈਲ ਵੀ ਉਹੀ ਆ ਵਾਟ ਇਜ਼ ਦਿਸ ਹੈਪਨਿੰਗ ਪਰ ਭਾਈ ਮਿਲਦੀ ਆ ਦੇਖੋ ਫਿਲਮ ਨੂੰ ਨਾ ਤੁਸੀਂ ਬਿਜ਼ਨਸ ਦੇ ਨਾਲ ਬਿਜ਼ਨਸ ਤੇ ਚੰਗੀ ਫਿਲਮ ਦਾ ਕੋਈ ਆਪਸ ਚ ਲਿੰਕ ਨਹੀਂ ਆ ਮੁਗਲੇ ਆਜ਼ਮ ਵੀ ਨਹੀਂ ਚੱਲੀ ਸੀ ਸ਼ੋਲੇ ਵੀ ਨਹੀਂ ਚੱਲੀ ਸੀ ਪਰ ਉਸ ਵੇਲੇ ਐਂਟਰਟੇਨਮੈਂਟ ਆ ਨਾ ਜਿਹੜੀ ਉਹਦਾ ਸਾਧਨ ਹੀ ਸਿਨੇਮਾ ਹੁੰਦਾ ਸੀ ਉਹ ਇੱਕ ਵੀਕ ਨਹੀਂ ਚੱਲਦੀ ਸੀ ਦੂਜੇ ਵੀਕ ਪਿੱਕ ਕਰ ਲੈਂਦੀ ਸੀ ਹੁਣ ਤਾਂ ਇੱਕ ਦਿਨ ਨਹੀਂ ਚੱਲਦੀ ਦੂਜੇ ਦਿਨ ਥੀਏਟਰਾਂ ਵਾਲੇ ਲਾ ਕੇ ਪਾਸੇ ਮਾਰਦੇ ਆ ਸ਼ੋ ਹੀ ਘਟਾ ਦਿੰਦੇ ਆ ਕੀ ਕਰੋਗੇ ਤੁਸੀਂ ਬਾਅਦ ਚ ਜੋਰੇ 10 ਨੰਬਰੀਆਂ ਦੇਖ ਕੇ ਤੁਸੀਂ ਨੈਟਫਲਿਕਸ ਤੇ ਕਹਿੰਦੇ ਹੋ ਯਾਰ ਕਿਆ ਫਿਲਮ ਸੀ ਬਾਈ ਤੁਹਾਡੀ ਤੁਸੀਂ ਡਾਇਲੋਗ ਦੇ ਵੱਟ ਕੱਢਤੇ ਤੁਸੀਂ ਸੀਨਸ ਵਾਲੇ ਵੱਟ ਕੱਢਤੇ ਯੂ ਨੋ ਇੱਕ ਗੱਲ ਹੋਰ ਆ ਜਿਹੜੀ ਫਿਲਮ ਆ ਨਾ ਉਹ ਬਣੀ ਆ ਥੀਏਟਰ ਲਈ ਉਹ ਟੀਵੀ ਲਈ ਨਹੀਂ ਬਣੀ ਉਹ ਨੈੱਟ ਲਈ ਨਹੀਂ ਬਣੀ ਕਿਉਂਕਿ ਜਿਹੜੇ ਸਾਡੇ ਸਾਊਂਡ ਆ ਜਿਹੜਾ ਸਾਡਾ ਵਿਜ਼ੂਅਲ ਆ ਉਹ ਅਸੀਂ ਤੁਹਾਨੂੰ 5.1 ਚ ਦਿਖਾਉਣਾ ਚਾਹੁੰਦੇ ਆ ਉਹ ਵਿਜ਼ੂਅਲ ਵੀ ਤੁਹਾਨੂੰ ਪੇਪਰ ਦੇ ਤੇ ਦਿਖਾਉਣਾ ਚਾਹੁੰਦੇ ਆ ਟੀਵੀ ਲਈ ਟੀਵੀ ਪ੍ਰੋਗਰਾਮਸ ਬਣਦੇ ਆ ਦੇਅਰਫੋਰ ਪਲੀਜ਼ ਅਪੀਲ ਐਵਰੀਵਨ ਜੇ ਫਿਲਮਸ ਦੇਖਣੀ ਆ ਤਾਂ ਸਿਨੇਮੇ ਚ ਜਾ ਕੇ ਦੇਖੋ ਬਾਅਦ ਚ ਦੇਖ ਦੇਖ ਕੇ ਕਿਤੇ ਮੋਬਾਈਲ ਤੇ ਦੇਖ ਲਈ ਨੋ ਵੀ ਨਾ ਪੈਸ਼ਨੇਟ ਟੂਅਰਡਸ ਆਰਟ ਦੈਨ ਇਸੇ ਲਈ ਆਪਣੇ ਕੋਲੇ ਹੁਣ ਥਿੰਕਰਸ ਨਹੀਂ ਆ ਪੋਇਟ ਨਹੀਂ ਆ ਪੇਂਟਰਸ ਨਹੀਂ ਆ ਆਪਾਂ ਸੋਹਰ ਸਿੰਘ ਨੂੰ ਵੀ ਪੈਦਾ ਕੀਤਾ ਆਪਾਂ ਵਾਰੇ ਸ਼ਾਹ ਧਨੀ ਰਾਮ ਚਾਤਰੇ ਕਰਕੇ ਅੰਮ੍ਰਿਤਾ ਪ੍ਰੀਤਮ ਵਰਗੇ ਥਾਂ ਪੈਦਾ ਕੀਤੇ ਆ ਇੱਥੇ ਦੈਟ ਇਜ਼ ਆ ਦੈਟਸ ਵਾਟ ਵੀ ਆ ਮੈਂ ਚੇਂਜ ਕਰਨਾ ਥੋੜ੍ਹਾ ਜਿਹਾ ਦੀਪ ਭਾਈ ਤੇ ਕਰਤਾਰ ਭਾਈ ਨੂੰ ਦੋਨਾਂ ਨੂੰ ਮੇਰਾ ਸਵਾਲ ਹੈ ਦੀਪ ਭਾਈ ਜੀ ਤੁਸੀਂ ਪੁਰਾਣੇ ਥੰਮਾਂ ਦੀ ਗੱਲ ਕੀਤੀ ਆ ਪੰਜਾਬੀ ਇੰਡਸਟਰੀ 'ਚ ਦੋ ਪੁਰਾਣੇ ਥੰਮ ਸੀ ਯੋਗਰਾਜ ਜੀ ਗੱਗੂ ਗਿੱਲ ਜੀ ਕਿ ਨੌਜਵਾਨ ਪੀੜ੍ਹੀ 'ਚ ਤੁਹਾਡੇ ਦੋਵਾਂ 'ਚੋਂ ਭੇੜ ਦਿਖੇਗਾ ਜੋ ਪੁਰਾਣੇ ਸਮੇਂ 'ਚ ਭੇੜ ਹੁੰਦਾ ਸੀ ਭੇੜ ਭੇੜ ਹੈ ਪੂਰਾ ਜੀ ਤੁਸੀਂ ਦੇਖੋ ਬਠਿੰਡੇ ਵਾਲੀ ਗੱਲ ਕਰ ਰਹੇ ਹਾਂ ਤੁਸੀਂ ਦੇਖ ਤੁਸੀਂ ਦੇਖਿਓ ਐਕਟੀ
रोंग डायरेक्शन च ना जाओ और मतलब समझो कानून और अपने पंजाब की अपनी मिट्टी की इज्जत करो यही मैसेज है अपनी मिट्टी ना प्यार करो नहीं वैसे मैसेज देने से फिर मैं बनाता नहीं हूँ मैसेज मिल जाए मिल जाए और मैसेज देना से खुशी है कि इस हफ्ते साढ़े दो दो तीन तीन रिलीज हो रहे हैं ये पंजाबी मां बोली ते पंजाबी भाषा लई बहुत माण वाली गल समझते हैं तुसीं की कहना चाहुंदे देखो पंजाब पंजाबीयत ते अपनी जिहड़ी जिहनों मां बोली आ इन्हां चीज़ां नूं इह तां हमेशा रहिणगियां ही रहिणगियां फिल्मां आउण ना आउण कोई फर्क नहीं पैंदा इन्हां नूं उह जिवें कहिंदे हुंदे आ वी उह कहिंदे वी पंजाबी गवाची जांदी आ पर किते नहीं गवाची इक जिहड़ा बाबे नानक वाली रबाब जदों मरदाना वजाउंदा सी ना उहदी इक इक साज ते ही वापस आ गई सब कुछ जिम्मेदारी है समाज प्रति क्योंकि असि वेस्टर्न कल्चर तो बहुत ज्यादा इनफ्लुएंस हो चुके हैं वो इनफ्लुएंस एहोजा हो गया भी आप सादगी खो बैठे हैं उन्होंने सादगी नहीं खोही वेस्टर्न लोग हजे भी सादे आ पर आप उतों इन्ना ज्यादा इनफ्लुएंस हो गए भी सादगी खो बैठे जो सिंपलिसिटी थोड़े चो निकल जाए फिर प्रॉब्लम सोसाइटी च आती है दैट्स वॉट वी आर फेसिंग एट द मोमेंट मैं पूरा एक्साइटेड हाँ जी इस फिल्म को लैके क्योंकि सारे अपने ही वीर भरा ने जिन्होंने मिल के फिल्म बनाई है सो सारे बड़े प्रोफेसनल टैलेंटेड लोगों की टीम है जी कास्ट एंड क्रू इस फिल्म में जुड़ी हुई है सारे ही मेरे फेवरेट ने मैं मतलब कह नहीं सकता कि आ बंदा मेरा फेवरेट ज आ नहीं सारे बड़े कमाल के एक्टर ने डायरैक्टर जोड़े ने राकेश मेहता होनी हालांकि उन्होंने दूसरी फिल्म है पर वो कहिंदे ना झोने वाले पिंड परालियों पता लग जाते हैं सो उन्होंने पहली फिल्म वापसी ही उन्होंने अपने आप को साबित करता सी प्रूव करता सी कि वो पंजाबी सिनेमा के एक बड़े वधिया प्रोमिसिंग डायरैक्टर ने आने वाले समय से बड़ी सोहनिया फिल्मा बनाएंगे आह फिल्म भी मैनू लगता बहुत सोहनी बनाई होगी जो मैं ट्रेलर देखा है जोड़े मैं गाने देखे ने यूट्यूब पर सो सारे बड़े कमाल के ने सो मैं लगता सोहनी फिल्म होगी अच्छा कंसैप्ट की गल करिए बहुत ही यूनीक कंसैप्ट लैके आए हैं इस कंसैप्ट बारे मैं कहना बहुत वधिया गल है क्योंकि अलग अलग रंगा दियाँ जिहड़ियां फिल्मां पंजाबी च बननियां चाहीदियां सो डेफिनेटली एक जिहड़ा नवा रंग है पंजाबी सिनेमा का हालांकि गैंगस्टर ड्रामा इन्हां सारियां दे उत्ते फिल्मां बनियां ने पर यह जिहड़ा रंग है ये अलग ही होगा मैनूं लगदा ਤਾਂ ਜੀ ਰੰਗ ਪੰਜਾਬ ਮੂਵੀ ਆਪਾਂ ਦੇਖ ਰਹੇ ਸੀਗੇ ਅਤੇ ਇੰਟਰਵਲ ਹੋ ਚੁੱਕਿਆ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਨਿੰਜਾ ਬਾਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਕਿੱਦਾਂ ਅਤੇ ਹੁਣ ਤੱਕ ਦੀ ਤੁਸੀਂ ਮੂਵੀ ਦੇਖੀ ਹੈ ਕਿੱਦਾਂ ਦਾ ਲੱਗਿਆ ਤੁਹਾਨੂੰ ਮੂਵੀ ਬਹੁਤ ਵਧੀਆ ਭਾਅ ਜੀ ਕਿਉਂਕਿ ਮੈਂ ਅਸੀਂ ਦੀਪ ਸਿੱਧੂ ਵੀਰੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਆ ਅਤੇ ਉਹਨਾਂ ਦਾ ਕੀਤਾ ਕੰਮ ਔਰ ਜੋ ਸੋਚ ਲੈ ਕੇ ਉਹਨਾਂ ਨੇ ਇਸ ਥੀਏਟਰ ਮਤਲਬ ਸਿਨੇਮਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਆ ਉਹ ਬਹੁਤ ਵਧੀਆ ਅਤੇ ਸਾਰਿਆਂ ਨੂੰ ਪਸੰਦ ਆਊਗੀ ਮੂਵੀ ਅੱਜ ਅੱਛਾ ਤੁਸੀਂ ਦੇਖਿਆ ਹੋਣਾ ਅਪਾਰਟ ਫਰੋਮ ਕਾਮੇਡੀ ਇੱਕ ਬਹੁਤ ਹੀ ਯੂਨੀਕ ਕੰਸੈਪਟ ਲੈ ਕੇ ਆਏ ਨੇ ਇਸ ਕੰਸੈਪਟ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਇਹ ਜਿਹੜਾ ਥੀਏਟਰ ਆ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਹੱਦ ਤੱਕ ਖੜਾ ਹੈ ਕਿਉਂਕਿ ਇੱਕ ਵਿਜ਼ਨ ਆ ਵਿਜ਼ਨ ਕਿਤੇ ਦਾ ਵੀ ਹੋ ਸਕਦਾ ਅਤੇ ਉਹਨੂੰ ਆਪਾਂ ਕਿੱਦਾਂ ਲੈ ਕੇ ਆਉਂਦੇ ਹਾਂ ਕਿੱਦਾਂ ਲੋਕਾਂ ਤੱਕ ਪਹੁੰਚਾਉਂਦੇ ਹਾਂ ਉਹ ਸਭ ਤੋਂ ਜ਼ਿਆਦਾ ਮੈਟਰ ਕਰਦਾ ਅਤੇ ਇਹ ਮਤਲਬ ਸਾਰਾ ਪੈਕੇਜ ਬਹੁਤ ਅੱਛਾ ਸੀਗਾ ਅਤੇ ਬਾਕੀ ਮੈਨੂੰ ਉਮੀਦ ਆ ਵੀ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲੂਗਾ ਅਤੇ ਦੀਪ ਸਿੱਧੂ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਐਕਟਿੰਗ ਹੁਣ ਤੱਕ ਦੀ ਤੁਸੀਂ ਦੇਖੀ ਹੈ ਬਹੁਤ ਹੀ ਇੱਕ ਮਤਲਬ ਜਿਹਨੂੰ ਕਹਿੰਦੇ ਤਗੜੇ ਸਵੈਗੀ ਅਵਤਾਰ ਦੇ ਵਿੱਚ ਆਏ ਨੇ ਨਾਲ ਹੀ ਆ ਗਏ ਨੇ ਦੀਪ ਸਿੱਧੂ ਭਾਅ ਜੀ ਵੀਰ ਆਏ ਵੀ ਗਏ ਨੇ
ਤੇ ਗੱਲ ਚੱਲਦੀ ਸੀ ਵੀਰੇ ਦੀ ਐਕਟਿੰਗ ਦੀ ਤੇ ਮੈਂ ਮਾੜਾ ਜਿਹਾ ਇਹਨੂੰ ਘੁੰਮ ਜਾਓ ਹਾਂਜੀ ਤੇ ਮੈਂ ਕਹਿਣਾ ਚਾਹੁੰਦਾ ਵੀ ਬਹੁਤ ਸੋਹਣਾ ਕੰਮ ਹੋਇਆ ਤੇ ਗੁੱਡ ਲੱਕ ਤੇ ਬੈਸਟ ਵਿਸ਼ਸ ਵੀਰੇ ਮੇਰੇ ਥੈਂਕ ਯੂ ਸੋ ਮਚ ਬ੍ਰੋ ਅੱਛਾ ਪਹਿਲੀ ਵਾਰੀ ਤੁਸੀਂ ਦੇਖਿਆ ਨਾ ਇੰਨੀ ਓਨੈਸਟ ਮੋਡੈਸਟੀ ਦੇਖੀ ਹੋਣੀ ਤੁਸੀਂ ਰੀਅਲ ਐਕਟਿੰਗ ਦੇਖੀ ਹੈ ਥੈਂਕ ਯੂ ਸੋ ਮਚ ਹੁਣ ਤੁਸੀਂ ਹੀ ਦੱਸੋਗੇ ਕਿਵੇਂ ਆ ਜੀ ਬਿਲਕੁਲ ਆਪਾਂ ਨੇ ਦੱਸ ਰਹੇ ਆ ਤੇ ਬਿਲਕੁਲ ਆਈ ਜੀ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਤੇ ਰੀਨਾ ਜੀ ਵੀ ਸਾਡੇ ਨਾਲ ਇਹਨਾਂ ਦਾ ਤਾਂ ਮਤਲਬ ਬਿਲਕੁਲ ਹੀ ਵੱਖਰਾ ਕਿਰਦਾਰ ਸਾਨੂੰ ਦੇਖਣ ਨੂੰ ਮਿਲਿਆ ਹਾਂਜੀ ਬਹੁਤ ਵਧੀਆ ਲੱਗਿਆ ਆਮ ਇੰਜੋਇੰਗ ਦ ਫਿਲਮ ਜਿਹੜਾ ਤੁਸੀਂ ਮਤਲਬ ਪ੍ਰੈਜ਼ੈਂਟਲੀ ਅਵਤਾਰ ਨਿਭਾ ਰਹੇ ਹੋ ਇਹ ਤਾਂ ਬਿਲਕੁਲ ਹੀ ਯੂਨੀਕ ਹੈ ਜਿਵੇਂ ਤੁਸੀਂ ਕਹਿੰਦੇ ਨਾ ਇਹ ਸ਼ਰੀਫ ਜਿਹਾ ਮੁੰਡਾ ਹੈਗਾ ਤੇ ਤੁਸੀਂ ਇਹਨਾਂ ਨੂੰ ਤੰਗ ਕਰੀ ਜਾ ਰਹੇ ਹੋ ਹਾਂਜੀ ਹਾਂਜੀ ਹਲੇ ਤੰਗ ਕਰੂੰਗੇ ਹੋਰ ਕੀ ਤੰਗ ਕਰੂੰਗੇ ਅੱਛਾ ਹੁਣ ਇੰਟਰਵਲ ਹੋ ਚੁੱਕਿਆ ਉਹ ਜਪਜੀ ਮੈਮ ਵੀ ਸਾਡੇ ਨਾਲ ਨੇ ਮੈਮ ਆਪਾਂ ਐਕਸਾਈਟਮੈਂਟ ਦੇਖ ਰਹੇ ਸਾਰੇ ਬਹੁਤ ਹੀ ਜ਼ਿਆਦਾ ਐਕਸਾਈਟਡ ਨੇ ਜਪਜੀ ਮੈਮ ਤੁਹਾਡੇ ਤੋਂ ਪੁੱਛਦੇ ਹਾਂ ਹੁਣ ਤੱਕ ਦਾ ਕਿੱਦਾਂ ਦਾ ਰਿਹਾ ਤੁਹਾਨੂੰ ਮੈਂ ਥੋੜ੍ਹੀ ਲੇਟ ਹੋ ਗਈ ਸੀ ਮੈਂ ਕਹਿ ਰਹੀ ਸੀ ਮੈਂ ਉਹਦੇ ਲਈ ਮਾਫੀ ਚਾਹੁੰਦੀ ਹਾਂ ਬਟ ਜਿੰਨਾ ਵੀ ਮੈਂ ਦੇਖਿਆ ਮੈਨੂੰ ਦੀਪ ਸਿੱਧੂ ਜੀ ਦਾ ਕੰਮ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਲੱਗਾ ਐਂਡ ਆਮ ਵੇਟਿੰਗ ਕਿ ਕਦੋਂ ਓਵਰ ਹੋਵੇ ਇੰਟਰਵਲ ਵਾਲਾ ਜਿਹੜਾ ਪੀਰੀਅਡ ਹੈ ਅਤੇ ਅਸੀਂ ਦੁਬਾਰਾ ਫਿਲਮ ਸ਼ੁਰੂ ਹੋਵੇ ਅਤੇ ਦੇਖੀਏ ਵੈਰੀ ਐਂਟਰਟੇਨਿੰਗ ਆਈ ਲਵ ਇਟ ਆਈ ਲਵ ਹਿਸ ਕੈਰੈਕਟਰ ਹੀ ਇਜ਼ ਡਨ ਅ ਗ੍ਰੇਟ ਜੋਬ ਇਜ਼ ਅ ਗ੍ਰੇਟ ਐਕਟਰ ਉਦਾਂ ਨਹੀਂ ਕਹੀ ਜਾਂਦੇ ਸੀ ਉਹਨਾਂ ਨੂੰ ਲੱਗ ਰਿਹਾ ਕਿ ਮਜ਼ਾਕ ਕਰ ਰਹੇ ਨਹੀਂ ਕਰ ਰਹੇ ਤੁਸੀਂ ਖੁਦ ਆ ਕੇ ਦੇਖੋ ਸਿਨੇਮਾ ਹਾਲ 'ਚ ਤੇ ਤੁਹਾਨੂੰ ਪਤਾ ਲੱਗੇਗਾ ਮੈਂ ਝੂਠ ਨਹੀਂ ਬੋਲ ਰਹੀ ਤੇ ਬੰਨੀ ਭਾਜੀ ਆਪਾਂ ਤੁਹਾਨੂੰ ਕਿਵੇਂ ਬੋਲ ਸਕਦੇ ਤੁਸੀਂ ਤਾਂ ਆਪਣੇ ਅਫਸਰ ਤੋਂ ਹੀ ਬੜੇ ਦੁਖੀ ਹੋ ਕੀ ਗੱਲ ਇਹਨਾਂ ਨਾਲ ਨਹੀਂ ਲੱਗਣਾ ਚਾਹੀਦਾ ਹੈ ਨਹੀਂ ਬਹੁਤ ਵਧੀਆ ਫਿਰ ਅੱਗੇ ਆ ਜਾਓ ਮਾੜਾ ਜਿਹਾ ਹਾਂਜੀ ਕੀ ਗੱਲ ਆਪਣੇ ਅਫਸਰ ਤੋਂ ਬੜੇ ਦੁਖੀ ਲੱਗ ਰਹੇ ਨਹੀਂ 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 ਹੁਣ ਅਫਸਰ ਤੋਂ ਮੋਟੀਵੇਸ਼ਨ ਲੈ ਕੇ ਮੈਂ ਚੇਂਜ ਹੋਊਂਗਾ ਤੁਸੀਂ ਦੇਖਿਓ ਬਿਲਕੁਲ ਇੰਟਰਵਲ ਤੋਂ ਬਾਅਦ ਚੇਂਜ ਹੋਣ ਵਾਲੇ ਹਾਂਜੀ ਸਰ ਧੀਰਜ ਜੀ ਕੀ ਹਾਲ ਚਾਲ ਹੈ ਬਿਲਕੁਲ ਵਧੀਆ ਜੀ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਇਨੋਸੈਂਟ ਲੱਗ ਰਹੇ ਹੋ ਇੱਥੇ ਤਾਂ ਮਤਲਬ ਹੁਣ ਅੱਗੇ ਤੁਹਾਡਾ ਕੀ ਰੋਲ ਹੋਣਾ ਅੱਗੇ ਬਸ ਦੇਖਦੇ ਜਾਓ ਅੱਗੇ ਬਹੁਤ ਕੁਛ ਹੈ ਜੀ ਬਹੁਤ ਹੀ ਮਤਲਬ ਜਿਹਨੂੰ ਕਹਿੰਦੇ ਨਾ ਇੱਕ ਟੱਚੀ ਜਿਹਾ ਰੋਲ ਤੁਸੀਂ ਨਿਭਾ ਰਹੇ ਹੋ ਔਰ ਲੋਕ ਕਾਫ਼ੀ ਇਮੋਸ਼ਨਲ ਵੀ ਹੁੰਦੇ ਉਸ ਚੀਜ਼ ਨੂੰ ਦੇਖ ਕੇ ਹਾਂਜੀ ਬਾ ਜਿੱਦਾਂ ਦਾ ਰੋਲ ਮਿਲਦਾ ਮੈਨੂੰ ਵਧੀਆ ਲੱਗਦਾ ਮੇਰੇ ਅਕੋਰਡਿੰਗ ਜਿੱਦਾਂ ਦੀ ਮੇਰੀ ਰੀਅਲ ਨੇਚਰ ਜੀ ਆ ਉਹਨਾਂ ਦੇ ਅਕੋਰਡਿੰਗ ਮੈਨੂੰ ਪੱਕੇ ਅੱਗੇ ਅੱਗੇ ਬਹੁਤ ਖੁਸ਼ ਹੈ ਜੀ ਥੈਂਕ ਯੂ ਅਤੇ ਜੀ ਇਹ ਸੀਗੇ ਸਾਡੇ ਨਾਲ ਫਿਲਮ ਦੀ ਸਟਾਰਕਾਸਟ ਅਤੇ ਮੇਰੇ ਨਾਲ ਨਿੰਜਾ ਬਾਈ ਵੀ ਸੀਗੇ ਹੁਣ ਤੁਹਾਡੇ ਸਾਰਿਆਂ ਨੂੰ ਫਿਰ ਮਿਲਦਾ ਮੈਂ ਇੰਟਰਵਲ ਤੋਂ ਬਾਅਦ ਭਾਜੀ ਹੁਣ ਸਾਡੇ ਨਾਲ ਜੁੜ ਚੁੱਕੇ ਨੇ MLA ਸਾਹਿਬ ਦੇ ਵਿਗੜੇ ਹੋਏ ਮੁੰਡੇ ਭਾਜੀ ਕੀ ਹਾਲ ਚਾਲ ਹੈ ਵਧੀਆ ਭਾਜੀ ਹਾਂਜੀ ਕਿੱਦਾਂ ਦਾ ਰਿਹਾ ਮਾਹੌਲ ਫਿਰ ਮਾਹੌਲ ਭਾਜੀ ਬਹੁਤ ਵਧੀਆ ਰਿਹਾ ਮੂਵੀ ਦਾ ਅੱਛਾ ਜਦੋਂ ਮਤਲਬ ਇਹ ਰੋਲ ਅਸਾਈਨ ਹੋਏ ਸੀਗੇ ਤੁਹਾਨੂੰ ਪਤਾ ਲੱਗਿਆ ਵੀ ਮੈਂ ਇਹ ਰੋਲ ਕਰਨਾ ਤੁਹਾਡਾ ਰਿਐਕਸ਼ਨ ਕੀ ਸੀਗਾ ਭਾਈ ਪਹਿਲੀ ਗੱਲ ਤਾਂ ਮੈਂ ਮੰਨ ਹੀ ਨਹੀਂ ਰਿਹਾ ਸੀਗਾ ਬਹੁਤ ਮੁਸ਼ਕਿਲ ਹੈ ਭਾਈ ਮਹਿਤਾ ਸਾਹਿਬ ਨੇ ਮੈਨੂੰ ਅਪਰੋਚ ਕੀਤੀ ਕਿ ਜਸਟਿਨ ਦੇਵਕੀ ਕਰਾਉਣਾ ਰੋਲ ਹੈ ਅੱਛਾ ਫਿਰ ਮੈਂ ਫਿਰ ਕੀਤਾ ਜਾ ਕੇ ਡਿਸਾਈਡ ਅੱਛਾ ਕੀ ਕਰੂੰਗਾ ਬਿਲਕੁਲ ਅਤੇ ਜਦੋਂ ਤੁਸੀਂ ਦੇਖਿਆ ਨਾ ਜਦ ਕੋਈ ਬੰਦਾ ਨੈਗੇਟਿਵ ਰੋਲ ਕਰਦਾ ਨਾ ਕੋਈ ਇੱਦਾਂ ਦਾ ਰੋਲ ਕਰਦਾ ਅਤੇ ਉਹਦੀ ਜਿਹੜੀ ਮਤਲਬ ਜਿਹੜੀ ਆਡੀਅੰਸ ਹੁੰਦੀ ਨਾ ਉਹ ਕੁਛ ਥੋੜ੍ਹੀ ਪਰਸੈਂਟ ਆਡੀਅੰਸ ਜਿਹੜੀ ਆ ਉਹਨੂੰ ਇਸ ਨਜ਼ਰ ਨਾਲ ਦੇਖਣ ਲੱਗ ਪੈਂਦੀ ਹੈ ਅਤੇ ਤੁਸੀਂ ਆਪਣੀ ਆਡੀਅੰਸ ਨੂੰ ਇੱਕ ਵਾਰੀ ਦੱਸ ਦਿਓ ਵੀ ਅਸਲੀਅਤ 'ਚ ਕੀ ਗੱਲ ਹੈ ਅਸਲੀਅਤ 'ਚ ਬਾਈ ਮੈਨੂੰ ਉਹਨਾਂ ਨੇ ਦੇਖ ਕੇ ਤਾਂ ਹੀ ਰੋਲ ਦਿੱਤਾ ਕਿ ਉਹਨਾਂ ਨੂੰ ਪਤਾ ਕਿ ਮੇਰਾ ਨੇਚਰ ਕਿੱਦਾਂ ਦਾ ਦੇਖੋ ਜਿੱਦਾਂ ਇਹ ਸ਼ਰਮਾ ਰਿਹਾ ਮੈਨੂੰ ਨਹੀਂ ਲੱਗਦਾ ਅਸਲੀਅਤ 'ਚ ਇੱਦਾਂ ਇਹ ਰੋਲ ਦੇ ਹਿਸਾਬ ਨਾਲ ਹੀ ਇੱਦਾਂ ਐਕਟਿੰਗ ਸੀਗੀ ਇਹਨਾਂ ਦੀ ਅਤੇ ਭਾਅ ਜੀ ਕਿੱਦਾਂ ਦਾ ਰਿਹਾ ਤੁਹਾਡਾ ਓਵਰਆਲ ਐਕਸਪੀਰੀਅੰਸ ਭਾਅ ਜੀ ਬਹੁਤ ਵਧੀਆ ਰਿਹਾ ਹਾਂਜੀ ਕਿਉਂਕਿ ਮੈਂ ਤਾਂ ਸਾਹਮਣੇ ਜਿਹੜੇ ਹਿਸਾਬ ਨਾਲ ਮੈਨੂੰ ਕਿਹਾ ਸੀ ਉਹੀ ਹਿਸਾਬ ਨਾਲ ਮੈਂ ਕੀਤਾ ਕੰਮ ਬਿਲਕੁਲ ਅਤੇ ਦੀਪ ਸਿੱਧੂ ਦੇ ਅਗੇਂਸਟ ਤੁਸੀਂ ਇੱਕ ਨੈਗੇਟਿਵ ਰੋਲ ਪਲੇ ਕੀਤਾ ਹੈ ਨਾ ਫਸਟ ਟਾਈਮ ਕੀਤਾ ਬਿਲਕੁਲ ਬਾਈ ਦੇ ਮਤਲਬ ਡੈਬੀ ਹੋ ਗਿਆ ਬਾਈ ਦਾ ਜੀ ਜੀ ਚਲੋ ਵਧੀਆ ਬਾਈ ਹੁਣ ਆਪਾਂ ਇੰਟਰਵਲ ਹੋ ਚੁੱਕਿਆ ਸੀ ਅਤੇ ਮੈਂ ਕਿਹਾ ਬਾਈ ਨੂੰ ਮਿਲਦੇ ਹਾਂ ਅਤੇ ਹੁਣ ਆਪਾਂ ਮਿਲਦੇ ਤੁਹਾਨੂੰ ਇੰਟਰਵਲ ਤੋਂ ਬਾਅਦ ਅਤੇ ਪੁੱਛਾਂਗੇ ਮੂਵੀ ਕਿੱਦਾਂ ਦੀ ਲੱਗੀ ਕਿੱਦਾਂ ਦੀ ਲੱਗੀ ਸਰ ਮੂਵੀ ਸਰ ਬਹੁਤ ਵਧੀਆ ਹਾਂਜੀ ਬਾਈ ਕਿੱਦਾਂ ਦੀ ਲੱਗੀ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਪੰਜ ਲੈ ਲਓ ਭਾਜੀ ਕਿਵੇਂ ਦੀ ਲੱਗੀ ਬਾਈ ਬਹੁਤ ਵਧੀਆ ਮੂਵੀ ਹੈ ਜੀ ਮੂਵੀ ਆਫ ਸਮ ਜੇ ਪੰਜ ਵਿੱਚੋਂ ਸਟਾਰ ਦੇਣੇ ਹੋਣਗੇ ਫਾਈਵ ਤੇ ਦੀਪ ਸਿੱਧੂ ਦੀ ਐਕਟਿੰਗ ਉਹਦਾ ਮੈਂ ਫੈਨ ਹੈ ਜੀ ਤੁਹਾਨੂੰ ਤੁਸੀਂ ਰੁਪਿੰਦਰ ਗਾਂਧੀ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੇ ਦੱਸਿਆ ਸੀ ਅਤੇ ਇਹ ਹੁਣ ਆ ਚੁੱਕੇ ਨੇ ਰੰਗ ਪੰਜਾਬ ਦੇਖਣ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿੱਦਾਂ ਦੀ ਲੱਗੀ ਮੂਵੀ ਬਹੁਤ ਵਧੀਆ ਲੱਗੀ ਮੂਵੀ ਭਾਜੀ ਅਤੇ ਓਵਰਆਲ ਕਨਸੈਪਟ ਕਿਵੇਂ ਦਾ ਲੱਗਿਆ ਕਨਸੈਪਟ ਵਧੀਆ ਡਿਫਰੈਂਟ ਜੋਨਰ ਐਕਸਪਲੋਰ ਕੀਤਾ ਦੀਪ ਬਾਈ ਹੁਣਾਂ ਨੇ ਜਿਵੇਂ ਅੱਜ ਫਿਲਮਾਂ ਜੋ ਚੱਲ ਰਿਹਾ ਸੀ ਉਹ ਡਿਫਰੈਂਟ ਹੈ ਅਤੇ ਮੈਨੂੰ ਲੱਗਦਾ ਕਿ ਜੋ ਉਹਨਾਂ ਨੇ ਕੀਤਾ ਉਹ 'ਚ ਬਹੁਤਾ ਕਾਮਯਾਬ ਰਿਹਾ ਅਤੇ ਦੀਪ ਬਾਈ ਦੀ ਐਕਟਿੰਗ ਦੀ ਗੱਲ ਬਹੁਤ ਵਧੀਆ ਮੈਮ ਵਾਚਿੰਗ ਕੇ ਇੰਪਰੂਵਮੈਂਟ ਬਹੁਤ ਵਧੀਆ ਉਹਨਾਂ ਦੀ ਰਮਤਾ ਜੋਗੀ ਤੋਂ ਬਾਅਦ ਜੋਰਾਲਾ ਦਾ ਸਨਮਰੀਆ ਇੱਕ ਡਿਫਰੈਂਟ ਲੀਗ 'ਚ ਸੀ ਅਤੇ ਉਸ ਤੋਂ ਬਾਅਦ ਮੈਂ ਕਿਹਾ 'ਚ ਇੱਕ ਡਿਫਰੈਂਟ ਸਿਨੇਮਾ ਅਤੇ ਇੱਕ ਡਿਫਰੈਂਟ ਉਹਨਾਂ ਦਾ ਇੱਕ ਜੋਨਰ ਐਕਟਿੰਗ ਐਕਸਪਲੋਰ ਕਰਨ ਮਿਲਿਆ ਸੋ ਆਲ ਦਾ ਬੈਸਟ ਟੂ ਦੀਪ ਪੰਜ ਵਿੱਚੋਂ ਸਟਾਰ ਦੇਣੇ ਯਾਰ ਮੈਂ ਪੰਜ ਤੋਂ ਪੰਜ ਹੀ ਦਊਂਗਾ ਸੋ ਬਿਕੋਜ਼ ਜਿਵੇਂ ਦੀਪ ਪੈਸ਼ਨੇਟ ਆ ਫਿਲਮਾਂ ਬਾਰੇ ਜਾਂ ਮੈਂ ਜਾਣਦਾ ਸੋ ਮੇਰੀ ਫੁੱਲ ਸਪੋਰਟ ਆ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਫੁੱਲ ਸਪੋਰਟ ਆ
ਅਤੇ ਦੀਪ ਸਿੱਧੂ ਵੀਰੇ ਨੇ ਬਹੁਤ ਵਧੀਆ ਸਾਰੇ ਸਮਾਜ ਵਾਸਤੇ ਕੀਤਾ ਅਤੇ ਰਾਕੇਸ਼ ਮਹਿਤਾ ਸਾਹਿਬ ਦੀ ਡਾਇਰੈਕਸ਼ਨ ਬਹੁਤ ਵਧੀਆ ਬੈਕਗਰਾਊਂਡ ਸਕੋਰ ਮਤਲਬ ਸਭ ਕੁਛ ਹੀ ਟੋਟਲ ਵਧੀਆ ਹੈ ਅਤੇ ਇਹਨੂੰ 5 ਤਾਰੇ ਜ਼ਰੂਰ ਚਾਹੀਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਦੇਖਣ ਕੀ ਕਹਿਣਾ ਚਾਹੋਗੇ ਪੰਜਾਬ ਦੇ ਇਸ ਰੰਗ ਬਾਰੇ ਮੈਨੂੰ ਮੂਵੀ ਬਹੁਤ ਚੰਗੀ ਲੱਗੀ ਕਨਸੈਪਟ ਬੇਸਿਕਲੀ ਬਹੁਤ ਵਧੀਆ ਸੀਗਾ ਜਿਸ ਤਰ੍ਹਾਂ ਉਹ ਕਹਿੰਦੇ ਨੇ ਜਦ ਤੱਕ ਖੁਦ ਦੀ ਉਂਗਲ ਨਾ ਕੱਟੇ ਤੱਕ ਤਾਂ ਦੂਜੇ ਨੂੰ ਅਹਿਸਾਸ ਨਹੀਂ ਹੁੰਦਾ ਰਾਈਟ ਤੋ ਜਬ ਤੋ ਖੁਦ ਪੇ ਨਹੀਂ ਆਤੀ ਤਬ ਤੱਕ ਬੰਦਾ ਐਕਸ਼ਨ ਨਹੀਂ ਲੇਤਾ ਤੋ ਇਹ ਬੇਸਿਕਲੀ ਰਿਐਲਿਟੀ ਲੋਕੋ ਕੋ ਦਿਖਾਨੀ ਬਹੁਤ ਜ਼ਰੂਰੀ ਹੈ ਆਈ ਥਿੰਕ ਗਵਰਨਮੈਂਟ ਕੇ ਲਈ ਬਹੁਤ ਜ਼ਿਆਦਾ ਪਬਲਾਈਜ਼ਡ ਹੋਣੀ ਚਾਹੀਏ ਮੂਵੀ ਬਿਕੋਜ਼ ਦੇ ਆਰ ਡੂਇੰਗ ਰੋਂਗ ਤੋ ਵੋ ਸ਼ਾਇਦ ਇਸਸੇ ਡਰ ਸਕਤੇ ਜੋ ਇਸ ਚੀਜ਼ ਕੋ ਆਗੇ ਬੜਾਵਾ ਦੇ ਰਹੇ ਹੈ ਯੇ ਉਨਕੇ ਲਈ ਮੂਵੀ ਹੈ ਕਿ ਵੋ ਇਹ ਮੂਵੀ ਕੋ ਜ਼ਰੂਰ ਦੇਖੇ ਔਰ ਡਰੇ ਕਿ ਜਬ ਖੁਦ ਕੇ ਘਰ ਮੇ ਆਗ ਲਗਤੀ ਹੈ ਤੋ ਸੇਕਨੇ ਕਾ ਮਜ਼ਾ ਹੀ ਕੁਛ ਔਰ ਹੋਤਾ ਹੈ ਤੋ ਜਸਟ ਸਟੌਪ ਦਿਸ ਆਲ ਮੈਂ ਇਸ ਮੂਵੀ ਕੋ 5 out of 5 ਦੂੰਗੀ ਐਂਡ ਆਈ ਥਿੰਕ ਇਹ ਜ਼ਰੂਰ ਦੇਖਣੀ ਚਾਹੀਏ ਅੱਜ ਕੱਲ੍ਹ ਹਰ ਮੂਵੀਜ਼ ਰਿਐਲਿਟੀ ਬੇਸਡ ਹੋਣੀ ਚਾਹੀਏ ਤਭੀ ਦੇਖਣੇ ਕਾ ਮਜ਼ਾ ਆਦਾ ਅਦਰਵਾਈਜ਼ ਵੋ ਰੋਮਾਂਸ ਰੋਮਾਂਸ ਹਰ ਕੋਈ ਰਾਈਟ ਇਟਸ ਅ ਪਾਰਟ ਬਟ ਆਈ ਥਿੰਕ ਇਹ ਮੂਵੀਜ਼ ਹਰ ਬੱਚੇ ਕੋ ਔਰ ਹਰ ਕਿਸੀ ਕੋ ਦੇਖਣੀ ਚਾਹੀਏ ਤਾਂ ਜੀ ਫਿਲਮ ਖਤਮ ਹੋ ਚੁੱਕੀ ਹੈ ਅਤੇ ਆਈ ਜੀ ਸਾਹਿਬ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿਉਂਕਿ ਫਾਈਨਲੀ ਜਿਹੜਾ ਉਹਨਾਂ ਨੇ ਟਾਰਗੇਟ ਅਚੀਵ ਕਰਨਾ ਸੀ ਉਹ ਕਰ ਲਿਆ ਹਾਂਜੀ ਆਈ ਜੀ ਸਾਹਿਬ ਕਿਵੇਂ ਦਾ ਲੱਗ ਰਿਹਾ ਬਹੁਤ ਸੋਹਣਾ ਬਹੁਤ ਚੰਗਾ ਇੱਕ ਅੱਛੀ ਫਿਲਮ ਅੱਛੀ ਨਹੀਂ ਬਹੁਤ ਖੂਬਸੂਰਤ ਫਿਲਮ ਬਣੀ ਹੈ ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਚੰਗੀਆਂ ਫਿਲਮਾਂ ਨੇ ਜਿਹਨਾਂ ਨੂੰ ਦੇਖਣ ਤੋਂ ਬਾਅਦ ਮੈਨੂੰ ਸੈਟਿਸਫੈਕਸ਼ਨ ਮਿਲੀ ਆ ਉਹਨਾਂ 'ਚ ਇੱਕ ਹੋਰ ਕੜੀ ਜੁੜੀ ਆ ਉਸ ਲੜੀ ਦੇ ਵਿੱਚ ਇੱਕ ਹੋਰ ਮੋਤੀ ਪਰੋਇਆ ਗਿਆ ਰੰਗ ਪੰਜਾਬ ਬਹੁਤ ਸੋਹਣੀ ਮੂਵੀ ਹੈ ਦੀਪ ਸਿੱਧੂ ਨਿਖਰ ਕੇ ਕੈਰੈਕਟਰ ਔਰ ਸਟੋਰੀ ਕਿਤੇ ਟੁੱਟਦੀ ਨਹੀਂ ਬਹੁਤ ਨਿਖਰਵਾਂ ਇੱਕ ਕਿਰਦਾਰ ਨਿਭਾਇਆ ਦੀਪ ਸਿੱਧੂ ਹੋਰਾਂ ਨੇ ਔਰ ਸਮੁੱਚੀ ਟੀਮ ਨੇ ਕੋਈ ਵੀ ਮੈਨੂੰ ਤਾਂ ਇੱਦਾਂ ਫਾਲਤੂ ਦਾ ਕਰੈਕਟਰ ਵੀ ਨਹੀਂ ਲੱਗਿਆ ਕਿਸੇ ਦੀ ਐਕਟਿੰਗ ਵੀ ਨਹੀਂ ਮਾੜੀ ਲੱਗੀ ਕੋਈ ਫਰੇਮ ਨਹੀਂ ਮਾੜਾ ਲੱਗਿਆ ਕੋਈ ਸੀਨ ਫਾਲਤੂ ਨਹੀਂ ਲੱਗਿਆ ਕੋਈ ਕਾਮੇਡੀ ਫਾਲਤੂ ਨਹੀਂ ਹੈ ਕਿਤੇ ਸਮਾਈਲ ਵੀ ਫਾਲਤੂ ਨਹੀਂ ਹੈ ਐਕਸ਼ਨ ਵੀ ਫਾਲਤੂ ਨਹੀਂ ਹੈ ਇਸੇ ਨੂੰ ਸਿਨੇਮਾ ਕਰ ਜੇ ਇੱਕ ਟੱਚ ਦੀ ਗੱਲ ਕਰੀਏ ਤਾਂ ਤੁਸੀਂ ਦੇਖਿਆ ਹੋਣਾ ਫਿਲਮ ਦੇ ਵਿੱਚ ਹਰ ਤਰ੍ਹਾਂ ਦਾ ਟੱਚ ਦਿੱਤਾ ਜਿਵੇਂ ਇਮੋਸ਼ਨਲ ਸੀਨ ਵੇਲੇ ਇਮੋਸ਼ਨਲ ਟੱਚ ਦਿੱਤਾ ਹੋਇਆ ਅਤੇ ਕਾਮੇਡੀ ਵੀ ਵਿੱਚ ਦਿੱਤੀ ਹੋਈ ਹੈ ਤਾਂ ਮਤਲਬ ਆਡੀਅੰਸ ਨੂੰ ਪੂਰਾ ਬੰਨ੍ਹ ਕੇ ਰੱਖਿਆ ਹੋਇਆ ਸੀਗਾ ਅਤੇ ਇਸ ਵਾਸਤੇ ਤੁਸੀਂ ਰਾਕੇਸ਼ ਮਹਿਤਾ ਜੀ ਨੂੰ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮੁਬਾਰਕਾਂ ਅਤੇ ਰਾਕੇਸ਼ ਮਹਿਤਾ ਜੀ ਨੂੰ ਇਹ ਸੁਨੇਹਾ ਪਹੁੰਚਾ ਦਿਓ ਬਿਲਕੁਲ ਬਿਲਕੁਲ ਮੈਨੂੰ ਜ਼ਰੂਰ ਆਪਦੀਆਂ ਫਿਲਮਾਂ 'ਚ ਲੈ ਲਿਆ ਕਰ ਅਤੇ ਹੁਣ ਤੁਹਾਡੀ ਗੱਲ ਕਰਦੇ ਹਾਂ ਤੁਸੀਂ ਆਪਾਂ ਦੇਖਿਆ ਹਰ ਫਿਲਮ ਦੇ ਵਿੱਚ ਇੱਕ ਯੂਨੀਕ ਰੋਲ ਇੱਕ ਯੂਨੀਕ ਐਕਟਿੰਗ ਜਿਵੇਂ ਮਰ ਗਏ ਹੋਏ ਲੋਕਾਂ ਆਪਾਂ ਦੇਖੀ ਉਹਦੇ ਵਿੱਚ ਵੀ ਇੱਕ ਯੂਨੀਕ ਰੋਲ ਤੁਸੀਂ ਅਦਾ ਕੀਤਾ ਇੱਥੇ ਤੁਸੀਂ ਇੱਕ ਆਈ ਜੀ ਦਾ ਰੋਲ ਕੀਤਾ ਅਤੇ ਆਉਣ ਵਾਲੇ ਟਾਈਮ 'ਤੇ ਹੋਰ ਕਿਹੜੇ ਕਿਹੜੇ ਰੋਲ ਦੇਖਣ ਨੂੰ ਮਿਲਣਗੇ ਆਹੀ ਸਰਪੰਚ ਪੁਲਸੀਆ ਮਤਲਬ ਕੀ ਦੱਸਾਂ ਇੱਦਾਂ ਦੀ ਸਿਹਤ ਰਹੇ ਰੱਬ ਸੇਧ ਦੇਵੇ ਐਕਟਿੰਗ ਕਰਦੇ ਰਹਾਂਗੇ ਫਿਲਮਾਂ ਕਰਦੇ ਰਹਾਂਗੇ ਹੋਰ ਆਪਾਂ ਕਰਨਾ ਕੀ ਹੈ ਇਹੀ ਕੰਮ ਆਉਂਦਾ ਹੁਣ ਅੱਛਾ ਇੱਕ ਹੁੰਦਾ ਫਿਲਮ ਦੇ ਵਿੱਚ ਇੱਕ ਐਕਟਿੰਗ ਕਰਨਾ ਹੈ ਨਾ ਫਿਲਮ ਦੇ ਵਿੱਚ ਜਦੋਂ ਤੁਸੀਂ ਐਕਟਿੰਗ ਕਰ ਰਹੇ ਹੋ ਤੁਹਾਨੂੰ ਸਟੋਰੀ ਪਤਾ ਹੁੰਦੀ ਹੈ ਵੀ ਕੀ ਹੈ ਕੀ ਨਹੀਂ ਕੀ ਮੈਂ ਰੋਲ ਬੋਲਣਾ ਕੀ ਮੈਂ ਡਾਇਲੋਗਸ ਬੋਲਣਾ ਇੱਕ ਹੁੰਦਾ ਫਿਲਮ ਦੀ ਸਕਰੀਨਿੰਗ ਦੇਖਣੀ ਜਦੋਂ ਤੁਸੀਂ ਇੱਕ ਪ੍ਰੀਮੀਅਰ ਹੁੰਦਾ ਉੱਥੇ ਬੈਠ ਕੇ ਇੱਕ ਆਡੀਅੰਸ ਦੇ ਨਾਲ ਦੇਖਣਾ ਜਿਹਦੇ ਵਿੱਚ ਤੁਸੀਂ ਲੋਕਾਂ ਦੀ ਐਕਸਾਈਟਮੈਂਟ ਆਪ ਦੀ ਐਕਸਾਈਟਮੈਂਟ ਸਾਰਿਆਂ ਨੂੰ ਓਬਜ਼ਰਵ ਕਰਦੇ ਹੋ ਅਤੇ ਫਿਲਮ ਤੋਂ ਅੱਡ ਜਦੋਂ ਸ਼ੂਟ ਤੋਂ ਅੱਡ ਇੱਥੇ ਬਹਿ ਕੇ ਅੱਜ ਤੁਹਾਨੂੰ ਕੀ ਮਾਹੌਲ ਲੱਗਿਆ ਜਦੋਂ ਤੁਸੀਂ ਓਬਜ਼ਰਵ ਕੀਤਾ ਯੈਸ ਮੈਨੂੰ ਬਹੁਤ ਖੂਬਸੂਰਤ ਲੱਗਿਆ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਫਿਲਮ ਇੱਥੇ ਹੀ ਦੇਖੀ ਹੈ ਜਨਰਲੀ ਮੈਂ ਫਿਲਮ ਦੇਖ ਲੈਂਦਾ ਡਬਿੰਗ 'ਤੇ ਕਾਫੀ ਟਾਈਮ ਹੁੰਦਾ ਜਾਂ ਸਟੋਰੀ ਪਹਿਲਾਂ ਪਤਾ ਹੁੰਦੀ ਇਹਦੀ ਸਟੋਰੀ ਵੀ ਨਹੀਂ ਸੀ ਪਤਾ ਮੈਨੂੰ ਇਹਦੀ ਸ਼ੂਟਿੰਗ 'ਤੇ ਵੀ ਮੈਂ ਬਹੁਤਾ ਟਾਈਮ ਨਹੀਂ ਦੇ ਸਕਿਆ ਸਿਰਫ ਆਪਦੇ ਹੀ ਸੀਨਸ ਕਰਨ ਜਾਂਦਾ ਸੀ ਮੈਂ ਬਿਜ਼ੀ ਸੀ ਉਦੋਂ ਫਿਰ ਮੈਂ ਬਾਅਦ 'ਚੋਂ ਡਬਿੰਗ 'ਤੇ ਵੀ ਸਿਰਫ ਆਪਦੇ ਹੀ ਸੀਨਸ ਡੱਬ ਕੀਤੇ ਅਤੇ ਮੈਂ ਆ ਗਿਆ ਪਰ ਅੱਜ ਦੇਖ ਕੇ ਫਿਲਮ ਇਉਂ ਲੱਗਿਆ ਕਿ ਹਾਂ ਮੈਂ ਇੱਕ ਬਹੁਤ ਖੂਬਸੂਰਤ ਫਿਲਮ ਦੇਖ ਰਿਹਾ ਬਹੁਤ ਖੂਬਸੂਰਤ ਫਿਲਮ ਹੈ ਮੈਂ ਹਿੱਸਾ ਹਾਂ ਇਸ ਫਿਲਮ ਦਾ ਉਹ ਵੱਖਰੀ ਗੱਲ ਹੈ ਪਰ ਇੱਕ ਖੂਬਸੂਰਤ ਫਿਲਮ ਹੈ ਔਰ ਜਿਹੜਾ ਨਹੀਂ ਦੇਖੂਗਾ ਉਹ ਇੱਕ ਅੱਛੀ ਚੀਜ਼ ਮਿਸ ਕਰੂਗਾ ਸਿਨੇਮਾ ਦਾ ਇੱਕ ਅੱਛਾ ਅੰਗ ਮਿਸ ਕਰੂਗਾ ਇੱਕ ਛੋਟੀ ਜਿਹੀ ਚੀਜ਼ ਤਾਂ ਉਹ ਪੁੱਛਣਾ ਚਾਹਾਂਗਾ ਜਿਵੇਂ ਤੁਸੀਂ ਦੇਖ ਰਹੇ ਹੋ ਪੰਜਾਬੀ ਇੰਡਸਟਰੀ ਹੁਣ ਪਹਿਲਾਂ ਸਿਰਫ ਕਾਮੇਡੀ 'ਤੇ ਫੋਕਸ ਕਰ ਰਹੀ ਸੀ ਬਟ ਹੁਣ ਕਾਮੇਡੀ ਦੇ ਨਾਲ ਨਾਲ ਐਕਸ਼ਨ ਮੂਵੀਜ਼ ਔਰ ਕਈ ਮੀਨਿੰਗਫੁਲ ਮੂਵੀਜ਼ ਵੀ ਨਾਲ ਆ ਰਹੀਆਂ ਨੇ ਅਤੇ ਜਿਵੇਂ ਕਿ ਇਹ ਗਰੋਥ ਹੈ ਇਸ ਗਰੋਥ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਿਨੇਮਾ ਗਰੋ ਕਰ ਰਿਹਾ ਹੈ ਪਰ ਕਾਮੇਡੀ ਵਿੱਚ ਦੇਖੋ ਕਾਮੇਡੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਹਾਂਜੀ ਐਕਸ਼ਨ ਵੀ ਸਾਡੀ ਸਿਨੇਮਾ ਦਾ ਹਿੱਸਾ ਸਟੋਰੀ ਸਾਡੇ ਸਿਨੇਮਾ ਦਾ ਹਿੱਸਾ ਮੁਗਲੇ ਆਜ਼ਮ ਵੀ ਇੱਥੇ ਬਣੀ ਆ ਸ਼ੋਲੇ ਵੀ ਇੱਥੇ ਬਣੀ ਆ ਪ੍ਰਤਿਗਿਆ ਵੀ ਇੱਥੇ ਬਣੀ ਆ ਘਾਇਲ ਵੀ ਇੱਥੇ ਬਣੀ ਆ ਅਤੇ ਥ੍ਰੀ ਇਡੀਅਟਸ ਵੀ ਇੱਥੇ ਬਣੀ ਆ ਸੋ ਰੰਗ ਪੰਜਾਬ ਵੀ ਇੱਥੇ ਬਣੀ ਬਿਲਕੁਲ ਮਤਲਬ ਮੈਂ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਹਸਤਾਕਸ਼ਰ ਕਹਿਣਾ ਕਿ ਇਹ ਫਿਲਮ ਸਾਬਤ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਵੱਲੋਂ ਇਸ ਫਿਲਮ ਨੂੰ ਪਿਆਰ ਮਿਲਣਾ ਚਾਹੀਦਾ ਜਿੰਨੀ ਸੋਹਣੀ ਬਣੀ ਹੈ ਫਰੇਮਸ ਕੰਟੀਨਿਊਟੀ ਅੱਛੇ ਡਾਇਲੋਗਸ ਸਕਰੀਨ ਪਲੇ ਸਕੋਰ ਬੈਕਗਰਾਊਂਡ ਮਿਊਜ਼ਿਕ ਗਾਣੇ ਇਵਨ ਜਿਹੜਾ ਸਾਈ ਨੇ ਉਹ ਗਾਣਾ ਗਾਇਆ ਕਿਆ ਕਮਾਲ ਹੈ ਟਾਈਟਲ ਸੌਂਗ ਜਿਹੜਾ ਬੜਾ ਸੋਹਣਾ ਹੈ ਇੱਕ ਪਹਿਲਾਂ ਜਿਹੜਾ ਇਹਨਾਂ ਦਾ ਰੋਮੈਂਟਿਕ ਸੌਂਗ ਹੈ ਫਿਲਮ ਦਾ ਪਹਿਲਾ ਹੀ ਗਾਣਾ ਦੀਪ ਸਿੱਧੂ ਹੋਣਾ ਦਾ ਲੇਖ 'ਤੇ ਗਾਉਂਦੇ ਨੇ ਉਹ
ਪੰਜਾਬੀ ਸਿਨੇਮਾ ਦੇਖਿਆ ਕਰੋ ਯਾਰ, ਬਸ ਪੰਜਾਬੀ ਸਿਨੇਮੇ ਨਾਲ ਜੁੜੇ ਰਹੋ। ਬੜੀ ਚੰਗੀ ਬੋਲੀ ਹੈ, ਬੜਾ ਚੰਗਾ ਲੈਸ ਹੈ, ਇਸ ਦੀ ਖੂਬਸੂਰਤੀ ਦਾ ਆਨੰਦ ਲਓ। ਬਸ ਜਿੱਥੇ ਰਹੋ ਜਿਉਂਦੇ ਵੱਸਦੇ ਰਹੋ। ਜਿਹੜਾ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ, ਉਹਨੂੰ ਇੰਨਾ ਜ਼ਰੂਰ ਯਾਦ ਰੱਖਿਓ ਅਤੇ ਯਾਦ ਕਰਵਾ ਦਿਓ ਕਿ ਉਹਦੀਆਂ ਜੜ੍ਹਾਂ ਇਸੇ ਪੰਜਾਬ 'ਚ ਨੇ। ਹਾਂਜੀ ਤਾਂ ਜੀ, ਰੰਗ ਪੰਜਾਬ ਖਤਮ ਹੋ ਚੁੱਕਿਆ, ਰਿਵਿਊ ਆਪਾਂ ਲੈਣ ਆਇਆ, ਪਰ ਫਿਲਮ ਦੀ ਕਾਸਟ ਕੋਲੋਂ ਹੀ ਪੁੱਛ ਲੈਂਦੇ ਹਾਂ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ। ਹਾਂਜੀ ਮੈਮ, ਕਿੱਦਾਂ ਦੀ ਲੱਗੀ ਫਿਲਮ? ਬਹੁਤ ਵਧੀਆ ਮੂਵੀ ਲੱਗੀ ਸਾਨੂੰ। ਮੈਨੂੰ ਤਾਂ ਓਬਵੀਅਸਲੀ ਵਧੀਆ ਹੀ ਲੱਗਣੀ, ਕਿਉਂਕਿ ਸਾਡੀ ਮੂਵੀ ਹੈ, ਸਾਨੂੰ ਤਾਂ ਓਬਵੀਅਸਲੀ ਵਧੀਆ ਲੱਗਣੀ। ਸੋ ਮੈਂ ਤਾਂ ਸਾਰੇ ਦਰਸ਼ਕਾਂ ਨੂੰ ਇਹੀ ਕਹੂੰਗੀ ਕਿ ਜਾ ਕੇ ਦੇਖ ਕੇ ਆਉਣ ਮੂਵੀ, ਐਂਡ ਸਾਨੂੰ ਬਹੁਤ ਬਹੁਤ ਸਪੋਰਟ ਕਰਨ। ਅੱਛਾ, ਕਾਮੇਡੀ ਫਿਲਮਸ ਦਾ ਕਾਮੇਡੀ ਫਿਲਮਸ ਦੇ ਵਿੱਚ ਪਾਰਟ ਹੋਣਾ ਇੱਕ ਅੱਡ ਗੱਲ ਹੈ ਨਾ, ਕਿਉਂਕਿ ਹਰ ਕੋਈ ਉਸ ਫਿਲਮ ਦਾ ਪਾਰਟ ਹੋਣਾ ਚਾਹੀਦਾ, ਪਰ ਇੱਕ ਇਹੋ ਜਿਹੀ ਐਕਸ਼ਨ ਫਿਲਮ ਜਿਹੜੀ ਕਿ ਆਡੀਅੰਸ ਨੂੰ ਬਹੁਤ ਹੀ ਪਸੰਦ ਹੈ, ਉਹਦਾ ਪਾਰਟ ਹੋ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ? ਮੈਨੂੰ ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ। ਬਟ ਜਿਹੜੀ ਨੈਕਸਟ ਮੂਵੀ ਮੇਰੀ ਆ ਰਹੀ ਆ, ਉਹ ਕਾਮੇਡੀ ਮੂਵੀ ਆ, ਉਹ ਵੀ ਬਹੁਤ ਵਧੀਆ। ਉਹ ਵੀ ਹੁਣ ਆਪਾਂ ਨੈਕਸਟ ਮੂਵੀ ਬਾਰੇ ਵੀ ਜਾਣ ਲੈਂਦੇ, ਕਿਹੜੀ ਮੂਵੀ ਲੈ ਕੇ ਆ ਰਹੇ ਹੋ? ਨੈਕਸਟ ਮੇਰੀ ਛੱਲੇ ਮੁੰਦੀਆਂ ਆ ਰਹੀ ਹੈ ਐਮੀ ਵਿਰਕ ਅਤੇ ਮੈਂਡੀ ਠੱਕਰ ਜੀ ਨਾਲ, ਅਤੇ ਉਹ ਮੂਵੀ ਕਾਮੇਡੀ ਪਲੱਸ ਮਤਲਬ ਪੁਰਾਣੇ ਰੋਮੈਂਸ ਐਂਡ ਪੁਰਾਣੇ ਜ਼ਮਾਨੇ ਦਾ ਸਾਰਾ ਦਿਖਾਇਆ ਹੋਇਆ ਉਹਦੇ ਵਿੱਚ। ਬਾਕੀ ਮੈਂ ਜ਼ਿਆਦਾ ਨਹੀਂ ਕੁਛ ਦੱਸ ਸਕਦੀ ਹਾਂ। ਬਾਕੀ ਆਪਾਂ ਪਤਾ ਕਰ ਆਏ ਸੀ ਜਦੋਂ ਆਪਾਂ ਔਨ ਸ਼ੂਟ ਗਏ ਸੀ ਛੱਲੇ ਮੁੰਦੀਆਂ ਦੇ ਵਿੱਚ, ਕੁਲਵਿੰਦਰ ਬਿੱਲਾ ਐਮੀ ਵਿਰਕ, ਆਪਾਂ ਇਹਨਾਂ ਸਾਰਿਆਂ ਦੇ ਇੰਟਰਵਿਊ ਲੈ ਕੇ ਆਏ ਸੀ, ਤਾਂ ਤੁਸੀਂ ਆਪਣੇ ਰੋਲ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਮੇਰਾ ਉਹਦੇ ਵਿੱਚ ਕੀ ਹੈ, ਮੈਂਡੀ ਠੱਕਰ ਦੀ ਫਰੈਂਡ ਹੈ ਮੈਂ, ਰਾਣੋ। ਬਾਕੀ ਹੁਣ ਤੁਸੀਂ ਦੇਖ ਕੇ ਦੱਸਣਾ ਕਿ ਰਾਣੋ ਤੁਹਾਨੂੰ ਕਿੱਦਾਂ ਦੀ ਲੱਗੀ? ਅੱਛਾ, ਇਸ ਫਿਲਮ ਦੇ ਵਿੱਚ ਤੁਸੀਂ ਇਹਨਾਂ ਨੂੰ ਐਜ਼ ਅ ਚਿੜੀ ਦੇਖਿਆ? ਐਜ਼ ਏ ਚਿੜੀ ਕਹਾਣੀ ਦੇਖਣ ਵਾਸਤੇ ਤੁਹਾਨੂੰ ਦੇਖਣੀ ਪਏਗੀ ਰੰਗ ਪੰਜਾਬ, ਸਿਨੇਮਾ ਘਰਾਂ 'ਚ ਲੱਗ ਗਈ ਹੈ, ਸਾਰੇ ਪਹੁੰਚੋ ਟਾਈਮ ਨਾਲ। ਅਤੇ ਆਉਣ ਵਾਲੇ ਟਾਈਮ 'ਤੇ ਛੱਲੇ ਮੁੰਦੀਆਂ ਦੀ ਰਾਣੋ ਬਾਰੇ ਵੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਪੰਜਾਬੀ ਗਰੂਜ਼ ਦੇਖ ਰਹੇ ਹੋ, ਮੈਂ ਵਰੁਣ ਸ਼ਰਮਾ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ, ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਇੱਕ ਵਾਰੀ ਫਿਰ ਰੂਬਰੂ ਹੋ ਰਿਹਾ ਫਿਲਮ ਨੂੰ ਸਾਡੀ ਨੂੰ ਲੈ ਕੇ ਰੰਗ ਪੰਜਾਬ। ਰਾਕੇਸ਼ ਮਹਿਤਾ ਜੀ ਨੇ ਡਾਇਰੈਕਟ ਕੀਤੀ ਆ, ਐਂਡ ਕਰਤਾਰ ਮਾਇਸਾਫ ਰੀਨਾ ਸ਼ੀਜ਼ ਇਹਨਾਂ ਦੀ ਪਹਿਲੀ ਫਿਲਮ ਆ, ਡੈਬਿਊ ਕਰ ਰਹੇ ਆ ਪੰਜਾਬੀ ਇੰਡਸਟਰੀ ਤੋਂ, ਪੰਜਾਬੀ ਇੰਡਸਟਰੀ 'ਚ। ਸ਼ੀਜ਼ ਫਰੋਮ ਯੂ ਐਸ ਸੈਨ ਫਰਾਂਸਿਸਕੋ, ਐਂਡ ਆਈ ਥਿੰਕ ਲੈਟ ਸਟਾਰਟ ਕੁਐਸਚਨ ਆਨਸਰਸ। ਜਦੋਂ ਆਪਾਂ ਸਵਾਲ ਜਵਾਬ ਪੁੱਛਾਂਗੇ ਤਾਂ ਆਪੇ ਹੀ ਸਾਰੀਆਂ ਗੱਲਾਂ ਦੱਸੀਆਂ ਜਾਣਗੀਆਂ, ਬਿਕੋਜ਼ ਆਈ ਥਿੰਕ ਐਵਰੀਵਨ ਵਾਸ ਵੇਟਿੰਗ। He was on a flight and we did not want to start without him. That's why I think we are late. We apologize for that. But let's start now. Let's roll. Haan ji, tusi media questions kar sakte ho. Sadi saath aaj naal pehla tusi dekh le. Haan ji, chalega. Sir, sat sri akaal, bahut bahut mubarak. ਤੁਹਾਡੀ ਤੀਸਰੀ ਫਿਲਮ ਆ ਰਹੀ ਹੈ, ਸਾਰੀ ਸਟਾਰ ਕਾਸਟ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕ। ਥੈਂਕ ਯੂ ਸੋ ਮਚ। ਜੋੜਾ 10 ਨੰਬਰੀਆ ਫਿਲਮ ਨੂੰ ਦੇਖ ਕੇ ਲੋਕਾਂ ਨੇ ਜੋ ਦੀਪ ਸਿੱਧੂ 'ਤੇ ਵਿਸ਼ਵਾਸ ਬਣਾ ਲਿਆ, ਉਹ ਕੁਛ ਜ਼ਿਆਦਾ ਬਣਾ ਲਿਆ, ਕਿਉਂਕਿ ਜਿਹੜੇ ਬੰਦੇ ਨੇ ਇੱਕ ਵਾਰੀ ਦੇਖੀ ਉਹ ਇੱਕ ਵਾਰੀ ਵੀ ਦੇਖੀ 5-5 ਵਾਰੀ ਦੇਖੀ ਹੈ। ਰੰਗ ਪੰਜਾਬ ਤੋਂ ਆਸ ਬਹੁਤ ਵੱਡੀ ਹੈ। ਦੋ ਸਵਾਲ ਹੀ ਕੁਛ ਤੁਸੀਂ ਦੱਸ ਦਿਓ। ਇੱਕ ਤਾਂ ਇਹ ਉਸੇ ਜੋੜਾ 10 ਨੰਬਰੀਆ ਦੀ ਤੋਂ ਵੱਧ ਆਸ ਨੂੰ ਲੋਕਾਂ ਨੇ ਪੂਰੀ ਕਰੇਗੀ, ਦੂਸਰਾ ਰੰਗ ਪੰਜਾਬ ਇੱਕ ਬੜਾ ਸੋਹਣਾ ਨਾਮ ਹੈ, ਇਹਦਾ ਨਾਮ ਰੰਗ ਹੀ ਪੰਜਾਬ ਕਿਉਂ ਹੈ? ਕਿ ਪੰਜਾਬ ਦੇ ਰੰਗ ਦਿਖਾਏ ਗਏ ਨੇ ਜਾਂ ਕੁਛ ਹੋਰ ਤਰ੍ਹਾਂ? ਨਹੀਂ ਜੀ, ਜਿਹੜਾ ਰੰਗ ਪੰਜਾਬ ਆ ਉਹਦਾ ਟਾਈਟਲ ਦਾ ਵੀ ਸਾਡੀ ਫਿਲਾਸਫੀ ਸੀ। ਉਹ ਫਿਲਾਸਫੀ ਇਹ ਸੀ ਵੀ ਪੰਜਾਬ ਆਪਦੇ ਆਪ 'ਚ ਇੱਕ ਰੰਗ ਆ, ਉਸ ਇਸ ਸੂਬੇ ਦੇ ਅੰਦਰ ਵੱਖਰੇ ਵੱਖਰੇ ਤਰ੍ਹਾਂ ਦੇ ਰੰਗ ਆਪਾਂ ਦੇਖਦੇ ਹਾਂ, ਪਰ ਉਹ ਸਾਰੇ ਰੰਗ ਮਿਲ ਕੇ ਇੱਕ ਰੰਗ ਬਣਦਾ ਜਿਹਨੂੰ ਰੰਗ ਪੰਜਾਬ ਕਿਹਾ ਜਾਂਦਾ। ਕਿਉਂਕਿ ਜਦੋਂ ਆਪਾਂ ਦੇਸ਼ ਦੇ ਨਕਸ਼ੇ 'ਤੇ ਵੀ ਇਸ ਪੰਜਾਬ ਨੂੰ ਆਪਾਂ ਦੇਖਦੇ ਹਾਂ ਤਾਂ ਆਪਾਂ ਨੂੰ ਇੱਕ ਆਪਣੱਤ ਉਹਦੇ 'ਚੋਂ ਦੇਖਦੀ ਹੈ, ਇੱਕ ਸਾਂਝ ਭਾਈਚਾਰਾ ਵੀ ਆ ਸਾਡਾ ਸਟੇਟ ਆ, ਉਹੀ ਰੰਗ ਆ ਜਿਹੜੀ ਆਪਣੇ ਅੰਦਰ ਮਹਿਸੂਸ ਹੁੰਦਾ। ਤਾਂ ਟਾਈਟਲ ਦਾ ਮਤਲਬ ਰੰਗ ਪੰਜਾਬ ਉਸ ਫਿਲਾਸਫੀ ਦੇ ਨਾਲ। ਅਗਲੀ ਗੱਲ ਇਹ ਹੈ ਵੀ ਡੈਫੀਨੇਟਲੀ ਹਰ ਫਿਲਮ 'ਚ ਓਨੀ ਹੀ ਸ਼ਿੱਦਤ, ਓਨੀ ਹੀ ਮਿਹਨਤ, ਓਨਾ ਹੀ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਹਾਂ। ਕਰਤਾਰ ਤੁਹਾਨੂੰ ਪਤਾ ਹੀ ਆ, ਸਿਕੰਦਰ ਕੀਤੀ ਅਤੇ ਯੂ ਨੋ ਹੀ ਇਜ਼ ਆਲਵੇਜ਼ ਪੈਸ਼ਨੇਟ ਅਬਾਊਟ ਹਿਸ ਵਰਕ। ਮਹਿਤਾ ਸਾਹਿਬ ਵੀ ਬਹੁਤ ਪੈਸ਼ਨੇਟ ਡਾਇਰੈਕਟਰ ਆ, ਜਦੋਂ ਤੁਹਾਡੇ ਨਾਲ ਗੱਲ ਕਰਨਗੇ ਦੱਸਣਗੇ। ਤਾਂ ਬੜੀ ਟੀਮ ਨੇ ਲੜਦੇ ਝਗੜਦੇ ਆਪਸ 'ਚ ਪਿਆਰ ਨਾਲ, ਕਿਉਂਕਿ ਜਦੋਂ ਫਿਲਮਾਂ ਬਣਦੀਆਂ ਉਦੋਂ ਸਿਰਫ ਇਹੀ ਨਹੀਂ ਕਿਹਾ ਜਾਂਦਾ ਵੀ ਅਸੀਂ ਬਹੁਤ ਪਿਆਰ ਨਾਲ ਅਤੇ ਆਪਸ 'ਚ ਆਏ ਰਹੇ ਜੀ, ਅਸੀਂ ਤਾਂ ਲੜੇ ਵੀ ਹਾਂ, ਅਸੀਂ ਪਿਆਰ ਵੀ ਕੀਤਾ, ਕਿਉਂਕਿ ਸਾਡੀ ਇਮਾਨਦਾਰੀ ਸਾਡੇ ਪ੍ਰੋਡਕਟ ਦੇ ਪ੍ਰਤੀ ਸੀ, ਸਾਡੀ ਫਿਲਮ ਦੇ ਪ੍ਰਤੀ ਸੀ। ਅਤੇ ਤੁਹਾਨੂੰ ਇਹ ਨਿਰਾਸ਼ ਨਹੀਂ ਕਰੂਗੀ, ਤੁਹਾਨੂੰ ਬਹੁਤ ਖੁਸ਼ੀ ਮਿਲੂਗੀ, ਕਿਉਂਕਿ ਇਹਦੇ 'ਚ ਜਿਹੜੀ ਚੰਗਿਆਈ ਆ, ਇਹਦੇ 'ਚ ਆਪਣੱਤ ਆ, ਜਿਹੜੀ ਮੈਸੇਜ ਦਿੰਦੇ ਹਾਂ, ਕਿਉਂਕਿ ਅਸੀਂ ਫਿਲਮਾਂ ਜਦੋਂ ਬਣਾਉਂਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਤੁਹਾਨੂੰ ਕੁਛ ਨਾ ਕੁਛ ਲਿਜਾਣ ਨੂੰ ਮਜਬੂਰ ਕਰੀਏ ਘਰੇ, ਜਦੋਂ ਤੁਸੀਂ ਦੇਖੋ ਇੱਕ ਚੰਗਾ ਸਿਨੇਮਾ ਦੇਖਣ ਨੂੰ ਮਿਲੂਗਾ ਜੀ।
ਹਰ ਫਿਲਮ ਹੀ ਐਕਸਪੈਰੀਮੈਂਟ ਹੁੰਦੀ ਹੈ ਜੀ ਜਦੋਂ ਤੁਸੀਂ ਨਵੇਂ ਕੋ ਸਟਾਰਸ ਨਾਲ ਕੰਮ ਕਰਦੇ ਹੋ ਉਹਨਾਂ ਦਾ ਕਿਉਂਕਿ ਐਕਸ਼ਨ ਰਿਐਕਸ਼ਨ ਆ ਫਿਲਮ ਐਕਟਰ ਲਈ ਜਦੋਂ ਅਸੀਂ ਆਪਦਾ ਕੈਰੈਕਟਰ ਪਰਫੋਰਮ ਕਰਦੇ ਹਾਂ ਤਾਂ ਉਹ ਹਰ ਫਿਲਮ 'ਚ ਹੀ ਬਹੁਤ ਜ਼ਿਆਦਾ ਐਕਸਪੈਰੀਮੈਂਟ ਹੁੰਦੇ ਆ ਤਾਂ ਇਹ ਤਾਂ ਹਰ ਫਿਲਮ ਦੇ ਨਾਲ ਸਿੱਖਦੇ ਜਾਂਦੇ ਹਾਂ ਅਤੇ ਐਕਸਪੈਰੀਮੈਂਟ ਕਰਦੇ ਜਾਂਦੇ ਹਾਂ ਜੀ ਸਿਰਫ ਐਕਸ਼ਨ ਰੋਮਾਂਸ ਨਹੀਂ ਸਟੋਰੀ ਕੰਟੈਂਟ ਓਵਰਆਲ ਉਹ ਤੁਸੀਂ ਦੇਖੋਗੇ ਫ੍ਰਾਈਡੇ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕਮਾਲ ਦੀ ਮਤਲਬ ਇਹ ਪੰਜਾਬ ਦੀ ਬਹੁਤ ਹੀ ਅੱਜ ਕੱਲ੍ਹ ਦੀ ਜੋ ਰਿਐਲਿਟੀ ਹੈ ਨਾ ਤੁਸੀਂ ਸਾਰੇ ਨਿਊਜ਼ ਪੜ੍ਹਦੇ ਵੀ ਹੋ ਵੇਖਦੇ ਵੀ ਹੋ ਅਤੇ ਉਹ ਰਿਐਲਿਟੀ ਨੂੰ ਬਿਆਨ ਕਰਦੀ ਹੋਈ ਫਿਲਮ ਆ ਕਹਿੰਦੇ ਜੇ ਬੁਰਾਈ ਨਾ ਹੋਵੇ ਤਾਂ ਚੰਗਿਆਈ ਦੀ ਕੋਈ ਵੈਲਿਊ ਨਹੀਂ ਹੁੰਦੀ ਸੋ ਪੰਜਾਬ ਦਾ ਜੋ ਮਾਹੌਲ ਹੈ ਅੱਜ ਕੱਲ੍ਹ ਨਾ ਇੱਕ ਖਾਕੀ ਅਤੇ ਇੱਕ ਦੂਜੇ ਪਾਸੇ ਨਜਾਇਜ਼ ਗੰਨਾ ਹਥਿਆਰ ਆਪ ਹੁਦਰੇ ਮੁੰਡੇ ਜਾਂ ਹੋਰ ਨਾ ਜੋ ਬੜੀ ਹੀ ਰਿਅਲਿਸਟਿਕ ਫਿਲਮ ਕਹਿ ਸਕਦੇ ਹਾਂ ਪੰਜਾਬ ਦੇ ਵਿੱਚੋਂ ਦੀਪ ਬਾਈ ਨੇ ਮੈਨੂੰ ਲੱਗਦਾ ਵੀ ਆਪਾਂ ਕਿੰਨੀ ਵਾਰੀ ਤਾਂ ਤਿੰਨ ਚਾਰ ਵਾਰ ਤਾਂ ਸਕ੍ਰਿਪਟ ਚੇਂਜ ਕਰਦੀ ਹਰ ਵਾਰ ਪੰਜਾਬ 'ਚ ਕੋਈ ਨਵਾਂ ਇੰਸੀਡੈਂਟ ਸੁਣਨ ਨੂੰ ਮਿਲਦਾ ਸੀ ਜਾਂ ਕੁਛ ਹੁੰਦਾ ਸੀ ਉਹ ਫਿਰ ਚੇਂਜ ਕਰ ਲੈਣੀ ਦੀਪ ਬਾਈ ਦਾ ਮੈਂ ਇਹ ਤੋਂ ਪਹਿਲਾਂ ਨੈਗੇਟਿਵ ਕਰੈਕਟਰ ਬਿਲਕੁਲ ਛੱਡੇ ਹੋਏ ਸੀ ਕਰਨੇ ਅਤੇ ਦੀਪ ਬਾਈ ਦਾ ਜੋ ਪੈਸ਼ਨ ਸੀਗਾ ਜਾਂ ਫਿਰ ਮੈਨੂੰ ਮਹਿਤਾ ਸਾਹਿਬ ਨੇ ਜਿਵੇਂ ਫਿਲਮ ਨਰੇਟ ਕੀਤੀ ਉਹਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਕੈਨਵਸ 'ਤੇ ਇਹੋ ਜਿਹੀ ਫਿਲਮ ਹੋ ਗਈ ਜਿਹਦੇ ਉੱਤੇ ਪਹਿਲੀ ਵਾਰ ਇੱਕ ਵਿਲਨ ਹੀਰੋ 'ਤੇ ਭਾਰੀ ਪੈਂਦਾ ਅਤੇ ਫਿਰ ਉਸ ਤੋਂ ਬਾਅਦ ਹੀਰੋ ਵਿਲਨ 'ਤੇ ਭਾਰੀ ਪੈਂਦਾ ਇੱਕ ਕਹਿ ਸਕਦੇ ਹਾਂ ਹੀਰੋ ਅਤੇ ਵਿਲਨ ਦੀ ਲਵ ਸਟੋਰੀ ਵੀ ਇਹਨੂੰ ਕਿਸੇ ਨਾ ਕਿਸੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਬੁਰਾਈ ਵੀ ਆ ਚੰਗਿਆਈ ਵੀ ਆ ਇਸ਼ਕ ਵੀ ਆ ਪਿਆਰ ਵੀ ਆ ਮੁਹੱਬਤ ਆ ਫੈਮਿਲੀਆਂ ਵਾਲੀ ਫਿਲਮ ਆ ਹੈ ਨਾ ਸੋ ਇਹਦੇ ਵਿੱਚ ਜੋ ਵੀ ਤੁਸੀਂ ਵੇਖੋਗੇ ਅੱਜ ਕੱਲ੍ਹ ਪੰਜਾਬ ਦੇ ਨਾਲ ਜੁੜੀ ਹੋਈ ਗੱਲ ਜੋ ਵੀ ਅੱਜ ਕੱਲ੍ਹ ਪੰਜਾਬ ਦਾ ਮਾਹੌਲ ਹੈ ਕਿਤੇ ਨਾ ਕਿਤੇ ਉਹਦਾ ਤੁਹਾਨੂੰ ਪਰਦੇ 'ਤੇ ਨਜ਼ਰ ਆਊਗਾ ਅਤੇ ਜਦੋਂ ਰਿਐਲਿਟੀ ਨਾਲ ਚੀਜ਼ਾਂ ਜੋੜਦੇ ਹਾਂ ਆਪਾਂ ਮੈਨੂੰ ਲੱਗਦਾ ਵੀ ਫਿਲਮ ਇੰਟਰਟੇਨ ਵੀ ਕਰਦੀ ਹੈ ਅਤੇ ਚੰਗੀ ਵੀ ਹੁੰਦੀ ਹੈ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਜੀ ਵੀ ਕਰਤਾਰ ਦਾ ਕੈਰੈਕਟਰ ਨੈਗੇਟਿਵ ਨਹੀਂ ਆ ਕਰਤਾਰ ਦਾ ਕੈਰੈਕਟਰ ਵਿਲਨ ਦਾ ਵੀ ਨਹੀਂ ਆ ਕਿਉਂਕਿ ਅਸੀਂ ਫਿਲਮਾਂ ਨੂੰ ਉਵੇਂ ਨਹੀਂ ਦੇਖਦੇ ਕਰਤਾਰ ਦਾ ਕੈਰੈਕਟਰ ਓਨਾ ਹੀ ਅਹਿਮ ਆ ਜਿੰਨਾ ਮੇਰਾ ਅਹਿਮ ਆ ਥੰਮ ਆ ਦੋਨੇ ਫਿਲਮ ਦੇ ਇਹ ਦੋਨੇ ਕੈਰੈਕਟਰ ਦੋਨਾਂ ਦੀ ਫਿਲੋਸਫੀ ਵੱਖਰੀ ਆ ਬਸ ਉਹਨਾਂ ਦੇ ਮਾਹੌਲ ਸਰਕਮਸਟਾਂਸਿਸ ਵੱਖਰੇ ਹੋ ਸਕਦੇ ਆ ਪਰ ਦੋਨੇ ਥੰਮ ਆ ਫਿਲਮ ਦੇ ਤਾਂ ਮੈਂ ਇਹ ਇਸ ਲਈ ਕਹਿਣਾ ਚਾਹੂੰਗਾ ਕਿਉਂਕਿ ਮੈਂ ਹਮੇਸ਼ਾ ਤੋਂ ਇਹੀ ਵਿਸ਼ਵਾਸ ਰੱਖਦਾ ਵੀ ਜਦੋਂ ਕਰਤਾਰ ਨੂੰ ਕਹਾਣੀ ਸੁਣਾਈ ਵੀ ਗਈ ਸੀ ਇਹ ਕਿਹਾ ਗਿਆ ਸੀ ਵੀ ਨੈਗੇਟਿਵ ਕੈਰੈਕਟਰ ਨਹੀਂ ਆ ਫਿਲੋਸਫੀ ਵੱਖਰੀ ਹੋ ਸਕਦੀ ਆ ਪਰ ਨਾ ਉਹ ਨੈਗੇਟਿਵ ਆ ਨਾ ਉਹ ਪੋਜ਼ਿਟਿਵ ਆ ਕਿਉਂਕਿ ਕਿਸੇ ਹੱਦ 'ਤੇ ਜਾ ਕੇ ਮੈਂ ਵੀ ਨੈਗੇਟਿਵ ਹਾਂ ਜੇ ਉਸ ਤਰ੍ਹਾਂ ਦੇਖਿਆ ਜਾਵੇ ਤਾਂ ਫਿਲਮ 'ਚ ਸੋ ਦੇਅਰਫੋਰ ਆਈ ਜਸਟ ਵਾਂਟਡ ਟੂ ਕਰੈਕਟ ਦੈਟ ਸੋ ਦੈਟ ਤੁਸੀਂ ਉਸੇ ਤਰ੍ਹਾਂ ਇਸ ਚੀਜ਼ ਨੂੰ ਪੇਸ਼ ਕਰੋ My question is to Reena. Reena, welcome to Punjabi Film Industry. Thank you so much. Aap model, tumhi model reh chuke ho Miss Southeast Asia. Haan ji. To tumhari kitna rahi hai journey from a model into an actress and that too in Punjabi industry. Haan ji. So in many dreams thi to become an actress, kitna main shauki hoon thi. And eh to pehle maine hi modeling ki thi, so mera man thi, you know, I wanted to become an actress. So modeling ki thi, ਅਤੇ ਉਹਦੇ ਬਾਅਦ ਵਾਰ ਫਿਰ ਮਿਸ ਸਾਊਥ ਏਸ਼ੀਆ ਡਾਕਟਰ ਜੋਰਮਨ ਡਾਵਰ ਦੇ ਨਾਲ ਕੰਮ ਕੀਤਾ ਸੀ ਤਾਂ ਮਿਊਜ਼ਿਕ ਵੀਡੀਓ ਕੀ ਉਹ ਹਾਇਰ ਕਰਾਈ ਸੀ ਸੋ ਅਤੇ ਫਿਰ ਉਹਦੇ ਬਾਅਦ ਇਹਦੇ ਨਾਲ ਮੇਰੀ ਜਿਹੜੀ ਐਕਸਪੀਰੀਅੰਸ ਸੀ ਜੋ ਉਹਦੇ ਵਿੱਚ ਉਹ ਵੀ ਬਹੁਤ ਵਧੀਆ ਸੀ ਪਹਿਲੀ ਫਿਲਮ ਦੇ ਵਿੱਚ ਕਰਨ ਨੂੰ It was really nice. Sorry, but my patience was in Punjabi. There was a little problem, but I was able to catch it.
Acting was very easy for me, I believe. But only see that Punjabi which you know, just a language nahi pata, your reactions, your expressions nahi hoti. But you know, with everybody's support, you know, it was fun. Thank you. Hello everyone. Hi. The corner is better, man. That's quite a place. That's quite a place to hide. Yes, actually. Actually, go down and ask your question. Then we'll find you where you are. Then definitely. So, can we afford Clash? This Clash, which is coming, thodi film Marriage Palace na release ho rahi hai, right? Is waqt jo saade halaat chal rahe hain industry de, har hafte film aa rahi hai, but audience hai nahi. हाँ जी. ठीक है. So, can we really afford this Clash? देखो ये मैनू आई लगता जे पंजाबी इंडस्ट्री की गल करिए नहीं होने चाहिए क्लैशेस बिकॉज हजे अपनी इंडस्ट्री उन्नी ज़्यादा ग्रो नहीं हुई है उन्नी ऑडियंस है नहीं अपने को अपने को आप क्लैशेस हैंडल कर सके दोनों पासे ऑडियंस जा सके बहुत लिमिटेड रिसोर्सिज आ इनकम दे भी तो उन्नी की ऑडियंस है जी जाके फिल्म देखती है सो आई थिंक वी शुड अवॉयड दिस ये सानू आपस भी सोचना चाहिए पर अगेन मैं ना उन्होंने ब्लेम करूंगा ना आपके आप नु इसलिए ब्लेम करूंगा हु इज दैट पॉइंट बेसिकली नो बिकॉज वी कांट से नो वन देयर इज समथिंग नो 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 आई एम सेइंग आई से दैट सो एवरी वीक वी आर रिव्यूइंग मूवीज एवरी वीक वी आर वाचिंग मूवीज राइट सो व्हेन वी सी मूवी रिलीज होती है थिएटर पहुंचते हैं कई बार पब्लिक रिव्यू लाइन वास्ते चार बंदे निकलते हैं हाँ जी ठीक है और कई बार फिल्म अच्छी भी होती है No, I have faced that. In my earlier film. मतलब मैं बड़ा ईमानदार पता है इस मामले च मैं गल करता हो सकता मेरी फिल्म च चार बंदे निकले हुण पूरा दस घंटे च है ना ते ये भी गल पक्की है पर असी पहला रिलीज अपनी डेट अनाउंस की हुई सी और फिर पता नहीं उन्होंने क्यों अनाउंस की साडे नाल डिस्कस कर सकते सी वो डिस्कस नहीं हुआ एंड दे ऑलसो अनाउंस द सेम डेट हुण ਜਦੋਂ ਸਿੰਘ ਫਸਦੇ ਆ ਫਿਰ ਬਠਿੰਡੇ ਵਾਲੇ ਨੇ ਪਿੱਛੇ ਹੁੰਦੇ ਨਹੀਂ ਬਈ ਮੈਨੂੰ ਇੱਕ ਗੱਲ ਲੱਗਦੀ ਆ ਤੁਸੀਂ ਵੀ ਕੁਐਸਚਨ ਤੋਂ ਮੈਨੂੰ ਲੱਗਦਾ ਜ਼ਿਆਦਾ ਦੋਵੇਂ ਜੀ ਫਿਲਮਾਂ ਨੂੰ ਐਨਾਲਾਈਜ਼ ਕਰ ਲੈਂਦੇ ਤਾਂ ਮੈਨੂੰ ਲੱਗਦਾ ਤੁਹਾਡੇ ਦਿਮਾਗ 'ਚ ਕੁਐਸਚਨ ਆਉਂਦਾ ਵੀ ਨਾ ਹਿੰਦੀ ਦੀਆਂ ਤਿੰਨ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਿੰਨੇ ਫਲਾਪ ਹੋ ਜਾਂਦੀਆਂ ਸਮਟਾਈਮ ਨਹੀਂ ਵੀ ਹੁੰਦੀਆਂ ਸੋ ਦੋਵੇਂ ਫਿਲਮਾਂ ਵੱਖਰੀਆਂ ਨੇ ਮੈਰਿਜ ਪੈਲਸ ਨੂੰ ਤੁਸੀਂ ਰੰਗ ਪੰਜਾਬ ਨਾਲ ਨਹੀਂ ਵੇਖ ਸਕਦੇ ਤੇ ਰੰਗ ਪੰਜਾਬ ਨੂੰ ਤੁਸੀਂ ਮੈਰਿਜ ਪੈਲਸ ਨਾਲ ਨਹੀਂ ਵੇਖ ਸਕਦੇ ਅਸੀਂ ਪੰਜਾਬ ਦੇ ਸਿਨੇਮੇ ਦੇ ਕੈਨਵਸ ਤੇ ਦੋ ਡਿਫਰੈਂਟ ਫਿਲਮਾਂ ਰੱਖੀਆਂ ਨੇ ਉਹ ਵੀ ਉਸ ਸਟੇਜ ਤੇ ਜਦੋਂ ਸਿਨੇਮਾ ਬਹੁਤ ਜ਼ਿਆਦਾ ਚੇਂਜ ਹੋ ਗਿਆ ਕਰਤਾਰ ਵੀਰੇ ਟੋਟਲੀ ਅਗਰੀ ਟੂ ਯੂ ਪੁਆਇੰਟ ਇਹ ਗੱਲ ਨਾ ਆਪਾਂ ਕਹਿੰਦੇ ਆ ਇਸ ਵਕਤ ਮੇਰੇ ਕੋਲ ਪੁਆਇੰਟ ਨਹੀਂ ਇਹਨੂੰ ਕਲੈਸ਼ ਨਹੀਂ ਕਹਿ ਸਕਦੇ ਐਕਸਪੈਰੀਮੈਂਟ ਵੀ ਕਹਿ ਸਕਦੇ ਆਪਾਂ ਐਰੀ ਗੱਲ ਮੈਂ ਉਹੀ ਤੁਹਾਨੂੰ ਗੱਲ ਕਹਿ ਰਿਹਾ ਕਿ ਆ ਤਾਂ ਹੋਵੇ ਆਪਣੇ ਕੋਲ ਬਹੁਤ ਟਾਈਮ ਤੋਂ ਕੋਈ ਫਿਲਮ ਨਾ ਆਈ ਹੋਵੇ ਪੰਜਾਬ ਦੇ ਵਿੱਚ ਹੈ ਨਾ ਉਹੀ ਕਹਿ ਰਿਹਾ ਹਰ ਹਫਤੇ ਫਿਲਮ ਰਿਲੀਜ਼ ਹੋਣ ਦੇ ਬਾਵਜੂਦ ਵਧੀਆ ਗੱਲ ਹੈ ਵਧੀਆ ਗੱਲ ਹੈ ਪੰਜਾਬੀ ਦੇ ਵਿੱਚ ਇੰਨਾ ਬਜਟ ਆ ਆਈ ਰੀਲੀ ਅਪਰੀਸ਼ੀਏਟ ਕਿ ਦਰਸ਼ਕ ਆਣ ਫਿਲਮ ਨੂੰ ਵੇਖਣ ਦੋਨਾਂ ਵੇਖਣ ਆ ਇਹ ਵੀ ਨਹੀਂ ਕਹਿ ਰਿਹਾ ਦਰਸ਼ਕ ਕਿਉਂ ਨਹੀਂ ਆਉਂਦੇ ਉਹ ਪਬਲਿਸਿਟੀ ਜਾਂ ਕਿਤਨਾ ਕਿਤੇ ਪ੍ਰੋਡਿਊਸਰ ਨਹੀਂ ਜਾਂ ਡਾਇਰੈਕਟਰ ਨਹੀਂ ਕਿਸੇ ਜੇ ਖਾਮੀਆਂ ਕਰਕੇ ਨਹੀਂ ਆਉਂਦੇ ਫਲੋਪ ਫਿਲਮ ਦੀ ਵੀ ਪਬਲਿਸਿਟੀ ਚੰਗੀ ਤਰ੍ਹਾਂ ਹੋਵੇ ਫਿਲਮ ਨਹੀਂ ਵਧੀਆ ਆਡੀਅੰਸ ਫਰਾਈਡੇ ਆਉਂਦੀ ਹੀ ਆਉਂਦੀ ਹੈ ਸੋ ਇਹ ਤੁਸੀਂ ਐਡਵਰਟਾਈਜ਼ ਕਿਵੇਂ ਕਰਦੇ ਆ ਆਪਣੀ ਫਿਲਮ ਨੂੰ ਕਿਹੜੇ ਤਰੀਕੇ ਨਾਲ ਕਰਦੇ ਠੀਕ ਹੈ ਬਿਲਕੁਲ ਆਈ ਹੈਵ ਸਮ ਡਿਸਕਸ਼ਨ ਓਵਰ ਇਟ ਦੈਟ ਵਿਲ ਡੂ ਇਟ ਇਨ ਵਨ ਔਨ ਵਨ ਇੱਕ ਗੱਲ ਹੋਰ ਆ ਜਿਹੜੀ ਤੁਹਾਨੂੰ ਸੋਚਣੀ ਚਾਹੀਦੀ ਆ ਵੀ ਆਪਾਂ ਯਾਰ ਮੇਰੇ ਨਾਲ 15 20 ਵਿਆਹ ਤੱਕ ਕਰਾ ਚੁੱਕੇ ਆ ਹਨਾ ਹੁਣ ਛੱਡ ਦਈਏ ਉਹਨਾਂ ਨੂੰ ਹਨਾ ਇੱਕ ਪਾਸੇ ਆਪਾਂ ਬਾਇਲਾਰਸ ਬਣਾ ਦਿੰਨੇ ਆ ਉਹਦੇ ਚ ਵਿਆਹ ਕਰਾ ਦਿੰਨੇ ਆ ਉਹਦੇ ਪਿੱਛੇ ਵੀ ਟਰੈਕਟਰ ਤੇ ਜਿਹੜਾ ਜਿੱਤੂਗਾ ਉਹਦਾ ਵਿਆਹ ਹੋ ਜਾਊਗਾ ਫਿਰ ਆਪਾਂ ਲਾਟੂ ਜਗਾ ਦਿੰਨੇ ਆ ਉਹਦੇ ਚ ਵਿਆਹ ਕਰਾ ਦਿੰਨੇ ਆ ਫਿਰ ਇੱਕ ਪਾਸੇ ਆਪਾਂ ਬੰਦੂਗਾਟ ਬਣਾ ਦਿੰਨੇ ਆ ਉਹਦੇ ਚ ਸਿਨੇਮਾ ਕਿੱਥੇ ਆਪਣੇ ਕੋਲੇ ਮੇਰੇ ਹੋਰ ਕਿਸੇ ਨਾਲ ਕੋਈ ਡਿਫਰੈਂਸ ਨਹੀਂ ਆ ਕ੍ਰੀਏਟਿਵ ਡਿਫਰੈਂਸ ਆ ਰਾਈਟ ਸੋ I am giving you cinema and I promise that and you please go watch it and give your honest opinion publicly and say if you didn't like it trash it you know I'm saying to that's not a trick but then we are making thank you so much but it's an effort and it's an honest effort
give something to the state that this is cinema. Let's have, because in a rich culture, eh, haja apna sahita hai, haja apna, you know, jab aap dekhi literature, inne poet hoye, inne thinker hoye, apna self comedy che phas gaya. ਉਹੀ ਸਿਚੁਏਸ਼ਨਲ ਕਾਮੇਡੀ ਨਹੀਂ ਉਹੀ ਐਕਟਰਸ ਨੂੰ ਲੈ ਕੇ ਵਿਦ ਡੀ ਰਿਸਪੈਕਟ ਟੂ ਐਵਰੀਵਨ ਉਹੀ ਚਿਹਰਿਆਂ ਨੂੰ ਲੈ ਕੇ ਉਵੇਂ ਹੀ ਬੋਲਦੇ ਆ ਤੁਸੀਂ ਚਿਹਰੇ ਚੇਂਜ ਕਰ ਦਿਓ ਉਹਨਾਂ ਦੇ ਬੋਲਣ ਦਾ ਸਟਾਈਲ ਵੀ ਉਹੀ ਆ ਵਾਟ ਇਜ਼ ਦਿਸ ਹੈਪਨਿੰਗ ਪਰ ਭਾਈ ਮਿਲਦੀ ਆ ਦੇਖੋ ਫਿਲਮ ਨੂੰ ਨਾ ਤੁਸੀਂ ਬਿਜ਼ਨਸ ਦੇ ਨਾਲ ਬਿਜ਼ਨਸ ਤੇ ਚੰਗੀ ਫਿਲਮ ਦਾ ਕੋਈ ਆਪਸ ਚ ਲਿੰਕ ਨਹੀਂ ਹੈ ਮੁਗਲੇ ਆਜ਼ਮ ਵੀ ਨਹੀਂ ਚੱਲੀ ਸੀ ਸ਼ੋਲੇ ਵੀ ਨਹੀਂ ਚੱਲੀ ਸੀ ਪਰ ਉਸ ਵੇਲੇ ਐਂਟਰਟੇਨਮੈਂਟ ਆ ਨਾ ਜਿਹੜੀ ਉਹਦਾ ਸਾਧਨ ਹੀ ਸਿਨੇਮਾ ਹੁੰਦਾ ਸੀ ਉਹ ਇੱਕ ਵੀਕ ਨਹੀਂ ਚੱਲਦੀ ਸੀ ਦੂਜੇ ਵੀਕ ਪਿੱਕ ਕਰ ਲੈਂਦੀ ਸੀ ਹੁਣ ਤਾਂ ਇੱਕ ਦਿਨ ਨਹੀਂ ਚੱਲਦੀ ਦੂਜੇ ਦਿਨ ਥੀਏਟਰਾਂ ਵਾਲੇ ਲਾ ਕੇ ਪਾਸੇ ਮਾਰਦੇ ਆ ਸ਼ੋ ਹੀ ਘਟਾ ਦਿੰਦੇ ਆ ਕੀ ਕਰੋਗੇ ਤੁਸੀਂ ਬਾਅਦ ਚ ਜੋਰੇ 10 ਨੰਬਰੀਆਂ ਦੇਖ ਕੇ ਤੁਸੀਂ ਨੈਟਫਲਿਕਸ ਤੇ ਕਹਿੰਦੇ ਹੋ ਯਾਰ ਕਿਆ ਫਿਲਮ ਸੀ ਬਾਈ ਤੁਹਾਡੀ ਤੁਸੀਂ ਡਾਇਲੋਗ ਦੇ ਵੱਟ ਕੱਢਤੇ ਤੁਸੀਂ ਸੀਨਸ ਵਾਲੇ ਵੱਟ ਕੱਢਤੇ ਯੂ ਨੋ ਇੱਕ ਗੱਲ ਹੋਰ ਆ ਜਿਹੜੀ ਫਿਲਮ ਆ ਨਾ ਉਹ ਬਣੀ ਆ ਥੀਏਟਰ ਲਈ ਉਹ ਟੀਵੀ ਲਈ ਨਹੀਂ ਬਣੀ ਉਹ ਨੈੱਟ ਲਈ ਨਹੀਂ ਬਣੀ ਕਿਉਂਕਿ ਜਿਹੜੇ ਸਾਡੇ ਸਾਊਂਡ ਆ ਜਿਹੜਾ ਸਾਡਾ ਵਿਜ਼ੂਅਲ ਆ ਉਹ ਅਸੀਂ ਤੁਹਾਨੂੰ 5.1 ਚ ਦਿਖਾਉਣਾ ਚਾਹੁੰਦੇ ਆ ਉਹ ਵਿਜ਼ੂਅਲ ਵੀ ਤੁਹਾਨੂੰ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਆ ਟੀਵੀ ਲਈ ਟੀਵੀ ਪ੍ਰੋਗਰਾਮਸ ਬਣਦੇ ਆ ਦੇਅਰਫੋਰ ਪਲੀਜ਼ ਅਪੀਲ ਐਵਰੀਵਨ ਜੇ ਫਿਲਮਸ ਦੇਖਣੀ ਆ ਤਾਂ ਸਿਨੇਮੇ ਚ ਜਾ ਕੇ ਦੇਖੋ ਬਾਅਦ ਚ ਦੇਖ ਦੇਖ ਕੇ ਕਿਤੇ ਮੋਬਾਈਲ ਤੇ ਦੇਖ ਲਈ ਨੋ ਵੀ ਨਾ ਪੈਸ਼ਨੇਟ ਟੂਅਰਡਸ ਆਰਟ ਦੈਨ ਇਸੇ ਲਈ ਆਪਣੇ ਕੋਲੇ ਹੁਣ ਥਿੰਕਰਸ ਨਹੀਂ ਆ ਪੋਇਟ ਨਹੀਂ ਆ ਪੇਂਟਰਸ ਨਹੀਂ ਆ ਆਪਾਂ ਸੋਹਰੇ ਸਿੰਘ ਨੂੰ ਵੀ ਪੈਦਾ ਕੀਤਾ ਆਪਾਂ ਵਾਰੇ ਸ਼ਾਹ ਧਨੀ ਰਾਮ ਚਾਤਰੇ ਕਰਕੇ ਅਮ੍ਰਿਤਾ ਪ੍ਰੀਤਮ ਵਰਗੇ ਥਾਂ ਪੈਦਾ ਕੀਤੇ ਆ ਇੱਥੇ ਦੈਟ ਇਜ਼ ਆ ਦੈਟਸ ਵਾਟ ਵੀ ਆ ਮੈਂ ਚੇਂਜ ਕਰਨਾ ਥੋੜ੍ਹਾ ਜਿਹਾ ਦੀਪ ਭਾਈ ਤੇ ਕਰਤਾਰ ਭਾਈ ਨੂੰ ਦੋਨਾਂ ਨੂੰ ਮੇਰਾ ਸਵਾਲ ਹੈ ਦੀਪ ਭਾਈ ਜੀ ਤੁਸੀਂ ਪੁਰਾਣੇ ਥੰਮਾਂ ਦੀ ਗੱਲ ਕੀਤੀ ਹੈ ਪੰਜਾਬੀ ਇੰਡਸਟਰੀ 'ਚ ਦੋ ਪੁਰਾਣੇ ਥੰਮ ਸੀ ਯੋਗਰਾਜ ਜੀ ਗੱਗੂ ਗਿੱਲ ਜੀ ਕੀ ਨੌਜਵਾਨ ਪੀੜ੍ਹੀ 'ਚ ਤੁਹਾਡੇ ਦੋਵਾਂ 'ਚੋਂ ਭੇੜ ਦਿਖੇਗਾ ਜੋ ਪੁਰਾਣੇ ਸਮੇਂ 'ਚ ਭੇੜ ਹੁੰਦਾ ਸੀ ਭੇੜ ਭੇੜ ਹੈ ਪੂਰਾ ਜੀ ਤੁਸੀਂ ਦੇਖੋ ਕਿੰਨੇ ਵਾਲੀ ਗੱਲ ਕਰ ਰਹੇ ਹੋ ਮੈਂ ਤੁਸੀਂ ਦੇਖਿਓ ਐਕਟੀ ਤੁਸੀਂ ਤੁਹਾਨੂੰ ਪੂਰਾ ਐਨ ਜਮਾਂ ਸਵਾਦ ਆਊਗਾ ਦੋਨਾਂ ਨੂੰ ਦੇਖ ਕੇ ਤੁਸੀਂ ਉਹ ਭੇੜ ਨੂੰ ਇਹ ਭੇੜ ਨਾਲ ਕੰਪੈਰੀਜ਼ਨ ਕਰਕੇ ਦੇਖੋ ਵੀ ਕਿਹੜੇ ਜ਼ਿਆਦਾ ਕਹਿੰਦੇ ਨੇ ਠੀਕ ਹੈ ਜੀ ਤਿੰਨ ਨੰਬਰ ਨੂੰ ਜ਼ਰੂਰ ਦੇਖਾਂਗੇ ਰੋਂਗ ਡਾਇਰੈਕਸ਼ਨ ਚ ਨਾ ਜਾਓ ਔਰ ਮਤਲਬ ਸਮਝੋ ਕਾਨੂੰਨ ਔਰ ਆਪਣੇ ਪੰਜਾਬ ਦੀ ਆਪਣੀ ਮਿੱਟੀ ਦੀ ਇੱਜ਼ਤ ਕਰੋ ਇਹੀ ਮੈਸੇਜ ਹੈ ਆਪਣੀ ਮਿੱਟੀ ਨਾਲ ਪਿਆਰ ਕਰੋ ਵੈਸੇ ਮੈਸੇਜ ਦੇਣ ਵਾਸਤੇ ਫਿਰ ਮੈਂ ਬਣਾਉਂਦਾ ਨਹੀਂ ਮਿਲ ਜਾਂਦੇ ਆ ਮੇਰੇ ਮੈਸੇਜ ਮਿਲ ਜਾਏ ਮਿਲ ਜਾਏ ਔਰ ਮੈਸੇਜ ਦੇਣ ਵਾਸਤੇ ਖੁਸ਼ੀ ਹੈ ਕਿ ਇਸ ਹਫ਼ਤੇ ਸਾਡੇ ਦੋ ਦੋ ਤਿੰਨ ਤਿੰਨ ਰਿਲੀਜ਼ ਹੋ ਰਹੇ ਨੇ ਇਹ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਭਾਸ਼ਾ ਲਈ ਬਹੁਤ ਮਾਣ ਵਾਲੀ ਗੱਲ ਸਮਝਦੇ ਤੁਸੀਂ ਕੀ ਕਰਦੇ ਮੈਂ ਕਹਿਣਾ ਚਾਹੁੰਦਾ ਜੀ ਵੀ ਦੇਖੋ ਪੰਜਾਬ ਪੰਜਾਬੀਅਤ ਅਤੇ ਆਪਣੀ ਜਿਹੜੀ ਜਿਹਨੂੰ ਮਾਂ ਬੋਲੀ ਆ ਇਹਨਾਂ ਚੀਜ਼ਾਂ ਨੂੰ ਇਹ ਤਾਂ ਹਮੇਸ਼ਾ ਰਹਿਣਗੀਆਂ ਹੀ ਰਹਿਣਗੀਆਂ ਫਿਲਮਾਂ ਆਉਣ ਨਾ ਆਉਣ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਕਹਿੰਦੇ ਵੀ ਪੰਜਾਬ ਵੀ ਗੁਆਚੀ ਜਾਂਦੀ ਆ ਪਰ ਕਿਤੇ ਨਹੀਂ ਗੁਆਚੀ ਇੱਕ ਜਿਹੜਾ ਬਾਬੇ ਨਾਨਕ ਵਾਲੀ ਰਬਾਬ ਜਦੋਂ ਮਰਦਾਨਾ ਵਜਾਉਂਦਾ ਸੀ ਨਾ ਉਹਦੀ ਇੱਕ ਇੱਕ ਸਾਜ ਤੇ ਹੀ ਵਾਪਸ ਆ ਗਈ ਸਭ ਕੁਛ ਹਨਾ ਇਹ ਇੱਧਰ ਹੀ ਆ ਇਹ ਏਡੀ ਕੋਈ ਤਗੜੀ ਚੀਜ਼ ਜਿਹੜੀ ਆਪਾਂ ਚਾਹੇ ਗੁਰਬਾਣੀ ਆ ਆਪਣੀ ਲੈਂਗੁਏਜ ਆ ਸਭ ਕੁਛ ਰਹਿਣਗੀਆਂ ਪਰ ਇਹ ਜ਼ਰੂਰ ਗੱਲ ਆ ਵੀ ਥੋੜ੍ਹਾ ਜਿਹਾ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਸਾਡੀ ਹੁਣ ਜ਼ਿੰਮੇਵਾਰੀ ਆ ਸਮਾਜ ਪ੍ਰਤੀ ਕਿਉਂਕਿ ਅਸੀਂ ਵੈਸਟਰਨ ਕਲਚਰ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੋ ਚੁੱਕੇ ਹਾਂ ਉਹ ਇਨਫਲੂਐਂਸ ਇਹੋ ਜਿਹਾ ਹੋ ਗਿਆ ਵੀ ਆਪਾਂ ਸਾਦਗੀ ਖੋ ਬੈਠੇ ਹਾਂ ਉਹਨਾਂ ਨੇ ਸਾਦਗੀ ਨਹੀਂ ਖੋਈ
वेस्टर्न लोग हजे भी सादे आ पर आपां उत्थों इन्ना ज्यादा इन्फ्लुएंस हो गए हैं भी सादगी खो बैठे जदों सिंपलिसिटी थोड़े चो निकल जाए फिर प्रॉब्लम सोसाइटी च आउंदी आ दैट्स वॉट वी आर फेसिंग एट द मोमेंट. मैं पूरा एक्साइटेड हाँ जी इस फिल्म को लैके क्योंकि सारे अपने ही वीर भरा ने जिन्होंने मिल के फिल्म बनाई है सो सारे बड़े प्रोफेसनल टैलेंटेड लोगों की टीम है जी कास्ट एंड क्रू इस फिल्म में जुड़ी हुई है सारे ही मेरे फेवरेट ने मैं मतलब कह नहीं सकता कि आ बंदा मेरा फेवरेट ज आ नहीं सारे बड़े कमाल के एक्टर ने डायरेक्टर जोड़े ने राकेश मेहता होनी हालांकि उन्होंने दूसरी फिल्म है पर वो कहें ना झोने वाले पिंड परालियों पता लग जाते हैं सो उन्होंने पहली फिल्म वापसी ही उन्होंने अपने आप को साबित करता सी प्रूव करता सी कि वो पंजाबी सिनेमा के एक बड़े वधिया प्रोमिसिंग डायरैक्टर ने आने वाले समय से बड़ी सोहनिया फिल्मा बनाएंगे आह फिल्म भी मैनू लगता बहुत सोहनी बनाई होगी जो मैं ट्रेलर देखा है जोड़े मैं गाने देखे ने यूट्यूब पर सो सारे बड़े कमाल के ने सो मैं लगता सोहनी फिल्म होगी. अच्छा एक कंसैप्ट की गल करिए बहुत ही यूनीक कंसैप्ट लैके आए हैं इस कंसैप्ट बारे तुम की कहना चाहिए. मैं कहना बहुत वधिया गल है क्योंकि अलग अलग रंगा दी जिहड़ियां फिल्मां पंजाबी च बननियां चाहीदियां सो डेफिनेटली एक जिहड़ा नवा रंग है पंजाबी सिनेमा का हालांकि गैंगस्टर ड्रामा इन्हां सारियां दे उत्ते फिल्मां बनियां ने पर यह जिहड़ा रंग है ये अलग ही होगा मैनूं लगदा. ਤਾਂ ਜੀ ਰੰਗ ਪੰਜਾਬ ਮੂਵੀ ਆਪਾਂ ਦੇਖ ਰਹੇ ਸੀਗੇ ਅਤੇ ਇੰਟਰਵਲ ਹੋ ਚੁੱਕਿਆ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਨਿੰਜਾ ਬਾਜੀ ਭਾਈ ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ. ਕੀ ਹਾਲ ਚਾਲ ਨੇ? ਬਹੁਤ ਵਧੀਆ ਭਾਈ ਤੁਸੀਂ ਸੁਣਾਓ ਕਿੱਦਾਂ? ਅਤੇ ਹੁਣ ਤੱਕ ਦੀ ਤੁਸੀਂ ਮੂਵੀ ਦੇਖੀ ਹੈ ਕਿੱਦਾਂ ਦਾ ਲੱਗਿਆ ਤੁਹਾਨੂੰ? ਮੂਵੀ ਬਹੁਤ ਵਧੀਆ ਭਾਅ ਜੀ ਕਿਉਂਕਿ ਮੈਂ ਅਸੀਂ ਦੀਪ ਸਿੱਧੂ ਵੀਰੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਆ ਅਤੇ ਉਹਨਾਂ ਦਾ ਕੀਤਾ ਕੰਮ ਔਰ ਜੋ ਸੋਚ ਲੈ ਕੇ ਉਹਨਾਂ ਨੇ ਇਸ ਥੀਏਟਰ ਮਤਲਬ ਸਿਨੇਮਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਆ ਉਹ ਬਹੁਤ ਵਧੀਆ ਅਤੇ ਸਾਰਿਆਂ ਨੂੰ ਪਸੰਦ ਆਊਗੀ ਮੂਵੀ ਅੱਜ. ਅੱਛਾ ਤੁਸੀਂ ਦੇਖਿਆ ਹੋਣਾ ਅਪਾਰਟ ਫਰੋਮ ਕਾਮੇਡੀ ਇੱਕ ਬਹੁਤ ਹੀ ਯੂਨੀਕ ਕੰਸੈਪਟ ਲੈ ਕੇ ਆਏ ਨੇ ਇਸ ਕੰਸੈਪਟ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਇਹ ਜਿਹੜਾ ਥੀਏਟਰ ਆ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਹੱਦ ਤੱਕ ਖੜਾ ਹੈ ਕਿਉਂਕਿ ਇੱਕ ਵਿਜ਼ਨ ਆ ਵਿਜ਼ਨ ਕਿਤੇ ਦਾ ਵੀ ਹੋ ਸਕਦਾ ਅਤੇ ਉਹਨੂੰ ਆਪਾਂ ਕਿੱਦਾਂ ਲੈ ਕੇ ਆਉਂਦੇ ਹਾਂ ਕਿੱਦਾਂ ਲੋਕਾਂ ਤੱਕ ਪਹੁੰਚਾਉਂਦੇ ਹਾਂ ਉਹ ਸਭ ਤੋਂ ਜ਼ਿਆਦਾ ਮੈਟਰ ਕਰਦਾ ਅਤੇ ਇਹ ਮਤਲਬ ਸਾਰਾ ਪੈਕੇਜ ਬਹੁਤ ਅੱਛਾ ਸੀਗਾ ਅਤੇ ਬਾਕੀ ਮੈਨੂੰ ਉਮੀਦ ਆ ਵੀ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲੂਗਾ. ਅਤੇ ਦੀਪ ਸਿੱਧੂ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦੀ ਐਕਟਿੰਗ ਹੁਣ ਤੱਕ ਦੀ ਤੁਸੀਂ ਦੇਖੀ ਹੈ ਬਹੁਤ ਹੀ ਇੱਕ ਮਤਲਬ ਜਿਹਨੂੰ ਕਹਿੰਦੇ ਨੇ ਤਗੜੇ ਸਵੈਗੀ ਅਵਤਾਰ ਦੇ ਵਿੱਚ ਆਏ ਨੇ ਨਾਲ ਹੀ ਆ ਗਏ ਨੇ ਦੀਪ ਸਿੱਧੂ ਭਾਜੀ ਵੀਰਾ ਆਏ ਵੀ ਗਏ ਨੇ ਅਤੇ ਗੱਲ ਚੱਲਦੀ ਸੀ ਵੀਰੇ ਦੀ ਐਕਟਿੰਗ ਦੀ ਅਤੇ ਮੈਂ ਮਾੜਾ ਜਿਹਾ ਇਹਨੂੰ ਘੁੰਮ ਜਾਓ. ਬਿਲਕੁਲ ਆਈ ਜੀ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਤੇ ਰੀਨਾ ਜੀ ਵੀ ਸਾਡੇ ਨਾਲ ਇਹਨਾਂ ਦਾ ਤਾਂ ਮਤਲਬ ਬਿਲਕੁਲ ਹੀ ਵੱਖਰਾ ਕਿਰਦਾਰ ਸਾਨੂੰ ਦੇਖਣ ਨੂੰ ਮਿਲਿਆ. ਬਹੁਤ ਵਧੀਆ ਲੱਗਿਆ. I'm enjoying the film. ਜਿਹੜਾ ਤੁਸੀਂ ਮਤਲਬ ਪ੍ਰੈਜੈਂਟਲੀ ਅਵਤਾਰ ਨਿਭਾ ਰਹੇ ਹੋ ਇਹ ਤਾਂ ਬਿਲਕੁਲ ਹੀ ਯੂਨੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਨਾ ਇਹ ਸ਼ਰੀਫ ਜਿਹਾ ਮੁੰਡਾ ਹੈਗਾ ਤੇ ਤੁਸੀਂ ਇਹਨਾਂ ਨੂੰ ਤੰਗ ਕਰੀ ਜਾ ਰਹੇ ਹੋ. ਹਾਂਜੀ ਹਾਂਜੀ ਹਲੇ ਤੰਗ ਕਰੋਗੇ ਹੋਰ ਕੀ ਤੰਗ ਕਰੋਗੇ. ਅੱਛਾ ਹੁਣ ਇੰਟਰਵਲ ਹੋ ਚੁੱਕਿਆ ਉਹ ਜਪਜੀ ਮੈਮ ਵੀ ਸਾਡੇ ਨਾਲ ਨੇ ਮੈਮ ਆਪਾਂ ਐਕਸਾਈਟਮੈਂਟ ਦੇਖ ਰਹੇ ਸਾਰੇ ਬਹੁਤ ਹੀ ਜ਼ਿਆਦਾ ਐਕਸਾਈਟਡ ਨੇ ਜਪਜੀ ਮੈਮ ਤੁਹਾਡੇ ਤੋਂ ਪੁੱਛਦੇ ਹੁਣ ਤੱਕ ਦਾ ਕਿੱਦਾਂ ਦਾ ਰਿਹਾ ਤੁਹਾਨੂੰ? ਮੈਂ ਥੋੜ੍ਹੀ ਲੇਟ ਹੋ ਗਈ ਸੀ ਮੈਂ ਕਹਿ ਰਹੀ ਸੀ ਮੈਂ ਉਹਦੇ ਲਈ ਮਾਫੀ ਚਾਹੁੰਦੀ ਹਾਂ ਬਟ ਜਿੰਨਾ ਵੀ ਮੈਂ ਦੇਖਿਆ ਮੈਨੂੰ ਦੀਪ ਸਿੱਧੂ ਜੀ ਦਾ ਕੰਮ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਲੱਗਾ ਐਂਡ ਆਮ ਵੇਟਿੰਗ ਕਿ ਕਦੋਂ ਓਵਰ ਹੋਵੇ ਇੰਟਰਵਲ ਵਾਲਾ ਜਿਹੜਾ ਪੀਰੀਅਡ ਆ ਅਤੇ ਅਸੀਂ ਦੁਬਾਰਾ ਫਿਲਮ ਸ਼ੁਰੂ ਹੋਵੇ ਅਤੇ ਦੇਖੀਏ. ਵੈਰੀ ਐਂਟਰਟੇਨਿੰਗ ਆਈ ਲਵ ਇਟ ਆਈ ਲਵ ਹਿਸ ਕੈਰੈਕਟਰ ਹੀ ਇਜ਼ ਡਨ ਅ ਗ੍ਰੇਟ ਜੋਬ ਇਜ਼ ਅ ਗ੍ਰੇਟ ਐਕਟਰ. ਉੱਦਾਂ ਨਹੀਂ ਕਹੀ ਜਾਂਦੇ ਸੀ ਉਹਨਾਂ ਨੂੰ ਲੱਗ ਰਿਹਾ ਕਿ ਮਜ਼ਾਕ ਕਰ ਰਹੇ ਨਹੀਂ ਕਰ ਰਹੇ ਤੁਸੀਂ ਖੁਦ ਆ ਕੇ ਦੇਖੋ ਸਿਨੇਮਾ ਹਾਲ 'ਚ ਤਾਂ ਤੁਹਾਨੂੰ ਪਤਾ ਲੱਗੇਗਾ ਮੈਂ ਝੂਠ ਨਹੀਂ ਬੋਲ ਰਹੀ. ਅਤੇ ਬੰਨੀ ਭਾਅ ਜੀ ਆਪਾਂ ਤੁਹਾਨੂੰ ਕਿਵੇਂ ਭੁੱਲ ਸਕਦੇ ਤੁਸੀਂ ਤਾਂ ਆਪਣੇ ਅਫਸਰ ਤੋਂ ਹੀ ਬੜੇ ਦੁਖੀ ਹੋ ਕੀ ਗੱਲ ਇਹ ਨਾਲ ਨਹੀਂ ਲੱਗਣਾ ਚਾਹੀਦਾ ਹੈ? ਨਹੀਂ ਬਹੁਤ ਵਧੀਆ ਅੱਗੇ ਆ ਜਾਓ ਮਾੜਾ ਜਿਹਾ. ਹਾਂਜੀ ਕੀ ਗੱਲ ਆਪਣੇ ਅਫਸਰ ਤੋਂ ਬੜੇ ਦੁਖੀ ਲੱਗ ਰਹੇ? ਨਹੀਂ 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 ਹੁਣ ਅਫਸਰ ਤੋਂ ਮੋਟੀਵੇਸ਼ਨ ਲੈ ਕੇ ਮੈਂ ਚੇਂਜ ਹੋਊਂਗਾ ਤੁਸੀਂ ਦੇਖਿਓ. ਬਿਲਕੁਲ ਇੰਟਰਵਲ ਤੋਂ ਬਾਅਦ ਚੇਂਜ ਹੋਣ ਵਾਲੇ. ਹਾਂਜੀ ਸਰ ਧੀਰਜ ਜੀ ਕੀ ਹਾਲ ਚਾਲ ਹੈ? ਬਿਲਕੁਲ ਵਧੀਆ ਜੀ. ਤੁਸੀਂ ਤਾਂ ਬਹੁਤ ਹੀ ਜ਼ਿਆਦਾ ਇਨੋਸੈਂਟ ਲੱਗ ਰਹੇ ਹੋ ਇੱਥੇ ਤਾਂ ਮਤਲਬ ਹੁਣ ਅੱਗੇ ਤੁਹਾਡਾ ਕੀ ਰੋਲ ਹੋਣਾ? ਅੱਗੇ ਬਸ ਦੇਖਦੇ ਜਾਓ ਅੱਗੇ ਬਹੁਤ ਕੁਛ ਹੈ ਜੀ. ਬਹੁਤ ਹੀ ਮਤਲਬ ਜਿਹਨੂੰ ਕਹਿੰਦੇ ਨਾ ਇੱਕ ਟੱਚੀ ਜਿਹਾ ਰੋਲ ਤੁਸੀਂ ਨਿਭਾ ਰਹੇ ਹੋ ਔਰ ਲੋਕ ਕਾਫ਼ੀ ਇਮੋਸ਼ਨਲ ਵੀ ਹੁੰਦੇ ਉਸ ਚੀਜ਼ ਨੂੰ ਦੇਖ ਕੇ. ਹਾਂਜੀ ਬਾ ਜਿੱਦਾਂ ਦਾ ਰੋਲ ਮਿਲਦਾ ਮੈਨੂੰ ਵਧੀਆ ਲੱਗਦਾ ਮੇਰੇ ਅਕੋਰਡਿੰਗ ਜਿੱਦਾਂ ਦੀ ਮੇਰੀ ਰੀਅਲ ਨੇਚਰ ਜੀ ਆ ਉਹਨਾਂ ਦੇ ਅਕੋਰਡਿੰਗ ਮੈਨੂੰ ਪੱਕੇ ਅੱਗੇ ਅੱਗੇ ਬਹੁਤ ਖੁਸ਼ ਹੈ ਜੀ. ਥੈਂਕ ਯੂ. ਅਤੇ ਜੀ ਇਹ ਸੀਗੇ ਸਾਡੇ ਨਾਲ ਫਿਲਮ ਦੀ ਸਟਾਰਕਾਸਟ ਅਤੇ ਮੇਰੇ ਨਾਲ ਨਿੰਜਾ ਬਾਈ ਵੀ ਸੀਗੇ. ਹੁਣ ਤੁਹਾਡੇ ਸਾਰਿਆਂ ਨੂੰ ਫਿਰ ਮਿਲਦਾ ਮੈਂ ਇੰਟਰਵਲ ਤੋਂ ਬਾਅਦ. ਭਾਅ ਜੀ ਹੁਣ ਸਾਡੇ ਨਾਲ ਜੁੜ ਚੁੱਕੇ ਨੇ MLA ਸਾਹਿਬ ਦੇ ਵਿਗੜੇ ਹੋਏ ਮੁੰਡੇ. ਭਾਅ ਜੀ ਕੀ ਹਾਲ ਚਾਲ ਹੈ? ਵਧੀਆ ਭਾਅ ਜੀ. ਹਾਂਜੀ ਕਿੱਦਾਂ ਦਾ ਰਿਹਾ ਮਾਹੌਲ ਫਿਰ? ਮਾਹੌਲ ਭਾਅ ਜੀ ਬਹੁਤ ਵਧੀਆ ਰਿਹਾ ਮੂਵੀ ਦਾ. ਅੱਛਾ ਜਦੋਂ ਮਤਲਬ ਇਹ ਰੋਲ ਅਸਾਈਨ ਹੋਏ ਸੀਗੇ ਤੁਹਾਨੂੰ ਪਤਾ ਲੱਗਿਆ ਵੀ ਮੈਂ ਇਹ ਰੋਲ ਕਰਨਾ ਤੁਹਾਡਾ ਰਿਐਕਸ਼ਨ ਕੀ ਸੀਗਾ?
ਭਾਈ ਪਹਿਲੀ ਗੱਲ ਤਾਂ ਮੈਂ ਮੰਨ ਹੀ ਨਹੀਂ ਰਿਹਾ ਸੀਗਾ ਬਹੁਤ ਮੁਸ਼ਕਿਲ ਹੈ ਭਾਈ ਮਹਿਤਾ ਸਾਹਿਬ ਨੇ ਮੈਨੂੰ ਅਪਰੋਚ ਕੀਤੀ ਕਿ ਜਸਟਿਨ ਦੇਵ ਕੋਈ ਕਰਾਉਣਾ ਬੋਲੇ ਅੱਛਾ ਫਿਰ ਮੈਂ ਫਿਰ ਕੀਤਾ ਜਾ ਕੇ ਡਿਸਾਈਡ ਅੱਛਾ ਕੀ ਕਰੂੰਗਾ ਬਿਲਕੁਲ ਅਤੇ ਜਦੋਂ ਤੁਸੀਂ ਦੇਖਿਆ ਨਾ ਜਦ ਕੋਈ ਬੰਦਾ ਨੈਗੇਟਿਵ ਰੋਲ ਕਰਦਾ ਨਾ ਕੋਈ ਇੱਦਾਂ ਦਾ ਰੋਲ ਕਰਦਾ ਅਤੇ ਉਹਦੀ ਜਿਹੜੀ ਮਤਲਬ ਜਿਹੜੀ ਆਡੀਅੰਸ ਹੁੰਦੀ ਨਾ ਉਹ ਕੁਛ ਥੋੜ੍ਹੀ ਪਰਸੈਂਟ ਆਡੀਅੰਸ ਜਿਹੜੀ ਆ ਉਹਨੂੰ ਇਸ ਨਜ਼ਰ ਨਾਲ ਦੇਖਣ ਲੱਗ ਪੈਂਦੀ ਹੈ ਅਤੇ ਤੁਸੀਂ ਆਪਣੀ ਆਡੀਅੰਸ ਨੂੰ ਇੱਕ ਵਾਰੀ ਦੱਸ ਦਿਓ ਵੀ ਅਸਲੀਅਤ 'ਚ ਕੀ ਗੱਲ ਹੈ ਅਸਲੀਅਤ 'ਚ ਬਾਈ ਮੈਨੂੰ ਉਹਨਾਂ ਨੂੰ ਦੇਖ ਕੇ ਤਾਂ ਹੀ ਰੋਲ ਦਿੱਤਾ ਕਿ ਉਹਨਾਂ ਨੂੰ ਪਤਾ ਕਿ ਮੇਰਾ ਨੇਚਰ ਕਿੱਦਾਂ ਦਾ ਦੇਖੋ ਜਿੱਦਾਂ ਇਹ ਸ਼ਰਮਾ ਰਿਹਾ ਮੈਨੂੰ ਨਹੀਂ ਲੱਗਦਾ ਅਸਲੀਅਤ 'ਚ ਇੱਦਾਂ ਇਹ ਰੋਲ ਦੇ ਹਿਸਾਬ ਨਾਲ ਹੀ ਇੱਦਾਂ ਐਕਟਿੰਗ ਸੀਗੀ ਇਹਨਾਂ ਦੀ ਅਤੇ ਭਾਅ ਜੀ ਕਿੱਦਾਂ ਦਾ ਰਿਹਾ ਤੁਹਾਡਾ ਓਵਰਆਲ ਐਕਸਪੀਰੀਅੰਸ ਭਾਅ ਜੀ ਬਹੁਤ ਵਧੀਆ ਰਿਹਾ ਹਾਂਜੀ ਕਿਉਂਕਿ ਮੈਂ ਤਾਂ ਸਾਹਮਣੇ ਜਿਹੜੇ ਹਿਸਾਬ ਨਾਲ ਮੈਨੂੰ ਕਿਹਾ ਸੀ ਉਹ ਹਿਸਾਬ ਨਾਲ ਮੈਂ ਕੀਤਾ ਕੰਮ ਬਿਲਕੁਲ ਅਤੇ ਦੀਪ ਸਿੱਧੂ ਦੇ ਅਗੇਂਸਟ ਤੁਸੀਂ ਇੱਕ ਨੈਗੇਟਿਵ ਰੋਲ ਪਲੇ ਕੀਤਾ ਹੈ ਫਸਟ ਟਾਈਮ ਕੀਤਾ ਬਿਲਕੁਲ ਬਾਈ ਦੇ ਮਤਲਬ ਡੈਬਿਊ ਹੋ ਗਿਆ ਬਾਈ ਦਾ ਜੀ ਜੀ ਚਲੋ ਵਧੀਆ ਭਾਅ ਜੀ ਹੁਣ ਆਪਾਂ ਇੰਟਰਵਲ ਹੋ ਚੁੱਕਿਆ ਸੀ ਅਤੇ ਮੈਂ ਕਿਹਾ ਭਾਅ ਜੀ ਨੂੰ ਮਿਲਦੇ ਹਾਂ ਅਤੇ ਹੁਣ ਆਪਾਂ ਮਿਲਦੇ ਤੁਹਾਨੂੰ ਇੰਟਰਵਲ ਤੋਂ ਬਾਅਦ ਅਤੇ ਪੁੱਛਾਂਗੇ ਮੂਵੀ ਕਿੱਦਾਂ ਦੀ ਲੱਗੀ ਕਿੱਦਾਂ ਦੀ ਲੱਗੀ ਸਰ ਮੂਵੀ ਸਰ ਬਹੁਤ ਵਧੀਆ ਹਾਂਜੀ ਬਾਈ ਕਿੱਦਾਂ ਦੀ ਲੱਗੀ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਪੰਜ ਲੈ ਲਓ ਭਾਅ ਜੀ ਕਿਵੇਂ ਦੀ ਲੱਗੀ ਭਾਅ ਜੀ ਬਹੁਤ ਵਧੀਆ ਮੂਵੀ ਹੈ ਜੀ ਮੂਵੀ ਆਫ ਸਮ ਜੇ ਪੰਜ ਵਿੱਚੋਂ ਸਟਾਰ ਦੇਣੇ ਹੋਣਗੇ ਫਾਈਵ ਅਤੇ ਦੀਪ ਸਿੱਧੂ ਦੀ ਐਕਟਿੰਗ ਉਹਦਾ ਮੈਂ ਫੈਨ ਹੈ ਜੀ ਤੁਹਾਨੂੰ ਤੁਸੀਂ ਰੁਪਿੰਦਰ ਗਾਂਧੀ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੇ ਦੱਸਿਆ ਸੀ ਅਤੇ ਇਹ ਹੁਣ ਆ ਚੁੱਕੇ ਨੇ ਰੰਗ ਪੰਜਾਬ ਦੇਖਣ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿੱਦਾਂ ਦੀ ਲੱਗੀ ਮੂਵੀ ਬਹੁਤ ਵਧੀਆ ਲੱਗੀ ਮੂਵੀ ਭਾਅ ਜੀ ਅਤੇ ਓਵਰਆਲ ਕਨਸੈਪਟ ਕਿਵੇਂ ਦਾ ਲੱਗਿਆ ਕਨਸੈਪਟ ਵਧੀਆ ਡਿਫਰੈਂਟ ਜੋਨਰ ਐਕਸਪਲੋਰ ਕੀਤਾ ਦੀਪ ਬਾਈ ਹੁਣਾਂ ਨੇ ਜਿਵੇਂ ਅੱਜ ਫਿਲਮਾਂ ਜੋ ਚੱਲ ਰਿਹਾ ਸੀ ਉਹ ਡਿਫਰੈਂਟ ਹੈ ਅਤੇ ਮੈਨੂੰ ਲੱਗਦਾ ਕਿ ਜੋ ਉਹਨਾਂ ਨੇ ਕੀਤਾ ਉਹ 'ਚ ਬਹੁਤਾ ਕਾਮਯਾਬ ਰਿਹਾ ਅਤੇ ਦੀਪ ਬਾਈ ਦੀ ਐਕਟਿੰਗ ਦੀ ਗੱਲ ਬਹੁਤ ਵਧੀਆ ਵਾਚਿੰਗ ਕੇ ਇੰਪਰੂਵਮੈਂਟ ਬਹੁਤ ਵਧੀਆ ਉਹਨਾਂ ਦੀ ਰਮਤਾ ਜੋਗੀ ਤੋਂ ਬਾਅਦ ਜੋਰਾਲ ਦਾ ਸਨਮਰੀਆ ਇੱਕ ਡਿਫਰੈਂਟ ਲੀਗ 'ਚ ਸੀ ਅਤੇ ਉਸ ਤੋਂ ਬਾਅਦ ਮੈਂ ਕਿਹਾ 'ਚ ਇੱਕ ਡਿਫਰੈਂਟ ਸਿਨੇਮਾ ਅਤੇ ਇੱਕ ਡਿਫਰੈਂਟ ਉਹਨਾਂ ਦਾ ਇੱਕ ਜੋਨਰ ਐਕਟਿੰਗ ਐਕਸਪਲੋਰ ਕਰਨ ਮਿਲਿਆ ਸੋ ਆਲ ਦਾ ਬੈਸਟ ਟੂ ਦੀਪ ਪੰਜ ਵਿੱਚੋਂ ਸਟਾਰ ਦੇਣੇ ਯਾਰ ਮੈਂ ਪੰਜ ਤੋਂ ਪੰਜ ਹੀ ਦਊਂਗਾ ਸੋ ਬਿਕੋਜ਼ ਜਿਵੇਂ ਦੀਪ ਪੈਸ਼ਨੇਟ ਆ ਫਿਲਮਾਂ ਬਾਰੇ ਹੈ ਜਾਂ ਮੈਂ ਜਾਣਦਾ ਸੋ ਮੇਰੀ ਫੁੱਲ ਸਪੋਰਟ ਆ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਫੁੱਲ ਸਪੋਰਟ ਆ ਪਰ ਫਿਲਮ ਵੀ ਬਹੁਤ ਵਧੀਆ ਫਿਲਮ ਉਸ ਲੈਵਲ ਦੀ ਹੈ ਕਿ ਆਪਾਂ ਇਹ 2018 ਦੀ ਵਧੀਆ ਫਿਲਮਾਂ 'ਚ ਗਿਣੀ ਜਾ ਸਕਦੀ ਹੈ ਮੂਵੀ ਬਹੁਤ ਵਧੀਆ ਜੀ ਵੀਰੇ ਦੀਪ ਸਿੱਧੂ ਭਾਅ ਜੀ ਦੀ ਐਕਟਿੰਗ ਮਤਲਬ ਕਹਿ ਦਈਏ ਨਾ ਟੌਪ ਤੋਂ ਵੀ ਉੱਤੇ ਹੈ ਬਹੁਤ ਜ਼ਿਆਦਾ ਵਧੀਆ ਅਤੇ ਕਰਤਾਰ ਚੀਮਾ ਦੀ ਗੱਲ ਕਰੀਏ ਉਹਨਾਂ ਦੀ ਐਕਟਿੰਗ ਕਿਵੇਂ ਦੀ ਲੱਗੀ ਉਹਨਾਂ ਮਤਲਬ ਹਰ ਇੱਕ ਫਿਲਮ 'ਚ ਵਧੀਆ ਹੁੰਦੀ ਹੈ ਜੀ ਇਸ 'ਚ ਉਹਨਾਂ ਦੀ ਮਤਲਬ ਕਹਿਣਾ ਕੀ ਹੈ ਜੀ ਬਹੁਤ ਵਧੀਆ ਐਕਟਰ ਨੇ ਬਹੁਤ ਪੰਜ ਵਿੱਚੋਂ ਸਟਾਰ ਦੇਣੇ ਹੋਣਗੇ ਕਿੰਨੇ ਸਟਾਰ ਭਾਅ ਜੀ 5 ਤੋਂ 10 ਕਿੱਦਾਂ ਨਹੀਂ ਲੱਗੀ ਸਰ ਬਹੁਤ ਵਧੀਆ ਜੀ ਬਹੁਤ ਜੇ ਪੰਜ ਵਿੱਚੋਂ ਸਟਾਰ ਦੇਣੇ ਹੋਣਗੇ ਕਿੰਨੇ ਸਟਾਰ ਫੁੱਲ ਜੀ ਫੁੱਲ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਸਾਰਿਆਂ ਦੀ ਤਕਰੀਬਨ ਕੋਈ ਬੰਦਾ ਇਹੋ ਜਿਹਾ ਹੈ ਨਹੀਂ ਐਕਟਰ ਜਿਹਦੀ ਐਕਟਿੰਗ ਵਧੀਆ ਨਾ ਹੋਵੇ ਥੈਂਕ ਯੂ ਬਹੁਤ ਸਰ ਬਹੁਤ ਵਧੀਆ ਕਨਸੈਪਟ ਹੈ ਅਤੇ ਇੱਦਾਂ ਦਾ ਸਿਨੇਮਾ ਗਰੋਥ ਕਰਨਾ ਚਾਹੀਦਾ ਅਤੇ ਕਰਤਾਰ ਵੀਰ ਦਾ ਨੈਗੇਟਿਵ ਰੋਲ ਹਮੇਸ਼ਾ ਪਸੰਦ ਕਰੀਦਾ ਅਤੇ ਦੀਪ ਸਿੱਧੂ ਵੀਰੇ ਨੇ ਬਹੁਤ ਵਧੀਆ ਸਾਰੇ ਸਮਾਜ ਵਾਸਤੇ ਕੀਤਾ ਅਤੇ ਰਾਕੇਸ਼ ਮਹਿਤਾ ਸਾਹਿਬ ਦੀ ਡਾਇਰੈਕਸ਼ਨ ਬਹੁਤ ਵਧੀਆ ਬੈਕਗਰਾਊਂਡ ਸਕੋਰ ਮਤਲਬ ਸਭ ਕੁਛ ਹੀ ਟੋਟਲ ਵਧੀਆ ਹੈ ਅਤੇ ਇਹਨੂੰ 5 ਤਾਰੇ ਜ਼ਰੂਰ ਚਾਹੀਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਦੇਖਣ ਕੀ ਕਹਿਣਾ ਚਾਹੋਗੇ ਪੰਜਾਬ ਦੇ ਇਸ ਰੰਗ ਬਾਰੇ ਮੈਨੂੰ ਮੂਵੀ ਬਹੁਤ ਚੰਗੀ ਲੱਗੀ ਕਨਸੈਪਟ ਬੇਸਿਕਲੀ ਬਹੁਤ ਵਧੀਆ ਸੀਗਾ ਜਿਸ ਤਰ੍ਹਾਂ ਉਹ ਕਹਿੰਦੇ ਨੇ ਜਦ ਤੱਕ ਖੁਦ ਦੀ ਉਂਗਲ ਨਾ ਕੱਟੇ ਤੱਕ ਤਾਂ ਦੂਜੇ ਨੂੰ ਅਹਿਸਾਸ ਨਹੀਂ ਹੁੰਦਾ ਰਾਈਟ ਤੋ ਜਬ ਤੋ ਖੁਦ ਪੇ ਨਹੀਂ ਆਤੀ ਤਬ ਤੱਕ ਬੰਦਾ ਐਕਸ਼ਨ ਨਹੀਂ ਲੇਤਾ ਤੋ ਇਹ ਬੇਸਿਕਲੀ ਰਿਐਲਿਟੀ ਲੋਕੋ ਕੋ ਦਿਖਾਨੀ ਬਹੁਤ ਜ਼ਰੂਰੀ ਹੈ ਆਈ ਥਿੰਕ ਗਵਰਨਮੈਂਟ ਕੇ ਲਈ ਬਹੁਤ ਜ਼ਿਆਦਾ ਪਬਲਾਈਜ਼ਡ ਹੋਣੀ ਚਾਹੀਏ ਮੂਵੀ ਬਿਕੋਜ਼ ਦੇ ਆਰ ਡੂਇੰਗ ਰੋਂਗ ਤੋ ਵੋ ਸ਼ਾਇਦ ਇਸ ਸੇ ਡਰ ਸਕਤੇ ਜੋ ਇਸ ਚੀਜ਼ ਕੋ ਆਗੇ ਬੜਾਵਾ ਦੇ ਰਹੇ ਹੈ ਯੇ ਉਨਕੇ ਲਈ ਮੂਵੀ ਹੈ ਕਿ ਵੋ ਇਹ ਮੂਵੀ ਕੋ ਜ਼ਰੂਰ ਦੇਖੇ ਔਰ ਡਰੇ ਕਿ ਜਬ ਖੁਦ ਕੇ ਘਰ ਮੇ ਆਗ ਲੱਗਤੀ ਹੈ ਤੋ ਸੇਕਨੇ ਕਾ ਮਜ਼ਾ ਹੀ ਕੁਛ ਔਰ ਹੋਤਾ ਹੈ ਤੋ ਜਸਟ ਸਟੌਪ ਦਿਸ ਆਲ ਮੈਂ ਇਸ ਮੂਵੀ ਕੋ 5 out of 5 ਦੂੰਗੀ ਐਂਡ ਆਈ ਥਿੰਕ ਇਹ ਜ਼ਰੂਰ ਦੇਖਣੀ ਚਾਹੀਏ ਅੱਜ ਕੱਲ੍ਹ ਹਰ ਮੂਵੀਜ਼ ਰਿਐਲਿਟੀ ਬੇਸਡ ਹੋਣੀ ਚਾਹੀਏ ਤਵੀ ਦੇਖਣੇ ਕਾ ਮਜ਼ਾ ਆਦਾ ਅਦਰਵਾਈਜ਼ ਵੋ ਰੋਮਾਂਸ ਰੋਮਾਂਸ ਹਰ ਕੋਈ ਰਾਈਟ ਇਟਸ ਅ ਪਾਰਟ ਬਟ ਆਈ ਥਿੰਕ ਇਹ ਮੂਵੀਜ਼ ਹਰ ਬੱਚੇ ਕੋ ਔਰ ਹਰ ਕਿਸੀ ਕੋ ਦੇਖਣੀ ਚਾਹੀਏ ਤਾਂ ਜੀ ਫਿਲਮ ਖਤਮ ਹੋ ਚੁੱਕੀ ਹੈ ਅਤੇ ਆਈ ਜੀ ਸਾਹਿਬ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿਉਂਕਿ ਫਾਈਨਲੀ ਜਿਹੜਾ ਉਹਨਾਂ ਨੇ ਟਾਰਗੇਟ ਅਚੀਵ ਕਰਨਾ ਸੀ ਉਹ ਕਰ ਲਿਆ ਹਾਂਜੀ ਆਈ ਜੀ ਸਾਹਿਬ ਕਿਵੇਂ ਦਾ ਲੱਗ ਰਿਹਾ ਬਹੁਤ ਸੋਹਣਾ ਬਹੁਤ ਚੰਗਾ ਇੱਕ ਅੱਛੀ ਫਿਲਮ ਅੱਛੀ ਨਹੀਂ ਬਹੁਤ ਖੂਬਸੂਰਤ ਫਿਲਮ ਬਣੀ ਹੈ ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਚੰਗੀਆਂ ਫਿਲਮਾਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਮੈਨੂੰ ਸੈਟਿਸਫੈਕਸ਼ਨ ਮਿਲੀ ਆ ਉਹਨਾਂ 'ਚ ਇੱਕ ਹੋਰ ਕੜੀ ਜੁੜੀ ਆ ਉਸ ਲੜੀ ਦੇ ਵਿੱਚ ਇੱਕ ਹੋਰ ਮੋਤੀ ਪਰੋਇਆ ਗਿਆ ਰੰਗ ਪੰਜਾਬ ਬਹੁਤ ਸੋਹਣੀ ਮੂਵੀ ਹੈ ਦੀਪ ਸਿੱਧੂ ਨਿਖਰ ਕੇ ਕੈਕਟਰ ਔਰ ਸਟੋਰੀ ਕਿਤੇ ਟੁੱਟਦੀ ਨਹੀਂ ਬਹੁਤ ਨਿਖਰਵਾਂ ਇੱਕ ਕਿਰਦਾਰ ਨਿਭਾਇਆ ਦੀਪ ਸਿੱਧੂ ਹੋਰਾਂ ਨੇ ਔਰ ਸਮੁੱਚੀ ਟੀਮ ਨੇ ਕੋਈ ਵੀ ਮੈਨੂੰ ਤਾਂ ਇੱਦਾਂ ਫਾਲਤੂ ਦਾ ਕਰੈਕਟਰ ਵੀ ਨਹੀਂ ਲੱਗਿਆ ਕਿਸੇ ਦੀ ਐਕਟਿੰਗ ਵੀ ਨਹੀਂ ਮਾੜੀ ਲੱਗੀ ਕੋਈ ਫਰੇਮ ਨਹੀਂ ਮਾੜਾ ਲੱਗਿਆ ਕੋਈ ਸੀਨ ਫਾਲਤੂ ਨਹੀਂ ਲੱਗਿਆ ਕੋਈ ਕਾਮੇਡੀ ਫਾਲਤੂ ਨਹੀਂ ਹੈ
ਬਹੁਤ ਬਹੁਤ ਮੁਬਾਰਕਾਂ ਤੇ ਰਕੇਸ਼ ਮਹਿਤਾ ਜੀ ਨੂੰ ਇਹ ਸੁਨੇਹਾ ਪਹੁੰਚਾ ਦਿਓ ਬਿਲਕੁਲ ਮੈਨੂੰ ਜ਼ਰੂਰ ਆਪਦੀਆਂ ਫਿਲਮਾਂ 'ਚ ਲੈ ਲਿਆ ਕਰ ਅਤੇ ਹੁਣ ਤੁਹਾਡੀ ਗੱਲ ਕਰਦੇ ਹਾਂ ਤੁਸੀਂ ਆਪਾਂ ਦੇਖਿਆ ਹਰ ਫਿਲਮ ਦੇ ਵਿੱਚ ਇੱਕ ਯੂਨੀਕ ਰੋਲ ਇੱਕ ਯੂਨੀਕ ਐਕਟਿੰਗ ਜਿਵੇਂ ਮਰ ਗਏ ਹੋਏ ਲੋਕਾਂ ਆਪਾਂ ਦੇਖੀ ਉਹਦੇ ਵਿੱਚ ਵੀ ਇੱਕ ਯੂਨੀਕ ਰੋਲ ਤੁਸੀਂ ਅਦਾ ਕੀਤਾ ਇੱਥੇ ਤੁਸੀਂ ਇੱਕ ਆਈ ਜੀ ਦਾ ਰੋਲ ਕੀਤਾ ਅਤੇ ਆਉਣ ਵਾਲੇ ਟਾਈਮ 'ਤੇ ਹੋਰ ਕਿਹੜੇ ਕਿਹੜੇ ਰੋਲ ਦੇਖਣ ਨੂੰ ਮਿਲਣਗੇ ਆਹੀ ਸਰਪੰਚ ਪੁਲਸੀਆ ਮਤਲਬ ਕੀ ਦੱਸਾਂ ਇੱਦਾਂ ਦੀ ਸਿਹਤ ਰਹੇ ਰੱਬ ਸੇਧ ਦੇਵੇ ਐਕਟਿੰਗ ਕਰਦੇ ਰਹਾਂਗੇ ਫਿਲਮਾਂ ਕਰਦੇ ਰਹਾਂਗੇ ਹੋਰ ਆਪਾਂ ਕਰਨਾ ਕੀ ਹੈ ਇਹੀ ਕੰਮ ਆਉਂਦਾ ਹੁਣ ਅੱਛਾ ਇੱਕ ਹੁੰਦਾ ਫਿਲਮ ਦੇ ਵਿੱਚ ਇੱਕ ਐਕਟਿੰਗ ਕਰਨਾ ਹੈ ਨਾ ਫਿਲਮ ਦੇ ਵਿੱਚ ਜਦੋਂ ਤੁਸੀਂ ਐਕਟਿੰਗ ਕਰ ਰਹੇ ਹੋ ਤੁਹਾਨੂੰ ਸਟੋਰੀ ਪਤਾ ਹੁੰਦੀ ਹੈ ਵੀ ਕੀ ਹੈ ਕੀ ਨਹੀਂ ਕੀ ਮੈਂ ਰੋਲ ਬੋਲਣਾ ਕੀ ਮੈਂ ਡਾਇਲੋਗਸ ਬੋਲਣਾ ਇੱਕ ਹੁੰਦਾ ਫਿਲਮ ਦੀ ਸਕਰੀਨਿੰਗ ਦੇਖਣੀ ਜਦੋਂ ਤੁਸੀਂ ਇੱਕ ਪ੍ਰੀਮੀਅਰ ਹੁੰਦਾ ਉੱਥੇ ਬੈਠ ਕੇ ਇੱਕ ਆਡੀਅੰਸ ਦੇ ਨਾਲ ਦੇਖਣਾ ਹੋ ਜਿਹਦੇ ਵਿੱਚ ਤੁਸੀਂ ਲੋਕਾਂ ਦੀ ਐਕਸਾਈਟਮੈਂਟ ਆਪ ਦੀ ਐਕਸਾਈਟਮੈਂਟ ਸਾਰਿਆਂ ਨੂੰ ਓਬਜ਼ਰਵ ਕਰਦੇ ਹੋ ਅਤੇ ਫਿਲਮ ਤੋਂ ਅੱਡ ਜਦੋਂ ਸ਼ੂਟ ਤੋਂ ਅੱਡ ਇੱਥੇ ਬਹਿ ਕੇ ਅੱਜ ਤੁਹਾਨੂੰ ਕੀ ਮਾਹੌਲ ਲੱਗਿਆ ਜਦੋਂ ਤੁਸੀਂ ਓਬਜ਼ਰਵ ਕੀਤਾ ਯੈਸ ਮੈਨੂੰ ਬਹੁਤ ਖੂਬਸੂਰਤ ਲੱਗਿਆ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਫਿਲਮ ਇੱਥੇ ਹੀ ਦੇਖੀ ਹੈ ਜਨਰਲੀ ਮੈਂ ਫਿਲਮ ਦੇਖ ਲੈਂਦਾ ਡਬਿੰਗ 'ਤੇ ਕਾਫੀ ਟਾਈਮ ਹੁੰਦਾ ਜਾਂ ਸਟੋਰੀ ਪਹਿਲਾਂ ਪਤਾ ਹੁੰਦੀ ਇਹਦੀ ਸਟੋਰੀ ਵੀ ਨਹੀਂ ਸੀ ਪਤਾ ਮੈਨੂੰ ਇਹਦੀ ਸ਼ੂਟਿੰਗ 'ਤੇ ਵੀ ਮੈਂ ਬਹੁਤਾ ਟਾਈਮ ਨਹੀਂ ਦੇ ਸਕਿਆ ਸਿਰਫ ਆਪਦੇ ਹੀ ਸੀਨਸ ਕਰਨ ਜਾਂਦਾ ਸੀ ਮੈਂ ਬਿਜ਼ੀ ਸੀ ਉਦੋਂ ਫਿਰ ਮੈਂ ਬਾਅਦ 'ਚੋਂ ਡਬਿੰਗ 'ਤੇ ਵੀ ਸਿਰਫ ਆਪਦੇ ਹੀ ਸੀਨਸ ਡੱਬ ਕੀਤੇ ਅਤੇ ਮੈਂ ਆ ਗਿਆ ਪਰ ਅੱਜ ਦੇਖ ਕੇ ਫਿਲਮ ਇਉਂ ਲੱਗਿਆ ਕਿ ਹਾਂ ਮੈਂ ਇੱਕ ਬਹੁਤ ਖੂਬਸੂਰਤ ਫਿਲਮ ਦੇਖ ਰਿਹਾ ਬਹੁਤ ਖੂਬਸੂਰਤ ਫਿਲਮ ਹੈ ਮੈਂ ਹਿੱਸਾ ਹਾਂ ਇਸ ਫਿਲਮ ਦਾ ਉਹ ਵੱਖਰੀ ਗੱਲ ਹੈ ਪਰ ਇੱਕ ਖੂਬਸੂਰਤ ਫਿਲਮ ਹੈ ਔਰ ਜਿਹੜਾ ਨਹੀਂ ਦੇਖੂਗਾ ਉਹ ਇੱਕ ਅੱਛੀ ਚੀਜ਼ ਮਿਸ ਕਰੂਗਾ ਸਿਨੇਮਾ ਦਾ ਇੱਕ ਅੱਛਾ ਅੰਗ ਮਿਸ ਕਰੂਗਾ ਇੱਕ ਛੋਟੀ ਜਿਹੀ ਚੀਜ਼ ਤਾਂ ਉਹ ਪੁੱਛਣਾ ਚਾਹਾਂਗਾ ਜਿਵੇਂ ਤੁਸੀਂ ਦੇਖ ਰਹੇ ਹੋ ਪੰਜਾਬੀ ਇੰਡਸਟਰੀ ਹੁਣ ਪਹਿਲਾਂ ਸਿਰਫ ਕਾਮੇਡੀ 'ਤੇ ਫੋਕਸ ਕਰ ਰਹੀ ਸੀ ਬਟ ਹੁਣ ਕਾਮੇਡੀ ਦੇ ਨਾਲ ਨਾਲ ਐਕਸ਼ਨ ਮੂਵੀਜ਼ ਔਰ ਕਈ ਮੀਨਿੰਗਫੁਲ ਮੂਵੀਜ਼ ਵੀ ਨਾਲ ਆ ਰਹੀਆਂ ਨੇ ਅਤੇ ਜਿਵੇਂ ਕਿ ਇਹ ਗਰੋਥ ਹੈ ਇਸ ਗਰੋਥ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਿਨੇਮਾ ਗਰੋ ਕਰ ਰਿਹਾ ਹੈ ਪਰ ਕਾਮੇਡੀ ਵਿੱਚ ਦੇਖੋ ਕਾਮੇਡੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਹਾਂਜੀ ਐਕਸ਼ਨ ਵੀ ਸਾਡੀ ਸਿਨੇਮਾ ਦਾ ਹਿੱਸਾ ਸਟੋਰੀ ਸਾਡੇ ਸਿਨੇਮਾ ਦਾ ਹਿੱਸਾ ਮੁਗਲੇ ਆਜ਼ਮ ਵੀ ਇੱਥੇ ਬਣੀ ਆ ਸ਼ੋਲੇ ਵੀ ਇੱਥੇ ਬਣੀ ਆ ਪ੍ਰਤਿਗਿਆ ਵੀ ਇੱਥੇ ਬਣੀ ਆ ਘਾਇਲ ਵੀ ਇੱਥੇ ਬਣੀ ਆ ਅਤੇ ਥ੍ਰੀ ਇਡੀਅਟਸ ਵੀ ਇੱਥੇ ਬਣੀ ਆ ਸੋ ਰੰਗ ਪੰਜਾਬ ਵੀ ਇੱਥੇ ਬਣੀ ਬਿਲਕੁਲ ਮਤਲਬ ਮੈਂ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਹਸਤਾਕਸ਼ਰ ਕਹਿਣਾ ਕਿ ਇਹ ਫਿਲਮ ਸਾਬਤ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਵੱਲੋਂ ਇਸ ਫਿਲਮ ਨੂੰ ਪਿਆਰ ਮਿਲਣਾ ਚਾਹੀਦਾ ਜਿੰਨੀ ਸੋਹਣੀ ਬਣੀ ਹੈ ਫਰੇਮਸ ਕੰਟੀਨਿਊਟੀ ਅੱਛੇ ਡਾਇਲੋਗਸ ਸਕਰੀਨ ਪਲੇ ਸਕੋਰ ਬੈਕਗਰਾਊਂਡ ਮਿਊਜ਼ਿਕ ਗਾਣੇ ਇਵਨ ਜਿਹੜਾ ਸਾਈ ਨੇ ਉਹ ਗਾਣਾ ਗਾਇਆ ਕਿਆ ਕਮਾਲ ਹੈ ਟਾਈਟਲ ਸੌਂਗ ਜਿਹੜਾ ਬੜਾ ਸੋਹਣਾ ਹੈ ਇੱਕ ਪਹਿਲਾਂ ਜਿਹੜਾ ਇਹਨਾਂ ਦਾ ਰੋਮੈਂਟਿਕ ਸੌਂਗ ਹੈ ਫਿਲਮ ਦਾ ਪਹਿਲਾ ਹੀ ਗਾਣਾ ਦੀਪ ਸਿੱਧੂ ਹੋਣਾ ਦਾ ਲੇਖ 'ਤੇ ਗਾਉਂਦੇ ਨੇ ਉਹ ਬੜਾ ਸੋਹਣਾ ਗਾਣਾ ਹੈ ਬੜੀ ਕੈਚੀ ਜੀ ਟਿਊਨ ਹੈ ਹਾਂਜੀ ਸੋ ਲੈਟ ਅਸ ਸੀ ਬਿਲਕੁਲ ਅਤੇ ਜਾਣ ਵੇਲੇ ਤੁਸੀਂ ਆਪਣੀ ਆਡੀਅੰਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪੰਜਾਬੀ ਸਿਨੇਮਾ ਦੇਖਿਆ ਕਰੋ ਯਾਰ ਬਸ ਪੰਜਾਬੀ ਸਿਨੇਮੇ ਨਾਲ ਜੁੜੇ ਰਹੋ ਬੜੀ ਚੰਗੀ ਬੋਲੀ ਹੈ ਬੜਾ ਚੰਗਾ ਲੈਸ ਹੈ ਇਸ ਦੀ ਖੂਬਸੂਰਤੀ ਦਾ ਆਨੰਦ ਲਓ ਬਸ ਜਿੱਥੇ ਰਹੋ ਜਿਉਂਦੇ ਵੱਸਦੇ ਰਹੋ ਜਿਹੜਾ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਉਹਨੂੰ ਇੰਨਾ ਜ਼ਰੂਰ ਯਾਦ ਰੱਖਿਓ ਅਤੇ ਯਾਦ ਕਰਵਾ ਦਿਓ ਕਿ ਉਹਦੀਆਂ ਜੜ੍ਹਾਂ ਇਸੇ ਪੰਜਾਬ 'ਚ ਹੀ ਨੇ ਹਾਂਜੀ ਤਾਂ ਜੀ ਰੰਗ ਪੰਜਾਬ ਖਤਮ ਹੋ ਚੁੱਕਿਆ ਰਿਵਿਊ ਆਪਾਂ ਲੈਣ ਆਇਆ ਪਰ ਫਿਲਮ ਦੀ ਕਾਸਟ ਕੋਲੋਂ ਹੀ ਪੁੱਛ ਲੈਂਦੇ ਹਾਂ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ ਹਾਂਜੀ ਮੈਮ ਕਿੱਦਾਂ ਦੀ ਲੱਗੀ ਫਿਲਮ ਬਹੁਤ ਵਧੀਆ ਮੂਵੀ ਲੱਗੀ ਸਾਨੂੰ ਮੈਨੂੰ ਤਾਂ ਓਬਵੀਅਸਲੀ ਵਧੀਆ ਹੀ ਲੱਗਣੀ ਕਿਉਂਕਿ ਸਾਡੀ ਮੂਵੀ ਹੈ ਸਾਨੂੰ ਤਾਂ ਓਬਵੀਅਸਲੀ ਵਧੀਆ ਲੱਗਣੀ ਸੋ ਮੈਂ ਤਾਂ ਸਾਰੇ ਦਰਸ਼ਕਾਂ ਨੂੰ ਇਹੀ ਕਹੂੰਗੀ ਕਿ ਜਾ ਕੇ ਦੇਖਣ ਦੇਖ ਕੇ ਆਉਣ ਮੂਵੀ ਐਂਡ ਸਾਨੂੰ ਬਹੁਤ ਬਹੁਤ ਸਪੋਰਟ ਕਰਨ ਅੱਛਾ ਕਾਮੇਡੀ ਫਿਲਮਸ ਦਾ ਕਾਮੇਡੀ ਫਿਲਮਸ ਦੇ ਵਿੱਚ ਪਾਰਟ ਹੋਣਾ ਇੱਕ ਅੱਡ ਗੱਲ ਹੈ ਨਾ ਕਿਉਂਕਿ ਹਰ ਕੋਈ ਉਸ ਫਿਲਮ ਦਾ ਪਾਰਟ ਹੋਣਾ ਚਾਹੀਦਾ ਪਰ ਇੱਕ ਇਹੋ ਜਿਹੀ ਐਕਸ਼ਨ ਫਿਲਮ ਜਿਹੜੀ ਕਿ ਆਡੀਅੰਸ ਨੂੰ ਬਹੁਤ ਹੀ ਪਸੰਦ ਹੈ ਉਹਦਾ ਪਾਰਟ ਹੋ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਟ ਜਿਹੜੀ ਨੈਕਸਟ ਮੂਵੀ ਮੇਰੀ ਆ ਰਹੀ ਆ ਉਹ ਕਾਮੇਡੀ ਮੂਵੀ ਆ ਉਹ ਵੀ ਬਹੁਤ ਵਧੀਆ ਉਹ ਵੀ ਹੁਣ ਆਪਾਂ ਨੈਕਸਟ ਮੂਵੀ ਬਾਰੇ ਵੀ ਜਾਣ ਲੈਂਦੇ ਕਿਹੜੀ ਮੂਵੀ ਲੈ ਕੇ ਆ ਰਹੇ ਹੋ ਨੈਕਸਟ ਮੇਰੀ ਛੱਲੇ ਮੁੰਦੀਆਂ ਆ ਰਹੀ ਹੈ ਐਮੀ ਵਿਰਕ ਅਤੇ ਮੈਂਡੀ ਠੱਕਰ ਜੀ ਨਾਲ ਅਤੇ ਉਹ ਮੂਵੀ ਕਮੇਡੀ ਕਾਮੇਡੀ ਪਲੱਸ ਮਤਲਬ ਪੁਰਾਣੇ ਰੋਮੈਂਸ ਐਂਡ ਪੁਰਾਣੇ ਜ਼ਮਾਨੇ ਦਾ ਸਾਰਾ ਦਿਖਾਇਆ ਹੋਇਆ ਉਹਦੇ ਵਿੱਚ ਬਾਕੀ ਮੈਂ ਜ਼ਿਆਦਾ ਨਹੀਂ ਕੁਛ ਦੱਸ ਸਕਦੀ ਹਾਂ ਬਾਕੀ ਆਪਾਂ ਪਤਾ ਕਰ ਆਏ ਸੀ ਜਦੋਂ ਆਪਾਂ ਔਨ ਸ਼ੂਟ ਗਏ ਸੀ ਛੱਲੇ ਮੁੰਦੀਆਂ ਦੇ ਵਿੱਚ ਕੁਲਵਿੰਦਰ ਬਿੱਲਾ ਐਮੀ ਵਿਰਕ ਆਪਾਂ ਇਹਨਾਂ ਸਾਰਿਆਂ ਦਾ ਇੰਟਰਵਿਊ ਲੈ ਕੇ ਆਏ ਸੀ ਤਾਂ ਤੁਸੀਂ ਆਪਣੇ ਰੋਲ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਮੇਰਾ ਉਹਦੇ ਵਿੱਚ ਕੀ ਹੈ ਮੈਂਡੀ ਠੱਕਰ ਦੀ ਫਰੈਂਡ ਹੈ ਮੈਂ ਰਾਣੋ ਬਾਕੀ ਹੁਣ ਤੁਸੀਂ ਦੇਖ ਕੇ ਦੱਸਣਾ ਕਿ ਰਾਣੋ ਤੁਹਾਨੂੰ ਕਿੱਦਾਂ ਦੀ ਲੱਗੀ ਅੱਛਾ ਇਸ ਫਿਲਮ ਦੇ ਵਿੱਚ ਤੁਸੀਂ ਇਹਨਾਂ ਨੂੰ ਐਜ਼ ਅ ਚਿੜੀ ਦੇਖਿਆ ਐਜ਼ ਏ ਚਿੜੀ ਚਿੜੀ ਸਟਾਰਟਿੰਗ ਐਕਚੁਅਲੀ ਰੰਗ ਪੰਜਾਬ ਦੀ ਸਟਾਰਟਿੰਗ ਚਿੜੀ ਤੋਂ ਹੁੰਦੀ ਹੈ ਚਿੜੀ ਦੇ ਗੋਲੀ ਵੱਜਦੀ ਵਿਚਾਰੀ ਚਿੜੀ ਉੱਡ ਜਾਂਦੀ ਹੈ ਅਤੇ ਜੀ ਇਸ ਚਿੜੀ ਦੀ ਕਹਾਣੀ ਦੇਖਣ ਵਾਸਤੇ ਤੁਹਾਨੂੰ ਦੇਖਣੀ ਪਏਗੀ ਰੰਗ ਪੰਜਾਬ ਸਿਨੇਮਾ ਘਰਾਂ 'ਚ ਲੱਗ ਗਈ ਹੈ ਸਾਰੇ ਪਹੁੰਚੋ ਟਾਈਮ ਨਾਲ ਅਤੇ ਆਉਣ ਵਾਲੇ ਟਾਈਮ 'ਤੇ ਛੱਲੇ ਮੁੰਦੀਆਂ ਦੀ ਰਾਣੋ ਬਾਰੇ ਵੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਪੰਜਾਬੀ ਗਰੂਸ ਦੇਖ ਰਹੇ ਹੋ ਮੈਂ ਵਰੁਣ ਸ਼ਰਮਾ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ ਸਰ
Punjabi industry. She's from US, San Francisco. And I think let's start question answers. When we ask questions, we will ask you all the questions. Because I think everyone was waiting. He was on a flight and we did not want to start without him. That's why I think we are late. We apologize for that. But let's start now. Let's roll. हाँ जी तुम मीडिया क्वेश्चन कर सकते हो साढ़े सात आठ पहला तो देख लें सर सत फिल्म आ रही है सारी स्टार कास्ट सब तो पहला तो मुबारक थैंक यू सो मच जोड़ा दस नंबर फिल्म देख के लोगों ने जो दीप सिद्धू से विश्वास बना लिया कुछ ज्यादा बना लिया क्योंकि जेडे बंद ने एक बार देखी है एक बार भी देखी पांच बार देखी है ਰੰਗ ਪੰਜਾਬ ਤੋਂ ਆਸ ਬਹੁਤ ਵੱਡੀ ਹੈ ਹਾਂਜੀ ਦੋ ਸਵਾਲ ਇੱਕ ਕੁਝ ਤੁਸੀਂ ਦੱਸ ਦਿਓ ਇੱਕ ਤਾਂ ਇਹ ਉਸੇ ਜੋਰਾ ਦਸ ਨੰਬਰੀਆ ਦੀ ਤੋਂ ਵੱਧ ਆਸ ਨੂੰ ਲੋਕਾਂ ਨੇ ਪੂਰੀ ਕਰੇਗੀ ਦੂਸਰਾ ਰੰਗ ਪੰਜਾਬ ਇੱਕ ਬੜਾ ਸੋਹਣਾ ਨਾਮ ਹੈ ਇਹਦਾ ਨਾਮ ਰੰਗ ਹੀ ਪੰਜਾਬ ਕਿਉਂ ਹੈ ਕਿ ਪੰਜਾਬ ਦੇ ਰੰਗ ਦਿਖਾਏ ਗਏ ਨੇ ਜਾਂ ਕੁਝ ਹੋਰ ਤਰ੍ਹਾਂ ਨਹੀਂ ਜੀ ਜਿਹੜਾ ਰੰਗ ਪੰਜਾਬ ਆ ਉਹਦਾ ਟਾਈਟਲ ਦਾ ਵੀ ਸਾਡੀ ਫਿਲਾਸਫੀ ਸੀ ਉਹ ਫਿਲਾਸਫੀ ਇਹ ਸੀ ਵੀ ਪੰਜਾਬ ਆਪਦੇ ਆਪ ਚ ਇੱਕ ਰੰਗ ਆ ਉਸ ਇਸ ਸੂਬੇ ਦੇ ਅੰਦਰ ਵੱਖਰੇ ਵੱਖਰੇ ਤਰ੍ਹਾਂ ਦੇ ਰੰਗ ਆਪਾਂ ਦੇਖਦੇ ਹਾਂ ਪਰ ਉਹ ਸਾਰੇ ਰੰਗ ਮਿਲ ਕੇ ਇੱਕ ਰੰਗ ਬਣਦਾ ਜਿਹਨੂੰ ਰੰਗ ਪੰਜਾਬ ਕਿਹਾ ਜਾਂਦਾ ਕਿਉਂਕਿ ਜਦੋਂ ਆਪਾਂ ਦੇਸ਼ ਦੇ ਨਕਸ਼ੇ ਤੇ ਵੀ ਇਸ ਪੰਜਾਬ ਨੂੰ ਆਪਾਂ ਦੇਖਦੇ ਹਾਂ ਤਾਂ ਆਪਾਂ ਨੂੰ ਇੱਕ ਆਪਣਾਤ ਉਹਦੇ ਚੋਂ ਦਿਖਦੀ ਹੈ ਕਿ ਸਾਂਝ ਭਾਈਚਾਰਾ ਵੀ ਆ ਸਾਡਾ ਸਟੇਟ ਆ ਉਹੀ ਰੰਗ ਆ ਜਿਹੜੀ ਆਪਣੇ ਅੰਦਰ ਮਹਿਸੂਸ ਹੁੰਦਾ ਤਾਂ ਟਾਈਟਲ ਦਾ ਮਤਲਬ ਰੰਗ ਪੰਜਾਬ ਉਸ ਫਿਲਾਸਫੀ ਦੇ ਨਾਲ ਅਗਲੀ ਗੱਲ ਇਹ ਹੈ ਵੀ ਡੈਫੀਨੇਟਲੀ ਹਰ ਫਿਲਮ 'ਚ ਓਨੀ ਹੀ ਸ਼ਿੱਦਤ ਓਨੀ ਹੀ ਮਿਹਨਤ ਓਨਾ ਹੀ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਹਾਂ ਕਰਤਾਰ ਤੁਹਾਨੂੰ ਪਤਾ ਹੀ ਆ ਸਿਕੰਦਰ ਕੀਤੀ ਤੇ ਯੂ ਨੋ ਹੀ ਇਜ਼ ਆਲਵੇਜ਼ ਪੈਸ਼ਨੇਟ ਅਬਾਊਟ ਹਿਸ ਵਰਕ ਮਹਿਤਾ ਸਾਹਿਬ ਵੀ ਬਹੁਤ ਪੈਸ਼ਨੇਟ ਡਾਇਰੈਕਟਰ ਆ ਜਦੋਂ ਤੁਹਾਡੇ ਨਾਲ ਗੱਲ ਕਰਨਗੇ ਦੱਸਣਗੇ ਤੇ ਬੜੀ ਟੀਮ ਨੇ ਲੜਦੇ ਝਗੜਦੇ ਆਪਸ 'ਚ ਪਿਆਰ ਨਾਲ ਕਿਉਂਕਿ ਜਦੋਂ ਫਿਲਮਾਂ ਬਣਦੀਆਂ ਉਦੋਂ ਸਿਰਫ ਇਹੀ ਨਹੀਂ ਕਿਹਾ ਜਾਂਦਾ ਵੀ ਅਸੀਂ ਬਹੁਤ ਪਿਆਰ ਨਾਲ ਤੇ ਆਪਸ 'ਚ ਆਏ ਰਹੇ ਜੀ ਅਸੀਂ ਤਾਂ ਲੜੇ ਵੀ ਹਾਂ ਅਸੀਂ ਪਿਆਰ ਵੀ ਕੀਤਾ ਕਿਉਂਕਿ ਸਾਡੀ ਇਮਾਨਦਾਰੀ ਸਾਡੇ ਪ੍ਰੋਡਕਟ ਦੇ ਪ੍ਰਤੀ ਸੀ ਸਾਡੀ ਫਿਲਮ ਦੇ ਪ੍ਰਤੀ ਸੀ ਤੇ ਤੁਹਾਨੂੰ ਇਹ ਨਿਰਾਸ਼ ਨਹੀਂ ਕਰੂਗੀ ਤੁਹਾਨੂੰ ਬਹੁਤ ਖੁਸ਼ੀ ਮਿਲੂਗੀ ਕਿਉਂਕਿ ਇਹਦੇ 'ਚ ਜਿਹੜੀ ਚੰਗਿਆਈ ਆ ਇਹਦੇ 'ਚ ਆਪਣਾਤਾ ਜਿਹੜੀ ਮੈਸੇਜ ਦਿੰਦੇ ਹਾਂ ਕਿਉਂਕਿ ਅਸੀਂ ਫਿਲਮਾਂ ਜਦੋਂ ਬਣਾਉਂਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਤੁਹਾਨੂੰ ਕੁਛ ਨਾ ਕੁਛ ਲਿਜਾਣ ਨੂੰ ਮਜਬੂਰ ਕਰੀਏ ਘਰੇ ਜਦੋਂ ਤੁਸੀਂ ਦੇਖੋ ਇੱਕ ਚੰਗਾ ਸਿਨੇਮਾ ਦੇਖਣ ਨੂੰ ਮਿਲੂਗਾ ਜੀ ਹਰ ਫਿਲਮ ਹੀ ਐਕਸਪੈਰੀਮੈਂਟ ਹੁੰਦੀ ਹੈ ਜੀ ਜਦੋਂ ਤੁਸੀਂ ਨਵੇਂ ਕੋ-ਸਟਾਰਸ ਨਾਲ ਕੰਮ ਕਰਦੇ ਹੋ ਉਹਨਾਂ ਦਾ ਕਿਉਂਕਿ ਐਕਸ਼ਨ ਰਿਐਕਸ਼ਨ ਆ ਫਿਲਮ ਐਕਟਰ ਲਈ ਜਦੋਂ ਅਸੀਂ ਆਪਦਾ ਕੈਰੈਕਟਰ ਪਰਫੋਰਮ ਕਰਦੇ ਹਾਂ ਤਾਂ ਉਹ ਹਰ ਫਿਲਮ 'ਚ ਹੀ ਬਹੁਤ ਜ਼ਿਆਦਾ ਐਕਸਪੈਰੀਮੈਂਟ ਹੁੰਦੇ ਆ ਤਾਂ ਇਹ ਤਾਂ ਹਰ ਫਿਲਮ ਦੇ ਨਾਲ ਸਿੱਖਦੇ ਜਾਂਦੇ ਹਾਂ ਅਤੇ ਐਕਸਪੈਰੀਮੈਂਟ ਕਰਦੇ ਜਾਂਦੇ ਹਾਂ ਜੀ ਸਿਰਫ ਐਕਸ਼ਨ ਰੋਮਾਂਸ ਨਹੀਂ ਸਟੋਰੀ ਕੰਟੈਂਟ ਓਵਰਆਲ ਉਹ ਤੁਸੀਂ ਦੇਖੋਗੇ ਫ੍ਰਾਈਡੇ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕਮਾਲ ਦੀ ਮਤਲਬ ਇਹ ਪੰਜਾਬ ਦੀ ਬਹੁਤ ਹੀ ਅੱਜ ਕੱਲ੍ਹ ਦੀ ਜੋ ਰਿਐਲਿਟੀ ਹੈ ਨਾ ਤੁਸੀਂ ਸਾਰੇ ਨਿਊਜ਼ ਪੜ੍ਹਦੇ ਵੀ ਹੋ ਵੇਖਦੇ ਵੀ ਹੋ ਅਤੇ ਉਹ ਰਿਐਲਿਟੀ ਨੂੰ ਬਿਆਨ ਕਰਦੀ ਹੋਈ ਫਿਲਮ ਆ ਕਹਿੰਦੇ ਜੇ ਬੁਰਾਈ ਨਾ ਹੋਵੇ ਤਾਂ ਉੱਥੇ ਚੰਗਿਆਈ ਦੀ ਕੋਈ ਵੈਲਿਊ ਨਹੀਂ ਹੁੰਦੀ ਸੋ ਪੰਜਾਬ ਦਾ ਜੋ ਮਾਹੌਲ ਹੈ ਅੱਜ ਕੱਲ੍ਹ ਨਾ ਇੱਕ ਖਾਕੀ ਅਤੇ ਇੱਕ ਦੂਜੇ ਪਾਸੇ ਨਜਾਇਜ਼ ਗੰਨਾ ਹਥਿਆਰ ਆਪ ਹੁਦਰੇ ਮੁੰਡੇ ਜਾਂ ਹੋਰ ਨਾ ਜੋ ਬੜੀ ਹੀ ਰਿਅਲਿਸਟਿਕ ਫਿਲਮ ਕਹਿ ਸਕਦੇ ਹਾਂ ਪੰਜਾਬ ਦੇ ਵਿੱਚੋਂ ਦੀਪ ਬਾਈ ਨੇ ਮੈਨੂੰ ਲੱਗਦਾ ਵੀ ਆਪਾਂ ਕਿੰਨੀ ਵਾਰੀ ਤਾਂ ਤਿੰਨ ਚਾਰ ਵਾਰ ਦਾ ਸਕ੍ਰਿਪਟ ਚੇਂਜ ਕਰਦੀ ਹਰ ਵਾਰ ਪੰਜਾਬ 'ਚ ਕੋਈ ਨਵਾਂ ਇੰਸੀਡੈਂਟ ਸੁਣਨ ਨੂੰ ਮਿਲਦਾ ਸੀ ਜਾਂ ਕੁਛ ਹੁੰਦਾ ਸੀ ਉਹ ਫਿਰ ਚੇਂਜ ਕਰ ਲੈਣੀ ਦੀਪ ਬਾਈ ਦਾ
ਮੈਂ ਇਦੋਂ ਪਹਿਲਾਂ ਨੈਗੇਟਿਵ ਕਰੈਕਟਰ ਬਿਲਕੁਲ ਛੱਡੇ ਹੋਏ ਸੀ ਕਰਨੇ ਤੇ ਦੀਪ ਬਾਈ ਦਾ ਜੋ ਪੈਸ਼ਨ ਸੀਗਾ ਜਾਂ ਫਿਰ ਮੈਨੂੰ ਮਹਿਤਾ ਸਾਹਿਬ ਨੇ ਜਿਵੇਂ ਫਿਲਮ ਨਰੇਟ ਕੀਤੀ ਉਹਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਕੈਨਵਸ ਤੇ ਇਹੋ ਜਿਹੀ ਫਿਲਮ ਹੋ ਗਈ ਜਿਹਦੇ ਉੱਤੇ ਪਹਿਲੀ ਵਾਰ ਇੱਕ ਵਿਲਨ ਹੀਰੋ ਤੇ ਭਾਰੀ ਪੈਂਦਾ ਤੇ ਫਿਰ ਉਸ ਤੋਂ ਬਾਅਦ ਹੀਰੋ ਵਿਲਨ ਦੇ ਭਾਰੀ ਪੈਂਦਾ ਇੱਕ ਕਹਿ ਸਕਦੇ ਹਾਂ ਹੀਰੋ ਤੇ ਵਿਲਨ ਦੀ ਲਵ ਸਟੋਰੀ ਵੀ ਇਹਨੂੰ ਕਿਸੇ ਨਾ ਕਿਸੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਬੁਰਾਈ ਵੀ ਆ ਚੰਗਿਆਈ ਵੀ ਆ ਇਸ਼ਕ ਵੀ ਆ ਪਿਆਰ ਵੀ ਆ ਮੁਹੱਬਤ ਆ ਫੈਮਿਲੀਆਂ ਵਾਲੀ ਫਿਲਮਾਂ ਹੈ ਨਾ ਸੋ ਇਹਦੇ ਵਿੱਚ ਜੋ ਵੀ ਤੁਸੀਂ ਵੇਖੋਗੇ ਅੱਜ ਕੱਲ੍ਹ ਪੰਜਾਬ ਦੇ ਨਾਲ ਜੁੜੀ ਹੋਈ ਗੱਲ ਜੋ ਵੀ ਅੱਜ ਕੱਲ੍ਹ ਪੰਜਾਬ ਦਾ ਮਾਹੌਲ ਹੈ ਕਿਤੇ ਨਾ ਕਿਤੇ ਉਹਦਾ ਤੁਹਾਨੂੰ ਪਰਦੇ 'ਤੇ ਨਜ਼ਰ ਆਊਗਾ ਅਤੇ ਜਦੋਂ ਰਿਐਲਿਟੀ ਨਾਲ ਚੀਜ਼ਾਂ ਜੋੜਦੇ ਹਾਂ ਆਪਾਂ ਮੈਨੂੰ ਲੱਗਦਾ ਵੀ ਫਿਲਮ ਇੰਟਰਟੇਨ ਵੀ ਕਰਦੀ ਹੈ ਅਤੇ ਚੰਗੀ ਵੀ ਹੁੰਦੀ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਜੀ ਵੀ ਕਰਤਾਰ ਦਾ ਕੈਰੈਕਟਰ ਨੈਗੇਟਿਵ ਨਹੀਂ ਆ ਕਰਤਾਰ ਦਾ ਕੈਰੈਕਟਰ ਵਿਲਨ ਦਾ ਵੀ ਨਹੀਂ ਆ ਕਿਉਂਕਿ ਅਸੀਂ ਫਿਲਮਾਂ ਨੂੰ ਉਵੇਂ ਨਹੀਂ ਦੇਖਦੇ ਕਰਤਾਰ ਦਾ ਕੈਰੈਕਟਰ ਓਨਾ ਹੀ ਅਹਿਮ ਆ ਜਿੰਨਾ ਮੇਰਾ ਅਹਿਮ ਆ ਥੰਮ ਆ ਦੋਨੇ ਫਿਲਮ ਦੇ ਇਹ ਦੋਨੇ ਕੈਰੈਕਟਰ ਉਹਨਾਂ ਦੀ ਫਿਲੋਸਫੀ ਵੱਖਰੀ ਆ ਬਸ ਉਹਨਾਂ ਦੇ ਮਾਹੌਲ ਸਰਕਮਸਟਾਂਸਿਸ ਵੱਖਰੇ ਹੋ ਸਕਦੇ ਆ ਪਰ ਦੋਨੇ ਥੰਮ ਆ ਫਿਲਮ ਦੇ ਤਾਂ ਮੈਂ ਇਹ ਇਸ ਲਈ ਕਹਿਣਾ ਚਾਹੂੰਗਾ ਕਿਉਂਕਿ ਮੈਂ ਹਮੇਸ਼ਾ ਤੋਂ ਇਹੀ ਵਿਸ਼ਵਾਸ ਰੱਖਦਾ ਵੀ ਜਦੋਂ ਕਰਤਾਰ ਨੂੰ ਕਹਾਣੀ ਸੁਣਾਈ ਵੀ ਗਈ ਸੀ ਇਹ ਕਿਹਾ ਗਿਆ ਸੀ ਵੀ ਨੈਗੇਟਿਵ ਕੈਰੈਕਟਰ ਨਹੀਂ ਆ ਫਿਲੋਸਫੀ ਵੱਖਰੀ ਹੋ ਸਕਦੀ ਆ ਪਰ ਨਾ ਉਹ ਨੈਗੇਟਿਵ ਆ ਨਾ ਉਹ ਪੋਜ਼ਿਟਿਵ ਆ ਕਿਉਂਕਿ ਕਿਸੇ ਹੱਦ ਤੇ ਜਾ ਕੇ ਮੈਂ ਵੀ ਨੈਗੇਟਿਵ ਹਾਂ ਜੇ ਉਸ ਤਰ੍ਹਾਂ ਦੇਖਿਆ ਜਾਵੇ ਤਾਂ ਫਿਲਮ ਚ ਸੋ ਦੇਅਰਫੋਰ ਆਈ ਜਸਟ ਵਾਂਟਡ ਟੂ ਕਰੈਕਟ ਦੈਟ ਸੋ ਦੈਟ ਤੁਸੀਂ ਉਸੇ ਤਰ੍ਹਾਂ ਇਸ ਚੀਜ਼ ਨੂੰ ਪੇਸ਼ ਕਰੋ My question is to Reena. Reena, welcome to Punjabi Film Industry. Thank you so much. आप मॉडल तुसी मॉडल रह चुके हो साउथ ईस्ट मिस साउथ ईस्ट एशिया हाँ जी तो तुहाडी किद्दां रही है जर्नी फ्रॉम अ मॉडल टू एन एक्ट्रेस एंड दैट टू इन पंजाबी इंडस्ट्री हाँ जी सो ए मेरी ड्रीम सी टू बिकम एन एक्ट्रेस किदा मैं शौकीन हुंदी सी एंड ए तो पहलो मैं भी मॉडलिंग कीती सी तो मेरा मन सी यू नो आई वांटेड टू बिकम एन एक्ट्रेस सो मॉडलिंग कीती सी ਅਤੇ ਉਹਦੇ ਬਾਅਦ ਵਾਟ ਫਿਰ ਮਿਸ ਸਾਊਥ ਏਸ਼ੀਆ ਐਂਡ ਮੈਂ ਡਾਕਟਰ ਨਾਲ ਕੰਮ ਕੀਤਾ ਸੀ ਤਾਂ ਮਿਊਜ਼ਿਕ ਵੀਡੀਓ ਗੀਤ ਉਹ ਹਾਇਰ ਕਲਾਈਂਟ ਸੀ ਸੋ ਅਤੇ ਫਿਰ ਉਹਦੇ ਬਾਅਦ ਇਹਦੇ ਨਾਲ ਮੇਰੀ ਕਿਹੜੀ ਐਕਸਪੀਰੀਅੰਸ ਸੀ ਫਿਲਮ ਦੇ ਵਿੱਚ ਉਹ ਵੀ ਬਹੁਤ ਵਧੀਆ ਸੀ ਪਹਿਲੀ ਫਿਲਮ ਦੇ ਵਿੱਚ ਕਰਨ ਇਟ ਵਾਜ਼ ਰੀਅਲੀ ਨਾਈਸ ਸਾਰੇ ਬਹੁਤ ਮੇਰੇ ਨਾਲ ਪੇਸ਼ੈਂਟ ਸੀ ਮੇਰੀ ਪੰਜਾਬੀ ਦੇ ਵਿੱਚ ਕੀ ਮੈਂ ਥੋੜ੍ਹੀ ਜਿਹੀ ਪ੍ਰੋਬਲਮ ਸੀ ਪਰ ਉਹ ਵੀ ਫਿਰ ਮੈਂ ਖਿੱਚਦੀ ਸੀ ਉਹ ਵੀ ਜੇ ਆਪਾਂ ਦੇਖੀਏ ਤਾਂ ਸਾਰੇ ਜਿਹੜੇ ਐਕਟਿੰਗ ਦੇ ਸਾਹਮਣੇ ਚੀਮਾ ਸਾਹਿਬ ਨੂੰ ਸਾਰੇ ਭਲੀ ਭਾਂਤ ਜਾਣਦੇ ਨੇ ਦੀਪ ਸਿੱਧੂ ਜੀ ਨੇ ਆਪਣਾ ਰਿਕਾਰਡ ਪੈਦਾ ਕੀਤਾ ਤਾਂ ਤੁਸੀਂ ਨਵੇਂ ਆਏ ਸੀ ਹਾਲਾਂਕਿ ਤੁਹਾਡਾ ਮਾਡਲਿੰਗ ਦੇ ਵਿੱਚ ਐਕਸਪੀਰੀਅੰਸ ਸੀ ਪਰ ਪੰਜਾਬੀ ਦੇ ਵਿੱਚ ਲੈਂਗੁਏਜ ਦਾ ਤੁਸੀਂ ਦੱਸ ਹੀ ਦਿੱਤਾ ਐਕਟਿੰਗ ਦਾ ਕਿੱਦਾਂ ਰਿਹਾ ਇੰਨੇ ਥੰਮਾਂ ਦੇ ਵਿੱਚ ਤਾਂ ਬੰਦਾ ਵੈਸੇ ਨਰਵਸ ਹੋ ਜਾਂਦਾ ਤੁਹਾਨੂੰ ਕਿੱਦਾਂ ਰਿਹਾ ਇਹਨਾਂ ਦਾ ਸਾਥ ਰਿਹਾ ਤੁਹਾਨੂੰ ਪੂਰਾ ਜਾਂ ਤੁਸੀਂ ਕਿੱਦਾਂ ਐਕਟਿੰਗ ਸਿੱਖੀ ਦਿੱਤੀ ਪ੍ਰੋਬਲਮ ਨਹੀਂ ਸੀ ਮੈਨੂੰ ਐਕਟਿੰਗ ਦੇ ਵਿੱਚ ਬਸ ਲੈਂਗੁਏਜ ਦੀ ਪ੍ਰੋਬਲਮ ਸੀ ਐਕਟਿੰਗ ਵਾਸ ਵੈਰੀ ਈਜ਼ੀ ਫਾਰ ਮੀ ਆਈ ਬਿਲੀਵ ਬਸ ਉਹੀ ਸੀ ਕਿ ਪੰਜਾਬੀ ਦੇ ਵਿੱਚ ਜਦੋਂ ਸਾਨੂੰ ਲੈਂਗੁਏਜ ਨਹੀਂ ਪਤਾ ਪਿਆ ਰਿਐਕਸ਼ਨ ਐਕਸਪ੍ਰੈਸ਼ਨ ਨਹੀਂ ਹੋਣ ਬਟ ਯੂ ਨੋ ਵਿਦ ਐਵਰੀਬਾਡੀ ਸਪੋਰਟ ਯੂ ਨੋ ਇਟ ਵਾਸ ਫਨ ਥੈਂਕ ਯੂ Hello everyone. Hi. The cone is better, man. That's quite a place. That's quite a place to hide. Yes, actually. Actually, go down and ask your question, man. We'll find you where you are then. Definitely. So, can we afford Clash? This Clash which is coming. ਤੁਹਾਡੀ ਫਿਲਮ ਮੈਰਿਜ ਪੈਲੇਸ ਨਾਲ ਰਿਲੀਜ਼ ਹੋ ਰਹੀ ਹੈ ਰਾਈਟ ਇਸ ਵਕਤ ਜਦੋਂ ਸਾਡੇ ਹਾਲਾਤ ਚੱਲ ਰਹੇ ਨੇ ਇੰਡਸਟਰੀ ਦੇ ਹਰ ਹਫ਼ਤੇ ਫਿਲਮ ਆ ਰਹੀ ਹੈ ਬਟ ਆਡੀਅੰਸ ਹੈ ਨਹੀਂ ਹਾਂਜੀ ਦੇਖੋ ਇਹ ਮੈਨੂੰ ਐਂ ਲੱਗਦਾ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਨਹੀਂ ਹੋਣੇ ਚਾਹੀਦੇ ਕਲੈਸ਼ਸ ਬਿਕੋਜ਼ ਹਜੇ ਆਪਣੀ ਇੰਡਸਟਰੀ ਓਨੀ ਜ਼ਿਆਦਾ ਗਰੋ ਨਹੀਂ ਹੋਈ ਆ ਓਨੀ ਆਡੀਅੰਸ ਹੈ ਨਹੀਂ ਆਪਣੇ ਕੋਲ ਵੀ ਆਪਣੇ ਕੋਲ ਆਪਾਂ ਕਲੈਸ਼ਸ ਨੂੰ ਹੈਂਡਲ ਕਰ ਸਕੀਏ ਦੋਨਾਂ ਪਾਸੇ ਆਡੀਅੰਸ ਜਾ ਸਕੇ ਬਹੁਤ ਲਿਮਿਟਿਡ ਰਿਸੋਰਸਿਸ ਆ ਇਨਕਮ ਦੇ ਵੀ ਅਤੇ ਓਨੀ ਕੀ ਆਡੀਅੰਸ ਆ ਜਿਹੜੀ ਜਾ ਕੇ ਫਿਲਮਾਂ ਦੇਖਦੀ ਆ ਸੋ ਆਈ ਥਿੰਕ ਵੀ ਸ਼ੁਡ ਅਵੋਇਡ ਦਿਸ ਇਹ ਸਾਨੂੰ ਆਪਸ 'ਚ ਵੀ ਸੋਚਣਾ ਚਾਹੀਦਾ ਪਰ ਅਗੇਨ ਮੈਂ ਨਾ ਉਹਨਾਂ ਨੂੰ ਬਲੇਮ ਕਰੂੰਗਾ ਨਾ ਆਪਦੇ ਆਪ ਨੂੰ ਇਸ ਲਈ ਬਲੇਮ ਕਰੂੰਗਾ Who is that point here, basically? No. Because we can't say no one. There is something. No, I'm saying I'll say that. So,
every week we are reviewing movies, every week we are watching movies, right? So when we see movie release hundi hai theaters pahunchde hain kai wari public review line mein se char bande nikalde ne, haan ji, theek hai, aur kai wari film achhi bhi hundi hai, at least no, I have faced that in my earlier film, matlab main bada imandar banda hai is mamle ch main gal karda ho sakda meri film ch char bande nikle hun jo ra dass nahi hai ch hai na te eh bhi gal pakki hai par assi pehla release apni date announce kiti hui si और फिर पता नहीं उन्होंने क्यों अनाउंस की थी या साढ़े नाल डिस्कस कर सकते सी वो डिस्कस नहीं हुआ एंड दे आल्सो अनाउंस द सेम डेट हुण जब सिंह फसते हैं फिर बठिंडे आ गए पिछे आते नहीं भाई मैंने एक गल लगती है तुसी भी क्वेश्चन तो मैंने लगता है ज्यादा दो जी फिल्म एनालाइज कर लेंगे तो मैंने लगता है तुहाडे दिमाग च क्वेश्चन आता भी ना हिंदी दी तीन फिल्म रिलीज होंगे ने तीन फ्लॉप हो जाती है Sometime नहीं भी होंगे सो दोवें फिल्म वक्रिया ने मैरिज पैलेस में तुम रंग पंजाब नहीं वेख सकते रंग पंजाब मैरिज पैलेस नहीं वेख सकते असी पंजाब के सिनेमे के कैनवस से दो डिफरेंट फिल्म रखी ने वह भी उस स्टेज पर जब सिनेमा बहुत ज्यादा चेंज हो गया टोटली अग्री टू यू पॉइंट खामिया करके नहीं आते ਫਲੋਪ ਫਿਲਮ ਦੀ ਵੀ ਪਬਲਿਸਿਟੀ ਚੰਗੀ ਤਰ੍ਹਾਂ ਹੋਵੇ ਫਿਲਮ ਨਹੀਂ ਵਧੀਆ ਆਡੀਅੰਸ ਫਰਾਈਡੇ ਆਉਂਦੀ ਹੀ ਆਉਂਦੀ ਹੈ ਸੋ ਇਹ ਤੁਸੀਂ ਐਡਵਰਟਾਈਜ਼ ਕਿਵੇਂ ਕਰਦੇ ਹੋ ਆਪਣੀ ਫਿਲਮ ਨੂੰ ਕਿਹੜੇ ਤਰੀਕੇ ਨਾਲ ਕਰਦੇ ਠੀਕ ਹੈ ਬਿਲਕੁਲ ਆਈ ਹੈਵ ਸਮ ਡਿਸਕਸ਼ਨ ਓਵਰ ਇਟ ਦੈਟ ਵਿਲ ਡੂ ਇਟ ਇਨ ਵਨ ਔਨ ਵਨ ਇੱਕ ਗੱਲ ਹੋਰ ਆ ਜਿਹੜੀ ਤੁਹਾਨੂੰ ਸੋਚਣੀ ਚਾਹੀਦੀ ਆ ਵੀ ਆਪਾਂ ਯਾਰ ਮੇਰੇ ਨਾਲ 15 20 ਵਾਰ ਤੱਕ ਕਰਾ ਚੁੱਕੇ ਆ ਹਨਾ ਹੁਣ ਛੱਡ ਦਈਏ ਉਹਨਾਂ ਨੂੰ ਹਨਾ ਇੱਕ ਪਾਸੇ ਆਪਾਂ ਬਾਇਲਾਰਸ ਬਣਾ ਦਿੰਦੇ ਆ ਉਹਦੇ ਚ ਵਿਆਹ ਕਰਾ ਦਿੰਦੇ ਆ ਉਹਦੇ ਪਿੱਛੇ ਵੀ ਟਰੈਕਟਰ ਤੇ ਜਿਹੜਾ ਜਿੱਤੂਗਾ ਉਹਦਾ ਵਿਆਹ ਹੋ ਜਾਊਗਾ ਫਿਰ ਆਪਾਂ ਲਾਟੂ ਜਗਾ ਦਿੰਦੇ ਆ ਉਹਦੇ ਚ ਵਿਆਹ ਕਰਾ ਦਿੰਦੇ ਆ ਫਿਰ ਇੱਕ ਪਾਸੇ ਆਪਾਂ ਬੰਦੂਗਾਟ ਬਣਾ ਦਿੰਦੇ ਆ ਉਹਦੇ ਚ ਸਿਨੇਮਾ ਕਿੱਥੇ ਆਪਣੇ ਕੋਲੇ ਮੇਰੇ ਹੋਰ ਕਿਸੇ ਨਾਲ ਕੋਈ ਡਿਫਰੈਂਸ ਨਹੀਂ ਹੈ ਕ੍ਰੀਏਟਿਵ ਡਿਫਰੈਂਸ ਆ ਰਾਈਟ ਸੋ ਆਈ ਐਮ ਗਿਵਿੰਗ ਯੂ ਸਿਨੇਮਾ ਐਂਡ ਆਈ ਪ੍ਰੋਮਿਸ ਦੈਟ ਐਂਡ ਯੂ ਪਲੀਜ਼ ਗੋ ਵਾਚ ਇਟ ਐਂਡ ਗਿਵ ਯੂਰ ਆਨੈਸਟ ਓਪੀਨੀਅਨ ਪਬਲਿਕਲੀ ਐਂਡ ਸੇ ਇਫ ਯੂ ਡਿਡਨਟ ਲਾਈਕ ਇਟ ਟ੍ਰੈਸ਼ ਇਟ ਟ੍ਰੈਸ਼ ਇਟ You know, so that's how it should be. But then, really, thank you so much. But it's an effort, and it's an honest effort to give something to the state that this is cinema. Let's have, because in a rich culture, eh, haja apna sahita hai, haja apna, you know, jab apna dekhi literature, inne poet hoye, inne thinker hoye, apna sirf comedy ch phas gaye. ਉਹੀ ਸਿਚੁਏਸ਼ਨਲ ਕਾਮੇਡੀ ਨਹੀਂ ਉਹੀ ਐਕਟਰਸ ਨੂੰ ਲੈ ਕੇ ਵਿਦ ਡਿਸਪੈਕਟ ਟੂ ਏਵਰੀਵਨ ਉਹੀ ਚਿਹਰੇ ਨੂੰ ਲੈ ਕੇ ਉਵੇਂ ਹੀ ਬੋਲਦੇ ਆ ਤੁਸੀਂ ਚਿਹਰੇ ਚੇਂਜ ਕਰ ਦਿਓ ਉਹਨਾਂ ਦੇ ਬੋਲਣ ਦਾ ਸਟਾਈਲ ਵੀ ਉਹੀ ਆ ਵਾਟ ਇਜ਼ ਦਿਸ ਹੈਪਨਿੰਗ ਵਾਈ ਆਈ ਮੇਕ ਦਿਸ ਕੁਐਸਚਨ ਵੀ ਆਲਸੋ ਬਿਲੋਂਗ ਟੂ ਕਮਿਊਨਿਟੀ ਐਬਸੋਲੂਟਲੀ ਤਾਂ ਅਸੀਂ ਖੁਦ ਚਾਹੁੰਦੇ ਕਿ ਚੰਗੀਆਂ ਫਿਲਮਾਂ ਨੂੰ ਓਨਲੀ ਸਪੇਸ ਵੀ ਮਿਲੇ ਪਰ ਭਾਈ ਮਿਲਦੀ ਆ ਦੇਖੋ ਫਿਲਮ ਨੂੰ ਨਾ ਤੁਸੀਂ ਬਿਜ਼ਨਸ ਦੇ ਨਾਲ ਬਿਜ਼ਨਸ ਤੇ ਚੰਗੀ ਫਿਲਮ ਦਾ ਕੋਈ ਆਪਸ ਚ ਲਿੰਕ ਨਹੀਂ ਆ ਮੁਗਲੇ ਆਜ਼ਮ ਵੀ ਨਹੀਂ ਚੱਲੀ ਸੀ ਸ਼ੋਲੇ ਵੀ ਨਹੀਂ ਚੱਲੀ ਸੀ ਪਰ ਉਸ ਵੇਲੇ ਐਂਟਰਟੇਨਮੈਂਟ ਆ ਨਾ ਜਿਹੜੀ ਉਹਦਾ ਸਾਧਨ ਹੀ ਸਿਨੇਮਾ ਹੁੰਦਾ ਸੀ ਉਹ ਇੱਕ ਵੀਕ ਨਹੀਂ ਚੱਲਦੀ ਸੀ ਦੂਜੇ ਵੀਕ ਪਿਕ ਕਰ ਲੈਂਦੀ ਸੀ ਹੁਣ ਤਾਂ ਇੱਕ ਦਿਨ ਨਹੀਂ ਚੱਲਦੀ ਦੂਜੇ ਦਿਨ ਥੀਏਟਰਾਂ ਵਾਲੇ ਲਾ ਕੇ ਪਾਸੇ ਮਾਰਦੇ ਆ ਸ਼ੋ ਹੀ ਘਟਾ ਦਿੰਦੇ ਆ ਕੀ ਕਰੋਗੇ ਤੁਸੀਂ ਬਾਅਦ ਚ ਜੋਰੇ 10 ਨੰਬਰੀਆਂ ਦੇਖ ਕੇ ਤੁਸੀਂ ਨੈਟਫਲਿਕਸ ਤੇ ਕਹਿੰਦੇ ਹੋ ਯਾਰ ਕਿਆ ਫਿਲਮ ਸੀ ਬਾਈ ਤੁਹਾਡੀ ਤੁਸੀਂ ਡਾਇਲੌਗ ਦੇ ਵੱਟ ਕੱਢਤੇ ਤੁਸੀਂ ਸੀਨਸ ਵਾਲੇ ਵੱਟ ਕੱਢਤੇ ਯੂ نو ਇੱਕ ਗੱਲ ਹੋਰ ਆ ਜਿਹੜੀ ਫਿਲਮ ਆ ਨਾ ਉਹ ਬਣੀ ਆ ਥੀਏਟਰ ਲਈ ਉਹ ਟੀਵੀ ਲਈ ਨਹੀਂ ਬਣੀ ਉਹ ਨੈਟ ਲਈ ਨਹੀਂ ਬਣੀ ਕਿਉਂਕਿ ਜਿਹੜੇ ਸਾਡੇ ਸਾਊਂਡ ਆ ਜਿਹੜਾ ਸਾਡਾ ਵਿਜ਼ੂਅਲ ਆ ਉਹ ਅਸੀਂ ਤੁਹਾਨੂੰ 5.1 ਚ ਦਿਖਾਉਣਾ ਚਾਹੁੰਦੇ ਆ ਉਹ ਵਿਜ਼ੂਅਲ ਵੀ ਤੁਹਾਨੂੰ ਵੱਡੇ ਪਰਦੇ ਤੇ ਦਿਖਾਉਣਾ ਚਾਹੁੰਦੇ ਆ ਟੀਵੀ ਲਈ ਟੀਵੀ ਪ੍ਰੋਗਰਾਮਸ ਬਣਦੇ ਆ ਥੈਰਫੋਰ ਪਲੀਜ਼ ਅਪੀਲ ਏਵਰੀਵਨ ਜੇ ਫਿਲਮਸ ਦੇਖਣੀ ਆ ਤਾਂ ਸਿਨੇਮੇ ਚ ਜਾ ਕੇ ਦੇਖੋ ਬਾਅਦ ਚ ਦੇਖ ਦੇਖ ਕੇ ਕਿਤੇ ਮੋਬਾਈਲ ਤੇ ਦੇਖ ਲਈ No, we are not passionate about towards art then. इसीलिए अपने को लेहन thinkers नहीं है, poet नहीं है, painters नहीं है, अपन सोवेजन गुनों भी पैदा की था, अपन वारेशा तनिरम चात्रे करके अमृता प्रीतम करके था पैदा की थी आई थिंक. That is all. That's what we are.
ਨਾਂ ਚੇਂਜ ਕਰ ਲਾ ਥੋੜ੍ਹਾ ਜਿਹਾ। ਦੀਪ ਭਾਈ ਅਤੇ ਕਰਤਾਰ ਭਾਈ ਨੂੰ, ਦੋਨਾਂ ਨੂੰ ਮੇਰਾ ਸਵਾਲ ਹੈ। ਦੀਪ ਭਾਈ ਜੀ, ਤੁਸੀਂ ਪੁਰਾਣੇ ਥੰਮਾਂ ਦੀ ਗੱਲ ਕੀਤੀ ਹੈ, ਪੰਜਾਬੀ ਇੰਡਸਟਰੀ 'ਚ ਦੋ ਪੁਰਾਣੇ ਥੰਮ ਸੀ, ਯੋਗਰਾਜ ਜੀ ਅਤੇ ਗੂਗਲ ਜੀ। ਕੀ ਨੌਜਵਾਨ ਪੀੜ੍ਹੀ 'ਚ ਤੁਹਾਡੇ ਦੋਵਾਂ 'ਚੋਂ ਭੇੜ ਦਿਖੇਗਾ ਜੋ ਪੁਰਾਣੇ ਸਮੇਂ 'ਚ ਭੇੜ ਹੁੰਦਾ ਸੀ? ਠੀਕ ਹੈ ਜੀ, ਤਿੰਨ ਨੰਬਰ ਨੂੰ ਜ਼ਰੂਰ ਦੇਖਾਂਗੇ। ਰੋਂਗ ਡਾਇਰੈਕਸ਼ਨ ਚ ਨਾ ਜਾਓ ਔਰ ਮਤਲਬ ਸਮਝੋ ਕਾਨੂੰਨ ਔਰ ਆਪਣੇ ਪੰਜਾਬ ਦੀ ਆਪਣੀ ਮਿੱਟੀ ਦੀ ਇੱਜ਼ਤ ਕਰੋ, ਇਹੀ ਮੈਸੇਜ ਹੈ। ਆਪਣੀ ਮਿੱਟੀ ਨਾਲ ਪਿਆਰ ਕਰੋ। ਵੈਸੇ ਮੈਸੇਜ ਦੇਣ ਵਾਸਤੇ ਫਿਰ ਮੈਂ ਬਣਾਉਂਦਾ ਨਹੀਂ, ਮਿਲ ਜਾਂਦੇ ਆ ਮੇਰੇ ਮੈਸੇਜ, ਮਿਲ ਜਾਏ ਮਿਲ ਜਾਏ, ਔਰ ਮੈਸੇਜ ਦੇਣ ਵਾਸਤੇ ਔਰ ਨਿਕਲ ਜਾਏ ਵਧੀਆ ਗੱਲ ਹੈ, ਤੁਹਾਨੂੰ ਸਮਝ ਆਏ। ਦੀਪ ਜੀ, ਮੇਰਾ ਸਵਾਲ ਹੈ, ਆਪਾਂ ਇੱਥੇ ਸ਼ਾਇਦ ਪੰਜਾਬੀ ਫਿਲਮਾਂ ਦੀ ਪੰਜਵੀਂ ਗੱਲ ਕਰ ਰਹੇ ਹਾਂ ਵੀ ਇੱਕ ਹਫ਼ਤੇ ਦੋ ਲੱਗਦੀਆਂ ਤਿੰਨ ਲੱਗਦੀਆਂ ਨੇ, ਪਰ ਬਾਹਰੋਂ ਇਹ ਰਿਪੋਰਟ ਆ ਰਹੀ ਹੈ ਜੀ ਵੀ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਹਫ਼ਤੇ ਸਾਡੇ ਦੋ ਦੋ ਤਿੰਨ ਤਿੰਨ ਰਿਲੀਜ਼ ਹੋ ਰਹੇ ਨੇ, ਇਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਭਾਸ਼ਾ ਲਈ ਬਹੁਤ ਮਾਣ ਵਾਲੀ ਗੱਲ ਸਮਝਦੇ ਹਾਂ, ਤੁਸੀਂ ਕੀ ਕਰਦੇ? ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਦੇਖੋ, ਪੰਜਾਬ ਪੰਜਾਬੀਅਤ ਅਤੇ ਆਪਣੀ ਜਿਹੜੀ ਮਾਂ ਬੋਲੀ ਆ, ਇਹਨਾਂ ਚੀਜ਼ਾਂ ਨੂੰ ਇਹ ਤਾਂ ਹਮੇਸ਼ਾ ਰਹਿਣਗੀਆਂ ਹੀ ਰਹਿਣਗੀਆਂ, ਫਿਲਮਾਂ ਆਉਣ ਨਾ ਆਉਣ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ। ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਕਹਿੰਦੇ ਵੀ ਪੰਜਾਬ ਵੀ ਗੁਆਚੀ ਜਾਂਦੀ ਆ, ਪਰ ਕਿਤੇ ਨਹੀਂ ਗੁਆਚੀ। ਇੱਕ ਜਿਹੜਾ ਬਾਬੇ ਨਾਨਕ ਵਾਲੀ ਰਬਾਬ ਜਦੋਂ ਮਰਦਾਨਾ ਵਜਾਉਂਦਾ ਸੀ ਨਾ, ਉਹਦੀ ਇੱਕ ਇੱਕ ਸਾਜ ਤੇ ਹੀ ਵਾਪਸ ਆ ਗਈ ਸਭ ਕੁਛ, ਹਨਾ। ਇਹ ਇੱਧਰ ਹੀ ਆ, ਇਹ ਐਡੀ ਕੋਈ ਤਗੜੀ ਚੀਜ਼ ਜਿਹੜੀ ਆਪਾਂ ਚਾਹੇ ਗੁਰਬਾਣੀ ਆ, ਆਪਣੀ ਲੈਂਗੁਏਜ ਆ, ਸਭ ਕੁਛ ਰਹਿਣਗੀਆਂ। ਪਰ ਇਹ ਜ਼ਰੂਰ ਗੱਲ ਆ ਵੀ ਥੋੜ੍ਹਾ ਜਿਹਾ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਸਾਡੀ ਹੁਣ ਜ਼ਿੰਮੇਵਾਰੀ ਆ ਸਮਾਜ ਪ੍ਰਤੀ, ਕਿਉਂਕਿ ਅਸੀਂ ਵੈਸਟਰਨ ਕਲਚਰ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੋ ਚੁੱਕੇ ਹਾਂ। ਉਹ ਇਨਫਲੂਐਂਸ ਇਹੋ ਜਿਹਾ ਹੋ ਗਿਆ ਵੀ ਆਪਾਂ ਸਾਦਗੀ ਖੋ ਬੈਠੇ ਹਾਂ, ਉਹਨਾਂ ਨੇ ਸਾਦਗੀ ਨਹੀਂ ਖੋਈ। ਵੈਸਟਰਨ ਲੋਕ ਹਜੇ ਵੀ ਸਾਦੇ ਆ, ਪਰ ਆਪਾਂ ਉੱਥੋਂ ਇੰਨਾ ਜ਼ਿਆਦਾ ਇਨਫਲੂਐਂਸ ਹੋ ਗਏ ਹਾਂ ਵੀ ਸਾਦਗੀ ਖੋ ਬੈਠੇ। ਜਦੋਂ ਸਿੰਪਲਿਸਿਟੀ ਤੁਹਾਡੇ ਚੋਂ ਨਿਕਲ ਜਾਏ, ਫਿਰ ਪ੍ਰੋਬਲਮ ਸੁਸਾਇਟੀ 'ਚ ਆਉਂਦੀ ਆ। ਦੈਟਸ ਵਾਟ ਵੀ ਆਰ ਫੇਸਿੰਗ ਐਟ ਦ ਮੋਮੈਂਟ। ਪੰਜਾਬੀ ਗਰੂਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਵਰੁਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜੇ ਗੱਲ ਕਰੀਏ 2018 ਦੀ, ਤਾਂ ਮੈਨੂੰ ਨਹੀਂ ਲੱਗਦਾ ਪੰਜਾਬੀ ਇੰਡਸਟਰੀ ਦੀਆਂ ਬੈਕ ਟੂ ਬੈਕ ਫਿਲਮਾਂ ਨੇ ਤੁਹਾਡਾ ਦਿਲ ਜਿੱਤਣ ਲਈ ਕੋਈ ਕਮੀ ਛੱਡੀ ਹੋਣੀ ਹੈ। ਅਤੇ ਸਾਲ ਖਤਮ ਹੋਣ ਤੋਂ ਪਹਿਲਾਂ ਹੁਣ ਤੁਹਾਡੇ ਵਾਸਤੇ ਪੰਜਾਬ ਦੇ ਰੰਗ ਵਿਖਾਉਣ ਲੈ ਕੇ ਆਏ ਨੇ ਮੇਰੇ ਨਾਲ ਦੀਪ ਸਿੱਧੂ ਜੀ ਅਤੇ ਰੀਨਾ ਰਾਏ ਜੀ। ਆ ਜੋ ਕਰਨੇ ਆ ਇਹਨਾਂ ਨਾਲ ਗੱਲਬਾਤ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਕਿਹੜਾ ਰੰਗ ਦਿਖਾਉਣ ਲੈ ਕੇ ਆ ਰਹੇ ਹੋ ਪੰਜਾਬ ਦਾ? ਅਸੀਂ ਪੰਜਾਬ ਰੰਗ ਦਿਖਾ ਰਹੇ ਹਾਂ। ਬਿਲਕੁਲ, ਸਾਡਾ ਜਿਹੜਾ ਟਾਈਟਲ ਆ ਉਹਦਾ ਮਤਲਬ ਆ ਵੀ ਪੰਜਾਬ ਇੱਕ ਰੰਗ ਆ। ਹਾਂਜੀ, ਉਹਦੇ 'ਚ ਬਹੁਤ ਕੁਛ ਜਿਹੜਾ ਅੰਦਰ, ਉਹਦੇ 'ਚ ਹੋਰ ਬਹੁਤ ਰੰਗ ਹੋਣੇ ਆ, ਪਰ ਪੰਜਾਬ ਆਪਦੇ ਆਪ 'ਚ ਵੀ ਇੱਕ ਰੰਗ ਆ। ਬਿਲਕੁਲ, ਸੋ ਅਸੀਂ ਉਹੀ ਦਿਖਾ ਰਹੇ ਹਾਂ। ਅਤੇ ਹੁਣ ਜੇ ਆਪਾਂ ਟ੍ਰੇਲਰ ਦੀ ਗੱਲ ਕਰੀਏ, ਫਸਟ ਆਫ ਆਲ ਤਾਂ ਮੈਂ ਤੁਹਾਨੂੰ ਦੋਵਾਂ ਨੂੰ ਮੁਬਾਰਕਾਂ ਦੇਣਾ ਚਾਹਾਂਗਾ। ਤੁਹਾਡਾ ਟ੍ਰੇਲਰ ਬਹੁਤ ਹੀ ਧਮਾਲਾ ਪਾ ਰਿਹਾ ਯੂਟਿਊਬ 'ਤੇ ਅਤੇ ਬਹੁਤ ਹੀ ਪਸੰਦ ਆ ਰਿਹਾ ਲੋਕਾਂ ਨੂੰ। ਅਤੇ ਟ੍ਰੇਲਰ ਦੀ ਆਪਾਂ ਜਦੋਂ ਗੱਲ ਕਰੀਏ, ਜਦੋਂ ਆਪਾਂ ਟ੍ਰੇਲਰ ਦੇਖਦੇ ਹਾਂ ਤਾਂ ਉਹਦੇ ਵਿੱਚ ਇੱਕ ਡਿਸਕ੍ਰਿਪਸ਼ਨ ਹੁੰਦੀ ਹੈ ਜਿਹਦੇ 'ਚ ਦੱਸਿਆ ਗਿਆ ਕਿ ਇੱਕ ਸੋਲਜਰ ਦੀ ਕਹਾਣੀ ਵੀ ਦੱਸੀ ਗਈ ਹੈ, ਇੱਕ ਇੰਜਰਡ ਸੋਲਜਰ ਦੀ, ਜੋ ਕਿ ਇੰਸਪਾਇਰ ਕਰੇਗਾ ਮਿਲੀਅਨਸ ਆਫ ਪੀਪਲ ਨੂੰ। ਅਤੇ ਕੀ ਕਨਸੈਪਟ ਲੈ ਕੇ ਆ ਰਹੇ ਹੋ ਤੁਸੀਂ? ਕਨਸੈਪਟ ਜੇ ਮੈਂ ਇੱਕ ਲਾਈਨ 'ਚ ਡਿਸਕ੍ਰਾਈਬ ਕਰਾਂ ਤਾਂ ਉਹ ਇਹ ਹੋਊਗਾ ਵੀ ਡੇਅਰ ਟੂ ਡ੍ਰੀਮ, ਖਾਬ ਪਾਲਣ ਦੀ ਜਿਹੜੀ ਅੰਦਰ ਨਾ ਉਹ ਸ਼ਮਤਾ ਰੱਖੋ। ਬਿਲਕੁਲ, ਉਹਨੂੰ ਪਾਲੋ, ਅੰਦਰ ਪਾਲੋਗੇ ਤਾਂ ਹੀ ਜੇ ਉਹਨੂੰ ਤੁਸੀਂ ਪ੍ਰਿਜ਼ਰਵ ਕਰੋਗੇ, ਉਹਦੇ 'ਤੇ ਕੰਮ ਕਰੋਗੇ, ਉਹਨੂੰ ਕਹਿੰਦੇ ਆ ਪਾਲਣਾ। ਸੋ ਇਹ ਕੋਨਸੈਪਟ ਆ, ਤਾਂ ਉਵੇਂ ਹੀ ਉਹ ਇੱਕ ਸਧਾਰਨ ਪਰਿਵਾਰ ਦਾ ਜਿਹੜਾ ਕੈਰੈਕਟਰ ਆ, ਉਹ ਸਧਾਰਨ ਪਰਿਵਾਰ ਤੋਂ ਉੱਠ ਕੇ ਆਫਿਸਰ ਬਣਦਾ, ਕੀ ਜਰਨੀ ਆ ਉਹਦੀ, ਪਰ ਖਾਬ ਆ, ਉਹ ਸਾਰੇ ਸੁਪਨੇ ਪੂਰੇ ਕਰਦਾ। ਸੋ ਦੈਟਸ ਆਲ ਇਟ ਇਜ਼।
ਤੇ ਰੀਨਾ ਜੀ ਸਭ ਤੋਂ ਪਹਿਲਾਂ ਤਾਂ ਆਈ ਕੈਨ ਸੀ ਯੋਰ ਐਕਸਾਈਟਮੈਂਟ ਪੰਜਾਬੀ ਇੰਡਸਟਰੀ ਦੇ ਡੈਬਿਊ ਕਰਨ ਜਾ ਰਹੇ ਤੁਸੀਂ ਤੇ ਕਿੱਦਾਂ ਦਾ ਫੀਲ ਹੋ ਰਿਹਾ ਐਕਸਪੀਰੀਅੰਸ ਸੋ ਫਾਰ ਵਧੀਆ ਡ੍ਰੀਮ ਸੀ ਮੇਰੀ ਸੋ ਉਹ ਅਕੰਪਲਿਸ਼ ਕਰਦੀ ਹਾਂ ਤੇ ਨਾਲੇ ਦੀਪ ਦੇ ਨਾਲ ਕੰਮ ਕਰਨਾ ਇਟ ਵਾਸ ਰੀਅਲੀ ਨਾਈਸ ਪਹਿਲੀ ਫਿਲਮ ਲਈ ਐਂਡ He has so much passion, he's so caring and both menu help kitti si film the which so experience changa si te deep nu tusi pehla to vi jande si nahi pehla nahi si jande te jadon tusi inna nu matlab pehli wari mile you know the first impression so what was the first impression jadon tusi inna nu dekhya kivein di look ditti inna ne tanu he was surprised himself no kidding no I saw a very I mean I seen a character in him and that character was he came up very as a strong personality okay. strong very strong but it was nice cuz I come up very strong personality too so yeah bilkul te hun aande deep ji te sab to pehla ta ik matlab mere khayal nal bahut hi common question hoega ki tusi law da profession chhad ke kive acting de vich tusi turn on kita haan ji ਤੇ ਜਿਵੇਂ ਮਤਲਬ ਇੱਕ ਕਹਿੰਦੇ ਨਾ ਸਾਰਿਆਂ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੁੰਦਾ ਦੀਪ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਮਤਲਬ ਕਿਸ ਟਾਈਮ ਤੇ ਤੁਹਾਨੂੰ ਲੱਗਿਆ ਕਿ ਹਾਂ ਇਸ ਚੀਜ਼ ਬਾਰੇ ਮੈਂ ਬਿਲੀਵ ਨਹੀਂ ਕੀਤਾ ਸੀ ਤੇ ਇਹ ਮੇਰੇ ਨਾਲ ਹੋ ਗਈ ਹੈ ਤੁਹਾਡੀ ਲਾਈਫ 'ਚੋਂ ਕਿਹੜਾ ਟਰਨਿੰਗ ਪੁਆਇੰਟ ਸੀਗਾ ਨਹੀਂ ਨਹੀਂ ਮੈਂ ਹਰ ਚੀਜ਼ 'ਚ ਬਿਲੀਵ ਕਰਕੇ ਹੀ ਚੱਲਦਾ ਅੱਛਾ ਬਿਨਾਂ ਬਿਲੀਵ ਤੋਂ ਉਹ ਮੈਂ ਸਟੈਪ ਹੀ ਨਹੀਂ ਲੈਂਦਾ ਫਿਰ ਉਹ ਬਹੁਤ ਆਈ ਫੀਲ ਦੈਟ ਉਹ ਗੱਲ ਨਹੀਂ ਬਣਦੀ ਉਸ ਚੀਜ਼ 'ਚ ਜੇ ਮੈਂ ਪਹਿਲਾਂ ਲਾਅ ਪ੍ਰੈਕਟਿਸ ਕਰਦਾ ਸੀ ਆਈ ਬਿਲੀਵਡ ਇਨ ਇਟ ਐਂਡ If I am an actor, I believe in it. And that's all it is. Non-believable cheez mere naal nahi hundi. Kyunki assi sunya siga ki ek ta Kapoor ji ne vi tanu batheri wari kiya vi tusi acting line de vich aao magar tusi apne aap de utte jadon tak pura vishwas nahi kita ki ha main hun jana chahunda. Nahi oh eh gal nahi si vi odo tak vishwas nahi si. Haanji. Odo tak mera man nahi si. Achha. Oh awakening hundi hai when you feel that okay, now I want to do something else. ਐਂਡ ਦੈਨ ਉਹ ਜਦੋਂ ਗੱਲ ਬਣੀ ਵੀ ਕੁਛ ਹੋਰ ਕਰਨਾ ਕੀ ਕਰਨਾ ਫਿਰ ਜਿਹੜਾ ਆਰਟ ਦਾ ਫੀਲਡ ਆ ਇਸ ਫੀਲਡ 'ਚ ਆ ਕੇ ਮੈਨੂੰ ਐਂ ਲੱਗਿਆ ਵੀ ਮੈਂ ਇਸ ਚੀਜ਼ ਲਈ ਬਣਿਆ ਐਗਜੈਕਟਲੀ ਹਾਂਜੀ ਤੇ ਵਾਈ ਬਾਲੀਵੁੱਡ ਓਨਲੀ ਪੰਜਾਬੀ ਇੰਡਸਟਰੀ ਕਿਉਂ ਤੁਸੀਂ ਚੂਜ਼ ਕੀਤੀ ਜਦਕਿ ਤੁਹਾਡੇ ਕੋਲ ਇੰਨੇ ਲਿੰਕ ਸੀਗੇ ਐਕਸਪੀਰੀਅੰਸ ਵੀ ਇੰਨਾ ਸੀਗਾ ਬਾਲੀਵੁੱਡ ਵਾਲਿਆਂ ਦੇ ਨਾਲ ਤੇ ਤੁਸੀਂ ਮਤਲਬ ਬਾਲੀਵੁੱਡ ਹੀ ਮੇਨ ਆਪਣਾ ਫੋਕਸ ਕਰ ਰੱਖਿਆ ਆਈ ਡੋਂਟ ਨੋ ਇਹਦਾ ਵੀ ਇੱਕ ਰੀਜ਼ਨ ਆ ਮੈਂ ਇਹ ਵੀ ਕਹਿੰਦਾ ਹੁੰਦਾ ਹਮੇਸ਼ਾ ਵੀ ਸਿਨੇਮਾ ਸਿਨੇਮਾ ਹੁੰਦਾ ਚਾਹੇ ਉਹ ਪੰਜਾਬੀ ਫਿਲਮ ਹੋਵੇ ਹਿੰਦੀ ਫਿਲਮ ਹੋਵੇ ਕਿਸੇ ਹੋਰ ਰੀਜਨ ਦੀ ਫਿਲਮ ਹੋਵੇ ਉਹ ਇੱਕ ਫਿਲਮ ਆ ਬਿਲਕੁਲ ਜੇ ਚੰਗੀ ਫਿਲਮ ਆ ਉਹ ਹਰ ਕੋਈ ਦੇਖੂਗਾ ਉਹਨੂੰ ਪਸੰਦ ਕਰੂਗਾ ਉਹਦੀਆਂ ਗੱਲਾਂ ਵੀ ਹੋਣਗੀਆਂ ਹਾਂਜੀ ਬਟ ਅਗੇਨ ਮੈਂ ਇੱਕ ਸੈਲਫ ਮੇਡ ਮੈਨ ਹਾਂ ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਉਸ ਕਨੈਕਸ਼ਨਸ ਨੂੰ ਯੂਜ਼ ਕਰਕੇ ਉੱਥੇ ਕੰਮ ਕਰਾਂ ਮੈਂ ਇਹ ਚਾਹੁੰਦਾ ਵੀ ਮੇਰੇ ਆਪਦੇ ਬਲਬੂਤੇ 'ਤੇ ਮੈਂ ਉੱਥੇ ਜਾ ਕੇ ਵੀ ਖੜ੍ਹਾ ਹੋਵਾਂ ਆਪਦੀ ਪਹਿਚਾਣ ਹੋਵੇ ਸੋ ਪੰਜਾਬ ਜਿੱਥੋਂ ਜਿੱਥੇ ਮੈਂ ਜੰਮਿਆ ਪਲਿਆ ਖੇਡਿਆ ਇੱਥੇ ਜਿਹੜਾ ਸਿਨੇਮਾ ਮੈਨੂੰ ਅਟਰੈਕਟ ਕਰ ਰਿਹਾ ਸੀ ਪਹਿਲਾਂ ਸੋ ਮੇਰੀ ਇੱਕ ਮੈਨੂੰ ਕਹਾਣੀ ਚੰਗੀ ਲੱਗੀ ਪਹਿਲਾਂ ਜਿਹੜੇ ਮੇਰੇ ਕੋਲ ਆਈ ਅਤੇ ਅਸੀਂ ਪੰਜਾਬੀ ਫਿਲਮ ਸ਼ੁਰੂ ਕਰ ਲਈ ਬਟ ਇਹ ਕੋਈ ਮਿਥ ਕੇ ਨਹੀਂ ਕੀਤੀ ਗਈ ਗੱਲ ਵੀ ਪੰਜਾਬੀ ਹੀ ਕਰੀਏ ਜਾਂ ਹਿੰਦੀ ਕਿਉਂ ਨਾ ਕਰੀਏ ਜਾਂ ਹਿੰਦੀ ਨਹੀਂ ਕਰਨੀ ਤਾਂ ਪੰਜਾਬੀ ਕਰਨੀ ਆਈ ਵਾਂਟ ਟੂ ਰੀਲੀ ਡੂ ਯੂ ਨੋ ਆਈ ਮੀਨ ਆਈ ਵਾਂਟ ਟੂ ਵਰਕ ਐਟ ਦਾ ਨੈਸ਼ਨਲ ਲੈਵਲ ਹਿੰਦੀ ਫਿਲਮਸ ਇੰਟਰਨੈਸ਼ਨਲ ਲੈਵਲ ਹਾਲੀਵੁੱਡ ਫਿਲਮਸ ਆਈ ਵਾਂਟ ਟੂ ਡੂ ਆਲ ਦੈਟ ਤੇ ਹੁਣ ਰੀਨਾ ਜੀ ਦੇ ਕੋਲ ਆਉਂਦੇ ਆ ਦੁਬਾਰਾ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਸਟੈਪ ਇਨ ਕੀਤਾ ਤੇ ਹਰ ਕਿਸੇ ਨੂੰ ਜਦੋਂ ਕੋਈ ਮਾਡਲ ਬਾਹਰੋਂ ਆਉਂਦੀ ਹੈ ਜਾਂ ਫਿਰ ਜਿਹੜਾ ਆਪਣਾ ਫਸਟ ਡੈਬਿਊ ਕਰਨ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਥੋੜ੍ਹੀ ਬਹੁਤੀ ਡਿਫੀਕਲਟੀਜ਼ ਆਪਣੇ ਅੰਦਰ ਫੇਸ ਕਰਨੀਆਂ ਪੈਂਦੀਆਂ ਬਟ ਜਿਹੜੇ ਉਹਨਾਂ ਦੇ ਕੋ ਸਟਾਰਸ ਹੁੰਦੇ ਆ ਉਹ ਹਮੇਸ਼ਾ ਉਹਨਾਂ ਨੂੰ ਕੰਫਰਟੇਬਲ ਫੀਲ ਕਰਵਾਉਂਦੇ ਤੇ ਤੁਹਾਡੇ ਨਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਾਰਿਆਂ ਦਾ ਐਕਸਪੀਰੀਅੰਸ ਵਾਸ ਗੁੱਡ ਥੋੜ੍ਹੀ ਪ੍ਰੋਬਲਮ ਸੀ ਪੰਜਾਬੀ ਦੇ ਵਿੱਚ ਪਰ ਉਹ ਫਿਰ ਦੀਪ ਦੇ ਨਾਲ ਯੂ ਨੋ He helped me with yeah. which a lot. But trailer dekh ke lagda nahi hai bilkul bhi. Oh yeah, oh, thank you. Te hun jadon tusi Punjabi industry matlab aaye ho te kidda da lag raha tusi agge vi karna chahoge itthe kaam? Haan ji zarur dekhunge my focus Bollywood de vich on the Hollywood okay. but you know just to start. Acha Punjabi industry de vich na films de naal naal music videos vi bahut hit ho riyan ne. Te man lo je tanu kadi koi music video da offer aanda te kide naal kaam karna chahoge? Diljeet de naal ya Kippi Grewal de naal? Diljeet de naal. Diljeet ji. Te Deep ji hun tade te aande aapa dobara jadon tusi is role nu sunya. Te tada ki reaction siga? Ki lagda siga tanu vi is ਕਿਉਂਕਿ ਹਰ ਰੋਲ ਵਾਸਤੇ ਨਾ ਇੱਕ ਆਰਟਿਸਟ ਹਮੇਸ਼ਾ ਸੋਚਦਾ ਹੈ ਕਿ ਇਸ ਰੋਲ ਨੂੰ ਮੈਂ ਕਿਸ ਅਦਾਕਾਰੀ ਨਾਲ ਨਿਭਾਉਣਾ ਹੈ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਸੀਗਾ
ਆਈ ਡੋਨਟ ਨੋ ਮੈਨੂੰ ਐ ਲੱਗਿਆ ਵੀ ਹਾਂ ਇਹ ਵਧੀਆ ਰੋਲ ਆ ਕਹਾਣੀ ਪਹਿਲਾਂ ਤਾਂ ਤੁਹਾਨੂੰ ਵਧੀਆ ਲੱਗਣੀ ਚਾਹੀਦੀ ਹੈ ਨਾ ਕਹਾਣੀ ਤੋਂ ਬਾਅਦ ਰੋਲ ਦੀ ਗੱਲ ਹਾਂਜੀ ਹਾਂਜੀ ਪਹਿਲਾਂ ਮੈਨੂੰ ਕਹਾਣੀ ਵਧੀਆ ਲੱਗੀ ਹੈ ਫਿਰ ਮੈਨੂੰ ਆਪਦਾ ਕੈਰੇਕਟਰ ਤੇ ਮੈਨੂੰ ਕੰਮ ਕਰਨਾ ਪਿਆ ਮੈਂ ਇਹੀ ਨਹੀਂ ਸੀ ਵੀ ਉਹਨੂੰ ਸੁਣਿਆ ਤੇ ਉਹ ਪਰਫੈਕਟ ਸੀ ਬਿਲਕੁਲ ਉਹਦੇ ਤੇ ਕੰਮ ਕੀਤਾ ਗਿਆ ਉਹਨੂੰ ਵਧੀਆ ਬਣਾਇਆ ਗਿਆ ਉਹਨੂੰ ਜਿਵੇਂ ਸੋਚਦੇ ਹਾਂ ਉਹਦੇ 'ਚ ਇੱਕ ਡੈਪਥ ਲੈ ਕੇ ਆਏ ਅਸੀਂ ਫਿਰ ਜਦੋਂ ਤੱਕ ਉਹਨਾਂ ਤੁਸੀਂ ਨਾਲ ਇਨਵੋਲਵ ਹੋ ਜਾਂਦੇ ਹੋ ਦੈਨ ਯੂ ਨੋ ਵਟ ਯੂ ਨੋ ਯੂ ਕਾਈਂਡ ਆਫ ਸਟਾਰਟ ਰਿਲੇਟਿੰਗ ਟੂ ਇਟ ਤਾਂ ਤੁਸੀਂ ਫਿਰ ਦੈਟਸ ਹਾਊ ਇਟ ਇਜ਼ ਤਾਂ ਉਹ ਸੁਣ ਕੇ ਕਈ ਇਹ ਵੀ ਹੁੰਦਾ ਹੋਣਾ ਮੇਰੇ ਨਾਲ ਤਾਂ ਨਹੀਂ ਅੱਜ ਤੱਕ ਹੋਇਆ ਵੀ ਮੈਂ ਇੱਕ ਰੋਲ ਸੁਣਿਆ ਔਰ ਮੈਨੂੰ ਹਾਂ ਜੋਰੇ ਦਾ ਰੋਲ ਮੈਂ ਸੁਣਿਆ ਸੀ ਉਹ ਮੈਨੂੰ ਸੁਣਦੇ ਹੀ ਲੱਗਿਆ ਸੀ ਵੀ ਕਿਆ ਰੋਲ ਇਹ ਕਰਦਾ ਇਹ ਕਰਨਾ ਬਿਲਕੁਲ ਸੋ ਦੈਟਸ ਹਾਊ ਇਟ ਇਜ਼ ਤੇ ਹੁਣ ਗੱਲ ਕਰਦੇ ਹਾਂ ਤੁਹਾਡੇ ਨਾਲ ਦੇ ਐਕਟਰਸ ਜਗਜੀਤ ਸੰਧੂ ਧੀਰਜ ਕੁਮਾਰ ਤੇ ਬੰਨੀ ਭਾਜੀ ਵੀ ਤੁਹਾਡੇ ਨਾਲ ਇੱਕ ਸਪੋਰਟਿਵ ਰੋਲ ਪਲੇ ਕਰ ਰਹੇ ਨੇ ਤੇ ਜਗਜੀਤ ਦੀ ਇੱਕ ਮਤਲਬ ਕੌਮਿਕ ਰੋਲ ਦਿਖਾਇਆ ਗਿਆ ਇਸ ਦੇ ਵਿੱਚ ਤੇ ਓਵਰਆਲ ਮੂਵੀ ਦੇ ਵਿੱਚ ਕੌਮਿਕ ਹੈ ਜਾਂ ਦੇਅਰ ਸਮਥਿੰਗ ਮੋਰ ਸੀਰੀਅਸ ਅਬਾਊਟ ਹਿਮ ਇਨ ਦਾ ਮੂਵੀ ਨਹੀਂ ਉਹ ਮੈਨੂੰ ਲੱਗਦਾ ਇਹੋ ਜਿਹੇ ਰੋਲ ਸੀ ਕਰਦਾ ਕੌਮਿਕ ਜੇ ਰੋਲ ਜਿਹੜੇ ਆ ਤਾਂ ਪਰ ਹਾਂ ਇਹ ਉਹਦਾ ਰੋਲ ਡਿਫਰੈਂਟ ਆ ਥੋੜਾ ਜਿਹਾ ਜਿਹੜੇ ਉਹ ਉਂ ਕੁੱਟ ਕੱਟ ਜੀ ਖਾਈ ਜਾਂਦਾ ਫਿਲਮਾਂ ਚ ਤੇ ਇਹਦੇ ਚ ਰਕੇਸ਼ ਮਹਿਤਾ ਦੇ ਨਾਲ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿਉਂਕਿ ਜਿਹਨੂੰ ਕਹਿੰਦਾ ਨਾ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਉਹ ਰੋਲ ਪਲੇ ਕਰਦਾ ਤੇ ਤੁਹਾਡੇ ਡਾਇਰੈਕਟਰ ਦੇ ਨਾਲ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ Experience very good see unne pehle ke tumne approach kita see it was done very professionally which I really like and Saturday ki see you know he's very patient with me jo koi kuch say nahi see oh bhi pe kehne se no bina you know pay kar so which was nice for me working with him it was a pleasure and deep jo tade kolo puchhega meri ta ek team hai ji oh sari team ch Rakesh he was a director I mean him as a director it was really good and but assi jadon kam karde ha jehde naal vi main kam karda main bahut aapde bana ke kam karda ha ji hai na oh sare aapde hi bande hunde ha te ohna naal gusse gale khushiyan saanj bhai chari sab kuch chalda rehnda hai na so that's how we work together that's what my experience with him with everyone is but ta hai ek family ban jande ha ji bilkul ਇੱਕ ਬੌਂਡ ਜਿਹੜਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ ਤੇ ਹੁਣ ਜੇ ਦੁਬਾਰਾ ਮੈਂ ਟ੍ਰੇਲਰ ਦੀ ਗੱਲ ਕਰਾਂ ਆਪਾਂ ਜਦੋਂ ਯੂਟਿਊਬ ਤੇ ਟ੍ਰੇਲਰ ਦੇਖਦੇ ਨਾ ਥੱਲੇ ਕਮੈਂਟ ਸੈਕਸ਼ਨ ਆਉਂਦਾ ਤੇ ਉਹਦੇ ਵਿੱਚ ਮਤਲਬ ਫਿਲਮ ਨੂੰ ਤਾਂ ਸਾਰਿਆਂ ਨੇ ਪ੍ਰੇਜ਼ ਕੀਤੀ ਹੀ ਹੈ ਫਿਲਮ ਦੀ ਮਗਰ ਜਿਹੜੀ ਫੀਮੇਲ ਫੈਨ ਫੋਲੋਇੰਗ ਹੈ ਉਹ ਤੁਹਾਡੀ ਬੋਡੀ ਤੇ ਕਾਫੀ ਇੰਪ੍ਰੈਸਡ ਹੈ ਤੇ ਜੇ ਅਸੀਂ ਤੁਹਾਡੀ ਬੋਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਇਹ ਸ਼ੌਂਕ ਤੁਹਾਨੂੰ ਕਦੋਂ ਤੋਂ ਸੀ ਮੈਂ ਬੋਡੀ ਬਿਲਡਿੰਗ ਨਹੀਂ ਜੀ ਮੈਂ ਕਰਦਾ ਅੱਛਾ ਬਟ ਆਈ ਐਮ ਇਨਟੂ ਫਿਟਨੈਸ ਤਾਂ ਮੈਂ ਫੰਕਸ਼ਨਲ ਟ੍ਰੇਨਿੰਗ ਕਰਦਾ ਹਾਂਜੀ ਕਾਫੀ ਵੇਟਸ ਵੀ ਕਰਦਾ and then I play I love to play sports ta eh mera since my childhood bachpan to hi main inna cheezan cha te it's part of me exactly te reena ji ehi question main tade to puchha kyunki many people are following you on instagram and jehdi kudiyan jehdiyan hundiyan oh bilkul matlab jehde vi koi artist hunde na ohna to tips leniyan chahundiyan te tusi matlab ohna nu ki tips dena chahoge ki apne aap nu vadhiya dikhaun waste acha I would say eat healthy okay. and exercise and you know play a sport that's really keeps you in shape exactly yeah ਤੇ ਜੀ ਹੁਣ ਜੇ ਆਪਾਂ ਕੰਕਲੂਡ ਕਰਦੇ ਹਾਂ ਤੇ ਆਪਣੇ ਆਡੀਅੰਸ ਨੂੰ ਤੁਸੀਂ ਆਉਣ ਵਾਲੀ ਫਿਲਮ ਰੰਗ ਪੰਜਾਬ ਵਾਸਤੇ ਜੇ ਇੱਕ ਅਪੀਲ ਕਰਨੀ ਹੋਏਗੀ ਤਾਂ ਜ਼ਰੂਰ ਆਪਣੇ ਬਾਰੇ ਇਹੀ ਅਪੀਲ ਮੇਰੀ ਅੱਜ ਕੱਲ੍ਹ ਸਾਰੇ ਕਿਤੇ ਆਉਂਦਾ ਕਿ ਤੁਸੀਂ ਫਿਲਮ ਜਿਹੜੀ ਦੇਖਣੀ ਆ ਉਹਨੂੰ ਸਿਨੇਮੇ 'ਚ ਜਾ ਕੇ ਦੇਖਿਓ ਕਿਉਂਕਿ ਫਿਲਮ ਬਣਦੀ ਹੈ ਸਿਨੇਮੇ ਲਈ ਟੀ ਵੀ ਲਈ ਨਹੀਂ ਬਣੀ ਫਿਲਮ ਤਾਂ ਉਹਨੂੰ ਸਿਨੇਮੇ 'ਚ ਜਾ ਕੇ ਦੇਖਿਓ ਉਹਦਾ ਐਕਸਪੀਰੀਅੰਸ ਤੁਹਾਨੂੰ ਸਿਨੇਮੇ 'ਚ ਹੀ ਸਮਝ ਆਊਗਾ ਸਪੈਸ਼ਲੀ ਮੇਰੀਆਂ ਫਿਲਮਾਂ ਦਾ ਉਹਦਾ ਤੁਹਾਨੂੰ ਪਤਾ ਲੱਗ ਜੂਗਾ ਫਰਕ ਜਦੋਂ ਤੁਸੀਂ ਦੇਖੋਗੇ ਥੈਂਕ ਯੂ ਸੋ ਮਚ ਵਾਚ ਰੰਗ ਪੰਜਾਬ ਔਨ ਦ 23rd ਆਫ ਨਵੰਬਰ ਥੈਂਕ ਯੂ ਗਾਇਸ ਮੈਂ ਕਹਿੰਦਾ ਸੀ ਕਿ ਜ਼ਰੂਰ ਰੰਗ ਪੰਜਾਬ ਨਵੰਬਰ 23rd ਤੇ ਦੇਖਿਓ ਅੱਛਾ ਦੀਪ ਰੰਗ ਪੰਜਾਬ ਤਾਂ ਸਾਰੇ ਦੇਖਣ ਆਉਣ ਵਾਲੇ ਨੇ ਇਸ ਤੋਂ ਇਲਾਵਾ ਵੀ ਤੁਹਾਡੇ ਕੋਈ ਆਉਣ ਵਾਲੇ ਫਿਊਚਰ ਪ੍ਰੋਜੈਕਟਸ ਜਿਨ੍ਹਾਂ 'ਚ ਸਾਨੂੰ ਦੀਪ ਸਿੱਧੂ ਜੀ ਦੇਖਣ ਨੂੰ ਮਿਲਣਗੇ ਇੱਕ ਹੋਰ ਗੱਲ ਆ ਉਹ ਸਾਰੇ ਆਪਾਂ ਕਹਿ ਦਿੰਦੇ ਆ ਪਰ ਸਾਰੇ ਆਉਂਦੇ ਨਹੀਂ ਅੱਛਾ ਤੁਸੀਂ ਆਪਾਂ ਆਪਾਂ ਹੁਣ ਐਤਕੀ ਸਮਝਾਉਂਦੇ ਹਾਂ ਕਿਉਂਕਿ ਦੇਖੋ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੀਆਂ ਸੀਰੀਅਸ ਮੂਵੀਜ਼ ਹੁੰਦੀਆਂ ਨਾ ਉਹਨਾਂ ਦਾ ਇੱਕ ਕਨਸੈਪਟ ਹੁੰਦਾ ਉਹਨਾਂ ਦਾ ਇੱਕ ਮੁੱਦਾ ਹੁੰਦਾ ਜੋ ਕਿ ਲੋਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਦੇਖਿਓ ਨਾ ਕਈ ਫਿਲਮਸ ਹੁੰਦੀਆਂ ਜਿਹੜੀਆਂ ਇੱਕ ਵਧੀਆ ਮੈਸੇਜ ਕਨਵੇ ਕਰਦੀ ਹੈ
ਤੇ ਆਉਣ ਵਾਲੀ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਵੀ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਇਦਾਂ ਦੇ ਫਿਲਮਸ ਵੀ ਕਾਮੇਡੀ ਫਿਲਮਸ ਵੀ ਦੇਖਣੀਆਂ ਚਾਹੀਦਾ ਪਰ ਇਦਾਂ ਦੀਆਂ ਫਿਲਮਸ ਨੂੰ ਨਹੀਂ ਮਿਸ ਕਰਨਾ ਕਾਮੇਡੀ ਇਦਾਂ ਦੇ ਫਿਲਮ ਦੇਣੀਆਂ ਚੰਗੀਆਂ ਫਿਲਮਾਂ ਦੇਖੋ ਤੇ ਸਿਰਫ ਵਿਆਹ ਹੀ ਮਤ ਦੇਖੋ ਫਿਲਮਾਂ ਚ ਵੀ ਉਹਨਾਂ ਨੂੰ ਦੇਖ ਤੁਹਾਡੇ ਨਾਲ ਇੱਕ ਵਾਰੀ ਫੇਰ ਰੂਬਰੂ ਹੋ ਰਿਹਾ ਫਿਲਮ ਨੂੰ ਸਾਡੀ ਨੂੰ ਲੈ ਕੇ ਰੰਗ ਪੰਜਾਬ ਰਾਕੇਸ਼ ਮਹਿਤਾ ਜੀ ਨੇ ਡਾਇਰੈਕਟ ਕੀਤੀ ਆ ਐਂਡ ਕਰਤਾਰ ਮਾਇਸਾਫ ਰੀਨਾ ਸ਼ੀਜ ਇਹਨਾਂ ਦੀ ਪਹਿਲੀ ਫਿਲਮ ਆ ਡੈਬਿਊ ਕਰ ਰਹੇ ਆ ਪੰਜਾਬੀ ਇੰਡਸਟਰੀ ਤੋਂ ਪੰਜਾਬੀ ਇੰਡਸਟਰੀ 'ਚ ਸ਼ੀਜ ਫਰੋਮ ਯੂ ਐਸ ਸੈਨ ਫਰਾਂਸਿਸਕੋ ਐਂਡ ਆਈ ਥਿੰਕ ਲੈਟਸ ਸਟਾਰਟ ਕੁਐਸਚਨ ਆਨਸਰਸ ਜਦੋਂ ਆਪਾਂ ਸਵਾਲ ਜਵਾਬ ਪੁੱਛਾਂਗੇ ਤਾਂ ਆਪੇ ਹੀ ਸਾਰੀਆਂ ਗੱਲਾਂ ਦੱਸੀਆਂ ਜਾਣਗੀਆਂ ਬਿਕੋਜ਼ ਆਈ ਥਿੰਕ ਐਵਰੀਵਨ ਵਾਸ ਵੇਟਿੰਗ ਹੀ ਵਾਸ ਔਨ ਅ ਫਲਾਈਟ ਐਂਡ ਵੀ ਡਿਡ ਨਾਟ ਵਾਂਟ ਟੂ ਸਟਾਰਟ ਵਿਦਆਊਟ ਹਿਮ ਦੈਟਸ ਵਾਈ ਆਈ ਥਿੰਕ ਵੀ ਆਰ ਲੇਟ ਵੀ ਅਪੋਲੋਜਾਈਜ਼ ਫੋਰ ਦੈਟ ਬਟ ਲੈਟਸ ਸਟਾਰਟ ਨਾਓ ਲੈਟਸ ਰੋਲ ਸਤਿਕਾਲ ਬਹੁਤ ਬਹੁਤ ਮੁਬਾਰਕ ਤੁਹਾਡੀਆਂ ਤੁਹਾਡੀ ਤੀਸਰੀ ਫਿਲਮ ਆ ਰਹੀ ਹੈ ਸਾਰੀ ਸਟਾਰ ਕਾਸਟ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕ ਥੈਂਕ ਯੂ ਸੋ ਮਚ ਜੋਰਾ 10 ਨੰਬਰੀਆ ਫਿਲਮ ਨੂੰ ਦੇਖ ਕੇ ਲੋਕਾਂ ਨੇ ਜੋ ਦੀਪ ਸਿੱਧੂ ਤੇ ਵਿਸ਼ਵਾਸ ਬਣਾ ਲਿਆ ਉਹ ਕੁਛ ਜ਼ਿਆਦਾ ਬਣਾ ਲਿਆ ਕਿਉਂਕਿ ਜਿਹੜੇ ਬੰਦੇ ਨੇ ਇੱਕ ਵਾਰੀ ਦੇਖੀ ਉਹ ਇੱਕ ਵਾਰੀ ਵੀ ਦੇਖੀ ਪੰਜ ਪੰਜ ਵਾਰੀ ਦੇਖੀ ਹੈ ਰੰਗ ਪੰਜਾਬ ਤੋਂ ਆਸ ਬਹੁਤ ਵੱਡੀ ਹੈ ਦੋ ਸਵਾਲ ਹੀ ਕੁਛ ਤੁਸੀਂ ਦੱਸ ਦਿਓ ਇੱਕ ਤਾਂ ਇਹ ਉਸੇ ਜੋਰਾ 10 ਨੰਬਰੀਆ ਦੀ ਤੋਂ ਵੱਧ ਆਸ ਨੂੰ ਲੋਕਾਂ ਦੀ ਪੂਰੀ ਕਰੇਗੀ ਦੂਸਰਾ ਰੰਗ ਪੰਜਾਬ ਇੱਕ ਬੜਾ ਸੋਹਣਾ ਨਾਮ ਹੈ ਇਹਦਾ ਨਾਮ ਰੰਗ ਹੀ ਪੰਜਾਬ ਕਿਉਂ ਹੈ ਕਿ ਪੰਜਾਬ ਦੇ ਰੰਗ ਦਿਖਾਏ ਗਏ ਨੇ ਜਾਂ ਕੁਛ ਹੋਰ ਤਰ੍ਹਾਂ ਨਹੀਂ ਜੀ ਜਿਹੜਾ ਰੰਗ ਪੰਜਾਬ ਆ ਉਹਦਾ ਟਾਈਟਲ ਦਾ ਵੀ ਸਾਡੀ ਫਿਲਾਸਫੀ ਸੀ ਉਹ ਫਿਲਾਸਫੀ ਇਹ ਸੀ ਵੀ ਪੰਜਾਬ ਆਪਦੇ ਆਪ 'ਚ ਇੱਕ ਰੰਗ ਆ ਉਸ ਇਸ ਸੂਬੇ ਦੇ ਅੰਦਰ ਵੱਖਰੇ ਵੱਖਰੇ ਤਰ੍ਹਾਂ ਦੇ ਰੰਗ ਆਪਾਂ ਦੇਖਦੇ ਹਾਂ ਪਰ ਉਹ ਸਾਰੇ ਰੰਗ ਮਿਲ ਕੇ ਇੱਕ ਰੰਗ ਬਣਦਾ ਜਿਹਨੂੰ ਰੰਗ ਪੰਜਾਬ ਕਿਹਾ ਜਾਂਦਾ ਕਿਉਂਕਿ ਜਦੋਂ ਆਪਾਂ ਦੇਸ਼ ਦੇ ਨਕਸ਼ੇ 'ਤੇ ਵੀ ਇਸ ਪੰਜਾਬ ਨੂੰ ਆਪਾਂ ਦੇਖਦੇ ਹਾਂ ਤਾਂ ਆਪਾਂ ਨੂੰ ਇੱਕ ਆਪਣੱਤ ਉਹਦੇ 'ਚੋਂ ਦੇਖਦੀ ਹੈ ਇੱਕ ਸਾਂਝ ਭਾਈਚਾਰਾ ਵੀ ਆ ਸਾਡਾ ਸਟੇਟ ਆ ਉਹੀ ਰੰਗ ਆ ਜਿਹੜੀ ਆਪਣੇ ਅੰਦਰ ਮਹਿਸੂਸ ਹੁੰਦਾ ਤਾਂ ਟਾਈਟਲ ਦਾ ਮਤਲਬ ਰੰਗ ਪੰਜਾਬ ਉਸ ਫਿਲਾਸਫੀ ਦੇ ਨਾਲ ਅਗਲੀ ਗੱਲ ਇਹ ਹੈ ਵੀ ਡੈਫੀਨੇਟਲੀ ਹਰ ਫਿਲਮ 'ਚ ਓਨੀ ਹੀ ਸ਼ਿੱਦਤ ਓਨੀ ਹੀ ਮਿਹਨਤ ਓਨਾ ਹੀ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਹਾਂ ਕਰਤਾਰ ਤੁਹਾਨੂੰ ਪਤਾ ਹੀ ਆ ਸਿਕੰਦਰ ਕੀਤੀ ਅਤੇ ਯੂ ਨੋ ਹੀ ਇਜ਼ ਆਲਵੇਜ਼ ਪੈਸ਼ਨੇਟ ਅਬਾਊਟ ਹਿਸ ਵਰਕ ਮਹਿਤਾ ਸਾਹਿਬ ਵੀ ਬਹੁਤ ਪੈਸ਼ਨੇਟ ਡਾਇਰੈਕਟਰ ਆ ਜਦੋਂ ਤੁਹਾਡੇ ਨਾਲ ਗੱਲ ਕਰਨਗੇ ਦੱਸਣਗੇ ਤਾਂ ਬੜੀ ਟੀਮ ਨੇ ਲੜਦੇ ਝਗੜਦੇ ਆਪਸ 'ਚ ਪਿਆਰ ਨਾਲ ਕਿਉਂਕਿ ਜਦੋਂ ਫਿਲਮਾਂ ਬਣਦੀਆਂ ਉਦੋਂ ਸਿਰਫ ਇਹੀ ਨਹੀਂ ਕਿਹਾ ਜਾਂਦਾ ਵੀ ਅਸੀਂ ਬਹੁਤ ਪਿਆਰ ਨਾਲ ਅਤੇ ਆਪਸ 'ਚ ਆਏ ਰਹੇ ਜੀ ਅਸੀਂ ਤਾਂ ਲੜੇ ਵੀ ਹਾਂ ਅਸੀਂ ਪਿਆਰ ਵੀ ਕੀਤਾ ਕਿਉਂਕਿ ਸਾਡੀ ਇਮਾਨਦਾਰੀ ਸਾਡੇ ਪ੍ਰੋਡਕਟ ਦੇ ਪ੍ਰਤੀ ਸੀ ਸਾਡੀ ਫਿਲਮ ਦੇ ਪ੍ਰਤੀ ਸੀ ਅਤੇ ਤੁਹਾਨੂੰ ਇਹ ਨਿਰਾਸ਼ ਨਹੀਂ ਕਰੂਗੀ ਤੁਹਾਨੂੰ ਬਹੁਤ ਖੁਸ਼ੀ ਮਿਲੂਗੀ ਕਿਉਂਕਿ ਇਹਦੇ 'ਚ ਜਿਹੜੀ ਚੰਗਿਆਈ ਆ ਇਹਦੇ 'ਚ ਆਪਣੱਤ ਆ ਜਿਹੜੀ ਮੈਸੇਜ ਦਿੰਦੇ ਹਾਂ ਕਿਉਂਕਿ ਅਸੀਂ ਫਿਲਮਾਂ ਜਦੋਂ ਬਣਾਉਂਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਤੁਹਾਨੂੰ ਕੁਛ ਨਾ ਕੁਛ ਲਿਜਾਣ ਨੂੰ ਮਜਬੂਰ ਕਰੀਏ ਘਰੇ ਜਦੋਂ ਤੁਸੀਂ ਦੇਖੋ ਇੱਕ ਚੰਗਾ ਸਿਨੇਮਾ ਦੇਖਣ ਨੂੰ ਮਿਲੂਗਾ ਜੀ ਹਰ ਫਿਲਮ ਹੀ ਐਕਸਪੈਰੀਮੈਂਟ ਹੁੰਦੀ ਹੈ ਜੀ ਜਦੋਂ ਤੁਸੀਂ ਨਵੇਂ ਕੋ-ਸਟਾਰਸ ਨਾਲ ਕੰਮ ਕਰਦੇ ਹੋ ਉਹਨਾਂ ਦਾ ਕਿਉਂਕਿ ਐਕਸ਼ਨ ਰਿਐਕਸ਼ਨ ਆ ਫਿਲਮ ਐਕਟਰ ਲਈ ਜਦੋਂ ਅਸੀਂ ਆਪਦਾ ਕੈਰੈਕਟਰ ਪਰਫੋਰਮ ਕਰਦੇ ਹਾਂ ਤਾਂ ਉਹ ਹਰ ਫਿਲਮ 'ਚ ਹੀ ਬਹੁਤ ਜ਼ਿਆਦਾ ਐਕਸਪੈਰੀਮੈਂਟ ਹੁੰਦੇ ਆ ਤਾਂ ਇਹ ਤਾਂ ਹਰ ਫਿਲਮ ਦੇ ਨਾਲ ਸਿੱਖਦੇ ਜਾਂਦੇ ਹਾਂ ਅਤੇ ਐਕਸਪੈਰੀਮੈਂਟ ਕਰਦੇ ਜਾਂਦੇ ਹਾਂ ਜੀ ਬਹੁਤ ਵਧੀਆ ਟੈਕਨੀਕੈਲਿਟੀ ਦੇ ਨਾਲ ਇਮੋਸ਼ਨ ਦਾ ਬੜਾ ਅਸੀਂ ਧਿਆਨ ਰੱਖਿਆ ਔਰ ਸਟੋਰੀ ਕੰਟੈਂਟ ਜਿਹੜਾ ਉਹ ਕਿੰਗ ਹੈ ਸਾਡੀ ਫਿਲਮ ਦਾ ਸਿਰਫ ਐਕਸ਼ਨ ਹੀ ਹੈ ਮਤਲਬ ਰੋਮਾਂਸ ਨਹੀਂ ਸਟੋਰੀ ਕੰਟੈਂਟ ਓਵਰਆਲ ਉਹ ਤੁਸੀਂ ਦੇਖੋਗੇ ਫਰਾਈਡੇ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਹਰ ਚੀਜ਼ ਮਿਲੇਗੀ ਮਿਊਜ਼ਿਕ ਐਕਸ਼ਨ ਰੋਮਾਂਸ ਐਂਡ ਦੈਨ ਇਹਨਾਂ ਦੋਨਾਂ ਦੀ ਜਿਹੜੀ ਰਾਈਵਲਰੀ ਹੈ ਆਪਸ ਕਮਾਲ ਦੀ ਹੈ ਰੰਗ ਪੰਜਾਬ ਮਤਲਬ ਇਹ ਪੰਜਾਬ ਦੀ ਬਹੁਤ ਹੀ ਅੱਜ ਕੱਲ੍ਹ ਦੀ ਜੋ ਰਿਐਲਿਟੀ ਹੈ ਨਾ
ਤੁਸੀਂ ਸਾਰੇ ਨਿਊਜ਼ ਪੜ੍ਹਦੇ ਵੀ ਹੋ ਵੇਖਦੇ ਵੀ ਹੋ ਅਤੇ ਉਹ ਰਿਐਲਿਟੀ ਨੂੰ ਬਿਆਨ ਕਰਦੀ ਹੋਈ ਫਿਲਮ ਆ ਕਹਿੰਦੇ ਜੇ ਬੁਰਾਈ ਨਾ ਹੋਵੇ ਤਾਂ ਉੱਥੇ ਚੰਗਿਆਈ ਦੀ ਕੋਈ ਵੈਲਿਊ ਨਹੀਂ ਹੁੰਦੀ ਸੋ ਪੰਜਾਬ ਦਾ ਜੋ ਮਾਹੌਲ ਹੈ ਅੱਜ ਕੱਲ੍ਹ ਨਾ ਇੱਕ ਖਾਕੀ ਅਤੇ ਇੱਕ ਦੂਜੇ ਪਾਸੇ ਨਜਾਇਜ਼ ਗੰਨਾ ਹਥਿਆਰ ਆਪ ਹੁਦਰੇ ਮੁੰਡੇ ਜਾਂ ਹੋਰ ਨਾ ਜੋ ਬੜੀ ਹੀ ਰਿਅਲਿਸਟਿਕ ਫਿਲਮ ਕਹਿ ਸਕਦੇ ਹਾਂ ਪੰਜਾਬ ਦੇ ਵਿੱਚੋਂ ਦੀਪ ਬਾਈ ਨੇ ਮੈਨੂੰ ਲੱਗਦਾ ਵੀ ਆਪਾਂ ਕਿੰਨੀ ਵਾਰੀ ਤਾਂ ਤਿੰਨ ਚਾਰ ਵਾਰ ਤਾਂ ਸਕ੍ਰਿਪਟ ਚੇਂਜ ਕਰਦੀ ਹਰ ਵਾਰ ਪੰਜਾਬ 'ਚ ਕੋਈ ਨਵਾਂ ਇੰਸੀਡੈਂਟ ਸੁਣਨ ਨੂੰ ਮਿਲਦਾ ਸੀ ਜਾਂ ਕੁਛ ਹੁੰਦਾ ਸੀ ਉਹ ਫਿਰ ਚੇਂਜ ਕਰ ਲੈਣੀ ਦੀਪ ਬਾਈ ਦਾ ਮੈਂ ਇਹ ਤੋਂ ਪਹਿਲਾਂ ਨੈਗੇਟਿਵ ਕਰੈਕਟਰ ਬਿਲਕੁਲ ਛੱਡੇ ਹੋਏ ਸੀ ਕਰਨੇ ਅਤੇ ਦੀਪ ਬਾਈ ਦਾ ਜੋ ਪੈਸ਼ਨ ਸੀਗਾ ਜਾਂ ਫਿਰ ਮੈਨੂੰ ਮਹਿਤਾ ਸਾਹਿਬ ਨੇ ਜਿਵੇਂ ਫਿਲਮ ਨਰੇਟ ਕੀਤੀ ਉਹਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਕੈਨਵਸ 'ਤੇ ਇਹੋ ਜਿਹੀ ਫਿਲਮ ਹੋ ਗਈ ਜਿਹਦੇ ਉੱਤੇ ਪਹਿਲੀ ਵਾਰ ਇੱਕ ਵਿਲਨ ਹੀਰੋ 'ਤੇ ਭਾਰੀ ਪੈਂਦਾ ਅਤੇ ਫਿਰ ਉਸ ਤੋਂ ਬਾਅਦ ਹੀਰੋ ਵਿਲਨ 'ਤੇ ਭਾਰੀ ਪੈਂਦਾ ਇੱਕ ਕਹਿ ਸਕਦੇ ਹਾਂ ਹੀਰੋ ਅਤੇ ਵਿਲਨ ਦੀ ਲਵ ਸਟੋਰੀ ਵੀ ਇਹਨੂੰ ਕਿਸੇ ਨਾ ਕਿਸੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਬੁਰਾਈ ਵੀ ਆ ਚੰਗਿਆਈ ਵੀ ਆ ਇਸ਼ਕ ਵੀ ਆ ਪਿਆਰ ਵੀ ਆ ਮੁਹੱਬਤ ਆ ਫੈਮਿਲੀਆਂ ਵਾਲੀ ਫਿਲਮ ਆ ਹੈ ਨਾ ਸੋ ਇਹਦੇ ਵਿੱਚ ਜੋ ਵੀ ਤੁਸੀਂ ਵੇਖੋਗੇ ਅੱਜ ਕੱਲ੍ਹ ਪੰਜਾਬ ਦੇ ਨਾਲ ਜੁੜੀ ਹੋਈ ਗੱਲ ਜੋ ਵੀ ਅੱਜ ਕੱਲ੍ਹ ਪੰਜਾਬ ਦਾ ਮਾਹੌਲ ਹੈ ਕਿਤੇ ਨਾ ਕਿਤੇ ਉਹਦਾ ਤੁਹਾਨੂੰ ਪਰਦੇ 'ਤੇ ਨਜ਼ਰ ਆਊਗਾ ਅਤੇ ਜਦੋਂ ਰਿਐਲਿਟੀ ਨਾਲ ਚੀਜ਼ਾਂ ਜੋੜਦੇ ਹਾਂ ਆਪਾਂ ਮੈਨੂੰ ਲੱਗਦਾ ਵੀ ਫਿਲਮ ਇੰਟਰਟੇਨ ਵੀ ਕਰਦੀ ਹੈ ਅਤੇ ਚੰਗੀ ਵੀ ਹੁੰਦੀ ਹੈ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਜੀ ਵੀ ਕਰਤਾਰ ਦਾ ਕੈਰੈਕਟਰ ਨੈਗੇਟਿਵ ਨਹੀਂ ਆ ਕਰਤਾਰ ਦਾ ਕੈਰੈਕਟਰ ਫਿਲਮ ਦਾ ਵੀ ਨਹੀਂ ਆ ਕਿਉਂਕਿ ਅਸੀਂ ਫਿਲਮਾਂ ਨੂੰ ਉਵੇਂ ਨਹੀਂ ਦੇਖਦੇ ਕਰਤਾਰ ਦਾ ਕੈਰੈਕਟਰ ਓਨਾ ਹੀ ਅਹਿਮ ਆ ਜਿੰਨਾ ਮੇਰਾ ਅਹਿਮ ਆ ਥੰਮ ਆ ਦੋਨੇ ਫਿਲਮ ਦੇ ਇਹ ਦੋਨੇ ਕੈਰੈਕਟਰ ਉਹਨਾਂ ਦੀ ਫਿਲੋਸਫੀ ਵੱਖਰੀ ਆ ਬਸ ਉਹਨਾਂ ਦੇ ਮਾਹੌਲ ਸਰਕਮਸਟਾਂਸਿਸ ਵੱਖਰੇ ਹੋ ਸਕਦੇ ਆ ਪਰ ਦੋਨੇ ਥੰਮ ਆ ਫਿਲਮ ਦੇ ਤਾਂ ਮੈਂ ਇਹ ਇਸ ਲਈ ਕਹਿਣਾ ਚਾਹੂੰਗਾ ਕਿਉਂਕਿ ਮੈਂ ਹਮੇਸ਼ਾ ਤੋਂ ਇਹੀ ਵਿਸ਼ਵਾਸ ਰੱਖਦਾ ਵੀ ਜਦੋਂ ਕਰਤਾਰ ਨੂੰ ਕਹਾਣੀ ਸੁਣਾਈ ਵੀ ਗਈ ਸੀ ਇਹ ਕਿਹਾ ਗਿਆ ਸੀ ਵੀ ਨੈਗੇਟਿਵ ਕੈਰੈਕਟਰ ਨਹੀਂ ਆ ਫਿਲੋਸਫੀ ਵੱਖਰੀ ਹੋ ਸਕਦੀ ਆ ਪਰ ਨਾ ਉਹ ਨੈਗੇਟਿਵ ਆ ਨਾ ਉਹ ਪੋਜ਼ਿਟਿਵ ਆ ਕਿਉਂਕਿ ਕਿਸੇ ਹੱਦ 'ਤੇ ਜਾ ਕੇ ਮੈਂ ਵੀ ਨੈਗੇਟਿਵ ਹਾਂ ਜੇ ਉਸ ਤਰ੍ਹਾਂ ਦੇਖਿਆ ਜਾਵੇ ਤਾਂ ਫਿਲਮ 'ਚ ਸੋ ਦੇਅਰਫੋਰ ਆਈ ਜਸਟ ਵਾਂਟਡ ਟੂ ਕਰੈਕਟ ਦੈਟ ਸੋ ਦੈਟ ਤੁਸੀਂ ਉਸੇ ਤਰ੍ਹਾਂ ਇਸ ਚੀਜ਼ ਨੂੰ ਪੇਸ਼ ਕਰੋ My question is to Reena. Reena, welcome to Punjabi Film Industry. Thank you so much. Aap model, tusi model reh chuke ho, Miss Southeast Asia. Haan ji. Tuhadi kidda rahi hai journey from a model into an actress and that too in Punjabi industry. Haan ji. So, eh meri dream si to become an actress, kidda main shauki hun si. And eh to pehlo maine hi modeling kiti si, so mera man si, you know, I wanted to become an actress. So, modeling kiti si, ਅਤੇ ਉਹਦੇ ਬਾਅਦ ਵਾਟ ਫਿਲਮ ਮਿਸ ਸਾਊਥ ਏਸ਼ੀਆ ਐਂਡ ਮੈਂ ਡਾਕਟਰ ਨਾਲ ਕੰਮ ਕੀਤਾ ਸੀ ਤਾਂ ਮਿਊਜ਼ਿਕ ਵੀਡੀਓ ਕਿ ਉਹ ਹਾਇਰ ਕਲਾਈਂਟ ਸੀ ਸੋ ਅਤੇ ਫਿਰ ਉਹਦੇ ਬਾਅਦ ਇਹਦੇ ਨਾਲ ਮੇਰੀ ਜਿਹੜੀ ਐਕਸਪੀਰੀਅੰਸ ਸੀ ਫਿਲਮ ਦੇ ਵਿੱਚ ਉਹ ਵੀ ਬਹੁਤ ਵਧੀਆ ਸੀ ਪਹਿਲੀ ਫਿਲਮ ਦੇ ਵਿੱਚ ਕਰਨ ਇਟ ਵਾਜ਼ ਰੀਅਲੀ ਨਾਈਸ ਸਾਰੇ ਬਹੁਤ ਮੇਰੇ ਨਾਲ ਪੇਸ਼ੈਂਟ ਸੀ ਮੇਰੀ ਪੰਜਾਬੀ ਦੇ ਵਿੱਚ ਕੀ ਮੈਂ ਥੋੜ੍ਹੀ ਜਿਹੀ ਪ੍ਰੋਬਲਮ ਸੀ ਪਰ ਉਹ ਵੀ ਫਿਰ ਮੈਂ ਖਿੱਚਦੀ ਸੀ ਉਹ ਵੀ ਜੇ ਆਪਾਂ ਦੇਖੀਏ ਤਾਂ ਸਾਰੇ ਜਿਹੜੇ ਐਕਟਿੰਗ ਦੇ ਸਾਹਮਣੇ ਚੀਮਾ ਸਾਹਿਬ ਨੂੰ ਸਾਰੇ ਭਲੀ ਭਾਂਤ ਜਾਣਦੇ ਨੇ ਦੀਪ ਸਿੱਧੂ ਜੀ ਨੇ ਆਪਣਾ ਰਿਕਾਰਡ ਪੈਦਾ ਕੀਤਾ ਤੁਸੀਂ ਨਵੇਂ ਆਏ ਸੀ ਹਾਲਾਂਕਿ ਤੁਹਾਡਾ ਮਾਡਲਿੰਗ ਦੇ ਵਿੱਚ ਐਕਸਪੀਰੀਅੰਸ ਸੀ ਪਰ ਪੰਜਾਬੀ ਦੇ ਵਿੱਚ ਲੈਂਗੁਏਜ ਦਾ ਤੁਸੀਂ ਦੱਸ ਹੀ ਦਿੱਤਾ ਐਕਟਿੰਗ ਦਾ ਕਿੱਦਾਂ ਰਿਹਾ ਇੰਨੇ ਥੰਮਾਂ ਦੇ ਵਿੱਚ ਤਾਂ ਬੰਦਾ ਵੈਸੇ ਨਰਵਸ ਹੋ ਜਾਂਦਾ ਤੁਹਾਨੂੰ ਕਿੱਦਾਂ ਰਿਹਾ ਇਹਨਾਂ ਦਾ ਸਾਥ ਰਿਹਾ ਤੁਹਾਨੂੰ ਪੂਰਾ ਜਾਂ ਤੁਸੀਂ ਕਿੱਦਾਂ ਐਕਟਿੰਗ ਸਿੱਖੀ ਕਰ ਬਸ ਉਹੀ ਸੀ ਕਿ ਪੰਜਾਬੀ ਦੇ ਵਿੱਚ ਜਦੋਂ ਸਾਨੂੰ ਲੈਂਗੁਏਜ ਨਹੀਂ ਪਤਾ ਪਿਆ ਉਹ ਰਿਐਕਸ਼ਨ ਐਕਸਪ੍ਰੈਸ਼ਨ ਨਹੀਂ ਹੋਣਗੇ ਬਟ ਐਵਰੀਬਡੀ ਸਪੋਰਟ Hello everyone. Hi. The corner is better, man. That's quite a place to hide. Yes, actually. Actually, go down and ask your question then. We'll find you where you are then. Definitely. So, can we afford Clash, this Clash which is coming? ਤੁਹਾਡੀ ਫਿਲਮ ਮੈਰਿਜ ਪੈਲੇਸ ਨਾਲ ਰਿਲੀਜ਼ ਹੋ ਰਹੀ ਹੈ ਰਾਈਟ ਇਸ ਵਕਤ ਜਦੋਂ ਸਾਡੇ ਹਾਲਾਤ ਚੱਲ ਰਹੇ ਨੇ ਇੰਡਸਟਰੀ ਦੇ ਹਰ ਹਫ਼ਤੇ ਫਿਲਮ ਆ ਰਹੀ ਹੈ ਬਟ ਆਡੀਅੰਸ ਹੈ ਨਹੀਂ ਹਾਂਜੀ ਠੀਕ ਹੈ ਸੋ ਕੈਨ ਵੀ ਰੀਲੀ ਅਫੋਰਡ ਦਿਸ ਫਲੈਸ਼ ਦੇਖੋ ਇਹ ਮੈਨੂੰ ਐਂ ਲੱਗਦਾ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ
नहीं होने चाहिए क्लैशेस बिकॉज हजे अपनी इंडस्ट्री उन्नी ज्यादा ग्रो नहीं हुई या उन्नी ऑडियंस है नहीं अपने को अपने को क्लैशेस हैंडल कर सके दोनों पासे ऑडियंस जा सके बहुत लिमिटेड रिसोर्सिज आ इनकम दे भी ते उन्नी की ऑडियंस है जी जाके फिल्म देखती है सो आई थिंक वी शुड अवॉयड दिस ये सानू आपस भी सोचना चाहिए पर अगेन मैं ना उन्होंने ब्लेम करूंगा ना आपके आप इसलिए ब्लेम करूंगा Who is that point here, basically? No. Because we can't say no one. There is something. No, I'll say that. So, yeah. Every week we are reviewing movies, every week we are watching movies, yes. Right? So when we see मूवी रिलीज होंगी है थिएटर पहुंचते हैं कई बार पब्लिक रिव्यू लाइन से चार बंदे निकलते हैं हाँ जी ठीक है और कई बार फिल्म अच्छी भी होंगी है एटलीस्ट नो आई हैव फेस्ड दैट आई हैव फेस्ड दैट इन माय अर्लियर फिल्म मतलब मैं बड़ा ईमानदार पता है इस मामले च मैं गल करता हो सकता मेरी फिल्म च चार बंदे निकले हो दस घंटे च है तो ये भी गल पक्की है पर असी पहला रिलीज अपनी डेट अनाउंस की हुई सी फिर पता नहीं उन्होंने क्यों अनाउंस की डिस्कस कर सकते डिस्कस नहीं हुआ एंड दे ऑलसो अनाउंस द सेम डेट हूँ जो सिंह फसते हैं फिर बठिंडे आ गए पिछले होंगे दीप भाई मैंने एक गल लगती है तुम भी क्वेश्चन तो मैं लगता है ज्यादा दो फिल्म एनालाइज कर लेंगे तो मैं लगता है तो दिमाग च क्वेश्चन आता भी ना हिंदी दिन फिल्म रिलीज होंगे ने तिने फ्लॉप हो जाए Sometime नहीं भी होंगे सो दोवें फिल्म वक्रिया ने मैरिज पैलेस में तुम रंग पंजाब नहीं वेख सकते रंग पंजाब मैरिज पैलेस नहीं वेख सकते असी पंजाब के सिनेमे के कैनवस से दो डिफरेंट फिल्म रखी ने वह भी उस स्टेज पर जब सिनेमा बहुत ज्यादा चेंज हो गया टोटली अग्री टू यू पॉइंट खामिया करके नहीं आते फ्लॉप फिल्म की भी पब्लिसिटी चंगी तरह हो गई फिल्म नहीं वधिया ऑडियंस फ्राइडे आंदी ही आंदी है सो ये तुसी एडवर्टाइज किवें करदे हो अपनी फिल्म नूं किहड़े तरीके नाल करदे हो ठीक है बिल्कुल आई हैव सम डिस्कशन ओवर इट दैट विल डू इट इन वन ऑन वन एक गल होर आ जिहड़ी तुहानूं सोचनी चाहीदी आ वी आपां यार मेरे ख्याल 15 20 ब्याह तक करा चुके हैं है ना हुण छड दिए उहनां नूं है ना एक पासे आपां बायलार्स बना दें उस विह करा दें पिछले भी ट्रैक्टर से जो जितूगा वह विह हो जाऊगा फिर आप लाटू जगा दें विह करा दें फिर एक पास आप बंदूघाट बना दें सिनेमा कितने अपने को मेरे होर किसी ना कोई डिफरेंस नहीं है क्रिएटिव डिफरेंस है राइट सो आई एम गिविंग यू सिनेमा एंड आई प्रोमिस दैट एंड यू प्लीज गो वॉच इट एंड गिव योर ऑनेस्ट ओपीनियन पब्लिकली एंड से इफ यू डिडंट लाइक इट ट्रैश इट Trash it. You know what I'm saying? So that's not a trick. But then, really, thank you so much. But it's an effort and it's an honest effort to give something to the state that this is cinema. Let's have, because in a rich culture, haja apna sahita hai, haja apna, you know, jab aap dekhi literature, inne poet hoye, inne thinker hoye, aap sirf comedy che phas gaye. सिचुएशनल कॉमेडी नहीं ओही एक्टर्स नू लेके विद ड्यू रिस्पेक्ट टू एवरीवन ओही चेहरे नू लेके उवें ही बोलदे आ तुसीं चेहरे चेंज कर दो उहनां दे बोलन दा स्टाइल भी ओही आ व्हाट इज दिस हैपनिंग व्हाई आई हैव दिस क्वेश्चन वी आल्सो बिलोंग टू फोटोग्राफी एब्सोल्युटली ता असीं खुद चाहुंदे कि चंगीआं फिल्मां नू ओनली स्पेस भी मिले पर भाई मिलदी आ देखो फिल्म नू ना तुसीं बिजनेस दे नाल बिजनेस ते चंगी फिल्म दा कोई आपस च लिंक नहीं है मुगले आजम भी नहीं चली सी शोले भी नहीं चली सी पर उस वेले एंटरटेनमेंट है ना जिहड़ी उहदा साधन ही सिनेमा हुंदा सी ओह एक वीक नहीं चलती सी दूजे वीक पिक कर लैंदी सी हुण तां एक दिन नहीं चलती दूजे दिन थिएटर वाले ला के पासे मारदे आ शो ही घटा दिंदे आ की करोगे तुसीं बाद च जोरे दस नंबरिया देख के तुसीं नैटफ्लिक्स ते कहिंदे हो यार क्या फिल्म सी भाई तुहाडी तुसीं डायलॉग दे वट कटते तुसीं सीन्स वाले वट कटते यू नो एक गल हो रहा जी फिल्म है ना वह बनी है थिएटर वो टीवी नहीं बनी वह नैट ले नहीं बनी क्योंकि जेडे साडे
ਸਾਊਂਡ ਆ ਜਿਹੜਾ ਸਾਡਾ ਵਿਜ਼ੂਅਲ ਆ ਉਹ ਅਸੀਂ ਤੁਹਾਨੂੰ 5.1 ਚ ਦਿਖਾਉਣਾ ਚਾਹੁੰਦੇ ਹਾਂ ਉਹ ਵਿਜ਼ੂਅਲ ਵੀ ਤੁਹਾਨੂੰ ਪੇਪਰ ਦੇ ਦਿਖਾਉਣਾ ਚਾਹੁੰਦੇ ਹਾਂ ਟੀਵੀ ਲਈ ਟੀਵੀ ਪ੍ਰੋਗਰਾਮਸ ਬਣਦੇ ਆ ਦੇਅਰਫੋਰ ਪਲੀਜ਼ ਅਪੀਲ ਐਵਰੀਵਨ ਜੇ ਫਿਲਮਸ ਦੇਖਣੀ ਆ ਤਾਂ ਸਿਨੇਮੇ ਚ ਜਾ ਕੇ ਦੇਖੋ ਬਾਹਰ ਚ ਦੇਖ ਦੇਖ ਕੇ ਕਿਤੇ ਮੋਬਾਈਲ ਤੇ ਦੇਖ ਲਈ ਨੋ ਵੀ ਨਾ ਪੈਸ਼ਨੇਟ ਟੂਅਰਡਸ ਆਰਟ ਦੈਨ ਇਸੇ ਲਈ ਆਪਣੇ ਕੋਲ ਹੁਣ ਥਿੰਕਰਸ ਨਹੀਂ ਆ ਪੋਇਟ ਨਹੀਂ ਆ ਪੇਂਟਰਸ ਨਹੀਂ ਆ ਆਪਾਂ ਸੋਹਰੇ ਸਿੰਘ ਨੂੰ ਵੀ ਪੈਦਾ ਕੀਤਾ ਆਪਾਂ ਵਾਰੇ ਸ਼ਾਹ ਧਨੀ ਰਾਮ ਚਾਤਰੇ ਕਰਕੇ ਅੰਮ੍ਰਿਤਾ ਪ੍ਰੀਤਮ ਵਰਗੇ ਥਾਂ ਪੈਦਾ ਕੀਤੇ ਆ ਇੱਥੇ ਦੈਟ ਇਜ਼ ਅ ਦੈਟਸ ਵਾਟ ਵੀ ਆਰ ਮੈਂ ਚੇਂਜ ਕਰਨਾ ਥੋੜ੍ਹਾ ਜਿਹਾ ਦੀਪ ਭਾਈ ਅਤੇ ਕਰਤਾਰ ਭਾਈ ਨੂੰ ਦੋਨਾਂ ਨੂੰ ਮੇਰਾ ਸਵਾਲ ਹੈ ਦੀਪ ਭਾਈ ਜੀ ਤੁਸੀਂ ਪੁਰਾਣੇ ਥੰਮਾਂ ਦੀ ਗੱਲ ਕੀਤੀ ਹੈ ਪੰਜਾਬੀ ਇੰਡਸਟਰੀ 'ਚ ਦੋ ਪੁਰਾਣੇ ਥੰਮ ਸੀ ਯੋਗਰਾਜ ਜੀ ਗੱਗੂ ਗਿੱਲ ਜੀ ਕੀ ਨੌਜਵਾਨ ਪੀੜ੍ਹੀ 'ਚ ਤੁਹਾਡੇ ਦੋਵਾਂ 'ਚੋਂ ਭੇੜ ਦਿਖੇਗਾ ਜੋ ਪੁਰਾਣੇ ਸਮੇਂ 'ਚ ਭੇੜ ਹੁੰਦਾ ਸੀ ਠੀਕ ਹੈ ਜੀ ਤਿੰਨ ਨੰਬਰ ਨੂੰ ਜ਼ਰੂਰ ਦੇਖਾਂਗੇ ਸਮਝੋ ਕਾਨੂੰਨ ਔਰ ਆਪਣੇ ਪੰਜਾਬ ਦੀ ਆਪਣੀ ਮਿੱਟੀ ਦੀ ਇੱਜ਼ਤ ਕਰੋ ਇਹੀ ਮੈਸੇਜ ਹੈ ਆਪਣੀ ਮਿੱਟੀ ਨਾਲ ਪਿਆਰ ਕਰੋ ਵੈਸੇ ਮੈਸੇਜ ਦੇਣ ਵਾਸਤੇ ਫਿਲਮਾਂ ਮੈਂ ਬਣਾਉਂਦਾ ਨਹੀਂ ਮਿਲ ਜਾਂਦੇ ਆ ਮੇਰੇ ਮੈਸੇਜ ਮਿਲ ਜਾਏ ਮਿਲ ਜਾਏ ਔਰ ਮੈਸੇਜ ਦੇਣ ਵਾਸਤੇ ਆਪਾਂ ਇੱਥੇ ਸ਼ਾਇਦ ਪੰਜਾਬੀ ਫਿਲਮਾਂ ਦੇ ਪੰਜਵੇਂ ਗੱਲ ਕਰਦੇ ਹਾਂ ਵੀ ਇੱਕ ਹਫ਼ਤੇ ਦੋ ਲੱਗਦੀਆਂ ਤਿੰਨ ਲੱਗਦੀਆਂ ਨੇ ਪਰ ਬਾਹਰੋਂ ਇਹ ਰਿਪੋਰਟ ਆ ਰਹੀ ਅੱਜ ਵੀ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਹਫ਼ਤੇ ਸਾਡੇ ਦੋ ਦੋ ਤਿੰਨ ਤਿੰਨ ਰਿਲੀਜ਼ ਹੋ ਰਹੇ ਨੇ ਇਹ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਭਾਸ਼ਾ ਲਈ ਬਹੁਤ ਮਾਣ ਵਾਲੀ ਗੱਲ ਸਮਝਦੇ ਤੁਸੀਂ ਕੀ ਕਰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਦੇਖੋ ਪੰਜਾਬ ਪੰਜਾਬੀਅਤ ਤੇ ਆਪਣੀ ਜਿਹੜੀ ਮਾਂ ਬੋਲੀ ਆ ਇਹਨਾਂ ਚੀਜ਼ਾਂ ਨੂੰ ਇਹ ਤਾਂ ਹਮੇਸ਼ਾ ਰਹਿਣਗੀਆਂ ਹੀ ਰਹਿਣਗੀਆਂ ਫਿਲਮਾਂ ਆਉਣ ਨਾ ਆਉਣ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਕਹਿੰਦੇ ਵੀ ਪੰਜਾਬ ਵੀ ਗੁਆਚੀ ਜਾਂਦੀ ਆ ਪਰ ਕਿਤੇ ਨਹੀਂ ਗੁਆਚੀ ਇੱਕ ਜਿਹੜਾ ਬਾਬੇ ਨਾਨਕ ਵਾਲੀ ਰਬਾਬ ਜਦੋਂ ਮਰਦਾਨਾ ਵਜਾਉਂਦਾ ਸੀ ਨਾ ਉਹਦੀ ਇੱਕ ਇੱਕ ਸਾਜ ਤੇ ਹੀ ਵਾਪਸ ਆ ਗਈ ਸਭ ਕੁਛ ਹਨਾ ਇਹ ਇੱਥੇ ਹੀ ਆ ਇਹ ਏਡੀ ਕੋਈ ਤਗੜੀ ਚੀਜ਼ ਜਿਹੜੀ ਆਪਾਂ ਚਾਹੇ ਗੁਰਬਾਣੀ ਆ ਆਪਣੀ ਲੈਂਗੁਏਜ ਆ ਸਭ ਕੁਛ ਰਹਿਣਗੀਆਂ ਪਰ ਇਹ ਜ਼ਰੂਰ ਗੱਲ ਆ ਵੀ ਥੋੜ੍ਹਾ ਜਿਹਾ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਸਾਡੀ ਹੁਣ ਜ਼ਿੰਮੇਵਾਰੀ ਆ ਸਮਾਜ ਪ੍ਰਤੀ ਕਿਉਂਕਿ ਅਸੀਂ ਵੈਸਟਰਨ ਕਲਚਰ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੋ ਚੁੱਕੇ ਹਾਂ ਉਹ ਇਨਫਲੂਐਂਸ ਇਹੋ ਜਿਹਾ ਹੋ ਗਿਆ ਵੀ ਆਪਾਂ ਸਾਦਗੀ ਖੋ ਬੈਠੇ ਹਾਂ ਉਹਨਾਂ ਨੇ ਸਾਦਗੀ ਨਹੀਂ ਖੋਈ ਵੈਸਟਰਨ ਲੋਕ ਹਜੇ ਵੀ ਸਾਦੇ ਆ ਪਰ ਆਪਾਂ ਉੱਥੋਂ ਇੰਨਾ ਜ਼ਿਆਦਾ ਇਨਫਲੂਐਂਸ ਹੋ ਗਏ ਹਾਂ ਵੀ ਸਾਦਗੀ ਖੋ ਬੈਠੇ ਜਦੋਂ ਸਿੰਪਲਿਸਿਟੀ ਤੁਹਾਡੇ ਚੋਂ ਨਿਕਲ ਜੇ ਫਿਰ ਪ੍ਰੋਬਲਮ ਸੋਸਾਇਟੀ 'ਚ ਆਉਂਦੀ ਆ ਦੈਟਸ ਵਾਟ ਵੀ ਆਰ ਫੇਸਿੰਗ ਐਟ ਦ ਮੋਮੈਂਟ ਪੰਜਾਬੀ ਗਰੂਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਵਰੁਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜੇ ਗੱਲ ਕਰੀਏ 2018 ਦੀ ਤਾਂ ਮੈਨੂੰ ਨਹੀਂ ਲੱਗਦਾ ਪੰਜਾਬੀ ਇੰਡਸਟਰੀ ਦੀਆਂ ਬੈਕ ਟੂ ਬੈਕ ਫਿਲਮਾਂ ਨੇ ਤੁਹਾਡਾ ਦਿਲ ਜਿੱਤਣ ਲਈ ਕੋਈ ਕਮੀ ਛੱਡੀ ਹੋਣੀ ਹੈ ਅਤੇ ਸਾਲ ਖਤਮ ਹੋਣ ਤੋਂ ਪਹਿਲਾਂ ਹੁਣ ਤੁਹਾਡੇ ਵਾਸਤੇ ਪੰਜਾਬ ਦੇ ਰੰਗ ਵਿਖਾਉਣ ਲੈ ਕੇ ਆਏ ਨੇ ਮੇਰੇ ਨਾਲ ਦੀਪ ਸਿੱਧੂ ਜੀ ਅਤੇ ਰੀਨਾ ਰਾਏ ਜੀ ਆ ਜੋ ਕਰਨੇ ਇਹਨਾਂ ਨਾਲ ਗੱਲਬਾਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਅਤੇ ਕਿਹੜਾ ਰੰਗ ਦਿਖਾਉਣ ਲੈ ਕੇ ਆ ਰਹੇ ਹੋ ਪੰਜਾਬ ਦਾ ਅਸੀਂ ਪੰਜਾਬ ਰੰਗ ਦਿਖਾ ਰਹੇ ਹਾਂ ਬਿਲਕੁਲ ਸਾਡਾ ਜਿਹੜਾ ਟਾਈਟਲ ਆ ਉਹਦਾ ਮਤਲਬ ਆ ਵੀ ਪੰਜਾਬ ਇੱਕ ਰੰਗ ਆ ਹਾਂਜੀ ਉਹਦੇ 'ਚ ਬਹੁਤ ਕੁਛ ਜਿਹੜਾ ਅੰਦਰ ਉਹਦੇ 'ਚ ਹੋਰ ਬਹੁਤ ਰੰਗ ਹੋਣੇ ਆ ਪਰ ਪੰਜਾਬ ਆਪਦੇ ਆਪ 'ਚ ਵੀ ਇੱਕ ਰੰਗ ਆ ਬਿਲਕੁਲ ਸੋ ਅਸੀਂ ਉਹੀ ਦਿਖਾ ਰਹੇ ਹਾਂ ਅਤੇ ਹੁਣ ਜੇ ਆਪਾਂ ਟ੍ਰੇਲਰ ਦੀ ਗੱਲ ਕਰੀਏ ਫਸਟ ਆਫ ਆਲ ਤਾਂ ਮੈਂ ਤੁਹਾਨੂੰ ਦੋਵਾਂ ਨੂੰ ਮੁਬਾਰਕਾਂ ਦੇਣਾ ਚਾਹਾਂਗਾ ਤੁਹਾਡਾ ਟ੍ਰੇਲਰ ਬਹੁਤ ਹੀ ਧਮਾਲਾ ਪਾ ਰਿਹਾ ਯੂਟਿਊਬ 'ਤੇ ਅਤੇ ਬਹੁਤ ਹੀ ਪਸੰਦ ਆ ਰਿਹਾ ਲੋਕਾਂ ਨੂੰ ਅਤੇ ਟ੍ਰੇਲਰ ਦੀ ਆਪਾਂ ਜਦੋਂ ਗੱਲ ਕਰੀਏ ਜਦੋਂ ਆਪਾਂ ਟ੍ਰੇਲਰ ਦੇਖਦੇ ਹਾਂ ਤਾਂ ਉਹਦੇ ਵਿੱਚ ਇੱਕ ਡਿਸਕ੍ਰਿਪਸ਼ਨ ਹੁੰਦੀ ਹੈ ਜਿਹਦੇ 'ਚ ਦੱਸਿਆ ਗਿਆ ਕਿ ਇੱਕ ਸੋਲਜਰ ਦੀ ਕਹਾਣੀ ਵੀ ਦੱਸੀ ਗਈ ਹੈ ਇੱਕ ਇੰਜਰਡ ਸੋਲਜਰ ਦੀ ਜੋ ਕਿ ਇੰਸਪਾਇਰ ਕਰੇਗਾ ਮਿਲੀਅਨਸ ਆਫ ਪੀਪਲ ਨੂੰ ਅਤੇ ਕੀ ਕਨਸੈਪਟ ਲੈ ਕੇ ਆ ਰਹੇ ਹੋ ਤੁਸੀਂ ਕਨਸੈਪਟ
ਜੇ ਮੈਂ ਇੱਕ ਲਾਈਨ 'ਚ ਡਿਸਕ੍ਰਾਈਬ ਕਰਾਂ ਤਾਂ ਉਹ ਇਹ ਹੋਊਗਾ ਵੀ ਡੇਅਰ ਟੂ ਡ੍ਰੀਮ, ਖਾਬ ਪਾਲਣ ਦੀ ਜਿਹੜੀ ਅੰਦਰ ਨਾ ਉਹ ਸ਼ਮਤਾ ਰੱਖੋ, ਉਹਨੂੰ ਪਾਲੋ ਅੰਦਰ, ਪਾਲੋਗੇ ਤਾਂ ਹੀ ਜੇ ਉਹਨੂੰ ਤੁਸੀਂ ਪ੍ਰਿਜ਼ਰਵ ਕਰੋਗੇ, ਉਹਦੇ 'ਤੇ ਕੰਮ ਕਰੋਗੇ, ਉਹਨੂੰ ਕਹਿੰਦੇ ਆ ਪਾਲਣਾ। ਸੋ ਇਹ ਕੋਨਸੈਪਟ ਆ। ਤਾਂ ਉਵੇਂ ਹੀ ਉਹ ਇੱਕ ਸਧਾਰਨ ਪਰਿਵਾਰ ਦਾ ਜਿਹੜਾ ਕੈਰੈਕਟਰ ਆ, ਉਹ ਸਧਾਰਨ ਪਰਿਵਾਰ ਤੋਂ ਉੱਠ ਕੇ ਔਫਿਸਰ ਬਣਦਾ, ਕੀ ਜਰਨੀ ਆ ਉਹਦੀ, ਪਰ ਖਾਬ ਆ, ਉਹ ਸਾਰੇ ਸੁਪਨੇ ਪੂਰੇ ਕਰਦਾ। ਸੋ ਦੈਟਸ ਆਲ ਇਟ ਇਜ਼। ਤੇ ਰੀਨਾ ਜੀ, ਸਭ ਤੋਂ ਪਹਿਲਾਂ ਤਾਂ ਆਈ ਕੈਨ ਸੀ ਯੋਰ ਐਕਸਾਈਟਮੈਂਟ, ਪੰਜਾਬੀ ਇੰਡਸਟਰੀ ਦੇ ਡੈਬਿਊ ਕਰਨ ਜਾ ਰਹੇ ਹੋ ਤੁਸੀਂ, ਤੇ ਕਿੱਦਾਂ ਦਾ ਫੀਲ ਹੋ ਰਿਹਾ? ਐਕਸਪੀਰੀਅੰਸ ਸੋ ਫਾਰ ਵਧੀਆ, ਡ੍ਰੀਮ ਸੀ ਮੇਰੀ, ਸੋ ਉਹ ਅਕੰਪਲਿਸ਼ ਕਰਦੀ ਹਾਂ। ਤੇ ਨਾਲੇ ਦੀਪ ਦੇ ਨਾਲ ਕੰਮ ਕਰਨਾ ਇਜ਼, ਇਟ ਵਾਸ ਰੀਅਲੀ ਨਾਈਸ ਪਹਿਲੀ ਫਿਲਮ ਲਈ, ਐਂਡ ਹੀ ਹੈਜ਼ ਸੋ ਮੱਚ ਪੈਸ਼ਨ, ਹੀ ਇਜ਼ ਸੋ ਕੇਅਰਿੰਗ, ਐਂਡ ਬਹੁਤ ਮੈਨੂੰ ਹੈਲਪ ਕੀਤੀ ਸੀ ਫਿਲਮ ਦੇ ਵਿੱਚ, ਸੋ ਐਕਸਪੀਰੀਅੰਸ ਚੰਗਾ ਸੀ। ਤੇ ਦੀਪ ਨੂੰ ਤੁਸੀਂ ਪਹਿਲਾਂ ਤੋਂ ਵੀ ਜਾਣਦੇ ਸੀ? ਨਹੀਂ, ਪਹਿਲਾਂ ਨਹੀਂ ਸੀ ਜਾਣਦੇ। ਤੇ ਜਦੋਂ ਤੁਸੀਂ ਇਹਨਾਂ ਨੂੰ ਮਤਲਬ ਪਹਿਲੀ ਵਾਰੀ ਮਿਲੇ, ਯੂ ਨੋ ਦਾ ਫਸਟ ਇੰਪ੍ਰੈਸ਼ਨ, ਸੋ ਵਾਟ ਵਾਸ ਦਾ ਫਸਟ ਇੰਪ੍ਰੈਸ਼ਨ ਜਦੋਂ ਤੁਸੀਂ ਇਹਨਾਂ ਨੂੰ ਦੇਖਿਆ, ਕਿਵੇਂ ਦੀ ਲੁੱਕ ਦਿੱਤੀ ਇਹਨਾਂ ਨੇ ਤੁਹਾਨੂੰ? He was surprised himself. No kidding. No, I saw a very, I mean, I seen a character in him, and that character was some, he came up very as a strong personality, okay. Strong, very strong, but it was nice because I come up very strong personality too. So, yeah. ਬਿਲਕੁਲ। ਤੇ ਹੁਣ ਆਉਂਦੇ ਦੀਪ ਜੀ ਤੇ, ਸਭ ਤੋਂ ਪਹਿਲਾਂ ਤਾਂ ਇੱਕ ਮਤਲਬ ਮੇਰੇ ਖਿਆਲ ਨਾਲ ਬਹੁਤ ਹੀ ਕਾਮਨ ਕੁਐਸਚਨ ਹੋਏਗਾ ਕਿ ਤੁਸੀਂ ਲਾਅ ਦਾ ਪ੍ਰੋਫੈਸ਼ਨ ਛੱਡ ਕੇ ਕਿਵੇਂ ਐਕਟਿੰਗ ਦੇ ਵਿੱਚ ਤੁਸੀਂ ਟਰਨ ਆਨ ਕੀਤਾ। ਤੇ ਜਿਵੇਂ ਮਤਲਬ ਇੱਕ ਕਹਿੰਦੇ ਨਾ, ਸਾਰਿਆਂ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੁੰਦਾ। ਦੀਪ, ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਮਤਲਬ ਕਿਸ ਟਾਈਮ ਤੇ ਤੁਹਾਨੂੰ ਲੱਗਿਆ ਕਿ ਹਾਂ, ਇਸ ਚੀਜ਼ ਬਾਰੇ ਮੈਂ ਬਿਲੀਵ ਨਹੀਂ ਕੀਤਾ ਸੀ ਤੇ ਇਹ ਮੇਰੇ ਨਾਲ ਹੋ ਗਈ ਹੈ? ਤੁਹਾਡੀ ਲਾਈਫ 'ਚ ਕਿਹੜਾ ਟਰਨਿੰਗ ਪੁਆਇੰਟ ਸੀਗਾ? ਨਹੀਂ ਨਹੀਂ, ਮੈਂ ਹਰ ਚੀਜ਼ 'ਚ ਬਿਲੀਵ ਕਰਕੇ ਹੀ ਚੱਲਦਾ। ਅੱਛਾ। ਬਿਨਾਂ ਬਿਲੀਵ ਤੋਂ ਉਹ ਮੈਂ ਉਹ ਸਟੈਪ ਹੀ ਨਹੀਂ ਲੈਂਦਾ, ਫਿਰ ਉਹ ਬਹੁਤ ਆਈ ਫੀਲ ਦੈਟ ਉਹ ਗੱਲ ਨਹੀਂ ਬਣਦੀ ਉਸ ਚੀਜ਼ 'ਚ। ਜੇ ਮੈਂ ਪਹਿਲਾਂ ਲਾਅ ਪ੍ਰੈਕਟਿਸ ਕਰਦਾ ਸੀ, ਆਈ ਬਿਲੀਵਡ ਇਨ ਇਟ, ਐਂਡ ਇਫ ਆਈ ਐਮ ਐਨ ਐਕਟਰ ਆਈ ਬਿਲੀਵ ਇਨ ਇਟ, ਐਂਡ ਦੈਟਸ ਆਲ ਇਟ ਇਜ਼। ਨੋਨ ਬਿਲੀਵੇਬਲ ਚੀਜ਼ ਮੇਰੇ ਨਾਲ ਨਹੀਂ ਹੁੰਦੀ। ਕਿਉਂਕਿ ਅਸੀਂ ਸੁਣਿਆ ਸੀਗਾ ਕਿ ਇੱਕ ਤਾਂ ਕਪੂਰ ਜੀ ਨੇ ਵੀ ਤੁਹਾਨੂੰ ਬਥੇਰੀ ਵਾਰੀ ਕਿਹਾ ਵੀ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਆਓ, ਮਗਰ ਤੁਸੀਂ ਆਪਣੇ ਆਪ ਦੇ ਉੱਤੇ ਜਦੋਂ ਤੱਕ ਪੂਰਾ ਵਿਸ਼ਵਾਸ ਨਹੀਂ ਕੀਤਾ ਕਿ ਹਾਂ ਮੈਂ ਹੁਣ ਜਾਣਾ ਚਾਹੁੰਦਾ। ਉਹ ਇਹ ਗੱਲ ਨਹੀਂ ਸੀ ਵੀ ਉਦੋਂ ਤੱਕ ਵਿਸ਼ਵਾਸ ਨਹੀਂ ਸੀ। ਹਾਂਜੀ, ਉਦੋਂ ਤੱਕ ਮੇਰਾ ਮਨ ਨਹੀਂ ਸੀ। ਅੱਛਾ। ਉਹ ਅਵੇਕਨਿੰਗ ਹੁੰਦੀ ਹੈ ਵੈਨ ਯੂ ਫੀਲ ਦੈਟ ਓਕੇ ਨਾਓ ਆਈ ਵਾਂਟ ਟੂ ਡੂ ਸਮਥਿੰਗ ਐਲਸ, ਐਂਡ ਦੈਨ ਉਹ ਜਦੋਂ ਗੱਲ ਬਣੀ ਵੀ ਕੁਛ ਹੋਰ ਕਰਨਾ, ਕੀ ਕਰਨਾ, ਫਿਰ ਜਿਹੜਾ ਆਰਟ ਦਾ ਫੀਲਡ ਆ, ਇਸ ਫੀਲਡ 'ਚ ਆ ਕੇ ਮੈਨੂੰ ਐਂ ਲੱਗਿਆ ਵੀ ਮੈਂ ਇਸ ਚੀਜ਼ ਲਈ ਬਣਿਆ। ਐਗਜੈਕਟਲੀ। ਹਾਂਜੀ। ਤੇ ਵਾਈ ਬਾਲੀਵੁੱਡ ਓਨਲੀ, ਪੰਜਾਬੀ ਇੰਡਸਟਰੀ ਕਿਉਂ ਤੁਸੀਂ ਚੂਜ਼ ਕੀਤੀ, ਜਦਕਿ ਤੁਹਾਡੇ ਕੋਲ ਇੰਨੇ ਲਿੰਕ ਸੀਗੇ, ਐਕਸਪੀਰੀਅੰਸ ਵੀ ਇੰਨਾ ਸੀਗਾ ਬਾਲੀਵੁੱਡ ਵਾਲਿਆਂ ਦੇ ਨਾਲ, ਤੇ ਤੁਸੀਂ ਮਤਲਬ ਬਾਲੀਵੁੱਡ ਹੀ ਮੇਨ ਆਪਣਾ ਫੋਕਸ ਕਰ ਰੱਖਿਆ? ਆਈ ਡੋਂਟ ਨੋ, ਇਹਦਾ ਵੀ ਇੱਕ ਰੀਜ਼ਨ ਆ। ਮੈਂ ਇਹ ਵੀ ਕਹਿਣਾ ਹੁੰਦਾ ਹਮੇਸ਼ਾ ਵੀ ਸਿਨੇਮਾ ਸਿਨੇਮਾ ਹੁੰਦਾ, ਚਾਹੇ ਉਹ ਪੰਜਾਬੀ ਫਿਲਮ ਹੋਵੇ, ਹਿੰਦੀ ਫਿਲਮ ਹੋਵੇ, ਕਿਸੇ ਹੋਰ ਰੀਜਨ ਦੀ ਫਿਲਮ ਹੋਵੇ, ਉਹ ਇੱਕ ਫਿਲਮ ਆ। ਬਿਲਕੁਲ। ਜੇ ਚੰਗੀ ਫਿਲਮ ਆ, ਉਹ ਹਰ ਕੋਈ ਦੇਖੂਗਾ, ਉਹਨੂੰ ਪਸੰਦ ਕਰੂਗਾ, ਉਹਦੀਆਂ ਗੱਲਾਂ ਵੀ ਹੋਣਗੀਆਂ। ਹਾਂਜੀ। ਬਟ ਅਗੇਨ, ਮੈਂ ਇੱਕ ਸੈਲਫ ਮੇਡ ਮੈਨ ਹਾਂ। ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਉਸ ਕਨੈਕਸ਼ਨਸ ਨੂੰ ਯੂਜ਼ ਕਰਕੇ ਉੱਥੇ ਕੰਮ ਕਰਾਂ। ਮੈਂ ਇਹ ਚਾਹੁੰਦਾ ਵੀ ਮੇਰੇ ਆਪਦੇ ਬਲਬੂਤੇ 'ਤੇ ਮੈਂ ਉੱਥੇ ਜਾ ਕੇ ਵੀ ਖੜ੍ਹਾ ਹੋਵਾਂ, ਆਪਦੀ ਪਹਿਚਾਣ ਹੋਵੇ। ਸੋ ਪੰਜਾਬ ਜਿੱਥੋਂ ਜਿੱਥੇ ਮੈਂ ਜੰਮਿਆ, ਪਲਿਆ, ਖੇਡਿਆ, ਇੱਥੇ ਜਿਹੜਾ ਸਿਨੇਮਾ ਮੈਨੂੰ ਅਟਰੈਕਟ ਕਰ ਰਿਹਾ ਸੀ ਪਹਿਲਾਂ, ਸੋ ਮੇਰੀ ਇੱਕ ਮੈਨੂੰ ਕਹਾਣੀ ਚੰਗੀ ਲੱਗੀ ਪਹਿਲਾਂ ਜਿਹੜੇ ਮੇਰੇ ਕੋਲ ਆਈ, ਅਤੇ ਅਸੀਂ ਪੰਜਾਬੀ ਫਿਲਮ ਸ਼ੁਰੂ ਕਰ ਲਈ। ਬਟ ਇਹ ਕੋਈ ਮਿਥ ਕੇ ਨਹੀਂ ਕੀਤੀ ਗਈ ਗੱਲ ਵੀ ਪੰਜਾਬੀ ਹੀ ਕਰੀਏ ਜਾਂ ਹਿੰਦੀ ਕਿਉਂ ਨਾ ਕਰੀਏ ਜਾਂ ਹਿੰਦੀ ਨਹੀਂ ਕਰਨੀ ਤਾਂ ਪੰਜਾਬੀ ਕਰਨੀ। ਆਈ ਵਾਂਟ ਟੂ ਰੀਲੀ ਡੂ, ਯੂ ਨੋ, ਆਈ ਮੀਨ ਆਈ ਵਾਂਟ ਟੂ ਵਰਕ ਐਟ ਦਾ ਨੈਸ਼ਨਲ ਲੈਵਲ, ਹਿੰਦੀ ਫਿਲਮਸ, ਇੰਟਰਨੈਸ਼ਨਲ ਲੈਵਲ, ਹਾਲੀਵੁੱਡ ਫਿਲਮਸ, ਆਈ ਵਾਂਟ ਟੂ ਡੂ ਆਲ ਦੈਟ। ਤੇ ਹੁਣ ਰੀਨਾ ਜੀ ਦੇ ਕੋਲ ਆਉਂਦੇ ਆ ਦੁਬਾਰਾ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਸਟੈਪ ਇਨ ਕੀਤਾ, ਤੇ ਹਰ ਕਿਸੇ ਨੂੰ ਜਦੋਂ ਕੋਈ ਮਾਡਲ ਬਾਹਰੋਂ ਆਉਂਦੀ ਹੈ ਜਾਂ ਫਿਰ ਜਿਹੜਾ ਆਪਣਾ ਫਸਟ ਡੈਬਿਊ ਕਰਨ ਜਾਂਦੀ ਹੈ, ਤਾਂ ਉਹਨਾਂ ਨੂੰ ਵੀ ਥੋੜ੍ਹੀ ਬਹੁਤੀ ਡਿਫੀਕਲਟੀਜ਼ ਆਪਣੇ ਅੰਦਰ ਫੇਸ ਕਰਨੀਆਂ ਪੈਂਦੀਆਂ, ਬਟ ਜਿਹੜੇ ਉਹਨਾਂ ਦੇ ਕੋ ਸਟਾਰਸ ਹੁੰਦੇ ਆ, ਉਹ ਹਮੇਸ਼ਾ ਉਹਨਾਂ ਨੂੰ ਕੰਫਰਟੇਬਲ ਫੀਲ ਕਰਵਾਉਂਦੇ ਆ। ਤੇ ਤੁਹਾਡੇ ਨਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਾਰਿਆਂ ਦਾ? ਐਕਸਪੀਰੀਅੰਸ ਵਾਸ ਗੁੱਡ, ਥੋੜ੍ਹੀ ਪ੍ਰੋਮਿਸਿੰਗ ਪੰਜਾਬੀ ਦੇ ਵਿੱਚ, ਪਰ ਉਹ ਫਿਰ ਦੀਪ ਦੇ ਨਾਲ, ਯੂ ਨੋ, he helped me with it a lot, but trailer dekh ke lagda nahi hai bilkul bhi. Oh yeah, oh, thank you. Te hun jadon tusi Punjabi industry matlab aaye ho, te kidda da lag raha, tusi agge vi karna chahoge itthe kaam? Haan ji, zarur dekhunge. My focus Bollywood de vich hon, the Hollywood, but you know,
just to start. अच्छा पंजाबी इंडस्ट्री ਦੇ ਵਿੱਚ ਨਾ ਫਿਲਮਸ ਦੇ ਨਾਲ ਨਾਲ 뮤직 ਵੀਡੀਓਜ਼ ਵੀ ਬਹੁਤ ਹਿੱਟ ਹੋ ਰਹੀਆਂ ਨੇ ਤੇ ਮੰਨ ਲਓ ਜੇ ਤੁਹਾਨੂੰ ਕਦੀ ਕੋਈ 뮤직 ਵੀਡੀਓ ਦਾ ਆਫਰ ਆਉਂਦਾ ਤੇ ਕਿਹਦੇ ਨਾਲ ਕੰਮ ਕਰਨਾ ਚਾਹੋਗੇ ਦਿਲਜੀਤ ਦੇ ਨਾਲ ਜਾਂ ਕਿੱਪੀ ਗਰੇਵਾਲ ਦੇ ਨਾਲ ਦਿਲਜੀਤ ਜੀ ਤੇ ਦੀਪ ਜੀ ਹੁਣ ਤੁਹਾਡੇ ਤੇ ਆਉਂਦੇ ਆਪਾਂ ਦੁਬਾਰਾ ਜਦੋਂ ਤੁਸੀਂ ਇਸ ਰੋਲ ਨੂੰ ਸੁਣਿਆ ਤੇ ਤੁਹਾਡਾ ਕੀ ਰਿਐਕਸ਼ਨ ਸੀਗਾ ਕੀ ਲੱਗਦਾ ਸੀਗਾ ਤੁਹਾਨੂੰ ਵੀ ਇਸ ਕਿਉਂਕਿ ਹਰ ਰੋਲ ਵਾਸਤੇ ਨਾ ਇੱਕ ਆਰਟਿਸਟ ਹਮੇਸ਼ਾ ਸੋਚਦਾ ਕਿ ਇਸ ਰੋਲ ਨੂੰ ਮੈਂ ਕਿਸ ਅਦਾਕਾਰੀ ਨਾਲ ਨਿਭਾਉਣਾ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਸੀਗਾ I don't know, ਮੈਨੂੰ ਐਂ ਲੱਗਿਆ ਵੀ ਹਾਂ ਇਹ ਵਧੀਆ ਰੋਲ ਆ ਕਹਾਣੀ ਪਹਿਲਾਂ ਤਾਂ ਤੁਹਾਨੂੰ ਵਧੀਆ ਲੱਗਣੀ ਚਾਹੀਦੀ ਹੈ ਨਾ ਕਹਾਣੀ ਤੋਂ ਬਾਅਦ ਰੋਲ ਦੀ ਗੱਲ ਹਾਂਜੀ ਹਾਂਜੀ ਪਹਿਲਾਂ ਮੈਨੂੰ ਕਹਾਣੀ ਵਧੀਆ ਲੱਗੀ ਹੈ ਫਿਰ ਮੈਨੂੰ ਆਪਦਾ ਕੈਰੇਕਟਰ ਤੇ ਮੈਨੂੰ ਕੰਮ ਕਰਨਾ ਪਿਆ ਮੈਂ ਇਹੀ ਨਹੀਂ ਸੀ ਵੀ ਉਹਨੂੰ ਸੁਣਿਆ ਤੇ ਉਹ ਪਰਫੈਕਟ ਸੀ ਬਿਲਕੁਲ ਉਹਦੇ ਤੇ ਕੰਮ ਕੀਤਾ ਗਿਆ ਉਹਨੂੰ ਵਧੀਆ ਬਣਾਇਆ ਗਿਆ ਉਹਨੂੰ ਜਿਵੇਂ ਸੋਚਦੇ ਹਾਂ ਉਹਦੇ 'ਚ ਇੱਕ ਡੈਪਥ ਲੈ ਕੇ ਆਏ ਅਸੀਂ ਫਿਰ ਜਦੋਂ ਤੱਕ ਉਹਨਾਂ ਤੁਸੀਂ ਨਾਲ ਇਨਵੋਲਵ ਹੋ ਜਾਂਦੇ ਹੋ ਦੈਨ ਯੂ ਨੋ ਵਟ ਯੂ ਨੋ ਯੂ ਕਾਈਂਡ ਆਫ ਸਟਾਰਟ ਰਿਲੇਟਿੰਗ ਟੂ ਇਟ ਤਾਂ ਤੁਸੀਂ ਫਿਰ ਦੈਟਸ ਹਾਊ ਇਟ ਇਜ਼ ਤਾਂ ਉਹ ਸੁਣ ਕੇ ਕਈ ਇਹ ਵੀ ਹੁੰਦਾ ਹੋਣਾ ਮੇਰੇ ਨਾਲ ਤਾਂ ਨਹੀਂ ਅੱਜ ਤੱਕ ਹੋਇਆ ਵੀ ਮੈਂ ਇੱਕ ਰੋਲ ਸੁਣਿਆ ਔਰ ਮੈਨੂੰ ਹਾਂ ਜੋਰੇ ਦਾ ਰੋਲ ਮੈਂ ਸੁਣਿਆ ਸੀ ਉਹ ਮੈਨੂੰ ਸੁਣਦੇ ਹੀ ਲੱਗਿਆ ਸੀ ਵੀ ਕਿਆ ਰੋਲ ਇਹ ਕਰਦਾ ਇਹ ਕਰਨਾ ਬਿਲਕੁਲ ਤੇ ਹੁਣ ਗੱਲ ਕਰਦੇ ਹਾਂ ਤੁਹਾਡੇ ਨਾਲ ਦੇ ਐਕਟਰਸ ਜਗਜੀਤ ਸੰਧੂ ਧੀਰਜ ਕੁਮਾਰ ਤੇ ਬੰਨੀ ਭਾਜੀ ਵੀ ਤੁਹਾਡੇ ਨਾਲ ਇੱਕ ਸਪੋਰਟਿਵ ਰੋਲ ਪਲੇ ਕਰ ਰਹੇ ਨੇ ਤੇ ਜਗਜੀਤ ਦੀ ਇੱਕ ਮਤਲਬ ਕੌਮਿਕ ਰੋਲ ਦਿਖਾਇਆ ਗਿਆ ਇਸ ਦੇ ਵਿੱਚ ਤੇ ਓਵਰਆਲ ਮੂਵੀ ਦੇ ਵਿੱਚ ਕੌਮਿਕ ਹੈ ਜਾਂ ਦੇਅਰ ਸਮਥਿੰਗ ਮੋਰ ਸੀਰੀਅਸ ਅਬਾਊਟ ਹਿਮ ਇਨ ਦਾ ਮੂਵੀ ਨਹੀਂ ਉਹ ਮੈਨੂੰ ਲੱਗਦਾ ਇਹੋ ਜਿਹੇ ਰੋਲ ਹੀ ਕਰਦਾ ਕੌਮਿਕ ਜੇ ਰੋਲ ਜਿਹੜੇ ਆ ਤਾਂ ਪਰ ਹਾਂ ਇਹ ਉਹਦਾ ਰੋਲ ਡਿਫਰੈਂਟ ਆ ਥੋੜਾ ਜਿਹਾ ਜਿਹੜੇ ਉਹ ਉਂ ਕੁੱਟ ਕੱਟ ਹੀ ਖਾਈ ਜਾਂਦਾ ਹੁੰਦਾ ਫਿਲਮਾਂ 'ਚ ਤੇ ਇਹਦੇ 'ਚ ਉਹ ਤੋਂ ਉਹਨੂੰ ਘੁੱਟ ਤੋਂ ਬਚਾ ਲਿਆ ਫਿਰ ਔਨ ਸਕਰੀਨ ਬਚਾ ਲਿਆ ਪਿੱਛੇ ਜੋ ਮਰਜ਼ੀ ਹੋਈ ਜਾਵੇ ਤੇ ਹੁਣ ਜੇ ਡਾਇਰੈਕਟਰ ਸਾਹਿਬ ਦੀ ਗੱਲ ਕਰੀਏ ਇਹ ਸਵਾਲ ਤੁਹਾਡੇ ਦੋਵਾਂ ਤੋਂ ਹੀ ਮੇਰਾ ਰਹੇਗਾ ਕਿ ਡਾਇਰੈਕਟਰ ਰਾਕੇਸ਼ ਮਹਿਤਾ ਦੇ ਨਾਲ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿਉਂਕਿ ਜਿਹਨੂੰ ਕਹਿੰਦੇ ਨਾ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਉਹ ਰੋਲ ਪਲੇ ਕਰਦਾ ਤੇ ਤੁਹਾਡੇ ਡਾਇਰੈਕਟਰ ਦੇ ਨਾਲ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ Experience very good see unne pehle ke tumne approach kita si it was done very professionally which I really like and set the ki si you know he's very patient with me jo koi kuch sahi nahi si oh bhi pe kehne si no bina you know fair kar so which was nice for me working with him it was a pleasure and deep jo tade kolo puchhe da meri ta ek team a ji oh sari team ch rakesh he was a director I mean him as a director it was really good and but assi jadon kam karde ha jehde naal vi main kam karda main bahut aapde bana ke kam karda ha ji hai na oh sare aapde hi bande hunde ha te ohna naal gusse gale khushiyan saanjh bhai chari sab kuch chalda rehnda hai na so that's how we work together that's what my experience with him with everyone is but ta hai ek family ban jandi ha ji bilkul ਇੱਕ ਬੌਂਡ ਜਿਹੜਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ ਤੇ ਹੁਣ ਜੇ ਦੁਬਾਰਾ ਮੈਂ ਟ੍ਰੇਲਰ ਦੀ ਗੱਲ ਕਰਾਂ ਆਪਾਂ ਜਦੋਂ ਯੂਟਿਊਬ ਤੇ ਟ੍ਰੇਲਰ ਦੇਖਦੇ ਨਾ ਥੱਲੇ ਕਮੈਂਟ ਸੈਕਸ਼ਨ ਆਉਂਦਾ ਤੇ ਉਹਦੇ ਵਿੱਚ ਮਤਲਬ ਫਿਲਮ ਨੂੰ ਤਾਂ ਸਾਰਿਆਂ ਨੇ ਪ੍ਰੇਜ਼ ਕੀਤੀ ਹੀ ਹੈ ਫਿਲਮ ਦੀ ਮਗਰ ਜਿਹੜੀ ਫੀਮੇਲ ਫੈਨ ਫੋਲੋਇੰਗ ਹੈ ਉਹ ਤੁਹਾਡੀ ਬਾਡੀ ਤੇ ਕਾਫੀ ਇੰਪ੍ਰੈਸਡ ਹੈ ਤੇ ਜੇ ਅਸੀਂ ਤੁਹਾਡੀ ਬਾਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਇਹ ਸ਼ੌਂਕ ਤੁਹਾਨੂੰ ਕਦੋਂ ਤੋਂ ਸੀ ਮੈਂ ਬਾਡੀ ਬਿਲਡਿੰਗ ਨਹੀਂ ਜੀ ਮੈਂ ਕਰਦਾ ਅੱਛਾ ਬਟ ਆਈ ਐਮ ਇਨਟੂ ਫਿਟਨੈਸ ਤਾਂ ਮੈਂ ਫੰਕਸ਼ਨਲ ਟ੍ਰੇਨਿੰਗ ਕਰਦਾ ਹਾਂਜੀ ਕਾਫੀ ਵੇਟਸ ਵੀ ਕਰਦਾ and then I play I love to play sports ta eh mera since my childhood bachpan to hi main inna cheezan cha te it's part of me exactly te reena ji ehi question main tade to puchha kyunki many people are following you on instagram and jehdi kudiyan jehdiyan hundiyan oh bilkul matlab jehde vi koi artist hunde na ohna to tips leniyan chahundiyan te tusi matlab ohna nu ki tips dena chahoge ki apne aap nu vadhiya dikhaun waste acha I would say eat healthy okay. And exercise Anji. And you know play a sport that's really keeps you in shape exactly yeah ਤੇ ਜੀ ਹੁਣ ਜੇ ਆਪਾਂ ਕੰਕਲੂਡ ਕਰਦੇ ਹਾਂ ਤੇ ਆਪਣੇ ਆਡੀਅੰਸ ਨੂੰ ਤੁਸੀਂ ਆਉਣ ਵਾਲੀ ਫਿਲਮ ਰੰਗ ਪੰਜਾਬ ਵਾਸਤੇ ਜੇ ਇੱਕ ਅਪੀਲ ਕਰਨੀ ਹੋਏਗੀ ਤਾਂ ਜ਼ਰੂਰ ਆਪਣੇ ਬਾਰੇ ਇਹੀ ਅਪੀਲ ਮੇਰੀ ਅੱਜ ਕੱਲ੍ਹ ਸਾਰੇ ਕਿਤੇ ਆਉਂਦਾ ਕਿ ਤੁਸੀਂ ਫਿਲਮ ਜਿਹੜੀ ਦੇਖਣੀ ਆ ਉਹਨੂੰ ਸਿਨੇਮੇ 'ਚ ਜਾ ਕੇ ਦੇਖਿਓ ਕਿਉਂਕਿ ਫਿਲਮ ਬਣਦੀ ਹੈ ਸਿਨੇਮੇ ਲਈ ਟੀ ਵੀ ਲਈ ਨਹੀਂ ਬਣੀ ਫਿਲਮ ਤਾਂ ਉਹਨੂੰ ਸਿਨੇਮੇ 'ਚ ਜਾ ਕੇ ਦੇਖਿਓ ਉਹਦਾ ਐਕਸਪੀਰੀਅੰਸ ਤੁਹਾਨੂੰ ਸਿਨੇਮੇ 'ਚ ਹੀ ਸਮਝ ਆਊਗਾ ਸਪੈਸ਼ਲੀ ਮੇਰੀਆਂ ਫਿਲਮਾਂ ਦਾ ਉਹਦਾ ਤੁਹਾਨੂੰ ਪਤਾ ਲੱਗ ਜੂਗਾ ਫਰਕ ਜਦੋਂ ਤੁਸੀਂ ਦੇਖੋਗੇ ਥੈਂਕ ਯੂ ਸੋ ਮਚ ਵਾਚ ਰੰਗ ਪੰਜਾਬ ਔਨ ਦ 23rd ਆਫ ਨਵੰਬਰ ਥੈਂਕ ਯੂ ਗਾਇਸ ਮੈਂ ਕਹਿੰਦਾ ਸੀ ਕਿ ਜ਼ਰੂਰ ਰੰਗ ਪੰਜਾਬ ਨਵੰਬਰ 23rd ਤੇ ਦੇਖਿਓ
ਅੱਛਾ ਦੀਪ ਰੰਗ ਪੰਜਾਬ ਤਾਂ ਸਾਰੇ ਦੇਖਣ ਆਉਣ ਵਾਲੇ ਨੇ ਇਸ ਤੋਂ ਇਲਾਵਾ ਵੀ ਤੁਹਾਡੇ ਕੋਈ ਆਉਣ ਵਾਲੇ ਫਿਊਚਰ ਪ੍ਰੋਜੈਕਟਸ ਜਿਨ੍ਹਾਂ 'ਚ ਸਾਨੂੰ ਦੀਪ ਸਿੱਧੂ ਜੀ ਦੇਖਣ ਨੂੰ ਮਿਲਣਗੇ ਇੱਕ ਹੋਰ ਗੱਲ ਆ ਉਹ ਸਾਰੇ ਆਪਾਂ ਕਹਿ ਦਿੰਦੇ ਆ ਹਾਂਜੀ ਪਰ ਸਾਰੇ ਆਉਂਦੇ ਨਹੀਂ ਅੱਛਾ ਤੁਸੀਂ ਆਪਾਂ ਆਪਾਂ ਹੁਣ ਐਤਕੀ ਸਮਝਾਉਂਦੇ ਕਿਉਂਕਿ ਦੇਖੋ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੀਆਂ ਸੀਰੀਅਸ ਮੂਵੀਜ਼ ਹੁੰਦੀਆਂ ਨਾ ਉਹਨਾਂ ਦਾ ਇੱਕ ਕਨਸੈਪਟ ਹੁੰਦਾ ਉਹਨਾਂ ਦਾ ਇੱਕ ਮੁੱਦਾ ਹੁੰਦਾ ਜੋ ਕਿ ਲੋਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਦੇਖਿਓ ਨਾ ਕਈ ਫਿਲਮਸ ਹੁੰਦੀਆਂ ਜਿਹੜੀਆਂ ਇੱਕ ਵਧੀਆ ਮੈਸੇਜ ਕਨਵੇ ਕਰਦੀ ਹੈ ਅਤੇ ਆਉਣ ਵਾਲੀ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਵੀ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਇੱਦਾਂ ਦੇ ਫਿਲਮਸ ਵੀ ਕਾਮੇਡੀ ਫਿਲਮਸ ਵੀ ਦੇਖਣੀਆਂ ਚਾਹੀਦਾ ਪਰ ਇੱਦਾਂ ਦੀਆਂ ਫਿਲਮਸ ਨੂੰ ਨਹੀਂ ਮਿਸ ਨਹੀਂ ਕਰਨਾ ਕਾਮੇਡੀ ਇੱਦਾਂ ਦੀ ਫਿਲਮ ਦੇਣੀਆਂ ਚੰਗੀਆਂ ਫਿਲਮਾਂ ਦੇਖੋ ਅਤੇ ਸਿਰਫ ਵਿਆਹ ਹੀ ਵਿਆਹ ਹੀ ਮਤ ਦੇਖੋ ਫਿਲਮਾਂ 'ਚ ਵੀ ਉਹਨਾਂ ਨੂੰ ਦੇਖ